ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ, ਤੁਸੀਂ ਆਏ ਇੱਥੇ ਸਾਡੇ ਛੋਟੇ ਜਿਹੇ ਸੱਦੇ 'ਤੇ। ਅਤੇ ਉਸ ਤੋਂ ਬਾਅਦ ਮੇਰੇ ਵੱਡੇ ਵੀਰ ਬਿੰਨੂ ਬਾਈ ਦਾ ਥੈਂਕਸ, ਜਿਹੜੇ ਆਲਵੇਜ਼ ਸਪੋਰਟ ਕਰਦੇ ਆ ਔਰ ਮੇਰੇ ਇੱਕ ਵਾਰ ਕਹਿਣ 'ਤੇ ਇੱਥੇ ਆਏ ਨੇ। ਅਤੇ ਕਿਵੇਂ ਲੱਗਿਆ ਬਾਈ ਟ੍ਰੇਲਰ ਤੁਹਾਨੂੰ? ਬੜਾ ਕੈਂਟ ਹੈ ਨਾ, ਥੈਂਕ ਯੂ। ਔਰ ਇਹਦੇ ਪਿੱਛੇ ਦੀ ਇੱਕ ਕਹਾਣੀ ਹੈ ਜੀ ਕਿ ਅਸੀਂ ਇਸ ਫਿਲਮ ਨੂੰ ਬਣਾਉਣ ਲਈ ਜਦੋਂ ਹੋਰੀ ਸਾਹਿਬ ਮੇਰੇ ਕੋਲ ਆਏ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਬਲੈਕਿਆ 2 ਦੀ ਇੱਕ ਕਹਾਣੀ ਹੈ ਮੇਰੇ ਕੋਲ, ਤਾਂ ਪਲੀਜ਼ ਤੁਸੀਂ ਸੁਣ ਲਓ। ਜਦੋਂ ਮੈਂ ਇਹਨਾਂ ਨੂੰ ਕਹਾਣੀ ਸੁਣਾਈ ਤਾਂ ਇਹਨਾਂ ਨੇ ਉਸੇ ਟਾਈਮ ਹਾਮੀ ਭਰਤੀ ਕਿ ਭਾਅ ਜੀ ਇਹ ਫਿਲਮ ਆਪਾਂ ਜਲਦੀ ਕਰਦੇ ਹਾਂ। ਇਹ ਕਹਾਣੀ ਮੈਨੂੰ ਮਿਲੀ ਸੀ ਜਦੋਂ ਮੈਂ DSP ਦੇਵ ਕਰਦਾ ਸੀਗਾ ਉੱਧਰ ਫਿਰੋਜ਼ਪੁਰ ਇਲਾਕੇ ਦੇ ਵਿੱਚ। ਇਹ ਉਹਨਾਂ ਲੋਕਾਂ ਦੀ ਤਰਾਸਦੀ ਹੈ ਜਿਹੜੇ ਕਿ ਪਾਕਿਸਤਾਨ ਦੇ ਸਰਦਾਰ ਹੁੰਦੇ ਸੀ, ਵੱਡੇ ਜ਼ਿਮੀਂਦਾਰ ਹੁੰਦੇ ਸੀ, ਬਟ ਇੱਧਰ ਆ ਕੇ ਬਲੈਕੀਏ ਬਣ ਗਏ। ਜ਼ਮੀਰਾਂ ਵਾਲੇ ਲੋਕ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਜਿਉਂਦੀਆਂ ਰੱਖੀਆਂ ਪਰ ਪਾਪੀ ਪੇਟ ਨੂੰ ਭਰਨ ਲਈ ਉਹਨਾਂ ਨੇ ਇਹ ਰਾਹ ਚੁਣਿਆ। ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਕਿਉਂਕਿ ਸਿਸਟਮ ਸਪੋਰਟ ਨਹੀਂ ਸੀ ਕਰਦਾ। ਸੋ ਉਹਨਾਂ ਲੋਕਾਂ ਦੀ ਕਹਾਣੀ ਹੈ ਅਤੇ ਇਹਦੇ ਉੱਤੇ ਅਸੀਂ ਘੱਟੋ ਘੱਟ 1.5 ਸਾਲ ਅਸੀਂ ਸਟੋਰੀ ਦੇ ਉੱਤੇ ਲਾਇਆ ਕਿਉਂਕਿ ਬਹੁਤ ਟਾਈਮ ਹੋ ਗਿਆ ਸਾਨੂੰ ਰਿਸਰਚ ਕਰਦੇ। ਅਸੀਂ ਅੰਮ੍ਰਿਤਸਰ ਦੇ ਜਿੰਨੇ ਲੋਕ ਬਾਰਡਰ ਪਾਰ ਤੋਂ ਪੁਰਾਣੇ ਬਲੈਕ ਕਰਦੇ ਸੀ ਉਹਨਾਂ ਲੋਕਾਂ ਨੂੰ ਮਿਲੇ, ਉਹਨਾਂ ਦੀਆਂ ਕਹਾਣੀਆਂ ਲੈ ਕੇ ਆਏ ਫਿਲਮ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਦਰਦ ਦੀ ਗੱਲ ਕਰਦੀ ਹੈ। ਜਦੋਂ ਅਸੀਂ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਸਾਰੇ ਕਹਿੰਦੇ ਸੀ ਇਹ KGF ਹੈ, KGF ਦੀ ਕਾਪੀ ਹੈ ਜਾਂ ਪੰਜਾਬੀ ਦੀ KGF ਹੈ। ਜ਼ਿਆਦਾਤਰ ਕਮੈਂਟ ਜਦੋਂ ਤੁਸੀਂ ਪੜ੍ਹੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹੀ ਪਏ ਨੇ। ਬਟ ਅਸੀਂ ਲੁੱਕ ਉੱਦਾਂ ਦੀ ਰੱਖੀ ਕਿਉਂਕਿ ਅੱਜ ਜਦੋਂ ਅਸੀਂ ਕੋਈ ਫਿਲਮ ਲੈ ਕੇ ਆਉਂਦੇ ਹਾਂ ਤਾਂ ਸਾਰੇ ਸਾਤੋਂ ਪੁੱਛਦੇ ਨੇ ਕਿ ਸਾਊਥ ਦਾ ਸਿਨੇਮਾ ਯਾਰ ਬਹੁਤ ਵੱਡਾ ਹੋ ਗਿਆ, ਤੁਸੀਂ ਉੱਦਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ। ਅਸੀਂ ਇੱਕ ਟੈਕਨੀਸ਼ੀਅਨ ਹਾਇਰ ਕੀਤੇ ਉੱਥੋਂ, ਸਾਰੇ ਜਿੰਨੇ ਵੀ ਟੌਪ ਤੋਂ ਟੌਪ ਸੀਗੇ। ਔਰ ਜਿਹੜਾ ਤੁਸੀਂ ਐਕਸ਼ਨ ਦੇਖ ਰਹੇ ਹੋ, ਅਸੀਂ ਇੱਕ ਟੀਮ ਲੈ ਕੇ ਆਏ ਚੇਨਈ ਤੋਂ ਹਾਇਰ ਕੀਤੀ ਉਹਰੀ ਸਾਹਿਬ ਨੇ, ਜਿਹਦੇ ਪੈਸੇ ਤਾਂ ਬਹੁਤ ਲੱਗੇ। ਉਹਰੀ ਸਾਹਿਬ ਕਹਿੰਦੇ ਸੀ ਕੀ ਲੋੜ ਹੈ ਇਹਦੀ ਦੱਸੋ, ਪਰ ਉਹਰੀ ਸਾਹਿਬ ਰਿਜ਼ਲਟ ਦੇਖਦਾ ਹੁਣ। ਸੋ ਫਾਇਰ ਬਾਲ ਵਾਲਾ ਜਿਹੜਾ ਐਕਸ਼ਨ ਸੀਗਾ ਉਹਨੂੰ ਕਰਨ ਦੇ ਲਈ ਇੱਕ ਟੀਮ ਆਈ ਬਕਾਇਦਾ। ਔਰ ਥੈਂਕਸ ਉਹਰੀ ਸਾਹਿਬ, ਤੁਸੀਂ ਸਪੋਰਟ ਕੀਤਾ, ਬਾਂਸਲ ਸਾਹਿਬ ਹੈ ਨਾ ਜਿੰਨੇ ਪ੍ਰੋਡਿਊਸਰ ਬੈਠੇ ਨੇ, ਕਿਉਂਕਿ ਜਦੋਂ ਤੱਕ ਪ੍ਰੋਡਿਊਸਰ ਜੇਬ 'ਚੋਂ ਪੈਸੇ ਨਹੀਂ ਕੱਢਦੇ ਤਾਂ ਇਹੋ ਜਿਹਾ ਸਿਨੇਮਾ ਨਹੀਂ ਬਣ ਸਕਦਾ। ਅਸੀਂ ਜਿੰਨਾ ਮਰਜ਼ੀ ਗੱਲਾਂ ਕਰੀ ਜਾਈਏ, ਜਿੰਨਾ ਮਰਜ਼ੀ ਸੋਚੀ ਜਾਈਏ, ਸੋ ਪ੍ਰੋਡਿਊਸਰਾਂ ਦੀ ਸਪੋਰਟ ਆਲਵੇਜ਼ ਚਾਹੀਦੀ ਹੈ। ਔਰ ਅਸੀਂ ਇੱਕ ਮੈਸੇਜ ਕਨਵੇ ਕਰਨ ਵਾਲਾ ਸਿਨੇਮਾ ਬਹੁਤ ਵਧੀਆ, ਇਹਦੇ ਵਿੱਚ ਇੱਕ ਸੁਨੇਹਾ ਫਿਲਮ ਦੇ ਵਿੱਚ, ਇੰਟਰਟੇਨਿੰਗ ਫਿਲਮ ਹੈ। ਔਰ ਜਦੋਂ ਤੱਕ ਮੈਨੂੰ ਲੱਗਦਾ ਹੁੰਦਾ ਕਿ ਐਕਸ਼ਨ ਉਦੋਂ ਕੰਮ ਕਰਦਾ ਜਦੋਂ 'ਚ ਇਮੋਸ਼ਨਸ ਹੁੰਦੇ ਨੇ, ਜਦੋਂ ਫਿਲਮ ਤੁਹਾਨੂੰ ਰਵਾ ਦਿੰਦੀ ਹੈ ਫਿਰ ਉਹਦੇ ਉੱਤੇ ਐਕਸ਼ਨ ਕੰਮ ਕਰਦਾ। ਸੋ ਜੇ ਆਪਾਂ ਐਵੇਂ ਬੰਦੇ ਕੁੱਟੀ ਜਾਈਏ, ਮਾਰੀ ਜਾਈਏ ਤਾਂ ਮੈਨੂੰ ਲੱਗਦਾ ਉਹਦਾ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਫਲੋਪ ਹੋਈਆਂ ਨੇ, ਵੱਡੇ ਬਜਟ ਵਾਲੀਆਂ ਵੀ। ਸੋ ਅਸੀਂ ਇੱਕ ਚੰਗੀ ਕਹਾਣੀ ਲੈ ਕੇ ਆਏ, ਚੰਗੀ ਫਿਲਮ ਲੈ ਕੇ ਆਏ, ਔਰ ਤੁਸੀਂ ਜ਼ਰੀਆ ਹੋ ਲੋਕਾਂ ਤੱਕ ਪਹੁੰਚਾਉਣ ਦਾ ਸਾਡੇ ਕੰਮ ਨੂੰ ਜੋ ਅਸੀਂ ਮਿਹਨਤ ਕੀਤੀ ਆ। ਸੋ ਮੇਰੀ ਸਾਰੀ ਟੀਮ ਇੱਥੇ ਬੈਠੀ ਆ, ਪਰਮਵੀਰ ਬਾਈ ਬਹੁਤ ਸੋਹਣਾ ਕੰਮ ਕੀਤਾ, ਔਰ ਸੈਮੋਲ ਬਾਈ, ਰਾਜ ਝਿੰਜਰ ਬਾਈ, ਲੱਕੀ ਧਾਲੀਵਾਲ, ਰੂਸ਼ੀ ਸ਼ਰਮਾ ਜੀ, ਜਪਜੀ ਖਹਿਰਾ, ਸਾਰੀ ਟੀਮ 'ਚ ਕਮਾਲ ਦੇ ਐਕਟਰ ਨੇ, ਬਾ ਕਮਾਲ ਇਹਨਾਂ ਦੀਆਂ ਪਰਫੋਰਮੈਂਸਿਸ ਤੁਹਾਨੂੰ ਦਿਖਣੀਆਂ ਨੇ ਫਿਲਮ 'ਚ। ਔਰ ਮੈਂ ਸਪੈਸ਼ਲੀ ਸੈਮੋਲ ਬਾਈ ਲਈ ਕਹਿਣਾ ਚਾਹੂੰਗਾ ਕਿ ਸੈਮੋਲ ਬਾਈ ਥੀਏਟਰ ਦੇ ਦਿੱਗਜ ਕਲਾਕਾਰ ਨੇ, ਔਰ ਮੈਂ ਇਹਨਾਂ ਦੇ ਅੰਦਰ ਕਾਫੀ ਥੀਏਟਰ ਕੀਤਾ, ਇਹਨਾਂ ਦੇ ਅੰਡਰ ਮੈਂ ਕਾਫੀ ਪਲੇਜ਼ ਕੀਤੇ ਨੇ। ਅਤੇ ਇਹਨਾਂ ਦਾ ਜਿਹੜਾ ਕਿਰਦਾਰ ਆ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ। ਔਰ ਇੱਕ ਥੀਏਟਰ ਦਾ ਕਲਾਕਾਰ ਕੀ ਹੁੰਦਾ, ਆਪਣੀ ਪਾਵਰ ਦਾ ਕਿਵੇਂ ਲੋਹਾ ਮਨਵਾ ਸਕਦਾ, ਤਾਂ ਉਹ ਤੁਹਾਨੂੰ ਬਲੈਕੀਏ ਦੇ ਵਿੱਚ ਦੇਖਣ ਨੂੰ ਮਿਲਣਾ। ਔਰ ਪਰਮਵੀਰ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ, ਰਾਜ ਝਿੰਜਰ ਬਾਈ ਨੇ, ਲੱਕੀ ਨੇ, ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ, ਬਹੁਤ ਕੰਮ ਕੀਤਾ। ਔਰ ਸਾਡੇ ਡਾਇਰੈਕਟਰ ਨਵਨੀਤ ਗੁਗਨੂ ਭਾਅ ਜੀ ਜਿਨ੍ਹਾਂ ਨੇ ਆਪਣੀ ਚੀਜ਼ਾਂ ਲਾਈ, ਜੇ ਤੁਸੀਂ ਪਿੱਛੇ ਮਿਊਜ਼ਿਕ ਵੱਜਦਾ ਦੇਖ ਰਹੇ ਹੋ ਜਾਂ ਹੋਰ, ਤੁਸੀਂ ਸਿਨੇਮੈਟੋਗ੍ਰਾਫੀ ਦੇ ਵਿੱਚ ਆਪਣੇ ਬ੍ਰਦਰ ਨੂੰ ਲੈ ਕੇ ਆਏ ਜਤਿਨ ਨੂੰ, ਜਿਨ੍ਹਾਂ ਨੇ ਕਿ ਰੋਏ ਵਰਗੀਆਂ, ਖੁਦਾ ਹਾਫਿਜ਼ 1, ਖੁਦਾ ਹਾਫਿਜ਼ 2 ਵਰਗੀਆਂ ਫਿਲਮਾਂ ਕੀਤੀਆਂ ਨੇ, ਸੋ ਉਹਨਾਂ ਨੂੰ ਲੈ ਕੇ ਆਏ ਅਤੇ ਪੂਰੀ ਉਹਨਾਂ ਨੇ ਜਾਨ ਲਾਈ ਸਾਡੀ ਸਾਰੀ ਟੀਮ ਨੇ। ਸੋ ਹੁਣ ਵਾਰੀ ਹੈ ਜੀ ਤੁਹਾਡੀ, ਤੁਸੀਂ ਸਾਡੇ ਕੰਮ ਨੂੰ ਲੋਕਾਂ ਤੱਕ ਪਹੁੰਚਾਓ, ਬਸ ਇਹੀ ਉਮੀਦ ਹੈ ਤੁਹਾਡੇ ਸਾਰਿਆਂ ਤੋਂ। ਥੈਂਕ ਯੂ, ਥੈਂਕ ਯੂ ਵੈਰੀ ਮੱਚ। ਬਿੰਨੂ ਬਾਈ, ਮੈਂ ਕਹੂੰਗਾ ਵੀ ਤੁਸੀਂ ਦੋਨਾਂ ਨੇ ਇਕੱਠੇ ਸ਼ੁਰੂਆਤ ਹੈ ਨਾ, ਇਕੱਠੇ ਬਹੁਤ ਚੀਜ਼ਾਂ ਦੇਖੀਆਂ,
ਕਪਿਲ ਭਾਈ ਕਹਿੰਦੇ ਸੀਗੇ ਵੀ ਉਹਨਾਂ ਨਾਲ ਹੀ ਬੈਠ ਕੇ ਜਹਾਜ਼ 'ਚ ਸਫ਼ਰ ਆਉਂਦਾ ਜਿਨ੍ਹਾਂ ਨਾਲ ਸਾਈਕਲ 'ਤੇ ਟਾਈਮ ਕੱਟਿਆ ਹੋਵੇ। ਹੁਣ ਤੁਸੀਂ ਦੋਨੋਂ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਟਾਰ ਹੋ, ਅਤੇ ਹੁਣ ਦੋਨਾਂ 'ਚ ਕੀ ਗੱਲਾਂ ਹੁੰਦੀਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੁਣ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤਾਂ ਮੇਰਾ ਛੋਟਾ ਭਰਾ ਹੈ ਜੀ, ਅਤੇ ਉਹਦਾ ਸਬੂਤ ਇਹੀ ਹੈ ਜਿਹੜਾ ਤੁਸੀਂ ਕਹਿੰਦੇ ਆਨੰਦ ਆਉਂਦਾ ਤਾਂ ਹੀ ਇਕੱਠੇ ਬੈਠੇ ਨੇ ਜੀ, ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਇੰਡਸਟਰੀ ਇਕੱਠੀ ਹੈ ਸਾਰੇ ਜਾਣੇ, ਪਰ ਈਗੋ ਪ੍ਰੋਬਲਮਸ ਬਹੁਤ ਨੇ ਹਰੇਕ ਨੂੰ, ਹੈ ਨਾ। ਜਾਣ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ, ਪਹਿਲਾਂ ਐਂ ਲੱਗਦਾ ਵੀ ਇਹੋ ਜਿਹਾ ਦੁੱਧ ਉੱਤੇ ਕੋਈ ਹੋਣੀ ਨਹੀਂ, ਸਾਰੇ ਘਿਓ ਖਿਚੜੀ ਹੋਏ ਹੁੰਦੇ, ਜਿਹੜਾ ਉੱਠ ਕੇ ਜਾਂਦਾ ਬਸ ਉਸ ਤੋਂ ਬਾਅਦ ਪੜੋਸ ਦਿੰਦੇ ਆ ਸਮਾਰ ਕੇ, ਹੈ ਨਾ। ਸੋ ਇਹ ਨੇਚਰ ਹੈ, ਪਰ ਮੇਰਾ ਵੀਰ ਮੈਨੂੰ ਪ੍ਰਾਊਡ ਹੈ ਮੇਰੇ ਭਰਾ 'ਤੇ, ਇਸ ਇੰਡਸਟਰੀ 'ਚ ਜਿਹੜੀ 'ਚ ਇਹ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਇਜ਼ ਦਾ ਓਨਲੀ ਵਨ, ਹੈ ਨਾ। ਇਹ ਇਕੱਲੇ ਹੀ ਆਏ ਨੇ, ਇਕੱਲੀ ਆਪਦੀ ਜਿਹੜੀ ਲੀਹ ਆਪ ਖਿੱਚੀ ਹੈ, ਕਿਸੇ ਦੀ ਬਾਂਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉੱਦਾਂ ਕਰਕੇ ਮੈਂ ਲਾਈਨ ਬਣਾ ਲਾਂ। ਲਾਈਨਾਂ 'ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਪਰ ਮੂਹਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ, ਹੈ ਨਾ। ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ, ਮੈਨੂੰ ਲੱਗਦਾ ਜਦੋਂ ਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ, ਕੋਈ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ। ਸੋ ਹੀ ਇਜ਼ ਦਾ ਓਨਲੀ ਵਨ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ, ਇਹ ਰਿਸਕ ਲਿਆ ਪਹਿਲਾਂ ਆ ਕੇ ਵੀ ਯਾਰ ਮੈਂ ਆਪਦੀ ਇਮੇਜ ਇੱਦਾਂ ਦੀ ਬਣਾਵਾਂ, ਔਰ ਸਫਲ ਹੋਇਆ ਮੇਰਾ ਭਰਾ। ਅਤੇ ਬਹੁਤ ਬਹੁਤ ਮੁਬਾਰਕਾਂ ਮੈਨੂੰ ਟੇਲਰ, ਬਹੁਤ ਵਧੀਆ ਲੱਗਿਆ, ਇੰਟਾਇਰ ਟੀਮ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ, ਇੱਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਦੂਜੀ ਗੱਲ, ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ KGF ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉੱਦਾਂ ਲੱਗਦਾ, ਤਾਂ ਇਹ ਪ੍ਰਾਊਡ ਵਾਲੀ ਗੱਲ ਹੈ। ਅਸੀਂ KGF ਪਤਾ ਨਹੀਂ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ, ਅਸੀਂ ਥੋੜ੍ਹੇ ਜਿਹੇ ਪੈਸਿਆਂ 'ਚ ਉਹਨਾਂ ਨੂੰ ਕੰਪੀਟ ਕਰ ਰਹੇ ਹਾਂ, ਜੇ ਉੱਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ 'ਚ ਆ ਰਹੀ ਹੈ ਤਾਂ ਮੇਰੇ ਹਿਸਾਬ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ, ਹੈ ਨਾ। ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਕਰਨੇ ਪੈਣੇ ਆ, ਥੋੜ੍ਹੇ ਜਿਹੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ। ਸੋ ਆਪਾਂ ਨੂੰ ਲੱਗਦਾ ਵੀ ਆਪਣੇ ਜਦੋਂ ਆਪਣੇ ਭਰਾ ਭੈਣ ਕਿਸੇ ਬੱਚੇ ਦੀ ਜਾਂ ਇੱਦਾਂ ਦੀ ਮੂਵੀ ਆਉਂਦੀ ਹੈ, ਜੇ ਕੋਈ ਵੱਖਰਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ, ਉਹ 'ਚ ਨੁਕਸ ਨਾ ਕੱਢਿਆ ਕਰੀਏ, ਹੈ ਨਾ। ਨੁਕਸ ਕੱਢਣੇ ਬੜੇ ਸੌਖੇ ਆ, ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਯਾਰ ਕੋਈ ਘਸੁੰਨ ਤਾਂ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਦੇ, ਜਿਹਦੇ ਪੈਂਦਾ ਤਾਂ ਉਹਦੇ 'ਚ ਕੀ ਕਹਾ ਗਏ ਤਾਂ ਮੇਜ਼ ਖਾਂਦਾ, ਕਹਿੰਦੇ ਘਸੁੰਨੇ ਮੇਜ਼ ਖਾਂਦਾ ਫਲਾਣੀ ਮੂਵੀ ਨਾਲ। ਸੋ ਇਹ ਨਹੀਂ ਕਰਨਾ, ਆਪਾਂ ਗੁੱਡ ਸਿਨੇਮਾ ਕਹਿਣ ਵਾਸਤੇ ਆਪਦੇ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਨੂੰ ਐਪਰੀਸ਼ੀਏਟ ਕਰੀਏ, ਜਿਗਰਾ ਰੱਖੀਏ, ਹੋਰ ਵਧੀਆ ਵਧੀਆ ਫਿਲਮਾਂ ਤਾਂ ਹੀ ਲੈ ਕੇ ਆਉਣਗੇ ਜੇ ਆਪਾਂ ਅੱਜ ਬੈਠ ਕੇ, ਜੇ ਘਰੋਂ ਥਾਪੀ ਮਿਲੂਗੀ ਨਾ ਬੱਚਾ ਜ਼ਿਆਦਾ ਵਧੀਆ ਕੰਮ ਕਰਦਾ ਮੇਰੇ ਹਿਸਾਬ ਨਾਲ। ਸੋ ਇਹ ਥਾਪੀ ਵਾਸਤੇ ਆਪਾਂ ਇਕੱਠੇ ਹੁੰਦੇ ਹਾਂ ਔਰ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਹੋ ਨਹੀਂ ਸਕਦੀ, ਸਾਰੇ ਜਾਣੇ ਪੋਜ਼ਿਟਿਵਿਟੀ ਰੱਖਿਆ ਕਰੀਏ, ਅਤੇ ਇੰਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਵੀਰ ਵੀਰ ਕਮਾਲ ਦੀ ਲੋਕ ਯਾਰ, ਬਹੁਤ ਸੋਹਣਾ, ਬਹੁਤ ਹੀ ਕਮਾਲ ਕੀਤੀ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਕੰਮ। ਔਰ ਵੱਡੀ ਗੱਲ, ਜਿਹੜੇ 'ਚ ਮੈਂ ਟ੍ਰੇਲਰ ਦੇਖਿਆ ਪਿਆ ਸੀ, ਪਹਿਲਾਂ ਵੀ ਦੇਖਿਆ, ਖੈਰ ਹਰ ਰੋਜ਼ ਡਿਸਕਸ ਕਰਦੇ ਹਾਂ, ਚਾਹੇ ਦੇਵ ਆ ਉਹ ਜਾਂ ਸਾਰੇ ਜਾਣੇ ਜਿੰਨੇ ਵੀ ਇੱਥੇ ਸਾਡੇ ਆਰਟਿਸਟ ਬੈਠੇ ਨੇ, ਕੋਈ ਵੀ ਮੈਨੂੰ ਉਹ ਆਪਦੀ ਦਿੱਖ ਤੋਂ ਨਹੀਂ ਲੱਗਿਆ। ਜੇ ਪਰਮਵੀਰ ਹੈ ਤਾਂ ਪਰਮਵੀਰ ਨਹੀਂ ਲੱਗਿਆ, ਉਹ ਇੱਕ ਕਰੈਕਟਰ ਲੱਗਿਆ, ਹੈ ਨਾ। ਸਾਰਿਆਂ ਨੇ ਕਰੈਕਟਰ ਕੀਤੇ ਹੈ, ਉਹ ਕਮਾਲ ਦੀ ਦਿੱਖ ਆ ਰਹੀ ਹੈ, ਉਸੇ ਕਰਕੇ ਮੂਵੀ ਬਹੁਤ ਜ਼ਿਆਦਾ ਵਧੀਆ ਲੱਗੇ। ਆਈ ਐਮ ਐਕਸਾਈਟਡ, ਲਾਈਕ ਮੈਨੂੰ ਐਂ ਲੱਗਦਾ ਵੀ ਬਹੁਤ ਵੱਡੀ ਗ੍ਰੋਸ ਹੋਣੀ ਚਾਹੀਦੀ ਹੈ, ਓਪਨਿੰਗ ਬਹੁਤ ਵੱਡੀ ਲੱਗਣੀ ਚਾਹੀਦੀ ਹੈ। ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹਿਲੇ ਦਿਨ ਹੀ ਆਪਾਂ ਜੇ ਇੱਦਾਂ ਦਾ ਸਿਨੇਮੇ ਨੂੰ ਬਦਲਣਾ ਚਾਹੁੰਦੇ ਹਾਂ, ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਵੱਡੀ ਥਾਂ ਮੇਲੇ ਦੇਖਣਾ ਚਾਹੁੰਦੇ ਹਾਂ, ਆਪਣੀ ਜ਼ੁਬਾਨ ਨੂੰ, ਹੈ ਨਾ, ਸਾਡੇ ਇਸ ਸਿਨੇਮੇ ਨੂੰ, ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲੇ ਦਿਨ ਇਹ ਫਿਲਮ ਨੂੰ ਹੁੰਗਾਰਾ ਦੇਣਾ ਚਾਹੀਦਾ। ਸਾਰੇ ਜਾਣੇ ਜ਼ਰੂਰ ਜਾ ਕੇ ਦੇਖ ਕੇ ਆਓ। ਔਰ ਗੱਲ ਮੈਂ ਕਰੂੰਗਾ ਸਾਡੇ ਸੈਮਲ ਜੌਨ ਬਾਈ ਦੀ, ਬਾਈ ਮੂਹਰੇ ਤਾਂ ਸਿਰੇ ਝੁਕਦਾ ਜੀ, ਮੈਂ ਬਾਈ ਦਾ ਜੂਨੀਅਰ ਸੀਗਾ ਜੀ, ਅਤੇ ਬਾਈ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ। ਸੱਚੀ ਗੱਲ ਹੈ ਜੀ, ਸੈਮਲ ਬਾਈ, ਅਸੀਂ ਇੱਕ ਬੰਦਾ ਝਿਜਕਦਾ ਨਹੀਂ ਹੁੰਦਾ, ਮੇਰੇ ਖਿਆਲ 'ਚ ਪਹਿਲੀ ਦੂਜੀ ਵਾਰੀ ਹੋਇਆ ਹੁਣ, ਮੈਂ ਤਾਂ ਸੈਮਲ ਬਾਈ ਮੂਹਰੇ ਕਦੇ ਬੋਲਿਆ ਨਹੀਂ ਜਾਂਦੀ। ਅਸੀਂ ਯੂਨੀਵਰਸਿਟੀ ਮੈਂ ਪੜ੍ਹਦਾ ਸੀ, ਸੈਮਲ ਬਾਈ ਸਾਡੇ ਸੀਨੀਅਰ ਸੀਗੇ, ਅਤੇ ਅੱਜ ਫਸਟ ਟਾਈਮ ਹੈ ਮੈਂ ਸੈਮਲ ਬਾਈ ਤੋਂ ਪਹਿਲਾਂ ਮੈਂ ਬੋਲਿਆ, ਨਹੀਂ ਸੈਮਲ ਬਾਈ ਥੋੜ੍ਹਾ ਬੋਲਣ ਦਿੰਦਾ ਸੀ ਕਿਸੇ ਨੂੰ। ਨਹੀਂ ਸੀਰੀਅਸਲੀ ਬਾਈ,
ਸਲਿਊਟ ਹੈ ਤੁਹਾਨੂੰ, ਤੁਸੀਂ ਬਹੁਤ ਸੀਰੀਅਸ ਥੀਏਟਰ ਕੀਤਾ, ਬਹੁਤ ਸਾਨੂੰ, ਮੈਨੂੰ ਮਾਣ ਹੈ ਵੀ ਮੈਂ ਤੁਹਾਡੇ ਨਾਲ ਕੰਮ ਕੀਤਾ, ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ, ਜਿਉਂਦੇ ਰਹੋ ਔਰ ਵਾਹਿਗੁਰੂ ਤੰਦਰੁਸਤੀ ਬਖਸ਼ਣ। ਸੇ ਬਾਈ ਇੱਕ ਵਾਰੀ ਫਿਰ ਮੇਰੇ ਵੱਲੋਂ, ਬਾਈ ਰਾਜ ਬਾਈ, ਕਮਾਲ ਵੀਰੇ ਕਮਾਲ, ਉੱਧਰ ਲੱਕੀ ਵੀਰਾ ਕਮਾਲ ਵੀਰੇ, ਬਹੁਤ ਵਧੀਆ, ਤੁਹਾਡੀ ਅੱਖ ਬੋਲਦੀ ਯਾਰ, ਮੈਂ ਤਾਂ ਬਹੁਤ ਨੂੰ ਕਹਿੰਦਾ ਹੁੰਦਾ, ਬਹੁਤ ਵਧੀਆ ਬਾਈ, ਬਹੁਤ ਵਧੀਆ ਬਾਬਾ, ਬਹੁਤ ਕਿਰਪਾ ਕਰੇ। ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਜੱਗੀ ਧੂਰੀ, ਜੱਗੀ ਜੱਗੀ ਦਾ, ਜੱਗੀ ਦਾ ਜਿੱਧਰੋਂ ਧੰਨਵਾਦ ਕਰਾਉਂਦੇ ਹੀਰੋ ਤੋਂ। ਸੋ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ, ਵਾਹਿਗੁਰੂ ਚੜ੍ਹਦੇ ਕਲਾ ਚ ਰੱਖਣ, ਐਂਡ ਆਪਣਾ ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਂ ਨਾ ਹੁਣ ਜੋ ਤੁਸੀਂ ਬੋਲ ਰਹੇ ਸੀ, ਮੈਂ ਦੇਖਿਆ, ਮੈਂ ਜੱਗੀ ਦੇਖਿਆ, ਮੈਂ ਜੱਗੀ ਦਾ ਨਾਮ ਲੈਣਾ ਹੀ ਭੁੱਲ ਗਿਆ, ਮੈਨੂੰ ਆਪਣੇ ਆਪ 'ਚ ਅੰਦਰੋਂ ਅੰਦਰ ਹੋ ਹੀ ਜਾ ਰਿਹਾ ਸੀਗਾ। ਸੋ ਜੱਗੀ ਧੂਰੀ ਨੂੰ ਹੁਣ ਤੱਕ ਤੁਸੀਂ ਕੋਮੇਡੀ ਫਿਲਮਾਂ ਦੇ ਵਿੱਚ ਦੇਖਿਆ, ਔਰ ਬਹੁਤ ਡਿਫਰੈਂਟ ਕਿਰਦਾਰ ਦੇ ਵਿੱਚ ਮੇਰਾ ਵੀਰ ਆ ਰਿਹਾ ਹੈ, ਅਤੇ ਬਹੁਤ ਸੋਹਣਾ ਕੰਮ ਕੀਤਾ ਇਹਨੇ ਫਿਲਮ ਦੇ ਵਿੱਚ। ਸੋ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ, ਕਿਉਂਕਿ ਫਿਲਮ ਮੇਰੇ ਇਕੱਲੇ ਨਾਲ ਨਹੀਂ ਹੈ, ਇਹ ਸਾਡੀ ਸਾਰੀ ਫੁਲਵਾੜੀ ਹੈ, ਜਦੋਂ ਸਾਰੇ ਜਣੇ ਆਪਣੇ ਆਪਣੇ ਰੋਲ ਨਾਲ ਇਨਸਾਫ ਕਰਦੇ ਆ, ਆਪਣੇ ਆਪਣੇ ਕਰੈਕਟਰ ਨਾਲ ਇਨਸਾਫ ਕਰਦੇ ਆ, ਤਾਂ ਜਾ ਕੇ ਇੱਕ ਸੰਪੂਰਨ ਫਿਲਮ ਬਣਦੀ ਆ। ਕਦੇ ਕੋਈ ਇਕੱਲਾ ਐਕਟਰ ਆਪਣੇ ਨਾਮ 'ਤੇ ਫਿਲਮ ਨਹੀਂ ਚਲਾ ਸਕਦਾ। ਸੋ ਸਾਰੇ ਹਰ ਬੰਦੇ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ, ਔਰ ਤੁਸੀਂ ਜਦੋਂ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਡਿਫਰੈਂਟ ਤਰ੍ਹਾਂ ਦਾ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ 'ਚ ਕਿੰਨੇ ਕੁ ਸਫਲ ਹੋਏ ਆ ਉਹ 8 ਮਾਰਚ ਨੂੰ ਤੁਸੀਂ ਦੱਸੋਗੇ। ਥੈਂਕ ਯੂ ਅਰੁਸ਼ੀ, ਤੁਸੀਂ ਇਸ ਫਿਲਮ ਦਾ ਹਿੱਸਾ ਹੋਣਾ, ਬਹੁਤ ਸੋਹਣੇ ਲੱਗ ਰਹੇ ਸਕਰੀਨ 'ਤੇ, ਐਕਸਪੀਰੀਅੰਸ ਕਿਵੇਂ ਦਾ ਸੀ? ਕਿਉਂਕਿ ਬਲੈਕ ਏਅਰ 2 ਮੈਨੂੰ ਲੱਗਦਾ ਵੀ ਪੰਜਾਬ ਦੀ ਉਹ ਵਾਲੀ ਫਿਲਮ ਬਣ ਸਕਦੀ ਹੈ ਜੋ ਸਿਨੇਮਾ ਨੂੰ ਦੁਬਾਰਾ ਚੇਂਜ ਲੈ ਕੇ ਆਊਗੀ, ਰੈਵੋਲਿਊਸ਼ਨ ਲੈ ਕੇ ਆਉਂਦੀ ਹੈ ਐਕਸ਼ਨ 'ਚ, ਮੈਨੂੰ ਲੱਗਦਾ ਇਹ ਫਿਲਮ ਉਹ ਬਣੂਗੀ। ਸੋ ਇਸ ਦਾ ਹਿੱਸਾ ਉਹ, ਤੁਸੀਂ ਐਕਸਪੀਰੀਅੰਸ ਸੈੱਟ ਦਾ ਕਿਵੇਂ ਸੀਗਾ? ਆਈ ਵਿਸ਼ ਕਿ ਜ਼ਿਆਦਾ ਕੰਮ ਹੋਤਾ ਤੋ ਜ਼ਿਆਦਾ ਟਾਈਮ ਮਿਲਤਾ ਸਪੈਂਡ ਕਰਨੇ ਕਾ, ਲੇਕਿਨ ਓਵਰਵੈਲਮਿੰਗ ਮਤਲਬ ਮੇਰੀ ਫੀਲਿੰਗ ਥੀ ਜਬ ਮੁਝੇ ਓਰੀ ਜੀ ਨੇ ਫੋਨ ਕੀਆ ਫੋਰ ਦਾ ਪਾਰਟ, ਐਂਡ ਇਟਸ ਗ੍ਰੇਟ ਕਿ ਇਤਨੀ ਅਮੇਜ਼ਿੰਗ ਟੀਮ ਹੈ, ਮੁਝੇ ਤੋ ਮੈਂ ਬੋਲ ਵੀ ਨਹੀਂ ਸਕਤੀ ਇਨਕੇ ਸਾਹਮਣੇ ਬਿਕੋਜ਼ ਦੇ ਆਰ ਆਲਸੋ ਸੀਨੀਅਰ, ਬਟ ਆਫਕੋਰਸ ਆਈ ਫੀਲ ਲੱਕੀ ਕਿ ਮੈਂ ਛੋਟੀ ਹੂੰ ਸਬਸੇ, ਐਂਡ ਆਈ ਗੈਟ ਟੂ ਲਰਨ ਅਲੋਟ ਫਰੋਮ ਦੈਮ, ਸੋ ਆਫਕੋਰਸ ਆਈ ਫੀਲ ਹੈਪੀ ਅਬਾਊਟ ਇਟ। ਸੰਦੀਪ ਬੰਸਲ ਜੀ, ਪੈਸਾ ਲਾਉਣ ਵੇਲੇ ਨਾ ਹੈ ਨਾ ਬਹੁਤ ਟੈਨਸ਼ਨ ਹੁੰਦੀ ਹੈ ਕਿ ਕਿਹੜਾ ਰਾਈਟ ਪ੍ਰੋਜੈਕਟ ਹੈ, ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਲੋਕ ਪ੍ਰੋਡਿਊਸਰ ਦੀ ਹੁੰਦੀ ਹੈ ਕਿਉਂਕਿ ਸਭ ਤੋਂ ਰਿਸਕ ਜ਼ਿਆਦਾ ਪ੍ਰੋਡਿਊਸਰ ਦਾ ਹੁੰਦਾ। ਪੈਸਾ ਹੈ ਹੀ ਬਹੁਤ ਹੈ, ਪਤਾ ਨਹੀਂ ਕਿੱਥੇ ਕਿੱਥੇ ਲਾਉਣੀ। ਨਹੀਂ, ਬਲੈਕੀਆ ਜਦ ਹੋਰੀ ਸਾਹਿਬ ਨੇ ਮੈਨੂੰ ਦੱਸਿਆ ਵੀ ਆਪਾਂ ਇਕੱਠੇ ਮਿਲ ਕੇ ਕਰਦੇ ਹਾਂ, ਤਾਂ ਬਲੈਕੀਆ ਵੈਸੇ ਪਹਿਲਾਂ ਬਲੈਕੀਆ 1 ਵੀ ਬਹੁਤ ਵੱਡਾ ਸੀਗਾ, ਅਤੇ ਦੇਵ ਦੇ ਅਸੀਂ ਫੈਨ ਹੈਗੇ ਹੀ ਹਾਂ, ਅਤੇ ਇਹ ਐਜ਼ ਪ੍ਰੋਡਿਊਸਰ ਨਹੀਂ, ਐਜ਼ ਫੈਨ ਨੇ ਪੈਸੇ ਲਾਏ। ਸੋ ਵਿਵੇਕ ਹੋਰੀ ਜੀ, ਤੁਸੀਂ ਵੀ ਪ੍ਰੋਡਿਊਸਰ ਦਾ ਉਹ ਪ੍ਰੋਡਿਊਸਰ, ਬਹੁਤ ਚੰਗੀਆਂ ਫਿਲਮਾਂ 'ਤੇ ਪੈਸਾ ਲਾਉਂਦੇ ਹੋ, ਇੱਕ ਬਹੁਤ ਜ਼ਰੂਰੀ ਚੀਜ਼ ਹੈ ਪ੍ਰੋਡਿਊਸਰ ਦਾ ਭਰੋਸਾ ਕਰਨਾ। ਭਾਈ ਸਭ ਭਾਈ ਪਹਿਲੇ ਤਾਂ ਰੱਬ ਦਾ ਸ਼ੁਕਰ ਹੈ ਕਿ ਬਲੈਕ ਏਅਰ 2 ਵਰਗੀ ਫਿਲਮ ਰੱਬ ਨੇ ਬਖਸ਼ੀ ਕਿ ਬਣ ਪਾਈ ਹੈ, ਔਰ ਮੇਕਰ ਨੂੰ ਨਹੀਂ ਪਤਾ ਲੱਗਦਾ ਕਿ ਕਿੱਦਾਂ ਦੀ ਫਿਲਮ ਬਣਨੀ ਜਦੋਂ ਉਹ ਟੇਬਲ 'ਤੇ ਐਡਿਟ 'ਤੇ ਨਹੀਂ ਜਾਂਦੀ। ਅਤੇ ਦੇਵ ਖਰੋੜ ਪਿਛਲੇ 5-6 ਸਾਲਾਂ ਤੋਂ ਬਲੈਕ ਏਅਰ 1 ਤੋਂ ਜੁੜੇ ਹੈ, ਅਗਰ ਜੇ ਪਹਿਲੀ ਬਲੈਕੀਆ ਦੇਖੋ ਦੇਵ ਖਰੋੜ ਇਨ ਐਸ ਬਲੈਕੀਆ, ਔਰ ਸਾਡੀ ਨਜ਼ਰਾਂ ਦੇ ਵਿੱਚ ਦੇਵ ਖਰੋੜ ਇੰਨਾ ਉੱਤੇ ਉੱਠ ਗਿਆ, ਤਾਂ ਅਸੀਂ ਉਹਦੇ ਉੱਤੇ ਹੁਣ ਇੱਕ ਹੈਟ ਹੋਰ ਇੱਕ ਰਿਸਪੈਕਟ ਦੀ ਐਕਸ਼ਨ ਸਟਾਰ ਦੇਵ ਖਰੋੜ ਲਗਾਤਾ, ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਪੰਜਾਬ ਦੇ ਵਿੱਚ ਸਿਨੇਮਾ ਕਰਦਾ ਹੈਗਾ, ਔਰ ਜਿੰਨੀ ਇਨਵੋਲਵਮੈਂਟ ਦੇਵ ਖਰੋੜ ਫਿਲਮ ਦੇ ਵਿੱਚ ਕਰਦਾ ਹੈਗਾ, ਔਰ ਮੈਨੂੰ ਨਹੀਂ ਲੱਗਦਾ ਹੋਰ ਵੀ ਕੋਈ ਕਲਾਕਾਰ, ਕਿਉਂਕਿ ਜ਼ੀਰੋ ਤੋਂ ਸਟਾਰਟ ਹੋਣਾ ਹੈ ਹਰ ਕਰੈਕਟਰ, ਇਹ ਕਰੈਕਟਰ ਇਸ ਕਰੈਕਟਰ ਨੂੰ ਜਾਊਗਾ, ਇਹ ਸਟੋਰੀ 'ਚ ਆਹ ਹੋਣਾ ਚਾਹੀਦਾ, ਬਹੁਤ ਸਾਰਾ ਮਤਲਬ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ। ਔਰ ਕੈਪਟਨ ਆਫ ਦਾ ਸ਼ਿਪ ਨਵਨੀਤ ਸਿੰਘ ਉਹ ਵੀ ਇਸ ਫਿਲਮ ਨੂੰ ਲੈ ਕੇ ਜੀ ਰਹੇ ਹੈਗੇ, ਔਰ ਉਹਨਾਂ ਦੀ ਵੀ ਆਪਣੀ ਲਾਈਫ ਦੀ 1 ਆਫ ਦਾ ਬਿਗੈਸਟ ਫਿਲਮ ਹੈ, ਔਰ ਉਹਨਾਂ ਨੇ ਵੀ ਸਟੋਰੀ 'ਚ ਲੈ ਲਓ, ਮੇਕਿੰਗ 'ਤੇ ਲੈ ਲਓ, ਉਹਨਾਂ ਦੇ ਬ੍ਰਦਰ ਲੈ ਲਓ, ਉਹਨਾਂ ਦੇ ਪਾਪਾ ਲੈ ਲਓ ਹਰਮੀਤ ਜੀ, ਉਹਨਾਂ ਦੀ ਵੀ ਫੈਮਿਲੀ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੀ ਹੋਈ ਹੈ,
ਔਰ ਉਹਨਾਂ ਨੇ ਵੀ ਆਪਣਾ ਪੂਰਾ ਕੰਟਰੀਬਿਊਸ਼ਨ ਦਿੱਤਾ। ਔਰ ਸਭ ਤੋਂ ਇੰਪੋਰਟੈਂਟ ਬੰਸਲ ਸਾਹਿਬ, ਅਗਰ ਜੇ ਪਹਿਲੇ ਬਲੈਕੀਆ ਦੇਖੋ ਤਾਂ ਅਸੀਂ ਬਲੈਕੀਆ ਦੇ ਵਿੱਚ ਇੱਕ ਗੁਨਾਹ ਕੀਤਾ ਕਿ ਸਾਡੀ 26 ਅਪ੍ਰੈਲ ਨੂੰ ਆ ਰਹੀ ਸੀਗੀ ਅਤੇ ਇਹਨਾਂ ਦੀ 3 ਮਈ ਨੂੰ ਦਿਲ ਦੀਆਂ ਗੱਲਾਂ ਆ ਰਹੀ ਸੀਗੀ, ਅਤੇ ਥੋੜ੍ਹੀ ਜਿਹੀ ਸਾਡੇ ਮਨ ਦੇ ਵਿੱਚ ਇਹਨਾਂ ਦੇ ਮਨ 'ਚ ਸਾਡੇ ਮਨ 'ਚ ਤਾਂ ਨਹੀਂ ਸੀਗੀ, ਸਾਡੀ ਮਜਬੂਰੀ ਬਣ ਗਈ ਸੀਗੀ ਤਾਂ ਸਾਨੂੰ ਕਰਨਾ ਪਿਆ 3 ਮਈ ਦੇ ਵਿੱਚ। ਔਰ ਅੱਜ ਉਹ ਹੀ ਅੱਜ ਬੰਸਲ ਸਾਹਿਬ ਮੇਰੇ 'ਤੇ ਭਰੋਸਾ ਕੀਤਾ, ਸਾਡੀ ਟੀਮ 'ਤੇ ਭਰੋਸਾ ਕੀਤਾ ਅਤੇ ਨਾਲ ਸਾਡੇ ਐਜ਼ ਏ ਬਾਂਹ ਬਣ ਕੇ ਇਸ ਫਿਲਮ ਨੂੰ ਸਪੋਰਟ ਕੀਤਾ ਫਾਈਨੈਂਸ਼ਲੀ ਵੀ। ਔਰ ਮੇਰੇ ਸਾਰੇ ਹੋਰ ਵੀ ਕੋ ਪ੍ਰੋਡਿਊਸਰ ਢਿੱਲੋਂ ਬ੍ਰਦਰਸ, ਮਹਿਰ ਢਿੱਲੋਂ ਔਰ ਰਮਨਦੀਪ ਢਿੱਲੋਂ, ਉਹਨਾਂ ਨੇ ਵੀ ਸਪੋਰਟ ਕੀਤੀ ਇਸ ਫਿਲਮ ਨੂੰ। ਔਰ ਸਾਰੇ ਕਲਾਕਾਰ ਤਾਂ ਆਪਣੇ ਆਪਣੇ ਕਰੈਕਟਰ ਦੇ ਵਿੱਚ ਇੰਨੇ ਬੇਖੂਬ ਲੱਗ ਰਹੇ ਆ ਫਿਲਮ ਦੇ ਵਿੱਚ, ਟ੍ਰੇਲਰ ਨੇ ਤੁਹਾਨੂੰ ਦਿਖਾਈ ਦਿੱਤਾ। ਔਰ ਹੁਣ ਤੁਹਾਡਾ ਸਭ ਦਾ ਸਪੋਰਟ ਚਾਹੀਦੀ ਹੈ, ਪਿਆਰ ਚਾਹੀਦਾ ਕਿ ਇਸ ਫਿਲਮ ਨੂੰ ਜਦੋਂ ਮੈਕਸੀਮਮ ਜੋ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਉਹੀ ਲਿਖੋ। ਔਰ ਔਰ ਮੈਨੂੰ ਲੱਗਦਾ ਕਿ ਅਸੀਂ ਮਿਹਨਤ ਬਹੁਤ ਕੀਤੀ ਔਰ ਰਿਵਾਰਡ ਸਾਨੂੰ ਮਿਲੂਗਾ ਇਸ। ਜੀ ਸਾਰਿਆਂ ਨੂੰ, ਜਦੋਂ ਐਕਟਰ ਸ਼ੁਰੂ ਕਰਦਾ ਤਾਂ ਡੈਫੀਨੇਟਲੀ ਉਹਦੀ ਰੇਸ ਹੁੰਦੀ ਹੈ ਵੀ ਉਹ ਏ ਗ੍ਰੇਡ ਦੀਆਂ ਫਿਲਮਾਂ ਕਰੇ, ਏ ਕਲਾਸ ਕੰਮ ਕਰੇ, ਤਾਂ ਉਹਦੇ ਲਈ ਮਤਲਬ ਹੌਲੀ ਹੌਲੀ ਮਿਹਨਤ ਕਰਦਾ ਬੰਦਾ ਪਹੁੰਚਦਾ ਗਾ। ਇਸ ਤੋਂ ਪਹਿਲਾਂ ਮੈਂ ਦੇਵ ਬਾਈ ਨਾਲ ਡਾਕੂਆਂ ਦਾ ਮੁੰਡਾ 2 ਕੀਤੀ ਸੀਗੀ, ਉਹਦੇ 'ਚ ਵੀ ਬਹੁਤ ਐਕਸ਼ਨ ਸੀਗਾ, ਤਾਂ ਐਕਸ਼ਨ ਮੇਰਾ ਫੇਵਰੇਟ ਜਨਰ ਹੈ। ਬਾਈ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਸੀ। ਜਦੋਂ ਓਰੀ ਸਾਹਿਬ ਦਾ ਇਹ ਫਿਲਮ ਲਈ ਫੋਨ ਆਇਆ ਸੀ ਤਾਂ ਮੈਨੂੰ ਪਤਾ ਲੱਗਿਆ ਵੀ ਬਾਈ ਅਰਕੇ ਆਪ ਹੀ ਕਰ ਰਿਹਾ ਸਾਰਾ, ਇੰਨੇ ਚਿਰ ਤੋਂ ਜੁੜੇ ਹੋਏ ਆ, ਤਾਂ ਟਾਈਮ ਸੀਗਾ ਤਾਂ ਕਰਕੇ ਬਾਈ ਅਰਕਿਆਂ ਨੇ, ਦੇਵ ਬਾਈ ਅਰਕਿਆਂ ਨੇ ਚੁਣ ਚੁਣ ਕੇ ਐਕਟਰ ਚੱਕੇ ਹੋਏ ਸੀ। ਅਤੇ ਜਦੋਂ ਸਾਹਮਣੇ ਦੇਵ ਬਾਈ, ਸੈਮੂਅਲ ਭਾਅ ਜੀ, ਪਰਮਵੀਰ ਲੱਕੀ ਸਾਰੇ ਐਡੇ ਐਡੇ ਐਕਟਰ ਹੋਣ ਤਾਂ ਥੋੜ੍ਹੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੁਹਾਡੀ ਕਿ ਤੁਸੀਂ ਵੀ ਉਹਨਾਂ ਨਾਲ ਮੈਚ ਕਰੋ ਕੰਮ ਦੇ ਵਿੱਚ। ਤਾਂ ਪਰ ਬਾਈ ਅਰਕਿਆਂ ਦੀ ਬਹੁਤ ਸਪੋਰਟ ਸੀਗੀ, ਬਹੁਤ ਮਤਲਬ ਗੱਲ ਕਰਦੇ ਸੀ ਕਿਉਂਕਿ ਫਿਲਮ ਇਹਨਾਂ ਦੀ ਆਪ ਦੀ ਕਹਾਣੀ ਲਿਖੀ ਹੋਈ ਸੀ, ਤਾਂ ਇੰਨਾ ਔਖਾ ਨਹੀਂ ਸੀਗਾ ਕੰਮ ਕਰਨਾ, ਪਰ ਫਿਰ ਵੀ ਆਪਦੀ ਗੱਟ ਫੀਲਿੰਗ ਨਾਲ ਕੀਤਾ, ਮਤਲਬ ਜਿੰਨਾ ਕਰ ਸਕਦੀ ਸੀ। ਥੈਂਕ ਯੂ ਲੱਕੀ ਧਾਲੀਵਾਲ ਬਾਈ। ਜਿਵੇਂ ਆਉਂਦੇ ਬਿੰਨੂ ਢਿੱਲੋਂ ਬਾਈ ਨੇ ਤਾਰੀਫ ਹਮੇਸ਼ਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਉਹ ਕੋਚ ਨਹੀਂ ਇਹੋ ਜਿਹੇ ਹੋ ਜਾਣਗੇ ਅਤੇ ਬਾਕੀ ਬਾਈ ਨਾਲ ਬਹੁਤ ਸਪੋਰਟ ਆ, ਬਾਈਆਂ ਦੀ ਹਿੱਸਾ ਹੋਣੀ ਬਹੁਤ ਵੱਡੀ ਗੱਲ ਹੈ ਜੀ। ਸੋ ਬਾਈ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਜਦੋਂ ਮੈਂ ਕਰੈਕਟਰ ਸੁਣਿਆ ਸੀਗਾ ਅਤੇ ਲੱਗਿਆ ਸੀ ਵੀ ਡਿਫਰੈਂਟ ਜਿਹਾ ਕਰੈਕਟਰ ਮੈਂ ਕਿਵੇਂ ਕਰੂੰਗਾ ਹੈ ਨਾ, ਅਤੇ ਬਾਈ ਨੇ ਮੈਨੂੰ ਕੋਲ ਬੁਲਾ ਕੇ ਕਿਹਾ ਵੀ ਲੱਗੀ ਉੱਦਾਂ ਨਹੀਂ, ਇੱਦਾਂ ਕਰਕੇ ਦੇਖ ਜੀ। ਸ਼ਕਤੀ ਕਪੂਰ ਦਾ ਜੀ, ਹਾਂ ਉਹ 'ਚ ਫਿਲਮ ਸੀਗਾ ਬਾਈ, ਖੱਟਾ ਮਿੱਠਾ ਜਿਹਾ ਨੈਗੇਟਿਵ ਕਰੈਕਟਰ ਹੈ ਜੀ, ਅਤੇ ਥੋੜ੍ਹਾ ਜਿਹਾ ਕਰਨ 'ਚ ਵੀ ਬੜਾ ਵਧੀਆ ਲੱਗਿਆ ਜੀ। ਸੋ ਬਾਕੀ ਤੁਸੀਂ ਮੂਵੀ 'ਚ ਦੇਖਿਓ ਅਤੇ ਸਪੋਰਟ ਕਰਿਓ ਨਾ ਜੀ, ਥੈਂਕ ਯੂ ਜੀ। ਪਹਿਲੇ ਸਾਡਾ ਸ਼ਰੀਕ ਬਲੈਕੀਆ 1 ਵੀ ਕੀਤੀ, ਗੁਰਪ੍ਰੀਤ ਸਹਿਜ ਜੀ, ਨਵਨੀਤ ਸਿੰਘ, ਨੰਨੂ ਜੀ, ਹਰਮੀਤ ਜੀ, ਇਹ DOP ਵਾਲਾ ਭਾਗ ਸੰਭਾਲਦੇ ਸੀ, ਐਕਸ਼ਨ ਡਾਇਰੈਕਟਰ ਕੇ ਗਣੇਸ਼, ਸਾਰੇ ਮਤਲਬ ਇੱਥੇ ਨਹੀਂ ਹੈਗੇ, ਬਟ ਇਹ ਬਲੈਕੀਆ ਕੰਪਲੀਟ ਜੇ ਬਣੀ ਹੈ। ਫਾਈਨੈਂਸ ਤਾਂ ਚਲੋ ਸਾਡਾ ਹੈਗਾ ਲੱਗਾ, ਮੇਰੀ ਫੈਮਿਲੀ, ਮੇਰੀ ਵਾਈਫ ਮੋਨਾ, ਸੰਚੇਤ ਬੇਟਾ, ਸਾਰਿਆਂ ਦੀ ਕੰਟਰੀਬਿਊਸ਼ਨ ਇਸ ਫਿਲਮ ਨੂੰ ਬਹੁਤ ਹੈ। ਸਾਰੇ ਸਹਿ ਕਲਾਕਾਰ, ਚਾਹੇ ਲੱਕੀ ਹੋਵੇ, ਚਾਹੇ ਚਿੰਦਰ ਸਾਹਿਬ ਹੋਣ, ਚਾਹੇ ਸੁੱਕੀ ਚਹਿਲ ਜੀ ਅੱਜ ਨਹੀਂ ਹੈਗੇ, ਚਾਹੇ ਸੈਮੂਅਲ ਭਾਅ ਜੀ ਲੈ ਲਓ, ਅਤੇ ਚਾਹੇ ਪਰਮਵੀਰ ਹੁਣੀ ਲੈ ਲਓ, ਜਾਂ ਜੱਗੀ ਜੀ ਲੈ ਲਓ, ਸਾਰੇ ਮਤਲਬ ਕਲਾਕਾਰਾਂ ਦੇ ਕਰਕੇ ਹੀ ਇਹ ਫਿਲਮ ਇਸ ਮੁਕਾਮ 'ਤੇ ਪਹੁੰਚੀ ਹੈ। ਔਰ ਮੇਰੇ ਹਿਸਾਬ ਨਾਲ ਦੇਵ ਬਾਈ ਦੀ ਅੱਜ ਫਲਾਈਟ ਹੈਗੀ ਹੈ ਅਤੇ ਇਹਨਾਂ ਨੇ ਥੋੜ੍ਹਾ ਕਾਹਲੀ ਪੈਣੀ ਹੈਗੀ, ਅਤੇ ਮੇਰੇ ਹਿਸਾਬ ਨਾਲ ਜਿਹਨਾਂ ਨੇ ਵੀ ਤੁਸੀਂ
ਬਾਈਟਸ ਵਗੈਰਾ ਇੰਡੀਵਿਜੂਅਲੀ ਕਰਨੇ। ਸੀਸੀਐਲ ਦਾ ਮੈਚ ਜਾ ਖੇਡਣ ਜਾਣਾ ਜੀ ਉੱਥੇ ਦੁਬਈ। ਆ ਇੱਧਰ ਹੁਣ ਸਹਿਮਲ ਭਾਜੀ, ਸਹਿਮਲ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੇ। ਮੇਰਾ ਨਾ ਜ਼ਿਆਦਾ ਕੁਛ ਰੁਝਾਨ ਥੀਏਟਰ ਵੱਲ ਹੀ ਰਿਹਾ ਅਤੇ ਜਦੋਂ ਮੈਨੂੰ ਫਿਲਮ ਮਿਲੀ ਮੈਂ ਕਲਕੱਤੇ ਥੀਏਟਰ ਦੇਖ ਰਿਹਾ ਸੀ। ਮੈਨੂੰ ਉੱਥੋਂ ਦਾ ਥੀਏਟਰ ਬੜਾ ਚੰਗਾ ਲੱਗਦਾ, ਲਗਾਤਾਰ ਸਾਲ ਕੁ ਤੋਂ ਮੈਂ ਉੱਥੇ ਸੀ। ਪਰ ਜਦੋਂ ਫਿਲਮ ਬਾਰੇ ਗੱਲਬਾਤ ਚੱਲੀ ਤਾਂ ਗੁਗਨੂ ਹੋਰਾਂ ਨੇ ਮੈਨੂੰ ਸਕ੍ਰਿਪਟ ਬਾਰੇ ਦੱਸਿਆ ਸੀਗਾ ਅਤੇ ਮੈਨੂੰ ਇਹਦੇ ਕਰੈਕਟਰ ਦੇ ਵਿੱਚ ਜੋ ਸਾਡੇ ਮਨ ਦੇ ਵਿੱਚ ਨਾ ਤੈਹਾਂ, ਹਰ ਮਨੁੱਖ ਦੇ ਅੰਦਰ ਬਹੁਤ ਤੈਹਾਂ ਆਉਂਦੀਆਂ, ਕਈ ਵਾਰੀ ਉਹ ਇੱਕ ਅੱਧੀ ਤੈਅ ਹੀ ਸਾਹਮਣੇ ਆਉਂਦੀ ਆਮ ਜ਼ਿੰਦਗੀ 'ਚ ਵੀ, ਅਤੇ ਇਹੋ ਜਿਹਾ ਕੁਝ ਕਈ ਵਾਰੀ ਅਸੀਂ ਜਦੋਂ ਜ਼ਿੰਦਗੀ 'ਚ ਵਾਪਰਦਾ ਜਿਹਨੂੰ ਟਰੂ ਲਵ ਕਹਿ ਦਿੰਦੇ ਆ ਉਹ ਹੋ ਜਾਂਦਾ, ਉਦੋਂ ਬਾਅਦ ਵਿਆਹ ਵੀ ਹੋ ਜਾਂਦਾ, ਉਦੋਂ ਬਾਅਦ ਅਗਲੀ ਤੈਅ ਸਾਹਮਣੇ ਆ ਜਾਂਦੀ, ਫਿਰ ਪ੍ਰੋਬਲਮ ਆ ਜਾਂਦੀ ਹੈ। ਇਹ ਹਾਂ ਮਨੁੱਖ ਆ, ਆਪਾਂ ਤਾਂ ਇਹ ਗੱਲ ਕਰ ਰਹੇ ਨਾ, ਸੋ ਮਨੁੱਖੀ ਤੈਹਾਂ ਨੇ। ਸੋ ਮੇਰੇ ਮੈਨੂੰ ਜਿਹੜਾ ਕਰੈਕਟਰ ਮਿਲਿਆ, ਮੈਨੂੰ ਸਭ ਤੋਂ ਵਧੀਆ ਗੱਲ ਤਾਂ ਇਹ ਬੜੀ ਅੱਛੀ ਲੱਗ ਰਹੀ ਹੈ ਕਿ ਦੇਵ ਸਟਰੀਟ ਪਲੇ ਕਰਦਾ ਹੁੰਦਾ ਸੀ। ਮੈਨੂੰ ਮੱਕੜ ਸਾਹਿਬ ਨੇ ਇੰਟਰਵਿਊ ਦੇ ਵਿੱਚ ਪੁੱਛ ਲਿਆ ਕਿ ਥੀਏਟਰ ਦਾ ਕੋਈ ਹੀਰੋ ਨਹੀਂ, ਮੈਨੂੰ ਸੋਚਣ ਦੀ ਲੋੜ ਨਹੀਂ ਪਈ ਤਾਂ ਮੈਂ ਦੇਵ ਦਾ ਨਾਂ ਲੈਤਾ ਕਿ ਕੈਸਾ ਕਲਾਕਾਰ ਕਿ ਜਿਹੜਾ ਇੱਕ ਸਟਰੀਟ ਦੇ ਵਿੱਚ ਵੀ ਸੀ ਔਰ ਉਸ ਤੋਂ ਬਾਅਦ ਸਿਨੇਮੇ ਦੇ ਵਿੱਚ, ਪੰਜਾਬੀ ਸਿਨੇਮੇ ਦੇ ਵਿੱਚ ਹਾਈਟ 'ਤੇ ਹੈ, ਔਰ ਮੈਨੂੰ ਜਿਹੜਾ ਮੇਰੇ ਲਈ ਹਮੇਸ਼ਾ ਸ਼ਰਾਰਤੀ ਰਿਹਾ ਹੈ। ਅਤੇ ਆਈਂ ਅਸੀਂ ਹਾਲ 'ਚ ਬੈਠੇ ਗੱਲਾਂ ਕਰਦੇ ਹੁੰਦੇ ਸੀ ਐਕਟਿੰਗ ਬਾਰੇ, ਅਤੇ ਇਹ ਬਹੁਤਾ ਕੋਈ ਸੀਰੀਅਸਲੀ ਲੈਂਦਾ ਨਹੀਂ ਸੀ, ਕਿਸੇ ਹੋਰ ਕੰਮ ਨੂੰ ਸੀਰੀਅਸਲੀ ਲੈਂਦਾ ਸੀ, ਤੁਰਨਾ ਫਿਰਨਾ ਯੂਨੀਵਰਸਿਟੀ ਦਾ ਮਾਹੌਲ ਉਹ ਹੁੰਦਾ ਹੈ ਨਾ, ਉਹ ਹੁੰਦਾ ਯਾਰ। ਹਾਂ ਨਹੀਂ ਉਹ ਸਿੱਧਾ ਸਿੱਧਾ ਤਾਂ ਨਹੀਂ, ਹਾਂ ਬਾਕੀ ਬਾਕੀ ਕਲਾਕਾਰ ਨੇ ਨਾ ਇਸ਼ਾਰੇ ਜੇ ਕਰਨੇ ਹੁੰਦੇ ਬਸ। ਸੋ ਇਹਨਾਂ ਲੋਕਾਂ ਨੇ ਆ ਕੇ ਇੰਡਸਟਰੀ ਨੂੰ ਇਸ ਲੈਵਲ 'ਤੇ ਲੈ ਕੇ ਗਏ। ਇੰਡਸਟਰੀ ਨਾ ਇਕੱਲੇ ਕਿਸੇ, ਚਾਹੇ ਮੈਂ ਇਹਨਾਂ ਦੇ ਨਾਮ ਬੋਲ ਰਿਹਾ, ਉਹਦੇ ਨਾਲ ਪੂਰੀ ਟੀਮ, ਪੈਸੇ ਲਾਉਣ ਵਾਲੇ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ, ਔਰ ਮੇਰੇ ਲਈ ਜਿਹੜੇ ਮਹੱਤਵਪੂਰਨ ਹੁੰਦਾ ਜਦੋਂ ਹੇਠਲਾ ਵਰਕਰ ਹੁੰਦਾ ਉਹਨੂੰ ਵੀ ਰੋਟੀ ਨਸੀਬ ਹੁੰਦੀ ਹੈ, ਤਾਂ ਉਹ ਯਾਰ ਬਹੁਤ ਇਹ ਸੱਚਮੁੱਚ ਤੁਸੀਂ ਮੀਡੀਆ ਵਾਲੇ ਬੜੇ ਸੈਂਸਿਟਿਵ, ਕਿਉਂਕਿ ਤੁਹਾਡਾ ਸੈਂਸਿਟਿਵਿਟੀ ਨਾਲ ਸੰਬੰਧ ਹੈ। ਜਦੋਂ ਵੀ ਤੁਹਾਡੀ ਸੈਂਸਿਟਿਵਿਟੀ ਮੀਡੀਆ ਦੀ ਵੀ ਖਤਮ ਹੋਏਗੀ ਨਾ, ਸਮਾਜ 'ਚ ਉਥਲ ਪੁਥਲ ਹੋ ਜਾਂਦੀ ਹੈ। ਸੋ ਹਰ ਮਨੁੱਖ ਲਈ ਕਿ ਅਸੀਂ ਦੂਸਰੇ ਦਾ ਦੁੱਖ ਦਰਦ ਮਹਿਸੂਸ ਕਰੀਏ, ਐਸਾ ਕੁਝ ਹੋ ਸਕੇ, ਅਤੇ ਸਿਨੇਮਾ ਜਿਹਦੇ ਵਿੱਚ ਹੁਣ ਚਲੋ ਫਿਰ ਕਦੇ ਲੰਬੀ ਗੱਲਬਾਤ ਕਰਾਂਗੇ ਜੇ ਕਦੋਂ ਮੌਕਾ ਮਿਲਿਆ, ਮੈਂ ਹੁਣ ਲਗਾਤਾਰ ਸਿਨੇਮੇ 'ਚ ਹੀ ਹਾਂ। ਸੋ ਮੈਨੂੰ ਦੇਵ ਨਾਲ, ਦੇਵ ਤੋਂ ਮੈਂ ਗੱਲਾਂ ਕੁਛ, ਕਿਉਂਕਿ ਮੈਂ ਜਦੋਂ ਇਨਵੋਲਵ ਹੁੰਦਾ ਨਾ ਕੈਮਰਾ ਭੁੱਲ ਜਾਂਦਾ, ਇਹ ਚੰਗੀ ਗੱਲ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਹੁੰਦੀ, ਕਿਉਂਕਿ ਟੈਕਨੀਕਲੀ ਧਿਆਨ ਰੱਖਣਾ ਹੁੰਦਾ, ਅਤੇ ਦੇਵ ਨੇ ਮੈਨੂੰ ਖਾਸੀ ਮਦਦ ਕੀਤੀ ਟੈਕਨੀਕਲੀ ਕਿ ਕੈਮਰਾ ਆਇਆ ਹੈ ਭਾਅ ਜੀ ਥੋੜ੍ਹਾ ਜਿਹਾ ਹੈ ਕਿ ਉਹ ਵੀ ਇਸ ਪਾਸਿਓਂ ਆਪਾਂ ਆਉਣਾ, ਇੰਨਾ ਕੁ ਤਾਂ ਇੱਥੋਂ ਕੁ ਤੱਕ ਖੇਡਣਾ। ਸੋ ਫਿਲਮ ਦੇ ਵਿੱਚ ਉਹ ਜਿਹੜੇ ਰੰਗ ਹੈ ਮੈਂ ਇਹਨਾਂ ਦੇ ਨਾਲ ਸਹਿਯੋਗ ਕੀਤਾ, ਇਹਨਾਂ ਦਾ ਮੈਂ ਦੋਸਤ ਵੀ ਹੈ ਅਤੇ ਮੈਂ ਪੰਜਾਬੀ ਸਪੋਰਟਿੰਗ ਕਰੈਕਟਰ ਹੈ, ਉਹ ਮੇਰਾ ਥੋੜ੍ਹਾ ਜਿਹਾ ਉਹ ਤੁਸੀਂ ਫਿਲਮ 'ਚ ਦੇਖਿਓ, ਫਿਰ ਸ਼ਾਇਦ ਆਪਾਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਕਰਦੇ ਰਹਾਂਗੇ। ਅਤੇ ਕੋਈ ਵੀ ਵਿਅਕਤੀ ਮੇਰਾ ਕਿਤੋਂ ਵੀ ਨੰਬਰ ਲੈ ਕੇ ਕਦੋਂ ਵੀ ਕੋਈ ਵੀ ਗੱਲ ਕਰ ਸਕਦਾ, ਬੈਠ ਕੇ ਚਾਹ ਪਾਣੀ ਪੀ ਸਕਦੇ ਹਾਂ, ਫਿਲਮ ਦੀਆਂ ਨਹੀਂ ਨਾਲ ਨਾਲ ਜ਼ਿੰਦਗੀ ਦੀਆਂ ਵੀ, ਕਿਉਂਕਿ ਹਰ ਮਨੁੱਖ ਦੇ ਆਪਣੇ ਦੁੱਖ ਦਰਦ ਹੁੰਦੇ ਅਤੇ ਜਦੋਂ ਤੱਕ ਉਹ ਸਾਂਝੇ ਨਹੀਂ ਕਰੂਗਾ ਇੱਕ ਮਨੁੱਖ ਦੂਜੇ ਨਾਲ ਤਾਂ ਉਹਨਾਂ ਦੇ ਅੰਦਰ ਤਬਦੀਲੀ ਨਹੀਂ ਆਉਂਦੀ। ਥੈਂਕ ਯੂ ਵੈਰੀ ਮੱਚ, ਬਹੁਤ ਮਿਹਰਬਾਨ ਪਰਮਵੀਰ ਭਾਜੀ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ ਕਹਿੰਦੇ ਨੇ ਜਦੋਂ ਇੰਜਨ ਪਾਵਰਫੁੱਲ ਹੋਵੇ ਨਾ ਤਾਂ ਪਿੱਛੇ ਡੱਬੇ ਜੋੜੀ ਜਾਂਦੇ। ਸੋ ਸਾਡਾ ਇੰਜਨ ਦੇਵ ਬਾਈ ਆਲਵੇਜ਼ ਘੈਂਟ ਸੀ, ਘੈਂਟ ਹੈ, ਪਰਦੇ ਦੇ ਪਿੱਛੇ ਵੀ ਘੈਂਟ ਹੈ ਅਤੇ ਪਰਦੇ ਦੇ ਅੱਗੇ ਵੀ ਘੈਂਟ। ਸੋ ਇਹਨਾਂ ਨੇ ਪੂਰੀ ਮਿਹਨਤ ਕੀਤੀ, ਜਦੋਂ ਇਹਨਾਂ ਦੀ ਮਿਹਨਤ ਅਸੀਂ ਦੇਖਦੇ ਸੀ ਕਿ ਦੇਵ ਬਾਈ ਲੱਗਿਆ ਹੋਇਆ ਹਰ ਚੀਜ਼ ਨੂੰ ਦੇਖ ਰਿਹਾ, ਅਤੇ ਸਾਨੂੰ ਵੀ ਸਾਡੀ ਵੀ ਡਿਊਟੀ ਬਣ ਜਾਂਦੀ ਕਿ ਅਸੀਂ ਵੀ ਉਨੀ ਮਿਹਨਤ ਕਰੀਏ। ਅਤੇ ਜਦੋਂ ਮੈਨੂੰ ਇਹ ਰੋਲ ਪਤਾ ਲੱਗਿਆ ਤਾਂ ਮੈਨੂੰ ਇਹ ਲੱਗਿਆ ਕਿ ਯਾਰ ਮੈਂ ਸ਼ਾਇਦ ਉਸ ਰੋਲ ਵਾਸਤੇ ਫਿੱਟ ਨਹੀਂ ਹੈਗਾ। ਓਨੈਸਟਲੀ ਮੈਂ ਦੱਸਾਂ, ਕਿਉਂਕਿ ਮੇਰਾ ਜਿਹੜਾ ਸੁਭਾਅ ਹੈਗਾ, ਮੈਂ ਥੋੜ੍ਹਾ ਜਿਹਾ ਭਾਜੀ ਮੈਨੂੰ ਭਾਜੀ ਤੁਹਾਡੇ ਵਾਂਗੂ, ਮੈਂ ਵੀ ਯੂਨੀਵਰਸਿਟੀ 'ਚ ਕਾਫੀ ਘੁੰਮਦਾ ਰਹਿੰਦਾ। ਸੋ ਲੇਕਿਨ ਉਹ ਕਿਰਦਾਰ ਇੱਕ ਡਿਫਰੈਂਟ ਜਿਹਾ ਸੀ ਅਤੇ ਅੱਛਾ ਲੱਗਿਆ ਕਰਕੇ। ਔਰ ਥੈਂਕਸ ਮੈਨੂੰ ਭਾਜੀ, ਜਦੋਂ ਤੁਹਾਡੇ ਵਰਗੇ ਅੱਛੇ ਐਕਟਰਸ ਔਰ ਸਰਾਹਨ ਦਿੰਦੇ ਕਿ ਯਾਰ ਤੁਸੀਂ ਅੱਛੇ ਲੱਗੇ ਹੋ, ਜਾਂ ਮੈਂ ਪਰਮ ਨਹੀਂ ਲੱਗਿਆ ਉਹਦੇ ਵਿੱਚ, ਜੋ ਦੌਲਤਾ ਜੋ ਕਰੈਕਟਰ ਹੈਗਾ ਉਹ ਲੱਗ ਰਿਹਾ। ਸੋ ਬੜਾ ਮਾਣ ਮਹਿਸੂਸ ਹੁੰਦਾ ਔਰ ਜ਼ਿੰਮੇਵਾਰੀ ਇੱਕ ਹੋਰ ਵੱਧ ਜਾਂਦੀ ਹੈ ਕਿ ਕੱਲ੍ਹ ਨੂੰ ਕੋਈ ਹੋਰ ਅਗਰ ਮੈਨੂੰ ਕੋਈ ਕਰੈਕਟਰ ਮਿਲਦਾ ਹੈ ਜਾਂ ਕੋਈ ਹੋਰ ਰੋਲ ਮਿਲਦਾ ਤਾਂ ਮੈਂ ਉਹਦੇ ਵਾਸਤੇ ਓਨਾ ਹੀ ਖਰਾ ਉਤਰਾਂ, ਪਰਮ ਨਾ ਲੱਗਾਂ ਕਿ ਉਹ ਕਰੈਕਟਰ ਲੱਗਾਂ। ਸੋ ਬਾਕੀ ਇੰਟਾਇਰ ਟੀਮ, ਥੈਂਕਸ ਟੂ ਹਰੀ ਸਾਹਿਬ, ਪ੍ਰੋਡਿਊਸਰ ਬਾਂਸਾ ਸਾਹਿਬ, ਐਂਡ ਰਾਜ ਚੇਂਜਰ ਮੇਰਾ ਛੋਟਾ ਵੀਰ ਆਲਵੇਜ਼, ਐਂਡ ਲੱਕੀ ਐਂਡ ਰਿਸ਼ੀ ਜੀ, ਕੀਪ ਸਮਾਈਲਿੰਗ ਆਲਵੇਜ਼, ਯੂ ਲੁਕਿੰਗ ਵੈਰੀ ਪ੍ਰੀਟੀ ਇਨ ਦੈਟ, ਐਂਡ ਥੈਂਕ ਯੂ ਬਿੰਨੂ ਭਾਅ ਜੀ, ਥੈਂਕ ਯੂ ਦੇਵ ਬਾਈ ਜੀ, ਥੈਂਕ ਯੂ ਸਵਲ ਬਾਈ ਜੀ। ਤੁਹਾਡੀਆਂ ਸਿਆਣੀਆਂ ਬੇੜੀਆਂ ਗੱਲਾਂ ਸੁਣ ਕੇ ਮੈਨੂੰ ਵੀ ਇਹ ਲੱਗ ਰਿਹਾ ਸੀ ਕਿ ਮੈਂ ਕੁਛ ਇਸ ਤਰ੍ਹਾਂ ਦਾ ਬੋਲਾਂ, ਪਰ ਮੇਰੇ ਤੋਂ ਇਸ ਤਰ੍ਹਾਂ ਦੀ ਸਿਆਣੀ ਬੇੜੀ ਗੱਲ ਹੋਣੀ ਨਹੀਂ। ਸੋ ਥੈਂਕ ਯੂ ਇੰਟਾਇਰ ਟੀਮ, ਐਂਡ ਸਾਡੇ ਡਾਇਰੈਕਟਰ ਮਿਸਟਰ ਨਵਨੀਤ ਸਿੰਘ, ਉਹ ਉੱਥੇ ਲੱਗੇ ਹੋਏ, ਉਹਨਾਂ ਦੀ ਜਦੋ ਜਹਿਦ ਚੱਲ ਰਹੀ ਹੈ ਸੋ ਇਸ ਫਿਲਮ ਪਿੱਛੇ। ਔਰ ਥੈਂਕਸ ਟੂ ਇੰਟਾਇਰ ਪ੍ਰੈਸ, ਸਾਡੀ ਫਿਲਮ ਤੁਸੀਂ ਟ੍ਰੇਲਰ ਦੇ ਹੀ ਲਿੱਤਾ ਔਰ ਉਮੀਦ ਕਰਦਾ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਇਆ ਹੋਣਾ। ਪਰ ਸਾਡੀ ਗੱਲ ਜਿੰਨੀ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਫਿਲਮ ਜ਼ਰੀਏ, ਇਮੋਸ਼ਨਸ ਹੈ, ਜਿਵੇਂ ਦੇਵ ਬਾਈ ਹੋਰਾਂ ਨੇ ਕਿਹਾ ਸੀ ਕਿ ਇਕੱਲਾ ਐਕਸ਼ਨ ਨਹੀਂ ਹੈ, ਇਮੋਸ਼ਨਸ ਹੈ ਔਰ ਡਰਾਮਾ ਹੈ, ਟ੍ਰੈਜਡੀ ਹੈ, ਐਵਰੀਥਿੰਗ ਜੋ ਵੀ ਹੈ ਇਹਦੇ ਵਿੱਚ, ਅਗਰ ਕੌਮੇਡੀ ਵੀ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਪਰਫੈਕਟ ਨੇ ਆਪਣੇ ਹਿਸਾਬ ਨਾਲ। ਸੋ ਸਾਰਿਆਂ ਨੂੰ ਦਰਖਾਸਤ ਹੈ ਕਿ ਇਹ ਫਿਲਮ ਤੁਸੀਂ ਜ਼ਰੂਰ ਦੇਖਿਓ ਔਰ ਬਾਕੀ ਮੀਡੀਆ ਤੁਸੀਂ ਦੇਖ ਕੇ ਇਹਨਾਂ ਨੂੰ ਪਲੀਜ਼ ਜ਼ਰੂਰ ਆਪਣੇ ਆਪ 'ਚ ਲਿਖਿਓ ਜਾਂ ਜਿੱਥੇ ਵੀ ਤੁਸੀਂ ਸ਼ੇਅਰ ਕਰਦੇ ਹੋ ਕਿ ਇਹ ਸਾਡੀ ਫਿਲਮ ਨੂੰ ਬਾਕਮਾਲ ਦੇਖਣ ਔਰ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਇੱਕ ਸਾਰੀ ਫਿਰ ਖੁਸ਼ੀਆਂ ਆ ਜਾਣ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਟਾਟਾ ਜੱਗੀ। ਤੁਸੀਂ ਦੋ ਗੱਲਾਂ ਹੀ ਕਹਿਣਾ ਚਾਹੂੰਗਾ, ਟਾਈਮ ਪਹਿਲਾਂ ਹੀ ਉਹਰੀ ਸਾਹਿਬ ਨੇ ਕਿਹਾ ਘੱਟ ਹੈ, ਅਤੇ ਚਾਹੇ ਕੋਈ ਵੀ ਆਰਟਿਸਟ ਹੈ, ਚਾਹੇ ਥੀਏਟਰ ਤੋਂ ਹੈ, ਚਾਹੇ ਕਿਸੇ ਵੀ ਫੀਲਡ ਤੋਂ, ਜਦੋਂ ਇਸ ਲਾਈਨ ਦੇ ਵਿੱਚ ਆਉਂਦਾ ਤਾਂ ਉਹਦਾ ਇੱਕ ਸੁਪਨਾ ਹੁੰਦਾ ਕਿ ਉਹ ਇੱਕ ਵਧੀਆ ਪ੍ਰੋਜੈਕਟ ਨਾਲ ਜੁੜ ਸਕੇ, ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਕਿ ਮੈਂ ਆਪਣੇ ਆਪ ਨੂੰ ਸਾਬਿਤ ਕਰਨਾ, ਅਤੇ ਮੈਨੂੰ ਮੌਕਾ ਮਿਲਿਆ ਇਸ ਫਿਲਮ ਰਾਹੀਂ, ਅਤੇ ਦੇਵ ਬਾਈ ਦਾ, ਉਹਰੀ ਸਾਹਿਬ ਦਾ, ਨਵਨੀਤ ਭਾਅ ਜੀ ਦਾ, ਸਾਰੀ ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਾਇਆ। ਅਤੇ ਤੁਸੀਂ ਹੋਰ ਵੀ ਲੱਕੀ ਹੋ ਜਾਂਦੇ ਹੋ ਜਦੋਂ ਤੁਸੀਂ ਉਹਨਾਂ ਕਲਾਕਾਰਾਂ ਨਾਲ ਕੰਮ ਕਰਦੇ ਹੋ ਜਿਨ੍ਹਾਂ ਨੂੰ ਦੇਖ ਦੇਖ ਕੇ ਤੁਸੀਂ ਸਿੱਖੇ ਹੁੰਦੇ ਹੋ, ਕਿਉਂਕਿ ਮੈਂ ਧੂਰੀ ਤੋਂ ਹਾਂ, ਬੀਨੂ ਬਾਈ ਧੂਰੀ ਤੋਂ ਨੇ, ਅਸੀਂ ਉਹਨਾਂ ਪਰਿਵਾਰਾਂ ਤੋਂ ਆਉਂਦੇ ਹਾਂ ਜਿੱਥੋਂ ਸਾਨੂੰ ਕੋਈ ਬਹੁਤੀ ਗਾਈਡੈਂਸ ਨਹੀਂ ਹੁੰਦੀ। BA ਪਾਸ ਕਰਨ ਤੋਂ ਬਾਅਦ ਜਾਂ ਤੁਸੀਂ ਆਪਣੀ ਨਾ ਗ੍ਰੈਜੂਏਸ਼ਨ ਕਿਸੇ ਵੀ ਫੀਲਡ 'ਚ ਕੀਤੀ ਹੈ ਤਾਂ ਤੁਹਾਡੇ ਸਾਹਮਣੇ ਕੋਈ ਤੁਹਾਡਾ ਟਾਰਗੇਟ ਨਹੀਂ ਹੁੰਦਾ, ਪਰ ਸਾਡੇ ਸਾਹਮਣੇ ਟਾਰਗੇਟ ਸੀ ਕਿਉਂਕਿ ਬੀਨੂ ਬਾਈ ਹੋਰੀ ਧੂਰੀ ਤੋਂ ਸੀ, ਅਸੀਂ ਇਹਨਾਂ ਦੇ ਡਰਾਮੇ ਦੇਖਦੇ ਸੀ, ਸਾਨੂੰ ਉਦੋਂ ਪਤਾ ਲੱਗਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਥੀਏਟਰ ਦੀ MA ਹੁੰਦੀ ਹੈ। ਕਲਾਕਾਰ ਸੀਗੇ, ਸਟੇਜ ਕਰਦੇ ਸੀਗੇ, ਸਕੂਲਾਂ ਕਾਲਜਾਂ ਤੋਂ ਕਰਦੇ ਰਹੇ, ਅਤੇ ਯੂਨੀਵਰਸਿਟੀ ਆਏ, ਯੂਨੀਵਰਸਿਟੀ ਆ ਕੇ ਅੱਜ ਤਾਂ ਆਪਾਂ ਨੂੰ ਲੱਗਦਾ ਵੀ ਇਹਨਾਂ ਕੁਰਸੀਆਂ 'ਤੇ ਦੇਵ ਖਰੌੜ ਔਰ ਬੀਨੂ ਭਾਅ ਜੀ ਹੋਰੀ ਬੈਠੇ ਨੇ, ਪਰ ਜਿਹੜੀ ਇਸ ਜਰਨੀ ਪਿੱਛੇ ਮਿਹਨਤ ਹੈ, ਅਸੀਂ ਉਹਦੇ ਸਾਕਸ਼ਾਤ ਉਹਦੇ ਗਵਾਹ,
ਕਿ ਕਿੰਨੀ ਮਿਹਨਤ ਇਹਨਾਂ ਨੇ ਕੀਤੀ ਅੱਜ ਇੱਥੇ ਤੱਕ ਪਹੁੰਚਣ ਲਈ। ਸੋ ਥੈਂਕ ਯੂ ਬਾਈ ਮੈਨੂੰ ਇਸ ਟੀਮ ਦਾ ਹਿੱਸਾ ਬਣਾਉਣ ਲਈ, ਅਤੇ ਤੁਹਾਡੇ ਮਾਰਗਦਰਸ਼ਕ ਜਦੋਂ ਇਹੋ ਜਿਹੇ ਹੋਣ ਤਾਂ ਤੁਹਾਨੂੰ ਆਪਦਾ ਟਾਰਗੇਟ ਜ਼ਰੂਰ ਇੱਕ ਦਿਨ ਮਿਲ ਜਾਂਦਾ। ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੱਥੇ ਆਏ। 8 ਮਾਰਚ ਨੂੰ ਫਿਲਮ ਦੇਖੋ ਜੀ, ਤੁਹਾਨੂੰ ਤੁਹਾਨੂੰ ਵੀ ਅਤੇ ਬਾਕੀ ਸਾਰਿਆਂ ਲੋਕਾਂ ਨੂੰ ਪਸੰਦ ਜ਼ਰੂਰ ਆਊਗੀ। ਥੈਂਕ ਯੂ ਸੋ ਮਚ। ਇੱਕ ਨਾ ਮੈਂ ਉਹ ਆਸਟ੍ਰੇਲੀਆ ਹੈਗੀ ਉਹਦੀ ਮਦਰ ਦੀ ਥੋੜ੍ਹੀ ਕ੍ਰਿਟੀਕਲ ਸਿਚੁਏਸ਼ਨ ਹੈ, ਬਟ ਸ਼ੀ ਇਜ਼ ਕਮਿੰਗ ਬੈਕ ਟੂ ਇੰਡੀਆ। ਉਹ ਅੱਜ ਮੇਰੇ ਕੋਲ ਉੱਥੋਂ ਫਲਾਈਟ ਪਕੜ ਰਹੀ ਹੈ, ਉਹ ਅਗਲੀ ਕਾਨਫਰੰਸ ਦੇ ਵਿੱਚ ਜੁਆਇਨ ਕਰੂਗੀ, ਕਿਉਂਕਿ ਉਹਦਾ ਜ਼ਿਕਰ ਫਿਲਮ ਦੇ ਵਿੱਚ ਦੇਖਿਆ ਤੁਸੀਂ ਬਟ ਨਾਮ ਨਹੀਂ ਆਇਆ। ਉਹਦਾ ਵੀ ਬਹੁਤ ਮੁੱਖ ਕਲਾਕਾਰ ਇਸ ਫਿਲਮ ਦੇ ਵਿੱਚ ਹੈ, ਅਰੁਸ਼ੀ ਦਾ ਵੀ ਇੱਕ ਰੋਲ ਹੈ, ਜਪਜੀ ਦਾ ਵੀ ਹੈ, ਔਰ ਸਾਨੂੰ ਸਾਰੀ ਫਿਲਮ ਬਣਾਉਣ ਦੇ ਵਿੱਚ ਸਤਵਿੰਦਰ ਕੋਹਲੀ ਸਪੀਡ ਰਿਕਾਰਡਸ ਹੋ, ਦਿਨੇਸ਼ ਔਲਖ, ਰੋਬੀ ਜੀ ਵਾਈਟ ਹਿਲ ਤੋਂ, ਗੁਰਮੀਰ ਜੀ, ਮਨਮੋਹਨ ਸਿੱਧੂ, ਸਾਰਿਆਂ ਦਾ ਪੂਰੀ ਸਪੋਰਟ ਹੈ ਟੀਮ ਦੀ। ਸਾਰਿਆਂ ਨੇ ਆਪਣੇ ਆਪਣੇ ਰੋਲ ਬਹੁਤ ਬੇਖੂਬੀ ਨਿਭਾਏ ਆ। ਜਿਸ ਤਰ੍ਹਾਂ ਪਰਦੇ 'ਤੇ ਫਿਲਮ ਆ ਰਹੀ ਹੈ, ਸਾਰੀ ਟੀਮ ਦਾ ਬਹੁਤ ਕੰਟਰੀਬਿਊਸ਼ਨ ਹੈ। ਇੱਕ ਫਿਲਮ ਅਗਰ ਜੇ ਜਿਸ ਮੁਕਾਮ 'ਤੇ ਪਹੁੰਚਦੀ ਹੈ, ਉਹ ਇੱਕ ਸਟਰੋਂਗ ਟੀਮ ਦੇ ਨਾਲ ਹੀ ਪਹੁੰਚਦੀ ਹੈ। ਔਰ ਸਾਰਿਆਂ ਦਾ ਬਹੁਤ ਥੈਂਕਸ ਜੀ, ਜੇ ਕਿਸੇ ਦਾ ਨਾਮ ਮੈਂ ਮਿਸ ਵੀ ਕੀਤਾ ਹੋਵੇ ਤਾਂ ਮੈਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਸੋ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ, ਅਸੀਂ ਫਲਾਈਟ ਲੈਣੀ ਆ, ਆਪਾਂ ਛੇਤੀ ਛੇਤੀ ਜਾਂ 1-to-1 ਆਪਾਂ ਬਾਈਟਸ ਕਰਨੀਆਂ ਕਰ ਲਈਏ, ਹੈ ਨਾ, ਵੀ ਥੋੜ੍ਹਾ ਥੋੜ੍ਹਾ ਟਾਈਮ ਜਿੰਨਾ ਕੁ ਵੀ ਹੈ ਸਮਝਿਓ ਥੋੜ੍ਹਾ ਜਿਹਾ, ਕਿਉਂਕਿ ਅਸੀਂ ਚੱਲੇ ਹਾਂ CCL, ਕੱਲ੍ਹ ਮੈਚ ਹੈ ਜੀ ਸਾਡਾ, ਅਤੇ ਟਾਈਮ ਥੋੜ੍ਹਾ ਜਿਹਾ ਘੱਟ ਹੈ ਏਅਰਪੋਰਟ ਪਹੁੰਚਣਾ, ਬਸ ਕਾਮਨ ਕਰ ਲਓ ਜ਼ਿਆਦਾ ਵਧੀਆ। ਹਾਂਜੀ, ਹੇਅਰ ਸਟਾਈਲ ਵਧਾਉਣ ਨੂੰ ਹੀ ਮੈਨੂੰ 8-9 ਮਹੀਨੇ ਲੱਗ ਗਏ, ਤਾਂ ਹੀ ਫਿਲਮ ਵੀ ਨਾਲ ਨਾਲ ਸਟੋਰੀ ਦੇ ਕੰਮ ਆਉਂਦਾ ਗਿਆ, ਨਾਲ ਨਾਲ ਮੈਂ ਵਾਲਾਂ ਦੇ ਕੰਮ ਕਰਦਾ ਰਿਹਾ। ਇਹਦੇ ਵਿੱਚ ਮੇਰੀਆਂ 3 ਲੁੱਕਸ ਨੇ ਜੀ, ਪਰ ਉਹ ਮੈਂ ਹਾਲੇ ਰਿਵੀਲ ਨਹੀਂ ਕਰ ਸਕਦਾ, ਮਤਲਬ 3 ਡਿਫਰੈਂਟ ਕਰੈਕਟਰ ਨੇ। ਔਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਸੈਮਲ ਭਾਜੀ ਦੇ ਅੰਡਰ, ਅਜੇ ਸ਼ਰਮਾ ਜੀ, ਬਲਰਾਜ ਪੰਡਾ ਜੀ, ਇੰਨੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਅੰਡਰ ਮੈਂ ਥੀਏਟਰ ਕੀਤਾ, ਤਾਂ ਥੀਏਟਰ ਤੁਹਾਨੂੰ ਬਹੁਤ ਕੁਝ ਸਿਖਾਉਂਦਾ, ਕਿਉਂਕਿ ਮੈਂ ਬਹੁਤ ਸਾਰੇ ਕਿਰਦਾਰ ਥੀਏਟਰ 'ਤੇ ਕਰਕੇ ਆਇਆ, ਬਜ਼ੁਰਗ ਦਾ ਕਿਰਦਾਰ, ਬੱਚੇ ਦਾ ਕਿਰਦਾਰ, ਹੋਰ ਫਨੀ ਬਾਦਸ਼ਾਹ, ਬਹੁਤ ਕੁਛ ਬਣਿਆ। ਤਾਂ ਮੈਨੂੰ ਇਹ ਸੀ ਕਿ ਜੇ ਮੈਂ ਬਜ਼ੁਰਗ ਦਾ ਕਿਰਦਾਰ ਕਰਾਂ ਤਾਂ ਉਹ ਲੱਗਣਾ ਚਾਹੀਦਾ ਉਹਦੀ, ਫਿਰ ਮੈਂ ਡਬਿੰਗ 'ਚ ਬਹੁਤ ਕੰਮ ਕੀਤਾ, ਆਪਣੀ ਆਵਾਜ਼ ਦੇ ਉੱਤੇ ਬਹੁਤ ਕੰਮ ਕੀਤਾ। ਫਿਰ ਇੱਕ ਕਿਰਦਾਰ ਹੋਰ ਆਉਂਦਾ ਜਿਹੜਾ ਤੁਸੀਂ ਦੇਖਿਆ ਲਾਸਟ ਦੇ ਵਿੱਚ, ਬੜਾ ਉਹ ਹਾਂ ਉਹ ਵਾਲਾ ਜੀ, ਉਹ ਟੋਟਲੀ ਡਿਫਰੈਂਟ ਕੀਤਾ, ਉਹੋ ਜਿਹਾ ਕਿਰਦਾਰ ਮੈਂ ਅੱਜ ਤੱਕ ਕਦੇ ਪਲੇਅ ਨਹੀਂ ਕੀਤਾ, ਅਤੇ ਉਹਦੇ ਲਈ ਮੈਂ ਬਹੁਤ ਨਰਵਸ ਸੀ। ਉਹ ਕਿਰਦਾਰ ਮੈਨੂੰ ਅਸਲ 'ਚ ਡਰਾ ਰਿਹਾ ਸੀਗਾ, ਮੈਨੂੰ ਪਤਾ ਸੀ ਕਿ ਮੈਂ ਗਾਮਾ ਬਲੈਕੀਆ ਦਾ ਜਿਹੜਾ ਯੰਗ ਵਾਲਾ ਕਿਰਦਾਰ ਆ ਉਹ ਮੈਂ ਈਜ਼ੀਲੀ ਪਲੇ ਕਰ ਜੂੰਗਾ, ਕਿਉਂਕਿ ਮੈਂ ਕਰਕੇ ਆਇਆ ਪਹਿਲਾਂ, ਫਿਰ ਜਿਹੜਾ ਬਜ਼ੁਰਗ ਵਾਲਾ ਕਿਰਦਾਰ ਆ ਉਹ ਵੀ ਮੈਂ ਪਲੇ ਕਰ ਜੂੰ, ਇੱਕ ਐਟੀਟਿਊਡ ਚਾਹੀਦਾ। ਜਿਹੜਾ ਇਹ ਕਿਰਦਾਰ ਸੀਗਾ ਜਿਹੜਾ ਦੇਖਿਆ ਹਾਲੇ ਤੱਕ, ਉਹਦੇ ਅਸੀਂ ਡਾਇਲੋਗ ਨਹੀਂ ਰਿਵੀਲ ਕੀਤੇ, ਉਹ ਬੰਦੇ ਦਾ ਸਟਾਈਲ ਨਹੀਂ ਸੀ ਰਿਵੀਲ ਕੀਤਾ, ਔਰ ਜਦੋਂ ਉਹ ਆਊਗਾ ਪਰਦੇ ਦੇ ਉੱਤੇ ਉਹ ਮੇਰੇ ਲਈ ਸਭ ਤੋਂ ਚੈਲੇਂਜਿੰਗ ਸੀਗਾ। ਉਹਨੇ ਬਹੁਤ ਡਰਾਇਆ ਮੈਨੂੰ ਕਿਰਦਾਰ ਨੇ, ਔਰ ਜਿਹੜੇ ਕਿਰਦਾਰ ਤੁਹਾਨੂੰ ਡਰਾਉਂਦੇ ਨੇ, ਮੈਂ ਹਰ ਇੰਟਰਵਿਊ 'ਚ ਕਹਿਣਾ ਉਹ ਤੋਂ ਮਿਹਨਤ ਬਹੁਤ ਕਰਾਉਂਦੇ ਨੇ। ਸੋ ਇਸ ਕਿਰਦਾਰ ਨੇ ਮੇਰੇ ਤੋਂ ਮਿਹਨਤ ਬਹੁਤ ਕਰਾਈ, ਔਰ ਜਦੋਂ ਤੁਸੀਂ ਇਹਦਾ ਸਟਾਈਲ ਦੇਖੋਗੇ, ਜਦੋਂ ਇਹ ਡਾਇਲੋਗ ਡਿਲੀਵਰੀ ਦੇਖੋਗੇ, ਤਾਂ ਮੈਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਇੰਜੋਏ ਫਿਲਮ ਦੇ ਵਿੱਚ ਇਸ ਕਿਰਦਾਰ ਨੂੰ ਕਰੋਗੇ। ਸੱਟਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੱਕ ਇਹਦੇ ਵਿੱਚ ਨਾ ਸਾਡਾ ਸੀਗਾ ਐਕਸ਼ਨ, ਕਿ ਮੈਂ ਘੋੜਾ ਲੈ ਕੇ ਆਉਣਾ ਟਰੱਕਾਂ ਦੇ ਬਰਾਬਰ, ਤੁਸੀਂ ਦੇਖ ਰਹੇ ਹੋ, ਅਤੇ ਉਹ ਤੋਂ ਛਾਲ ਮਾਰ ਕੇ ਫਿਰ ਟਰੱਕ 'ਤੇ ਜਾਣਾ। ਔਰ ਟਰੱਕ ਦੇ ਵਿੱਚੋਂ ਫਿਰ ਕੀ ਸੀ ਕਿ ਕੈਮਰਾ ਟਰੱਕ ਦੇ ਟਾਇਰ ਨਾਲ ਲੱਗਿਆ ਹੋਇਆ ਸੀਗਾ, ਅਤੇ ਮੈਂ ਟਰੱਕ ਦੀ ਡੋਰ ਦੇ ਵਿੱਚੋਂ ਥੱਲੇ ਲਮਕਿਆ ਹੁੰਦਾ, ਬਿਲਕੁਲ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਉਹਦੇ ਟਾਇਰ ਦੇ ਬਿਲਕੁਲ ਨਾਲ, ਔਰ ਟਰੱਕ ਚੱਲ ਰਿਹਾ, ਔਰ ਬੰਦੇ ਦਾ ਲੱਤ ਜਿਹੜੀ ਇੱਥੇ ਮੇਰੀ ਗਰਦਨ 'ਤੇ, ਬਹੁਤ ਰਿਸਕੀ ਸੀਗਾ ਉਹ। ਤਾਂ ਮੇਰਾ ਐਕਸ਼ਨ ਡਾਇਰੈਕਟਰ ਮੈਨੂੰ ਕਹਿੰਦਾ ਸੀ ਡੋਪ ਯੂਜ਼ ਕਰੋ ਇਹਦੇ ਲਈ, ਤੁਸੀਂ ਨਾ ਕਰੋ, ਬਹੁਤ ਰਿਸਕੀ ਆ। ਤਾਂ ਮੈਨੂੰ ਖੁਦ ਨੂੰ ਉਦੋਂ ਤੱਕ ਮਜ਼ਾ ਨਹੀਂ ਆਉਂਦਾ, ਮੈਨੂੰ ਲੱਗਦਾ ਕਿ ਯਾਰ ਉਹ ਬਨਾਵਟੀ ਲੱਗਦੀਆਂ ਚੀਜ਼ਾਂ, ਫਿਰ ਐਕਸ਼ਨ ਤੁਸੀਂ ਐਕਟਰ ਕਾਹਦੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਡਰ ਗਏ। ਤਾਂ ਮੈਂ ਖੁਦ ਕੀਤਾ, ਹੈਗਾ ਰਿਸਕ ਸੀਗਾ। ਫਿਰ ਜਿਹੜਾ ਇੱਕ ਫਾਇਰ ਬਾਲ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ, ਤਾਂ ਉਹਦੇ ਵਿੱਚੋਂ ਅੱਗ ਸੀ ਜਿਹੜੀ, ਉਹ ਸਿਰ 'ਚ ਡਿੱਗਦੀ ਸੀਗੀ,
ਤਾਂ ਮੇਰਾ ਪੂਰਾ ਇੱਥੋਂ ਸਿਰ ਸੜ ਗਿਆ ਸੀਗਾ, ਬਰਨ ਹੋ ਗਿਆ ਸੀ, ਪੈਰ ਸੜ ਗਿਆ ਸੀਗਾ। ਇਹ ਛੋਟੀਆਂ ਮੋਟੀਆਂ ਸੱਟਾਂ ਦਾ ਦੇਖੋ ਜੇ ਤੁਸੀਂ ਐਕਸ਼ਨ ਕਰਦੇ ਹੋ, ਪਾਰਟ ਆ ਲਾਈਫ ਦਾ। ਇਹ ਇਕੱਲਾ ਮੇਰੇ ਨਾਲ ਨਹੀਂ ਹੁੰਦਾ, ਜਿਹੜਾ ਵੀ ਬੰਦਾ ਐਕਸ਼ਨ ਕਰਦਾ, ਚਾਹੇ ਕੋਈ ਮੇਰੇ ਓਪੋਜ਼ਿਟ ਹੈ, ਉਹਦੇ ਵੀ ਲੱਗ ਜਾਂਦੀਆਂ ਨੇ ਜਦੋਂ ਤੁਸੀਂ ਐਕਸ਼ਨ ਕਰਦੇ ਹੋ। ਮਾੜੀਆਂ ਮੋਟੀਆਂ ਸੱਟਾਂ ਤਾਂ ਚੱਲਦੀਆਂ ਰਹਿੰਦੀਆਂ ਜ਼ਿੰਦਗੀ 'ਚ। ਬਹੁਤ ਪੋਜ਼ਿਟਿਵ ਮੈਸੇਜ ਹੈ ਜੀ ਇਹ ਉਹਨਾਂ ਲੋਕਾਂ ਦੀ। ਮੈਂ ਤੁਹਾਨੂੰ ਹੁਣ ਥੋੜ੍ਹਾ ਜਿਹਾ ਮੈਂ ਚਲੋ ਤੁਹਾਨੂੰ ਦੱਸਦਾ ਕਿ ਮੈਂ ਜਦੋਂ DSP ਦੇਵ ਕਰ ਰਿਹਾ ਸੀਗਾ, ਉਦੋਂ ਮੈਂ ਉਸ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਜਿਹੜਾ ਸਾਰਾ ਸ਼ਰਾਬ ਦੇ ਸਿਰ 'ਤੇ ਸਰਵਾਈਵ ਕਰਦਾ। ਤਾਂ ਮੈਂ ਇੱਕ ਬਜ਼ੁਰਗ ਤੋਂ ਪੁੱਛਿਆ ਕਿ ਤੁਹਾਡੇ ਬੱਚੇ ਵੀ ਸ਼ਰਾਬ ਕੱਢਦੇ ਆ? ਕਹਿੰਦੇ ਸਾਡਾ ਫਿਊਚਰ ਹੀ ਇਹੀ ਹੈ। ਮੈਂ ਕਿਹਾ ਕੋਈ ਸਕੂਲ ਨਹੀਂ ਜਾਂਦਾ? ਕਹਿੰਦੇ ਨਹੀਂ, ਸਿਸਟਮ ਦੇ ਨਾਲ ਪੰਗਾ, ਪੁਲਿਸ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ। ਅਤੇ ਮੈਂ ਕਿਹਾ ਫਿਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪੜ੍ਹਨ ਲਿਖਣ, ਆਫਿਸਰ ਬਣਨ? ਕਹਿੰਦੇ ਸਾਡਾ ਤਾਂ ਇਹੀ ਹੈ। ਮੈਂ ਪੁੱਛਿਆ ਤੁਸੀਂ ਕਿਉਂ ਕਰਦੇ ਹੋ? ਕਹਿੰਦੇ ਅਸੀਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਅਸੀਂ ਉੱਧਰ ਦੇ ਸਰਦਾਰ ਸੀਗੇ, ਸਾਡੇ ਕੋਲ ਜ਼ਮੀਨਾਂ ਸੀ। ਇੱਧਰੋਂ ਜਦੋਂ ਸਾਨੂੰ ਵੰਡ ਤੋਂ ਬਾਅਦ ਇੱਧਰ ਆਏ ਤਾਂ ਜ਼ਮੀਨਾਂ ਮਾੜੀਆਂ ਅਲੋਟ ਹੋਈਆਂ, ਪਾਣੀ ਦੀ ਮਾਰ ਵਾਲੀਆਂ, ਅਤੇ ਹੜ੍ਹ ਆਉਂਦਾ ਸੀ ਅਤੇ ਮਿੱਟੀ ਵੀ ਹੜਾ ਕੇ ਲੈ ਜਾਂਦਾ ਸੀ। ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ। ਨਾਲ ਦੇ ਪਿੰਡ ਬਲੈਕ ਕਰਨ ਲੱਗ ਗਏ, ਜਿਹੜੇ ਹੱਕ ਹਲਾਲ ਦੀ ਕਮਾਈ ਕਰਨੀ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਜਦੋਂ ਉਹ ਸਿਸਟਮ ਨੂੰ ਪੁਲਿਸ ਨੂੰ ਪੈਸੇ ਦਿੰਦੇ ਸੀਗੇ ਬਲੈਕ ਕਰਨ ਦੇ, ਸ਼ਰਾਬ ਕੱਢਣ ਦੇ, ਪਾਕਿਸਤਾਨ ਤੱਕ ਸ਼ਰਾਬ ਜਾਂਦੀ ਸੀ। ਤਾਂ ਫਿਰ ਉਹ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਬੰਦੇ ਤਾਂ ਦੇਖੋ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ, ਦਿਖਾਉਣਾ ਪੈਣਾ ਕਿਉਂਕਿ ਸ਼ਰਾਬ ਤਾਂ ਨਿਕਲ ਰਹੀ ਹੈ। ਤਾਂ ਉਹ ਫਿਰ ਸ਼ਰਾਬ ਚੱਕਦੇ ਸੀ, ਰਾਤ ਨੂੰ ਜਿਹੜੇ ਸ਼ਰੀਫ ਬੰਦੇ ਸੀ ਉਹਨਾਂ ਦੇ ਘਰਾਂ 'ਚ ਰੱਖ ਜਾਂਦੇ ਸੀ, ਉਹਨਾਂ ਦੇ ਪਰਚੇ ਪੈਂਦੇ ਸੀ। ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੇ ਜ਼ਮੀਰ ਮਾਰੇ ਦੇ ਕੰਮ ਦੇ ਵਿੱਚ ਆ ਗਏ। ਔਰ ਇਹ ਇਹੋ ਜਿਹੇ ਬੰਦੇ ਦੀ ਕਹਾਣੀ ਹੈ ਜਿਹੜਾ ਬੰਦਾ ਆਪਣੇ ਇਲਾਕੇ ਦੇ ਨਾਲੋਂ ਬਲੈਕ ਨਾਂ ਦਾ ਸ਼ਬਦ ਖਤਮ ਕਰਨਾ ਚਾਹੁੰਦਾ। ਉਹ ਚਾਹੁੰਦਾ ਕਿ ਮੇਰੀ ਜਨਰੇਸ਼ਨ ਤੋਂ ਬਾਅਦ ਜਦੋਂ ਅਗਲੀ ਜਨਰੇਸ਼ਨ ਆਵੇ ਉਹ ਜਨਰੇਸ਼ਨ ਕਦੇ ਬਲੈਕ ਦਾ ਕੰਮ ਹੀ ਨਾ ਕਰੇ, ਉਹ ਪੜ੍ਹਨ ਲਿਖਣ, ਡਾਕਟਰ ਬਣਨ, ਆਫਿਸਰ ਬਣਨ। ਇੱਕ ਇਹੋ ਜਿਹੇ ਇਨਸਾਨ ਦੀ ਕਹਾਣੀ ਹੈ। ਅਤੇ ਉਹ ਜਦੋਂ ਇਹ ਕਰਦਾ ਕਰਦਾ ਉਹਦੇ ਹੀ ਲੋਕ ਉਹਦੇ ਕਿਵੇਂ ਅਗੇਂਸਟ ਹੋ ਜਾਂਦੇ ਨੇ, ਇੱਕ ਚੰਗੀ ਕਹਾਣੀ ਹੈ। ਔਰ ਮੈਂ ਹਲੇ ਰਿਵੀਲ ਨਹੀਂ ਕਰਨਾ ਚਾਹੁੰਦਾ ਚੀਜ਼ਾਂ ਨੂੰ, ਬਹੁਤ ਕੁਛ ਹੈ, ਬਹੁਤ ਛੋਟੇ ਛੋਟੇ ਮੁੱਦੇ ਛੂਏ ਗਏ ਨੇ। ਔਰ ਪਰ ਇੰਟਰਟੇਨਿੰਗ ਫਿਲਮ ਹੈ, ਚਾਹੇ ਤੁਸੀਂ ਐਕਸ਼ਨ ਨੂੰ ਵੀ ਇੰਜੋਏ ਕਰੋਗੇ, ਕੌਮੇਡੀ ਬਹੁਤ ਹੈ ਜਿਹੜੀ ਲੋਕਾਂ 'ਚੋਂ ਨਿਕਲਦੀ ਹੈ। ਇਹ ਨਹੀਂ ਧੱਕੇ ਦੀ ਕੌਮੇਡੀ ਨਹੀਂ, ਜਿਹੜੇ ਬਲੈਕ ਕਰਦੇ ਨੇ ਲੋਕ, ਅਨਪੜ੍ਹ ਲੋਕ ਜਿਹੜੇ ਵਿਚਾਰੇ ਨਹੀਂ ਪੜ੍ਹੇ ਹੋਏ, ਉਹਨਾਂ ਲੋਕਾਂ ਦੀ ਬੋਡੀ ਲੈਂਗੁਏਜ 'ਚੋਂ ਕੌਮੇਡੀ ਨਿਕਲਦੀ ਹੈ। ਉਹ 'ਚ ਸੁੱਖੀ ਚਾਲ ਭਾਅ ਜੀ ਨੇ ਬਹੁਤ ਸੋਹਣਾ ਕੰਮ ਕੀਤਾ, ਸੈਮੁਅਲ ਭਾਅ ਜੀ ਨੇ ਬਹੁਤ ਸੋਹਣਾ, ਇਹਨਾਂ ਦੋਵਾਂ ਦੀ ਕੈਮਿਸਟਰੀ ਤੁਸੀਂ ਰਾਜ ਬਾਈ ਅਤੇ ਜਦੋਂ ਸੈਮੁਅਲ ਭਾਅ ਜੀ ਦੇਖੋਗੇ ਤਾਂ ਕਮਾਲ ਦੀ ਕੈਮਿਸਟਰੀ ਹੈ। ਲੱਕੀ ਨੇ ਬਹੁਤ ਸੋਹਣਾ ਪਲੇਅ ਕੀਤਾ, ਲੱਕੀ ਤੁਹਾਨੂੰ ਪੂਰਾ ਇੰਟਰਟੇਨ ਕਰਨ ਵਾਲਾ ਇਸ ਫਿਲਮ ਦੇ ਵਿੱਚ। ਅਤੇ ਔਰ ਮੈਂ ਇੱਕ ਗੱਲ ਬੋਲਣਾ ਚਾਹੁੰਦਾ, ਚਲੋ ਰਾਜ ਚੰਦਰ ਬਾਈ ਬਹੁਤ ਸੋਹਣਾ ਕੰਮ ਕਰ ਰਿਹਾ, ਲੱਕੀ ਨੂੰ ਵੀ ਤੁਸੀਂ ਦੇਖਿਆ, ਮੈਂ ਦੋ ਸਪੈਸ਼ਲ ਆ ਦੋ ਬੰਦਿਆਂ ਲਈ ਗੱਲ ਕਰਨੀ ਚਾਹੁੰਦਾ। ਔਰ ਜੱਗੀ ਧੂਰੀ ਨੂੰ ਤੁਸੀਂ ਡਿਫਰੈਂਟ ਕਿਰਦਾਰ ਦੇ ਵਿੱਚ ਦੇਖੋਗੇ, ਔਰ ਸੈਮੁਅਲ ਭਾਅ ਜੀ, ਸੈਮੁਅਲ ਭਾਅ ਜੀ ਮੈਨੂੰ ਲੱਗਦਾ ਇਹ ਤੋਂ ਬਾਅਦ ਡਿਮਾਂਡਿੰਗ ਐਕਟਰ ਹੋਣ ਵਾਲੇ ਨੇ ਪੰਜਾਬੀ ਇੰਡਸਟਰੀ ਦੇ। ਪਰਮਵੀਰ ਬਾਈ ਲਈ ਵੀ ਮੇਰੇ ਸੇਮ ਅਵਾਰਡ ਨੇ, ਇਹਨਾਂ ਦੋ ਬੰਦਿਆਂ ਨੇ। ਜਿਹੜੇ ਚੰਗੇ ਲੱਗਣ, ਡੀਲ ਡੋਲ ਵਧੀਆ, ਪਰ ਐਕਟਰ ਕਮਾਲ ਦੇ ਹੋਣ। ਡੀਲ ਡੋਲ ਵਾਲੇ ਤਾਂ ਹੈਗੇ ਬਟ ਉਹ ਐਕਟਰ ਨਹੀਂ ਹੁੰਦੇ, ਸਾਨੂੰ ਐਕਟਰ ਵੀ ਚਾਹੀਦੇ ਨੇ, ਪਰਫਾਰਮਰ ਵੀ ਚਾਹੀਦੇ ਨੇ, ਤਾਂ ਇਹੋ ਜਿਹੇ ਐਕਟਰ ਸਾਨੂੰ ਚਾਹੀਦੇ ਨੇ। ਰਾਈਟ ਸੋ ਦੇ ਭਾਈ, ਜਦੋਂ ਆਪਾਂ ਨਿਊਜ਼ ਪੜ੍ਹਦੇ ਹਾਂ ਕਿ ਸਾਊਥ ਦੀ ਕੁਛ ਕੁ ਬਜਟ ਦੇ ਵਿੱਚ ਬਣੀ ਫਿਲਮ ਨੇ 400 ਕਰੋੜ ਕਮਾ ਲਿਆ, 500 ਕਰੋੜ ਕਮਾ ਲਿਆ, ਹੈ ਨਾ, ਕੁਛ ਕੁ ਨਹੀਂ ਹੁੰਦਾ ਉਹਨਾਂ ਦਾ ਬਜਟ, ਉਹਨਾਂ ਦਾ ਆਪਦਾ 100 ਕਰੋੜ ਤੋਂ ਉੱਪਰ ਹੁੰਦਾ ਬਜਟ। ਸਾਡੀਆਂ ਮੇਰੇ ਖਿਆਲ 'ਚ 100 ਫਿਲਮਾਂ ਬਣ ਜਾਣ, ਜਿੰਨੀ ਇੱਕ ਫਿਲਮ ਬਣਾਉਂਦੇ ਨੇ ਉਹ ਬਜਟ ਦੀਆਂ। ਰਾਈਟ ਸੋ, ਪਰ ਕੀ ਹੁੰਦਾ ਹੈ ਕਿ ਬਾਲੀਵੁੱਡ ਦੀਆਂ ਕਈ ਸਾਰੀ ਫਿਲਮਾਂ ਦੇਖਦੇ ਨੇ ਕਿ ਯਾਰ ਸਾਊਥ ਦੀ ਉਹ ਫਿਲਮ ਤਾਂ ਨਹੀਂ ਰਿਲੀਜ਼ ਹੋ ਰਹੀ, ਆਪਾਂ ਅੱਗੇ ਪਿੱਛੇ ਕਰ ਲਾਂਗੇ ਰਿਲੀਜ਼। ਸੋ ਮੈਂ ਇਹ ਥੋੜ੍ਹਾ ਤੋਂ ਜਾਣਨਾ ਚਾਹੁੰਦਾ ਕਿ ਤੁਹਾਡੀ ਪ੍ਰਾਇਓਰਟੀ ਦੇ ਵਿੱਚ ਵੀ ਹੈਗਾ ਕਿ ਪੰਜਾਬ ਹੀ ਨਹੀਂ ਇਕੱਲਾ ਮਤਲਬ ਹਿੰਦੁਸਤਾਨ ਵੀ ਸਾਡੀ ਫਿਲਮਾਂ ਦੇਖੇ, ਔਰ ਹਰਿਆਣੇ ਦੇ ਵਿੱਚ ਜਿਹੜਾ ਸਾਡੇ ਕੋਲ ਐਕਸਪੀਰੀਅੰਸ ਆ, ਸਿੱਧੂ ਬਾਈ ਕਰਕੇ ਡਾਕੂਆ ਦਾ ਮੁੰਡਾ 2, ਹੈ ਨਾ, ਥੋੜ੍ਹੇ ਦਿਨ ਹੀ ਚੱਲੀ ਸੀਗੀ, 2 ਕੁ ਦਿਨ ਹੀ ਚੱਲੀ ਸੀਗੀ, 3 ਦਿਨ, ਹੈ ਨਾ, ਸਰਸਾ ਦਾ ਜਿਹੜਾ ਬਹੁਤ ਸੋਹਣਾ ਰਿਸਪੋਂਸ ਸੀਗਾ, ਔਰ ਰਾਜਸਥਾਨ ਦੇ ਵਿੱਚ ਵੀ ਤੁਹਾਡੀ ਆਡੀਅੰਸ ਹੈਗੀ ਆ,
ਸੋ ਇਸ ਆਡੀਅੰਸ ਨੂੰ ਵਾਈਡ ਕਰਨ ਲਈ ਤੁਸੀਂ ਕੀ ਆਪਣੇ ਆਪ ਤੇ ਕੰਮ ਕਰਦੇ ਹੋ ਔਰ ਕੀ ਪ੍ਰਾਇਓਰਟੀ ਦੇ ਵਿੱਚ ਹੈਗੇ ਵੀ ਆ ਕਿ ਨਹੀਂ ਤੁਹਾਡੀ ਮਤਲਬ ਡਾਕੂਆਂ ਦਾ ਮੁੰਡਾ ਪਹਿਲੇ 3 ਦਿਨ ਜਦੋਂ ਤੱਕ ਸੀਗਾ ਉਹ ਕਰੋੜ ਤੋਂ ਉੱਤੇ ਸੀ 3 ਦਿਨ ਤੋਂ ਐਡੀ ਮੰਦਭਾਗੀ ਘਟਨਾ ਹੋਈ ਕਿ ਲੋਕ ਗਏ ਹੀ ਨਹੀਂ ਹੈਗੇ ਹਨਾ ਸਾਡਾ ਵੀ ਦਿਲ ਨਹੀਂ ਕੀਤਾ ਖੁਦ ਫਿਲਮ ਬਾਰੇ ਜਾਣਨ ਲਈ ਤਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਫਿਲਮ ਨੂੰ ਵੱਡਾ ਹੀ ਤਾਂ ਬਣਾਇਆ ਕਿ ਇਹਨੂੰ ਹਰ ਤਰ੍ਹਾਂ ਦੀ ਆਡੀਅੰਸ ਦੇਖੇ ਹੁਣ ਅਸੀਂ ਦਿੱਲੀ ਪ੍ਰਮੋਟ ਕਰਨ ਜਾਵਾਂਗੇ ਫਿਲਮ ਗੁੜਗਾਓਂ ਦੀ ਆਡੀਅੰਸ ਨੂੰ ਜਦੋਂ ਅਸੀਂ ਇਹ ਸਿਨੇਮਾ ਦਿਖਾਵਾਂਗੇ ਤਾਂ ਕਿਉਂ ਨਹੀਂ ਦੇਖਣਗੇ ਅਸੀਂ ਵੀ ਸਾਊਥ ਦਾ ਸਿਨੇਮਾ ਸਾਊਥ ਦੀ ਲੈਂਗੁਏਜ ਸਾਨੂੰ ਨਹੀਂ ਪਤਾ ਸੀਗੀ ਤਾਂ ਉਹ ਵੀ ਸਾਨੂੰ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਅੱਜ ਉਹਨਾਂ ਦੇ ਹੀਰੋਜ਼ ਦੇ ਉਹਨਾਂ ਦੇ ਐਕਟਰਾਂ ਦੇ ਨਾਮ ਜਾਣਦੇ ਹਾਂ ਅਸੀਂ ਕਿਉਂਕਿ ਉਹਨਾਂ ਦੀ ਮੇਕਿੰਗ ਉਹਨਾਂ ਦਾ ਸਿਨੇਮਾ ਸਾਨੂੰ ਖਿੱਚ ਕੇ ਲੈ ਕੇ ਆਇਆ ਜੇ ਅਸੀਂ ਵੀ ਪਰ ਇਹ ਹੈ ਸਭ ਤੋਂ ਵੱਡੀ ਗੱਲ ਜਿਵੇਂ ਪਹਿਲਾਂ ਬਿੰਨੂ ਬਾਈ ਜੀ ਨੇ ਕਿਹਾ ਸੀ ਕਿ ਬਹੁਤ ਘੱਟ ਬਜਟ ਦੇ ਵਿੱਚ ਟੈਕਨੀਕਲ ਟੀਮ ਐਡੀ ਵਧੀਆ ਹਾਇਰ ਕੀਤੀ ਕਿ ਅਸੀਂ ਤੁਹਾਨੂੰ ਉਹਦੇ ਬਰਾਬਰ ਤਾਂ ਨਹੀਂ ਜਾ ਸਕਦੇ ਪਰ ਨੇੜੇ ਤੇੜੇ ਦਾ ਸਿਨੇਮਾ ਜ਼ਰੂਰ ਦੇਖਣ ਲੱਗਤਾ ਜਿਵੇਂ ਜਿਵੇਂ ਵੱਡੀਆਂ ਕਮਾਈਆਂ ਸਿਨੇਮਾ ਕਰੂਗਾ ਜਾਂ ਬਾਹਰ ਤੋਂ ਪ੍ਰੋਡਿਊਸਰਾਂ ਦੀ ਜੇਬ 'ਚ ਚੰਗੇ ਪੈਸੇ ਆਉਣਗੇ ਤਾਂ ਇੱਕ ਦਿਨ ਅਸੀਂ ਵੀ ਸਾਊਥ ਦੇ ਨੇੜੇ ਪਹੁੰਚਾਂਗੇ ਬਰਾਬਰ ਜਾਵਾਂਗੇ ਮੇਰਾ ਸਭ ਤੋਂ ਘੱਟ ਹੁੰਦਾ ਵੀਰੇ ਬਾਕੀਆਂ ਦੇ 10-10 ਕਰੋੜ ਹੁੰਦੇ ਨੇ ਸਾਡੀ ਮੇਰੀ ਤਾਂ ਮੈਨੂੰ ਲੱਗਦਾ 5-6 ਕਰੋੜ 'ਚ ਬਣ ਜਾਂਦੀ ਹੈ ਭਾਜੀ ਪਹਿਲੀ ਫਿਲਮ ਹੈ ਜਿੱਥੇ ਮੈਂ ਵੱਧ ਪੈਸੇ ਲਵਾਏ ਨੇ ਕੁਛ ਲੋਰੀ ਸਾਹਿਬ ਤੋਂ ਦੇਵ ਬਾਈ ਦਾ ਨਾ ਇੱਕ ਖਾਸੀਅਤ ਹੈਗੀ ਹੈ ਇਹ ਪਤਾ ਕੀ ਹੈ ਇਹ ਪ੍ਰੋਡਿਊਸਰ ਨਾਲ ਆਪਣੀ ਫੀਸ ਦੀ ਵੀ ਐਡਜਸਟਮੈਂਟ ਕਰਦੇ ਔਰ ਮੇਕਰ ਟੂ ਮੇਕਰ ਫਰਕ ਹੈ ਜਿਹਨਾਂ ਨੂੰ ਲੱਗਦਾ ਕਿ ਯਾਰ ਇਹ ਮੇਕਰ ਪੈਸਾ ਫਿਲਮ ਇਹ ਫਿਲਮ ਡਿਮਾਂਡ ਕਰ ਰਹੀ ਔਰ ਹੀ ਸਭ ਪੈਸਾ ਲਗਾਓ ਮੈਂ ਕੋਈ ਨਹੀਂ ਤੁਹਾਡੇ ਨਾਲ ਖੜਾ ਉਹ ਇੱਕ ਸ਼ਬਦ ਹੀ ਨਾ ਮਤਲਬ ਉਹ ਮੋਟੀਵੇਟ ਕਰ ਦਿੰਦਾ ਔਰ ਫਿਰ ਮੇਰੇ ਕੋ ਰੁਕ ਮਨਾ ਹੀ ਨਹੀਂ ਕਰ ਹੁੰਦਾ ਕਿ ਦੇਵ ਬਾਈ ਜੋ ਕਹਿੰਦੇ ਆ ਕਿਉਂਕਿ ਇਹਨਾਂ ਦਾ ਵਿਜ਼ਨ ਬਹੁਤ ਦੂਰ ਤੱਕ ਹੈਗਾ ਮੇਰੀ ਨਾ ਇੱਕ ਸੋਚ ਹੈ ਮੈਂ ਇਹ ਸੋਚਦਾ ਕਿ ਮੇਰੇ ਕੋਲ ਹੋਰ ਕੋਈ ਰੁਜ਼ਗਾਰ ਹੈ ਵੀ ਨਹੀਂ ਹੈ ਮੇਰਾ ਪੈਸ਼ਨ ਹੈ ਸਿਨੇਮਾ ਕਰਨਾ ਔਰ ਚੰਗੀਆਂ ਫਿਲਮਾਂ ਬਣਾਉਣਾ ਚੰਗੀਆਂ ਸਟੋਰੀਆਂ ਦੀ ਭਾਲ 'ਚ ਰਹਿਣਾ ਆਲਵੇਜ਼ ਇਹ ਇੱਕ ਪੈਸ਼ਨ ਹੈ ਮੇਰਾ ਕਿਉਂਕਿ ਅਸੀਂ ਸ਼ੁਰੂ ਤੋਂ ਥੀਏਟਰ ਨਾਲ ਜੁੜੇ ਰਹੇ ਹਾਂ ਔਰ ਸਿਨੇਮਾ ਜਦੋਂ ਤੁਹਾਡੀ ਲਾਸਟ ਸਟੇਜ ਨੂੰ ਤੁਸੀਂ ਜਾਣਾ ਪਰਦੇ 'ਤੇ ਹੀ ਹੁੰਦਾ ਸੋ ਹੁਣ ਪਰਮਾਤਮਾ ਨੇ ਮੌਕਾ ਦਿੱਤਾ ਅਤੇ ਮੇਰਾ ਇਹ ਹੁੰਦਾ ਕਿ ਜੇ ਮੇਰਾ ਪ੍ਰੋਡਿਊਸਰ ਬਚਿਆ ਰਹੂਗਾ ਜਿਉਂਦਾ ਰਹੂਗਾ ਤਾਂ ਉਹ ਮੇਰੇ ਲਈ ਮੇਰਾ ਸਿਨੇਮਾ ਬਣਾਊਗਾ ਇਸੇ ਕਰਕੇ ਸਾਨੂੰ ਪੰਜਾਬੀ ਇੰਡਸਟਰੀ ਨੂੰ ਜਿਹੜੇ ਚੰਗੇ ਪ੍ਰੋਡਿਊਸਰ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ ਬਿਨਾਂ ਮਤਲਬ ਪੈਸਾ ਨਹੀਂ ਲਵਾਉਣਾ ਚਾਹੀਦਾ ਕਿ ਇੱਥੇ ਵੀ ਲਾ ਦਿਉ ਉੱਥੇ ਵੀ ਲਾ ਦਿਉ ਜਾਂ ਮੈਨੂੰ ਫਲਾਣੇ ਮੇਰੇ ਨਾਲ 15-15 ਬੰਦੇ ਨੇ ਸਾਰਿਆਂ ਦੇ ਰੂਮ ਕਰਾ ਦਿਉ ਪ੍ਰੋਡਿਊਸਰ ਵਿਚਾਰਾ ਮਜਬੂਰ ਹੋਇਆ ਕਰਦਾ ਇਹ ਚੀਜ਼ਾਂ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਸਟਾਰਟਿੰਗ ਜਦੋਂ ਪੰਜਾਬੀ ਇੰਡਸਟਰੀ ਸਟਾਰਟ ਹੋਈ ਸੀਗੀ ਬਹੁਤ ਵੱਡੇ ਵੱਡੇ ਪ੍ਰੋਡਿਊਸਰ ਆਏ ਬਹੁਤ ਵੱਡੇ ਵੱਡੇ ਜਿਹੜੇ ਅਸੀਂ ਖੁਦ ਖਤਮ ਕੀਤੇ ਜੇ ਅਸੀਂ ਪ੍ਰੋਡਿਊਸਰ ਸੰਭਾਲ ਕੇ ਰੱਖਾਂਗੇ ਸਾਡਾ ਸਿਨੇਮਾ ਚੱਲਦਾ ਰਹੂਗਾ ਕਿੰਨੇ ਲੱਖਾਂ ਲੋਕਾਂ ਨੂੰ ਸਾਡੀ ਜਿਹੜੀ ਇੰਡਸਟਰੀ ਹੈ ਉਹ ਰੁਜ਼ਗਾਰ ਦਿੰਦੀ ਹੈ ਸੋ ਇਸ ਕਰਕੇ ਸਾਨੂੰ ਸਾਡੇ ਪ੍ਰੋਡਿਊਸਰ ਬਚਾ ਕੇ ਰੱਖਣੇ ਬਹੁਤ ਜ਼ਰੂਰੀ ਹੈ ਐਕਚੁਅਲੀ ਨਾ ਪੰਜਾਬੀ ਫਿਲਮਾਂ 2 ਤਰ੍ਹਾਂ ਦੇ ਪੈਸੇ ਲੱਗਦੇ ਇੱਕ ਹੈਗਾ ਕੈਮਰੇ ਦੇ ਇਸ ਪਾਸੇ ਜਿਹੜਾ ਕਿ ਸਕਰੀਨ ਦੇ ਵਿੱਚ ਆਡੀਅੰਸ ਨੂੰ ਦਿਖੇ ਇੱਕ ਹੈਗਾ ਕੈਮਰੇ ਦੇ ਪਿੱਛੇ ਜਿਹੜਾ ਕਿ ਆਮ ਜਨਤਾ ਨੂੰ ਜਾਂ ਕਿਸੇ ਨੂੰ ਵੀ ਦਿਖਦਾ ਨਹੀਂ ਹੈਗਾ ਬਹੁਤ ਸਾਰਾ ਵੇਸਟ ਆਫ ਮਨੀ ਹੁੰਦਾ ਹੈਗਾ ਔਰ ਉਹ ਹਰ ਫਿਲਮਾਂ ਦੇ ਵਿੱਚ ਹੁੰਦਾ ਸਾਡੇ ਵੀ ਹੁੰਦਾ ਬਟ ਦੇਵ ਬਾਈ ਦੀਆਂ ਫਿਲਮਾਂ 'ਚ ਇੱਕ ਖਾਸੀਅਤ ਹੈ ਉਹ ਮੇਕਿੰਗ ਦੇ ਵਿੱਚ ਤਾਂ ਕੰਪਰੋਮਾਈਜ਼ ਨਹੀਂ ਹੋਣ ਦਿੰਦੇ ਉਹ ਕਹਿੰਦੇ ਪਿਛਲੇ ਬੈਕ ਲਾਈਨ 'ਤੇ ਈਵਨ ਕਈ ਐਕਟਰ ਮੇਰੇ ਨਾਲ ਬੈਠੇ ਇੱਥੇ ਕਈ ਬਹੁਤ ਐਕਸ ਅਮਾਊਂਟ ਮੰਗਦੇ ਵਾਈ ਮੰਗਦੇ ਮੈਂ ਕਹਿੰਦਾ ਦੇਵ ਬਾਈ ਹੈਲਪ ਕਰੋ ਮੇਰੀ ਇਹ ਆਪ ਫੋਨ ਕਰਦੇ ਸੀਗੇ ਬਾਈ ਇਹ ਮੇਰੀ ਫਿਲਮ ਹੈ ਔਰ ਹੀ ਸਭ ਨੂੰ ਆਪਾਂ ਹੈਲਪ ਕਰਨੀ ਹੈ ਇਹ ਫਿਲਮ ਇੰਨੇ ਨਹੀਂ ਇੰਨੇ ਪੈਸੇ ਦੇ ਕਰੋ ਬਹੁਤ ਜਗ੍ਹਾ ਐਜ਼ ਅ ਪ੍ਰੋਡਿਊਸਰ ਫਰੈਂਡਲੀ ਪ੍ਰੋਡਿਊਸਰ ਸਪੋਰਟਿਵ ਔਰ ਸਮਝਦੇ ਆ ਪ੍ਰੈਕਟੀਕੈਲਿਟੀ ਨੂੰ ਕਿ ਜੇ ਕਮਾ ਲਾਂਗੇ ਅਗਲੀ ਫਿਲਮ 'ਚ ਔਰ ਹੀ ਸਭ ਨੇ ਕਿਹੜੇ ਘਰ ਲੈ ਜਾਣੇ ਔਰ ਹੀ ਸਭ ਨੇ ਅਗਲੀ ਫਿਲਮ ਅਨਾਊਂਸ ਮਿੰਨਾ ਕਰ ਹੀ ਦੇਣੀ ਹੈ ਅਤੇ ਇਸ ਕਰਕੇ ਅਸੀਂ ਇਹਨਾਂ ਦੀ ਵਿਸ਼ਵਾਸ ਕਰਦੇ ਸਭ ਤੋਂ ਪਹਿਲਾਂ ਸਾਰਾ ਦੇਖੋ ਜੀ ਕੰਮ ਹੈ ਨਾ ਜਿਹੜਾ ਪੈਸੇ ਲਈ ਵੀ ਹੋਣਾ ਚਾਹੀਦਾ ਪਰ ਸਭ ਤੋਂ ਵੱਡੀ ਗੱਲ ਰਿਸਪੈਕਟ ਦਵਾਵੇ ਤੁਹਾਨੂੰ ਕੰਮ
ਰਿਸਪੈਕਟ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸੋ ਸੋਚ ਹੈ, ਉਸੇ ਸੋਚ ਨਾਲ ਸਾਰੇ ਸਪੋਰਟ ਕਰਦੇ ਆ। ਸੋ ਸਾਰਿਆਂ ਦਾ ਇੱਕ ਵਾਰ ਫਿਰ ਥੈਂਕਸ। ਮੈਂ ਸੈਮਲ ਭਾਅ ਜੀ ਨੂੰ ਕਿਹਾ, ਮੈਂ ਭਾਅ ਜੀ ਫਿਲਮ ਕਰਨੀ ਆ। ਭਾਅ ਜੀ ਨੇ ਕੁਛ ਨਹੀਂ ਪੁੱਛਿਆ, ਕਹਿੰਦਾ ਮੈਨੂੰ ਪੈਸੇ ਵੀ ਨਾ ਦੇਣ, ਮੈਂ ਤਾਂ ਵੀ ਕਰੂੰਗਾ ਹੁਣ। ਸੋ ਰਾਜ, ਲੱਕੀ, ਸਾਰੇ ਸਪੋਰਟਿਵ ਨੇ ਭਰਾ ਜੀ। ਮੈਂ ਪੈਸੇ ਮੰਗ ਰਿਹਾ ਸੀ, ਅਸਲ ਪਤਾ ਕੀ ਚੱਕਰ ਹੈ, ਮੈਂ ਸਾਰੀ ਉਮਰ ਥੀਏਟਰ 'ਚ ਗਾਲਤੀ, ਹੁਣ ਮੈਨੂੰ ਇਸ ਵੀ ਚਲੋ ਘਰ ਬਾਰ ਜਾ ਬਣਾਉਣੇ ਯਾਰ, ਫਿਲਮਾਂ ਵਾਲਿਆਂ ਤੋਂ ਪੈਸੇ ਲਵਾਂਗੇ। ਬੜੇ ਸਪਸ਼ਟ ਮਸਲਾ ਹੈ। ਉਰੀ ਸਾਹਿਬ ਵੀ ਅੜ ਗਏ, ਮੈਂ ਵੀ ਅੜ ਗਿਆ। ਇਹਨਾਂ ਨੂੰ ਮੈਂ ਦੇਵ ਦਾ ਫੋਨ ਆ ਗਿਆ, ਕਹਿੰਦੇ ਭਾਅ ਜੀ ਆਹ ਫਿਲਮ ਕਰਨੀ ਹੈ। ਮੈਂ ਕਿਹਾ ਚਲੋ ਓਕੇ। ਉਦੋਂ ਬਾਅਦ ਹੋਰੀ ਸਾਹਿਬ ਆਪਣੀ ਕਦੇ ਕੋਈ ਗੱਲ ਨਹੀਂ ਹੋਈ, ਕਿਉਂਕਿ ਮੈਂ ਮੈਨੇਜ ਹੋ ਸਕਦੀ। ਜੇ ਮੈਂ 5-6 ਕਰੋੜ ਦੀ ਫਿਲਮ ਨੂੰ 8-9 ਕਰੋੜ ਤੇ ਬਣਾ ਦੂੰਗਾ, 2 ਕਰੋੜ ਪਹਿਲੇ ਹੀ ਲੋਸ ਹੈ। ਤਾਂ ਫਿਰ ਬਾਅਦ ਚ ਆਪਾਂ ਇੰਡਸਟਰੀ ਨੂੰ ਬਲੇਮ ਕਰਦੇ ਯਾਰ, ਇਹ ਫਿਲਮ ਲਾਈਨ ਨਹੀਂ ਵਧੀਆ। ਉਹ ਗੱਲ ਕੀ ਹੋ ਜੇ ਬਹੁਤ ਵਧੀਆ ਹੁੰਦਾ। ਸਭ ਤੋਂ ਜੇ ਫਿਲਮ ਬਣੀ ਹੈ, ਅਰੁਸ਼ੀ ਦਾ ਵੀ ਪੂਰਾ ਯੋਗਦਾਨ ਹੈ, ਜਪਜੀ ਦਾ ਵੀ ਪੂਰਾ ਯੋਗਦਾਨ ਹੈ, ਜੱਗੀ ਬਾਈ ਦਾ ਵੀ ਹੈ, ਉਦੋਂ ਰਾਜ ਦਾ ਵੀ ਹੈ, ਸਾਰੀ ਟੀਮ ਦਾ, ਨਵਨੀਤ ਦਾ। ਇਹ ਕੱਲੀ ਫਿਲਮ ਮੈਂ ਦਿਨ ਕਹਾਂ ਕਿ ਇਕੱਲੇ ਓਰੀ ਸਾਹਿਬ ਦੇ ਕਰਕੇ ਨਹੀਂ ਬਣਦੀ, ਮੇਰੀ ਫੈਮਿਲੀ ਦਾ, ਮੇਰੀ ਵਾਈਫ ਦਾ, ਕਿਉਂ ਮੈਂ ਪੈਸੇ ਸਾਰੇ ਸੇਵਿੰਗ ਇਹ ਉਹ ਸਭ ਕੱਢ ਕੇ ਇੱਥੇ ਲਗਾ ਦਿੰਦਾ, ਅਤੇ ਜੁੜੇ ਵੀ ਹੁੰਦੇ, ਅਤੇ ਸੰਚੇ ਦਾ ਬੇਟੇ ਦਾ, ਸਾਰੀ ਟੀਮ ਦਾ ਬਹੁਤ ਯੋਗਦਾਨ ਹੈ, ਅਤੇ ਤਦੀ ਫਿਲਮ ਬਣਦੀ। ਅਗਲੇ ਸਵਾਲ ਆਪਾਂ ਕਰ ਲਈਏ ਜੀ ਹੁਣ। ਜ਼ਮਾਨਾ ਵੀ BGM ਦਾ ਚੱਲ ਰਿਹਾ ਆ, ਤਾਂ ਮੈਂ ਜਾਣਨਾ ਚਾਹੁੰਦਾ ਤੁਸੀਂ ਕਾਲ ਬੈਕ ਕੇ ਬਣਵਾਇਆ ਜਿਹੜਾ ਵਿੱਚ ਸੁਣਦੇ ਨੇ ਕਿ ਪੀਸ ਵੱਜਦਾ ਸੈਕਸੋਫੋਨ ਦਾ, ਉਹ ਮੇਰਾ ਸੀਗਾ ਚੋਇਸ। ਮੈਂ ਨਵਨੀਤ ਬਾਈ ਨੂੰ ਕਿਹਾ, ਮੈਂ ਖੈਰ ਮੈਨੂੰ ਨਾ ਉਹ ਅਮਿਤਾਭ ਬੱਚਨ ਦੀ ਡੌਨ ਫਿਲਮ 'ਚ ਵੱਜਦਾ ਇਹ, ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਤੋਂ ਇੰਸਪਾਇਰਡ ਅਸੀਂ ਲਿਆ। ਮੈਂ ਕਿਹਾ ਯਾਰ ਮੈਨੂੰ ਉੱਦਾਂ ਦਾ ਮਿਊਜ਼ਿਕ ਚਾਹੀਦਾ, ਕਿਉਂਕਿ 70 ਦੇ ਦੌਰ ਦੀ ਫਿਲਮ ਹੈ, ਤਾਂ ਮਿਊਜ਼ਿਕ ਵੀ ਤੁਹਾਨੂੰ ਉਸ ਐਰਾ ਦੇ ਵਿੱਚ ਲੈ ਕੇ ਜਾਵੇ, ਉਹ ਅੱਜ ਵਾਲਾ ਮਿਊਜ਼ਿਕ ਨਹੀਂ ਹੋਣਾ ਚਾਹੀਦਾ ਅੱਜ, ਕਿਉਂਕਿ ਕਹਾਣੀ 1970 ਤੋਂ ਲੈ ਕੇ 2024 ਦੀ ਗੱਲ ਕਰਦੀ ਹੈ, ਟਰੈਵਲ ਕਰਦੀ ਹੈ, ਉੱਥੇ ਤੱਕ ਆਉਂਦੀ ਹੈ ਇਹ ਕਹਾਣੀ, ਕਰੈਕਟਰ ਉੱਥੇ ਤੱਕ ਆਉਂਦੇ ਆ, ਤਾਂ ਮਿਊਜ਼ਿਕ ਵੀ ਨਾਲ ਨਾਲ ਚੇਂਜ ਹੋ ਜਾਊਗਾ ਫਿਲਮ ਦਾ। ਇਸ ਚੀਜ਼ ਦਾ ਬਹੁਤ ਖਿਆਲ ਰੱਖਿਆ, ਔਰ ਕਾਫੀ ਇੱਕ ਇੱਕ ਚੀਜ਼ ਦੇ ਉੱਤੇ ਅਸੀਂ ਵਰਕ ਕਰਕੇ ਫਿਰ ਇਹ ਫਿਲਮ ਨੂੰ ਘੱਟੋ ਘੱਟ, ਨਹੀਂ ਤਾਂ ਸਾਡੇ ਹੁੰਦਾ ਕਿ ਯਾਰ ਕਹਾਣੀ ਲਿਖੀ ਗਈ 6 ਮਹੀਨੇ, 3 ਮਹੀਨੇ, 3 ਮਹੀਨੇ ਵੀ ਨਹੀਂ ਕੋਈ ਦਿੰਦਾ ਅੱਜ ਕੱਲ੍ਹ, 1.5 ਮਹੀਨੇ 'ਚ ਕਹਿੰਦੇ ਨੇ ਜੀ ਡਰਾਫਟ, ਘੱਟੋ ਘੱਟ ਸਾਲ ਤੋਂ ਉੱਤੇ ਦਾ ਟਾਈਮ ਅਸੀਂ ਕਹਾਣੀ 'ਤੇ ਲਾਇਆ, ਉਹਦੀ ਸਾਹਿਬ ਨੂੰ ਪਤਾ ਫਿਰ ਚੀਜ਼ਾਂ ਦਾ, ਫਿਰ ਲੁੱਕਸ ਨੂੰ ਲੈ ਕੇ ਇੱਕ ਇੱਕ ਚੀਜ਼ ਦੇ ਉੱਤੇ, ਕਿਉਂਕਿ ਜਿਹੜੇ ਤੁਹਾਡੇ ਬ੍ਰਾਂਡ ਹੁੰਦੇ ਨੇ ਨਾ, ਜਦੋਂ ਪਹਿਲੀ ਬਲੈਕ ਹੈ ਤਾਂ ਲੋਕਾਂ ਨੂੰ ਬਹੁਤ ਉਮੀਦਾਂ ਨੇ, ਦੂਜੀ ਆਉਂਦੀ ਅਗਲਾ ਕਹਿੰਦਾ ਗੱਲ ਨਹੀਂ ਬਣੀ ਜੀ। ਸੋ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਯਾਰ ਸਵਾਲ ਫੇਰ ਹੈ, ਜੇ ਫਿਲਮ ਦੇਖ ਕੇ ਅਗਲੇ ਕਹਿਣੇ ਯਾਰ ਇਹ ਪਹਿਲੀ ਤੋਂ ਵਧੀਆ, ਉਹ ਹੁਣ ਜਦੋਂ ਕਿ ਬਹੁਤ ਵੱਡਾ ਚੈਲੰਜ ਹੁੰਦਾ, ਉਹ ਹੁੰਦਾ ਨਹੀਂ ਹੈ, ਬਟ ਅਸੀਂ ਇਹ ਕੋਸ਼ਿਸ਼ ਕਰਕੇ ਫਿਲਮ ਬਣਾਈ ਆ, ਸਾਨੂੰ ਨਹੀਂ ਪਤਾ ਸੀ ਕਿੰਨੇ ਕੁ ਕਾਮਯਾਬ ਹੋਵਾਂਗੇ ਜਾਂ ਹੋਏ ਹਾਂ, ਤੁਸੀਂ ਦੇਖਣ ਤੋਂ ਬਾਅਦ ਕਹਿ ਸਕੋ ਕਿ ਯਾਰ ਹਾਂ ਯਾਰ ਇਹ ਪਹਿਲੀ ਤੋਂ ਵਧੀਆ, ਉਹ ਹੋਊਗਾ ਨਹੀਂ ਹੋਊਗਾ, ਪਰ ਅਸੀਂ ਆਪਣੇ ਵੱਲੋਂ ਇਹ ਸੋਚ ਕੇ ਬਣਾਈ ਆ ਕਿ ਲੋਕ ਕਹਿਣੇ ਯਾਰ ਇਹ ਪਹਿਲੀ ਤੋਂ ਵਧੀਆ। ਰਾਈਟ, ਸੋ ਹੁਣ ਤੁਸੀਂ ਇੱਕ ਸਵਾਲ ਉੱਥੋਂ ਵੀ ਲੈ ਲਿਓ, ਪਰ ਜਾਂਦੇ ਜਾਂਦੇ ਤੁਸੀਂ ਨਾ ਦਕਸ਼ ਬਾਈ ਦੀ ਗੱਲ ਜ਼ਰੂਰ ਕਰ ਜਿਓ, ਔਰ ਜਦੋਂ ਦਕਸ਼ ਬਾਈ ਦਾ ਨਾਮ ਆਉਂਦਾ ਹੈ ਨਾ ਮੇਰੇ ਦਿਮਾਗ 'ਚ ਆਉਂਦੀ ਹੈ ਕੈਟ, ਹਨਾ, ਅਤੇ ਕੈਟ ਵਰਗਾ ਮਤਲਬ ਉਹ ਪੰਜਾਬ ਨੂੰ ਦਿਖਾ ਕੇ ਬਹੁਤ ਕੁਛ ਦਿਖਾਈ ਜਾਂਦੇ ਆ, ਟੱਬਰ ਕੈਟ ਹੈਗੀ ਆ, ਔਰ ਕੋਹਰਾ ਵੀ ਆ, ਹਨਾ, ਤਾਂ ਉਹ ਵੀ ਕੁਛ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਫਿਲਮ ਬਣਾਈ ਸੀ ਤਾਂ ਅਸੀਂ ਸੋਚਿਆ ਸੀ ਕਿ ਬਲੈਕ ਆ 3 ਲਈ ਸਟਰੋਂਗ ਕੋਈ ਥਰੂ ਛੱਡ ਕੇ ਜਾਈਏ,
ਜਿਹਦੇ ਨਾਲ ਲੋਕ ਜੁੜਨਗੇ ਯਾਰ ਬਲੈਕਿਆ ਥ੍ਰੀ ਵੀ ਬਣੂਗੀ ਦੇਖਾਂਗੇ, ਉਹ ਅਸੀਂ ਛੱਡਿਆ। ਔਰ ਉਹਦੇ ਵਿੱਚ ਇੱਕ ਕਰੈਕਟਰ ਆਇਆ ਔਰ ਉਹਦੇ ਵਿੱਚ ਅਸੀਂ ਸੀਗਾ ਕਿ ਸਟਰੋਂਗ ਬੰਦੇ ਖੜ੍ਹੇ ਹੋਣ ਅਗਲੀ ਫਿਲਮ ਲਈ। ਉਹ ਜਦੋਂ ਫਿਲਮ ਦੇਖੋਗੇ ਉਦੋਂ ਪਤਾ, ਦਕਸ਼ ਦਾ ਨਾਮ, ਅਸੀਂ ਇੱਕ ਚਿਹਰਾ ਲੱਭ ਰਹੇ ਸੀਗੇ ਪੁਲਿਸ ਦੇ, ਉਹਦੇ ਵਿੱਚ ਬਹੁਤ ਸਾਰੇ ਨਾਮ ਆਏ ਕਿ ਇੱਕ DSP ਚਾਹੀਦਾ ਤਾਂ ਪੁਲਿਸ ਆਫਿਸਰ ਚਾਹੀਦਾ, ਕਿਹੜੇ ਕਿਹੜੇ ਨਾਮ ਹੋ ਸਕਦੇ ਨੇ। ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਕੈਟ ਆਈ ਸੀ, ਕੈਟ ਦੇਖਣ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਰੋਲ ਦਕਸ਼ ਨੂੰ ਜਾਊਗਾ। ਦਕਸ਼ ਬਹੁਤ ਕਮਾਲ ਦਾ ਐਕਟਰ ਹੈ ਔਰ ਉਹ ਪੁਲਿਸ ਦੀ ਯੂਨੀਫਾਰਮ ਚੱਚ ਬਹੁਤ ਰਹੀ ਹੈ, ਹੱਟਾ ਕੱਟਾ ਉਹ। ਸਾਨੂੰ ਚਾਹੀਦਾ ਸੀਗਾ ਜੇ ਸਾਡੀ ਬਲੈਕਿਆ 2 ਨੂੰ ਸਾਰੀ ਆਡੀਅੰਸ ਪਿਆਰ ਦਿੰਦੀ ਹੈ ਤਾਂ ਬਲੈਕਿਆ 3 ਦੇ ਵਿੱਚ ਉਹਦਾ ਰੋਲ ਹੋਰ ਵੀ ਪਾਵਰਫੁਲ ਹੋ ਕੇ ਆਊਗਾ। ਅਗਰ ਮੈਂ ਬਤਾ ਦੂੰਗੀ ਤਾਂ ਸਭ ਕੁਝ ਹੀ ਰਿਵੀਲ ਹੋ ਜਾਏਗਾ ਇਫ ਆਈ ਟੈਲ ਯੂ ਐਨੀਥਿੰਗ ਰਾਈਟ ਨਾਓ। ਬਹੁਤ ਬੜਾ ਕੈਰੈਕਟਰ ਨਹੀਂ ਹੈ, ਮਤਲਬ ਆਈ ਡੋਂਟ ਹੈਵ ਅ ਲੋਟ ਆਫ ਸੀਨਸ, ਬਟ ਜਿੰਨਾ ਹੈ ਇਟਸ ਇੰਪੋਰਟੈਂਟ ਆਈ ਫੀਲ ਇਨ ਦ ਫਿਲਮ ਹੈ ਕਿ ਨਹੀਂ। ਸਪੋਰਟ ਮੀ ਗਾਇਸ, ਇੱਕ ਦੂਸਰੇ ਦਾ ਕਰਦੇ ਰਹੇ ਤਾਂ ਮੇਰੇ ਬਾਰੇ ਮੈਂ ਸਪੋਰਟ ਨਹੀਂ ਕਰਦੇ ਹੋ। ਜਿਸ ਤਰ੍ਹਾਂ ਦੀ ਹੁਣੇ ਬੈਠੀ ਲੱਗਦੀ ਹੈ ਨਾ ਫਿਲਮ 'ਚ ਕਿਰਦਾਰ ਇੱਦਾਂ ਦੇ ਹੈ, ਜਿਸ ਤਰ੍ਹਾਂ ਨਵਨੀਤ ਨੇ ਨਾ ਕਰੈਕਟਰ ਚੁਣ ਚੁਣ ਕੇ ਹੀ ਮਤਲਬ ਜਿਹੜਾ ਉਸ ਕਰੈਕਟਰ ਦੇ ਵਿੱਚ ਲੱਗੇ, ਇਹ ਹੁਣ ਬੈਠੀ ਹੈ ਜਿਸ ਤਰ੍ਹਾਂ ਦੀ ਲੱਗ ਰਹੀ। ਫਿਲਮ ਦੇ ਵਿੱਚ ਵੀ ਕਿਰਦਾਰ ਉੱਦਾਂ ਦਾ ਹੀ ਹੈਗਾ ਔਰ ਛੋਟਾ ਰੋਲ ਹੈ ਬਟ ਬਹੁਤ ਵਧੀਆ ਰੋਲ ਹੈ। ਮਤਲਬ ਆਈ ਵਿਸ਼ ਕਿ ਮੈਨੂੰ ਕੁਝ ਐਸਾ ਕੈਰੈਕਟਰ ਮਿਲੇ ਕਭੀ ਜੋ ਥੋੜਾ ਚੈਲੰਜਿੰਗ ਹੋ, ਬਟ ਅਭੀ ਤੱਕ ਆਈ ਹੈਵ ਬੀਨ ਡੂਇੰਗ ਕੈਰੈਕਟਰਸ ਜੋ ਮੇਰੇ ਜੈਸੇ ਹੀ ਹੈ। ਅਸਲ 'ਚ ਮੈਂ ਨਾ ਇਹ ਚੀਜ਼ ਨੂੰ ਐਂ ਡਿਫਾਈਨ ਕਰਦਾ ਕਿ ਜਦੋਂ ਤੁਹਾਨੂੰ ਨਾ ਪਾਵਰਫੁਲ ਸਕ੍ਰਿਪਟ ਮਿਲਦੀ ਹੈ ਤਾਂ ਫਿਰ ਰੋਲ ਦੀ ਲੈਂਥ ਮਾਇਨੇ ਨਹੀਂ ਰੱਖਦੀ। ਮੈਂ ਵੀ ਮੌੜ ਫਿਲਮ ਕਰਕੇ ਆਇਆ ਤਾਂ ਮੈਂ ਉਹਦੇ ਵਿੱਚ ਇਹ ਨਹੀਂ ਦੇਖਿਆ ਕਿ ਮੈਂ ਜਿਉਣਾ ਕਰ ਰਿਹਾ ਜਾਂ ਮੈਨੂੰ ਜਿਉਣਾ ਨਹੀਂ ਮਿਲਿਆ, ਮੈਂ ਕਿਸ਼ਨਾ ਮੌੜ ਕਿਉਂ ਕਰਾਂ। ਉਹ ਉਸ ਕਰਕੇ ਕੀਤਾ ਕਿਉਂਕਿ ਉਹਦੀ ਜਦੋਂ ਮੈਂ ਕਹਾਣੀ ਸੁਣੀ ਤਾਂ ਜਦੋਂ ਕਰੈਕਟਰ ਸੁਣਿਆ ਤਾਂ ਮੈਨੂੰ ਲੱਗਿਆ ਕਿ ਇਹ ਕਰੈਕਟਰ ਮੈਨੂੰ ਨਹੀਂ ਛੱਡਣਾ ਚਾਹੀਦਾ, ਇਹ ਕਰੈਕਟਰ ਮੈਨੂੰ ਕਰਨਾ ਚਾਹੀਦਾ। ਸੋ ਹਮੇਸ਼ਾ ਔਰ ਜਦੋਂ ਵੱਡਾ ਸੈਟਅਪ ਹੋਵੇ ਔਰ ਲੱਗੇ ਕਿ ਕੁਛ ਡਿਫਰੈਂਟ ਟਾਈਪ ਦਾ ਸਿਨੇਮਾ ਆ ਰਿਹਾ ਤਾਂ ਫਿਰ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਰੋਲ ਦੀ ਲੈਂਥ ਦੀ ਕੋਈ ਇੰਪੋਰਟੈਂਸ ਰਹਿ ਜਾਂਦੀ ਹੈ। ਨੋ, ਆਈ ਵਾਸ ਅਬਾਊਟ ਟੂ ਸੇ ਕਿ ਇਟਸ ਅ ਬਿਗ ਫਰੈਂਚਾਈਜ਼। ਦ ਫਰਸਟ ਫਿਲਮ ਵਾਸ ਮਤਲਬ ਵਟਐਵਰ ਹੈਪਨਡ ਬਟ ਇਟ ਵਾਸ ਅ ਬਿਗ ਫਿਲਮ। ਤੋ ਇਸ ਫਿਲਮ ਕਾ ਪਾਰਟ ਹੋਣਾ ਵਾਸ ਅ ਵੈਰੀ ਬਿਗ ਡੀਲ ਫੋਰ ਮੀ ਕਿ ਜਬ ਮੁਝੇ ਓਰੀਜੀ ਨੇ ਬੋਲਾ ਤੋ ਮੈਨੇ ਉਨਕੋ ਕਹਾ ਕਿ ਉਨ੍ਹੋਂਨੇ ਮੁਝਸੇ ਵੀ ਨੈਗੋਸ਼ੀਏਟ ਕੀਆ ਤੋ ਮੈਨੇ ਕਹਾ ਹਮਨੇ ਅਭੀ ਤੱਕ ਕਾਮ ਨਹੀਂ ਕੀਆ, ਕਰ ਲੇਤੇ ਹੈਂ ਜੋ ਵੀ ਆਪ ਕਹੋਗੇ ਉਤਨੇ ਮੈਂ ਕਰ ਲੇਂਗੇ, ਡੋਂਟ ਵਰੀ, ਬਟ ਲੈਟਸ ਸਟਾਰਟ ਸਮਥਿੰਗ। ਸੋ ਆਈ ਹੈਡ ਅ ਗੁੱਡ ਟਾਈਮ। ਸੋ ਦੀਪਾ ਜੀ, ਇਸ ਫਿਲਮ ਵਿੱਚ ਗੌਰਵ ਚੋਪੜਾ ਵੀ ਨੇ ਜਿਹਨਾਂ ਨੇ ਹਿੰਦੀ ਇੰਡਸਟਰੀ 'ਚ ਕੰਮ ਕੀਤਾ ਬਹੁਤ ਸਾਰਾ ਤੋਂ, ਹੈ ਨਾ? ਹਾਂਜੀ 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 ਹਾਂਜੀ। ਸੋ ਹੈ ਨਾ ਹਿੰਦੀ ਦੇ ਨਾਲ ਵੀ ਉਹਨਾਂ ਦਾ ਵਾਸਤਾ ਪੰਜਾਬੀ ਲੈਂਗੁਏਜ ਨਾਲ, ਹੁਣ ਗਦਰ 'ਚ ਵੀ ਆਏ ਸੀ ਪਿੱਛੇ, ਬਹੁਤ ਕਮਾਲ ਦੇ ਐਕਟਰ ਹੈ। ਸੋ ਆਪਣੀ ਪੰਜਾਬੀ ਇੰਡਸਟਰੀ ਦਾ ਲੈਵਲ ਇੱਥੇ ਤੱਕ ਪਹੁੰਚ ਗਿਆ ਕਿ ਹਿੰਦੀ ਜਿਹੜੇ ਆਰਟਿਸਟ ਨੇ, ਆਪਾਂ ਕੀ ਪਹਿਲਾਂ ਦੇਖਦੇ ਸੀ ਫਿਲਮਾਂ 'ਚ, ਪੰਜਾਬੀ ਫਿਲਮਾਂ 'ਚ ਉਹ ਕਲਾਕਾਰ ਕੰਮ ਕਰਦੇ ਸੀਗੇ ਜਿਹੜੇ ਪਿੱਛੋਂ ਪੰਜਾਬ ਤੋਂ ਹੀ ਨੇ, ਜਿਹਨਾਂ ਦੀ ਬੈਕਗਰਾਉਂਡ ਪੰਜਾਬੀ ਹੈ, ਬੋਲ ਲੈਂਦੇ ਨੇ, ਹੈ ਨਾ? ਸੋ ਹਿੰਦੀ ਆਰਟਿਸਟ ਵੀ ਜਿਹੜੇ ਅਟਰੈਕਟ ਹੋਣ ਲੱਗ ਪਏ ਨੇ ਪੰਜਾਬੀ ਸਿਨੇਮਾ ਦੇ ਵਿੱਚ। ਬਿਲਕੁਲ ਹੋ ਰਿਹਾ ਜੀ, ਹੁਣ ਸਾਡਾ ਸਿਨੇਮਾ ਦੇਖੋ ਮਸਤਾਨੇ ਨੇ ਕਿੰਨਾ ਸੋਹਣਾ ਬਿਜ਼ਨਸ ਕੀਤਾ ਹੈ, ਔਰ ਜਦੋਂ ਦਾ ਟ੍ਰੇਲਰ ਆਇਆ ਸੀ ਹਰ ਬੰਦੇ ਦੇ ਦਿਲ ਦੀ ਇੱਛਾ ਸੀ ਕਿ ਮਸਤਾਨੇ ਦੇਖਣੀ ਹੈ। ਕੈਰੀ ਔਨ ਜੱਟਾ 100 ਕਰੋੜ ਕ੍ਰੋਸ ਕਰ ਗਈ, ਉਹਦੇ ਨੇੜੇ ਚਲੀ ਗਈ। ਸੋ ਸਿਨੇਮਾ ਸਾਡਾ ਡੇ ਬਾਈ ਡੇ ਵੱਡਾ ਹੋ ਰਿਹਾ ਔਰ ਲੋਕਾਂ ਤੱਕ ਇਹ ਗੱਲ ਪਹੁੰਚ ਰਹੀ ਹੈ, ਸਾਊਥ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ ਕਿ ਹੁਣ ਜਿਹੜਾ ਪੰਜਾਬੀ ਦਾ ਸਿਨੇਮਾ ਉਹ ਵੀ ਗਰੋ ਕਰ ਰਿਹਾ। ਸੋ ਗੌਰਵ ਚੋਪੜਾ ਮੇਰਾ ਫੇਵਰੇਟ ਆਰਟਿਸਟ ਆ, ਮੈਂ ਅਸੀਂ ਫੇਸ ਲੱਭ ਰਹੀ ਸੀ ਤਾਂ ਮੈਨੂੰ ਨਾਮ ਨਹੀਂ ਸੀ ਯਾਦ ਆ ਰਿਹਾ ਕਿ ਯਾਰ ਇੱਕ ਬੰਦਾ ਹੈ, ਸਾਨੂੰ ਚਾਹੀਦਾ ਸੀ ਬੋਂਬੇ ਦਾ, ਅਸੀਂ ਇੱਕ ਡੌਨ ਦਿਖਾਉਣਾ ਸੀ, ਉਹਦਾ ਨਾਮ ਹਲੇ ਨਹੀਂ ਫਿਲਮ ਦੇ ਵਿੱਚ, ਜਦ ਤੁਸੀਂ ਦੇਖੋਗੇ ਤਾਂ ਉੱਥੇ ਰਿਵੀਲ ਹੋਊਗਾ ਨਾਮ। ਤਾਂ ਮੈਂ ਬਾਰ ਬਾਰ ਨਵਨੀਤ ਬਾਈ ਨੂੰ ਕਿਹਾ, ਮੈਂ ਖੈਰ ਇੱਕ ਬੰਦਾ ਹੈ ਯਾਰ ਫਲਾਣੀ ਫਿਲਮ 'ਚ ਆਇਆ, ਫਲਾਣੀ ਫਿਲਮ 'ਚ ਆਇਆ, ਅਤੇ ਫਿਰ ਅਸੀਂ ਲੱਭ ਲਿਆ। ਫਿਰ ਮੈਨੂੰ ਨਵਨੀਤ ਬਾਈ ਨੇ ਕਿਹਾ ਗੌਰਵ ਚੋਪੜਾ, ਮੈਂ ਖੈਰ ਇਹ ਬੰਦੇ ਨੂੰ ਲਈਏ ਆਪਾਂ, ਵੀ ਬੰਦਾ ਬਹੁਤ ਔਰ ਕਮਾਲ ਦਾ ਐਕਟਰ ਹੈ ਸੀਰੀਅਸਲੀ, ਔਰ ਪੰਜਾਬੀ ਵਧੀਆ ਬੋਲਦਾ, ਦਿੱਲੀ ਤੋਂ ਹੈ, ਇਹ ਨਹੀਂ ਹੈ ਕਿ ਉਹ ਬੰਦਾ ਸਿਰਫ ਹਿੰਦੀ ਬੋਲਦਾ, ਉਹਦੀ ਪੰਜਾਬੀ ਬਹੁਤ ਚੰਗੀ ਹੈ, ਔਰ ਫਿਊਚਰ ਦੇ ਵਿੱਚ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕਿਸੇ ਵੱਡੇ ਕਰੈਕਟਰ ਦੇ ਵਿੱਚ ਆਪਾਂ ਜ਼ਰੂਰ ਲੈ ਕੇ ਆਵਾਂਗੇ। ਰਾਜਵੀਰੇ
ਜਿੱਦਾਂ ਨਾ ਦੇਵ ਬਾਈ ਜਦੋਂ ਵੀ ਕੋਈ ਫਿਲਮ ਕਰਦੇ ਆ ਇਹ ਆਪਣੇ ਕਰੈਕਟਰ ਨਾਲੋਂ ਦੂਜੇ ਦਾ ਕਰੈਕਟਰ ਵੀ ਵੇਖਦਾ ਵੀ ਉਹਦਾ ਕਰੈਕਟਰ ਕਿੰਨਾ ਕੁ ਸਟਰੋਂਗ ਆ ਜਾਂ ਕਿੰਨਾ ਕੁ ਸਟਰੋਂਗ ਹੋਣਾ ਚਾਹੀਦਾ, ਅਤੇ ਜਦੋਂ ਇੱਦਾਂ ਦੇ ਬੰਦੇ ਨਾਲ ਕੰਮ ਕਰਦੇ ਆ ਫਿਰ ਐਕਸਪੀਰੀਅੰਸ ਵੀ ਵੱਧਦਾ ਗਾ ਅਤੇ ਕਿੱਦਾਂ ਦੀ ਬੌਂਡਿੰਗ ਰਹਿੰਦੀ ਆ ਫਿਰ? ਡੈਫੀਨੇਟਲੀ ਜਦੋਂ ਬਰਾਬਰ ਅਤੇ ਅੱਛੇ ਐਕਟਰ ਹੁੰਦੇ ਆ, ਜਿਵੇਂ ਸਾਰੇ ਅੱਛੇ ਐਕਟਰ ਆ ਫਿਲਮ ਦੇ ਵਿੱਚ, ਬਹੁਤ ਸਟਰੋਂਗ ਐਕਟਰ ਆ, ਉਹਨਾਂ ਦੀ ਜਿਹੜੀ ਬੈਕਗਰਾਊਂਡ ਆ ਉਹ ਵੀ ਬਹੁਤ ਸਟਰੋਂਗ ਆ, ਬਾਈ ਅਰਗੇ ਸਾਰੇ ਥੀਏਟਰ ਤੋਂ ਆ, ਤਾਂ ਜਿਹੜਾ ਮੈਂ ਨੌਨ ਥੀਏਟਰ ਤੋਂ ਆ ਮੈਨੂੰ ਮੇਰੇ ਲਈ ਥੋੜ੍ਹਾ ਚੈਲੇਂਜਿੰਗ ਹੋ ਜਾਂਦਾ ਮੈਚ ਕਰਨਾ। ਪਰ ਸੱਚੀ ਦੇਵ ਬਾਈ ਨਾਲ ਜਦੋਂ ਕੰਮ ਕਰਦੇ ਆ ਤਾਂ ਬਾਈ ਇੱਕ ਤਾਂ ਬਹੁਤ ਮਤਲਬ ਵੀ ਰਿਲੈਕਸ ਕਰ ਦਿੰਦੇ ਆ ਬੰਦੇ ਨਾਲ ਗੱਲ ਕਰਕੇ, ਜਿਵੇਂ ਬਾਈ ਆਪਾਂ ਬੈਠਦੇ ਵੀ ਸੀ ਸੀਨ 'ਤੇ ਗੱਲ ਵੀ ਕਰਦੇ ਸੀ ਹੈ ਨਾ, ਤਾਂ ਬਹੁਤ ਈਜ਼ੀ ਹੁੰਦਾ ਬਾਈ ਨਾਲ ਗੱਲ ਕਰਨਾ। ਐਂ ਨਹੀਂ ਹੈਗਾ ਵੀ ਬਾਈ ਇੱਕ ਪਾਸੇ ਬੈਠਾ ਤੇ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਜਿਹਦੇ ਨਾਲ ਵੀ ਸੀਨ ਹੁੰਦਾ ਖੁੱਲ੍ਹ ਕੇ ਡਿਸਕਸ ਕਰਦੇ ਆ। ਅਤੇ ਨਵਨੀਤ ਬਾਈ ਵੀ ਉਹਨਾਂ ਦਾ ਵਿਜ਼ਨ ਬਹੁਤ ਬਰੋਡ ਹੈਗਾ, ਬਹੁਤ ਵੱਡਾ ਵਿਜ਼ਨ ਉਹਨਾਂ ਦਾ, ਉਹ ਬਹੁਤ ਰਿਲੈਕਸ ਕਰ ਦਿੰਦੇ ਆ। ਤਾਂ ਐਕਟਰ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਉਹ ਸੈੱਟ ਦੇ ਉੱਤੇ ਕਿੰਨਾ ਕੁ ਕੰਫਰਟੇਬਲ ਹੈ। ਅਤੇ ਡਾਕੂਆਂ ਦਾ ਮੁੰਡਾ 2 ਵੀ ਇਹਦੇ 'ਚ ਵੀ ਬਹੁਤ ਕੰਫਰਟੇਬਲ ਸੀ, ਮੈਂ ਬਹੁਤ ਖੁੱਲ੍ਹ ਕੇ ਕੰਮ ਕੀਤਾ। ਅਤੇ ਨਾਲ ਦੇ ਐਕਟਰ ਜਦੋਂ ਅੱਛਾ ਕਰ ਰਹੇ ਹੁੰਦੇ ਤਾਂ ਤੁਹਾਡੀ ਡੈਫੀਨੇਟਲੀ ਜ਼ਿੰਮੇਵਾਰੀ ਬਣ ਜਾਂਦੀ ਹੈ, ਤਾਂ ਕੁੱਲ ਮਿਲਾ ਕੇ ਵਧੀਆ ਰਿਜ਼ਲਟ ਨਿਕਲਦਾ ਹੁੰਦਾ। ਅੱਛਾ, ਇੱਕ ਜਦੋਂ ਸਪੋਰਟਿਵ ਆਰਟਿਸਟ ਬਹੁਤ ਘੱਟ ਨੇ ਇੰਡਸਟਰੀ ਦੇ ਵਿੱਚ, ਤਾਂ ਰਾਜ ਉਹਨਾਂ 'ਚੋਂ ਇੱਕ ਹੈ ਜਿਹੜਾ ਸਪੋਰਟ ਕਰਦਾ ਤੁਹਾਨੂੰ। ਨਹੀਂ, ਮੇਰੇ ਨਾ 2-3 ਬੜੇ ਬੈਡ ਐਕਸਪੀਰੀਅੰਸ ਰਹੇ ਨੇ, ਮੈਂ ਨਾਮ ਤਾਂ ਨਹੀਂ ਲਾਊਂਗਾ ਕਿਸੇ ਦਾ, ਜਿਨ੍ਹਾਂ ਨੇ ਮੈਨੂੰ ਇਹ ਵੀ ਸੋਚਣ 'ਤੇ ਮਜਬੂਰ ਕਰਤਾ ਕਿ ਮੈਂ 2 ਹੀਰੋਆਂ ਵਾਲੀ ਫਿਲਮ ਕਰਾਂ ਕਿ ਨਾ ਕਰਾਂ। ਤਾਂ ਉਹਨਾਂ ਦੇ ਵਿੱਚੋਂ ਇਹ ਸੀਗਾ ਕਿ ਮੇਰੀਆਂ ਲਾਈਨਸ ਲਿਖੀਆਂ ਹੁੰਦੀਆਂ ਸੀ, ਉਹਨਾਂ ਨਾਲ ਛੇੜਛਾੜ ਕਰ ਦੇਣੀ, ਆਪਣੀ ਲਾਈਨ ਉੱਪਰ ਰੱਖਣੀ, ਇਹ 2-3 ਵਾਰ ਮੇਰਾ ਐਕਸਪੀਰੀਅੰਸ ਹੋ ਗਿਆ। ਫਿਰ ਇੱਕ ਬੰਦਾ ਮੇਰੇ ਓਪੋਜ਼ਿਟ ਸੀਗਾ ਇੱਕ ਫਿਲਮ ਦੇ ਵਿੱਚ, ਅਤੇ ਉਹ ਕਹਿੰਦਾ ਮੈਂ ਦੇਵ ਤੋਂ ਕੁੱਟੀ ਨਹੀਂ ਖਾਣੀ, ਮੈਂ ਕਿਉਂ ਖਾਵਾਂ, ਮੈਂ ਇਹ ਕਰਾਂ, ਨੈਗੇਟਿਵ ਸੀਗਾ ਨਾਲੇ ਉਹ। ਤਾਂ ਉਹਨੇ ਉਹ ਸੀਨ ਦਾ ਸਾਰਾ ਸੱਤਿਆਨਾਸ਼ ਕਰਤਾ ਬੰਦੇ ਨੇ, ਅਤੇ ਮੈਂ ਬਹਿਸ ਨਹੀਂ ਕਰਦਾ ਹੁੰਦਾ ਸੈੱਟ 'ਤੇ, ਮੈਂ ਡਾਇਰੈਕਟਰ ਨੂੰ ਪੁੱਛਣਾ ਉਹਨਾਂ ਤੇਰੀ ਕਾਲ ਕੀ ਹੈ, ਤੂੰ ਇਹ ਚਾਹੁੰਦਾ ਕਿ ਨਹੀਂ ਚਾਹੁੰਦਾ। ਉਹ ਡਾਇਰੈਕਟਰ ਵੀ ਨਹੀਂ ਬੋਲਿਆ ਕੁਛ, ਮੈਂ ਕਿਹਾ ਜਿਵੇਂ ਤੂੰ ਕਰਨਾ ਕਰ ਲਾ, ਤੇਰੀ ਫਿਲਮ ਹੈ। ਤਾਂ ਫਿਰ ਮੈਂ ਉਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲੈਂਦਾ, ਆਪਾਂ ਬਹਿਸ ਹੀ ਨਹੀਂ ਕਰਦੇ, ਪੈਂਦੇ ਹੀ ਨਹੀਂ, ਮੇਰੇ ਐਕਸਪੀਰੀਅੰਸ ਰਹੇ ਨੇ। ਬਟ ਮੈਂ ਰਾਜ ਬਾਈ ਦੀ ਇਹ ਐਪਰੀਸ਼ੀਏਟ ਕਰਦਾ, ਇੰਨੇ ਸਪੋਰਟਿਵ ਐਕਟਰ ਬਹੁਤ ਘੱਟ ਨੇ ਇੰਡਸਟਰੀ ਦੇ ਵਿੱਚ, ਨਹੀਂ ਤਾਂ ਬਹੁਤ ਸਾਰਿਆਂ ਦਾ ਜੇ 1 ਜਾਂ 2 ਫਿਲਮਾਂ ਚੱਲ ਜਾਣ, ਉਹ ਤੋਂ ਬਾਅਦ ਇੱਕ ਬੰਦੇ ਨੂੰ ਅਸੀਂ ਫਿਲਮ ਲਈ ਰਾਜ ਵਾਲੇ ਲਈ ਪਹਿਲਾਂ ਬੁਲਾਇਆ, ਅਤੇ ਕਹਿੰਦੇ ਸਾਡੇ ਡਾਇਰੈਕਟਰ ਦੀ ਚੋਇਸ ਸੀਗਾ ਬਾਈ ਦੀ, ਮੈਂ ਉਦੋਂ ਵੀ ਰਾਜ ਬਾਈ ਹੈਗਾ ਸੀਗਾ ਵਿੱਚ, ਮੈਂ ਕਿਹਾ ਰਾਜ ਬੈਟਰ ਚੋਇਸ ਹੈ, ਕਹਿੰਦੇ ਨਹੀਂ ਉਹ ਲੈਣਾ। ਉਹਦੇ ਨਾਲ ਗੱਲ ਕੀਤੀ, ਉਹ ਹਾਂ ਕਰ ਗਿਆ, ਹਾਂ ਕਰੂੰਗਾ। ਉਹ ਤੋਂ ਬਾਅਦ ਕਹਿੰਦਾ ਯਾਰ ਉਹਦੀ ਇੱਕੋ ਹੀ ਫਿਲਮ ਆਈ, ਉਹ ਵੀ ਥੱਲੇ ਗਈ, ਅਸੀਂ ਕਿਹਾ ਵੀ ਬਹੁਤ ਵੱਡਾ ਕਰੈਕਟਰ, ਔਰ ਜਦੋਂ ਤੁਸੀਂ ਰਾਜ ਦਾ ਕਰੈਕਟਰ ਦੇਖੋਗੇ ਤਾਂ ਮਤਲਬ ਬਾ ਕਮਾਲ ਇਹਨੇ ਕੰਮ ਕੀਤਾ, ਔਰ ਮੈਂ ਇਹਨੂੰ ਕਹਿ ਸਕਦਾ ਕਿ ਇਹ ਫਿਲਮ ਦੇ ਵਿੱਚ ਸੈਕਿੰਡ ਲੀਡ ਹੈ ਰਾਜ। ਅਤੇ ਉਹ ਬੰਦਾ ਕਹਿੰਦਾ ਯਾਰ ਮਸਾਂ ਮਸਾਂ ਤਾਂ ਉੱਠਿਆ ਯਾਰ, ਹੁਣ ਆਹ ਸਾਈਡ ਵਾਲੇ ਕਰੈਕਟਰ ਕਰਾਂਗੇ। ਹੁਣ ਜਦੋਂ ਮੈਂ ਉਹ ਬੰਦੇ ਨੂੰ ਕੰਮ ਕਰਦਾ ਦੇਖਿਆ ਪਿੱਛੇ ਜੇ, ਔਰ ਤੁਸੀਂ ਦੇਖੋ ਕਿ ਇੱਕ DVD 'ਚ ਉਹਨੇ ਕੰਮ ਕੀਤਾ ਔਰ ਐਡੀ ਵੱਡੀ ਫਿਲਮ ਛੱਡ ਕੇ। ਸੋ ਜਦੋਂ ਕਿ ਤੁਹਾਨੂੰ ਜਿੱਥੇ ਵੀ ਚਾਂਸ ਮਿਲਦਾ ਤੁਸੀਂ ਆਓ ਵੜੋ ਚੰਗੀ ਫਿਲਮ ਦੇ ਵਿੱਚ, ਇਹ ਨਾ ਰੱਖੋ ਕਿ ਆਹ ਮੈਨੂੰ ਛੋਟੇ ਛੋਟੇ ਰੋਲ ਕਰਕੇ ਅਸੀਂ ਪਹੁੰਚੇ ਹੋਏ ਹਾਂ ਇੱਥੇ ਤੱਕ। ਬੀਨੂ ਬਾਈ ਹੋਰੀ ਛੋਟੇ ਛੋਟੇ ਰੋਲ ਕਰਕੇ ਅੱਜ ਲੀਡ ਕਰ ਰਹੇ ਨੇ। ਸੋ ਸਿਨੇਮਾ ਉਹ ਹੈ, ਜਗਜੀਤ ਸੰਧੂ ਅੱਜ ਉਹ ਭੋਲੇ ਜੇ ਵਿੱਚ ਆ ਰਿਹਾ ਹੈ ਨਾ, ਉਹ ਵੀ ਸਾਈਡ ਕਰੈਕਟਰ ਕਰਕੇ ਅੱਜ। ਸੋ ਕਦੇ ਵੀ ਕੋਈ ਕਿਰਦਾਰ ਛੋਟਾ ਵੱਡਾ ਨਹੀਂ ਹੁੰਦਾ, ਸਾਈਡ 'ਤੇ ਵੱਡਾ ਨਹੀਂ ਹੁੰਦਾ। ਮੈਂ ਵੀ ਕਰਦਾ ਜੇ ਮੈਨੂੰ ਚੰਗਾ ਲੱਗੇ, ਕਿਰਦਾਰ ਚੰਗਾ ਲੱਗਣਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ। ਬਾਈ ਤੁਹਾਡੀ ਕਹਾਣੀ ਲੋਕ ਹੁੰਦੀ ਹੈ ਜਾਂ ਸੈੱਟ 'ਤੇ ਵੀ ਇੱਧਰ ਉੱਧਰ ਕਰ ਲੈਂਦੇ ਹੋ ਡਾਇਲੋਗ ਕੋਈ ਵੀ? ਨਹੀਂ, ਮੈਂ ਸਾਡੀ ਦੇਖੋ ਜਿਹੜਾ ਇੱਕ ਕੰਟੈਂਟ ਅਸੀਂ 1 ਲਾਈਨ ਜਿਹੜੀ ਬਣਾ ਲਈ ਉਹ ਛੇੜਛਾੜ ਨਹੀਂ ਹੁੰਦੀ। ਡਾਇਲੋਗ ਵੀ ਲਿਖੇ ਜਾਂਦੇ ਨੇ ਪਹਿਲਾਂ ਹੀ, ਅਸੀਂ ਸੈੱਟ 'ਤੇ ਇਨਹੈਂਸ ਕਰਦੇ ਹਾਂ ਚੀਜ਼ਾਂ ਬੈਟਰਮੈਂਟ ਲਈ, ਔਰ ਨਾ ਅਸੀਂ ਕਹਾਣੀ ਛੇੜਦੇ ਹਾਂ ਨਾ ਚੀਜ਼ਾਂ ਛੇੜਦੇ ਹਾਂ। ਜਿਹੜੀ ਇੱਕ ਵਾਰ ਸਾਰਿਆਂ ਨੇ ਹੁਣ ਸਾਲ ਦੀ ਮਿਹਨਤ ਆ ਬਹਿ ਗਏ, ਸਾਰਿਆਂ ਦੀ ਤਸੱਲੀ ਹੋ ਗਈ, ਮੇਰੀ ਵੀ ਹੋ ਗਈ, ਡਾਇਰੈਕਟਰ ਦੀ ਵੀ ਹੋ ਗਈ, ਵੀ ਯਾਰ ਆਹ ਬਹੁਤ ਘੈਂਟ ਆ, ਠੀਕ ਹੈ। ਉਹਨੂੰ ਜੇ ਕੋਈ ਆ ਕੇ ਸੈੱਟ 'ਤੇ ਬੰਦਾ ਚੇਂਜ ਕਰੇ ਕਹਾਣੀ ਨੂੰ, ਤਾਂ ਉਹ ਫਿਰ ਅਸੀਂ ਹੋਣ ਨਹੀਂ ਦਿੰਦੇ। ਔਰ ਸਾਡਾ ਹਾਂ ਡਾਇਲੋਗ ਜ਼ਰੂਰ ਇਨਹੈਂਸ ਕਰੀ ਜਾਵੇ, ਹੋਰ ਚੰਗੀ ਲਾਈਨ ਆ ਸਕਦੀ ਹੈ, ਹੋਰ ਵਧੀਆ ਚੀਜ਼ ਆ ਸਕਦੀ ਹੈ, ਪਰਫੋਰਮੈਂਸ 'ਤੇ ਕੰਮ ਕਰੀਦਾ। ਸੋ ਉਹ ਕੰਮ ਨਹੀਂ ਹੈਗਾ ਕਿ ਸੈੱਟ 'ਤੇ ਜਾਈਏ, ਕਿਉਂਕਿ ਜਦੋਂ ਤੁਸੀਂ ਸੈੱਟ 'ਤੇ ਜਾ ਕੇ ਲਿਖਣਾ ਸ਼ੁਰੂ ਕਰਦੇ ਹੋ ਨਾ,
ਕਈ ਬੰਦੇ ਸੋਚਦੇ ਨੇ ਕਿ ਹਾਂਜੀ ਅਸੀਂ ਸੈੱਟ 'ਤੇ ਹੀ ਲਿਖ ਲੈਂਦੇ ਹਾਂ ਸੈੱਟ 'ਤੇ, ਤੁਹਾਡੇ ਕੋਲ ਮੌਕਾ ਹੀ ਨਹੀਂ ਹੁੰਦਾ ਇਨਹੈਂਸ ਕਰਨ ਦਾ, ਜੋ ਦਿਮਾਗ 'ਚ ਆਇਆ ਤੁਸੀਂ ਲਿਖਤਾ ਛਾਪਤਾ, ਕੈਮਰਾ ਲੱਗਿਆ ਹੁੰਦਾ, ਪ੍ਰੋਡਿਊਸਰ ਦਾ ਪੈਸਾ ਜਾ ਰਿਹਾ ਹੁੰਦਾ, ਇੱਕ ਇੱਕ ਮਿੰਟ ਕੀਮਤੀ ਹੁੰਦਾ, ਫਿਰ ਤੁਸੀਂ ਉਹੀ ਲਿਖਦੇ ਹੋ, ਉਹੀ ਛਾਪਦੇ ਹੋ ਕੈਮਰੇ 'ਚ ਜਿਹੜਾ ਉਸ ਟਾਈਮ ਦਿਮਾਗ 'ਚ ਆ ਗਿਆ। ਜਦੋਂ ਤੁਸੀਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਹੁੰਦੇ ਹੋ ਫਿਲਮ 'ਤੇ, ਫਿਰ ਚੀਜ਼ਾਂ ਨੂੰ ਤੁਸੀਂ ਇਨਹੈਂਸ ਕਰ ਸਕਦੇ ਹੋ ਕਿ ਹਾਂ ਯਾਰ ਇਹ ਹੋ ਸਕਦਾ, ਨਹੀਂ ਫਿਰ ਤੁਹਾਡੇ ਕੋਲ ਹੋਰ ਵਧੀਆ ਚੀਜ਼ਾਂ ਤਾਂ ਪਹਿਲਾਂ ਪਈਆਂ ਹੀ ਹੁੰਦੀਆਂ ਨੇ। ਥੈਂਕ ਯੂ, ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਹੋਰ ਸਵਾਲ ਕਿਸੇ ਤੋਂ ਪੁੱਛਣਾ ਤਾਂ ਪੁੱਛ ਲਓ ਜੀ, ਪੁੱਛ ਸਕਦੇ ਹੋ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਅਤੇ ਮੈਂ ਸ਼ਾਇਨ ਕੋਟਕਪੂਰਾ। ਦਰਸ਼ਕੋ, ਅੱਜ ਬੜੀ ਘੈਂਟ ਦੀ ਮੂਵੀ ਦਾ ਨਾ ਟ੍ਰੇਲਰ ਲਾਂਚ ਹੋਇਆ ਹੈਗਾ, ਅਤੇ ਉਸ ਮੂਵੀ ਦੇ ਬੜੇ ਘੈਂਟ ਦੇ ਕਿਰਦਾਰ ਸਾਡੇ ਨਾਲ ਨੇ। ਟ੍ਰੇਲਰ ਕਿਹਦਾ ਹੈਗਾ, ਕਿਹੜੀ ਮੂਵੀ ਹੈਗੀ ਆ, ਉਹਨਾਂ 'ਤੇ ਪੁੱਛਦੇ ਹਾਂ। ਬਾਈ ਸਾਡੇ ਨਾਲ ਨੇ ਸੈਮੂਅਲ ਜੌਨ, ਬਾਈ ਜੀ ਸਵਾਗਤ ਹੈ ਜੀ। ਹਾਂ, ਕੀ ਹਾਲ ਵੀਰੇ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿਵੇਂ ਪਹਿਲਾਂ ਸਿਹਤਾਂ ਕਿਵੇਂ? ਪੂਰੀਆਂ, ਕਹਿਮੋ ਕੰਮ, ਕਹਿਮੋ ਕੰਮ। ਬਾਈ ਜੀ, ਅੱਜ ਟ੍ਰੇਲਰ ਲਾਂਚ 'ਤੇ ਇਕੱਠੇ ਹੋਏ ਜਾਂਗੇ, ਅਤੇ ਦਰਸ਼ਕਾਂ ਨੂੰ ਜਾਣਕਾਰੀ ਮੈਂ ਕਹਿੰਦਾ ਤੁਹਾਡੇ ਮੂੰਹੋਂ ਹੀ ਦਿੱਤੀ ਜਾਵੇ ਕਿ ਕਿਹੜੀ ਮੂਵੀ ਆ ਰਹੀ ਆ। ਇਹ ਬਲੈਕੀਆ 2 ਆ, ਅਤੇ ਇਹਦੇ ਵਿੱਚ ਜੋ ਮੇਨ ਕਿਰਦਾਰ ਕਰ ਰਹੇ ਆ ਉਹ ਦੇਵ ਖਰੋੜ ਹੈ, ਅਤੇ ਇਹ 8 ਮਾਰਚ ਨੂੰ ਰਿਲੀਜ਼ ਹੋਣੀ ਆ। ਹਾਂ, ਅਤੇ ਬਾਈ ਜੀ, ਟ੍ਰੇਲਰ ਅਸੀਂ ਦੇਖਿਆ ਹੈਗਾ ਸਾਰਿਆਂ ਨੇ, ਅਤੇ ਐਕਸ਼ਨ ਨਾਲ ਭਰਪੂਰ ਟ੍ਰੇਲਰ ਹੈਗਾ, ਅਤੇ ਦਰਸ਼ਕਾਂ ਦੀ ਡਿਮਾਂਡ ਵੀ ਰਹਿੰਦੀ ਸੀਗੀ ਕਿ ਐਕਸ਼ਨ ਮੂਵੀਆਂ ਆਉਣ, ਸਾਡੀ ਪੰਜਾਬੀ ਇੰਡਸਟਰੀ 'ਚ ਘੱਟ ਬਣ ਰਹੀਆਂ ਹੈਗੀਆਂ ਨੇ, ਅਤੇ ਹੁਣ ਉਹਨਾਂ ਵਿਸ਼ਿਆਂ 'ਤੇ ਕੰਮ ਹੋਣ ਲੱਗ ਗਿਆ, ਕਿਵੇਂ ਦੇਖਦੇ ਹੋ? ਹਾਂ, ਨਹੀਂ, ਐਕਸ਼ਨ ਵੀ ਹੈਗਾ ਇਹਦੇ 'ਚ, ਐਕਸ਼ਨ ਤਾਂ ਹੈ ਹੀ ਹੈ, ਕਿਉਂਕਿ ਦੇਵ ਦਾ ਇਸ ਕਿਸਮ ਦਾ ਸਾਰਾ ਸਟਾਈਲ ਹੈ ਕਿ ਉਹ ਸਿਨੇਮੇ ਦਾ ਨਾ, ਪਰ ਇਹਦੇ ਵਿੱਚ ਨਾ ਇਸ ਵਾਰ ਬੜੇ ਉਹ ਰੰਗ ਅਲੱਗ ਅਲੱਗ ਨੇ, ਇਹ 'ਚ ਕੋਮੇਡੀ ਵੀ ਹੈ, ਇਹ 'ਚ ਇਮੋਸ਼ਨਸ ਵੀ ਨੇ, ਪਰਿਵਾਰ ਵੀ ਹੈ ਵਿੱਚ, ਕਿਸ ਕਿਸਮ ਦੀ ਕਹਾਣੀ ਹੈ, ਔਰ ਦੋਸਤੀ ਵੀ ਹੈ, ਦੋਸਤੀ ਬਾਰੇ ਵੀ ਹੈ, ਹਰ ਤਰ੍ਹਾਂ ਦੇ ਰੰਗ ਨੇ ਇਹਦੇ 'ਚ, ਮਨੋਰੰਜਨ ਵੀ ਕਰੇਗੀ, ਔਰ ਸਾਰੀ ਤਾਂ ਨਹੀਂ ਮੈਂ ਗੱਲ ਖੋਲਦਾ, ਪਰ ਇਸ ਤਰੀਕੇ ਦੀ ਹੈ ਕਿ ਕੁਛ ਐਸੇ ਲੋਕਾਂ ਦੀ ਜ਼ਿੰਦਗੀ ਹੁੰਦੀ ਜਿਹੜੀ ਦੁੱਖਾਂ ਮੁਸੀਬਤਾਂ 'ਚ ਜੀ ਰਹੇ ਹੁੰਦੇ ਆ, ਉਹ ਵੀ ਤੁਹਾਨੂੰ ਤਹਾਂ ਦੇਖਣ ਨੂੰ ਮਿਲਣਗੀਆਂ। ਜਿਸ ਤਰੀਕੇ ਦਾ ਨਾਮ ਹੈਗਾ, ਅਤੇ ਉਸ ਤਰੀਕੇ ਦੇ ਨਾਮ ਤੋਂ ਕਿਤੇ ਗਲਤ ਜਜਮੈਂਟ ਦਰਸ਼ਕ ਨਾ ਲਾ ਲੈਣ ਕਿ ਇਹਦਾ ਕੋਈ ਰੋਂਗ ਮੈਸੇਜ ਦਰਸ਼ਕਾਂ ਨੂੰ ਜਾਊਗਾ, ਤਾਂ ਤੁਸੀਂ ਕੀ ਦੱਸਣਾ ਚਾਹੋਗੇ ਕਿ ਕਿਹੜਾ ਮੈਸੇਜ ਹੈਗਾ ਜਾਂ ਕਿਹੜੇ ਪੋਜ਼ਿਟਿਵ ਮੈਸੇਜ ਨੇ ਜਿਹੜੇ ਇਸ ਫਿਲਮ ਤੋਂ ਮਿਲਣਗੇ? ਇਹ ਨਾ ਵੰਡ ਦੇ ਵੇਲੇ ਜੋ ਕੁਛ ਲੋਕ ਇੱਧਰ ਆ ਗਏ ਆ, ਉਸ ਟਾਈਮ ਵੇਲੇ ਕੁਛ ਲੋਕਾਂ ਨੂੰ ਜ਼ਮੀਨਾਂ ਮਿਲ ਗਈਆਂ, ਠੀਕ ਹੈ, ਕੁਛ ਰਹਿ ਗਏ, ਫਿਰ ਉਹਨਾਂ ਦੇ ਕੰਮ ਧੰਦੇ ਕਿਹੋ ਜਿਹੇ ਸੀ, ਕਿਵੇਂ ਜ਼ਿੰਦਗੀ ਜੀ ਰਹੇ ਸੀ, ਬੇਸਿਕਲੀ ਉਹਨਾਂ ਬਾਰੇ ਆ। ਹਾਂ ਬਾਈ ਜੀ, ਤੁਹਾਨੂੰ ਤੁਹਾਡੇ ਰੋਲਸ ਨੂੰ ਲੈ ਕੇ ਜਾਂ ਜਦੋਂ ਵੀ ਐਕਟਰਸ ਜਿਹਨਾਂ ਨੇ ਤੁਹਾਡੇ ਨਾਲ ਥੀਏਟਰ ਕੀਤਾ ਹੈਗਾ, ਤੁਹਾਡੇ ਬਾਰੇ ਬੜੀਆਂ ਗੱਲਾਂ ਕਰਦੇ ਹੈਗੇ ਆ, ਤੁਹਾਡੇ ਬਾਰੇ ਤੁਹਾਡੀ ਬੜੀ ਪ੍ਰਸ਼ੰਸਾ ਕਰਦੇ ਹੈਗੇ ਆ ਕਿ ਇਹਨਾਂ ਤੋਂ ਅਸੀਂ ਸਿੱਖਿਆ ਹੈਗਾ, ਤਾਂ ਜਦੋਂ ਕੀ ਉਦੋਂ ਦਿਮਾਗ 'ਚ ਸੀਗੀਆਂ ਗੱਲਾਂ ਕਿ ਬਈ ਜਦੋਂ ਅੱਜ ਥੀਏਟਰ ਕਰ ਰਹੇ ਹੈਗੇ ਹਾਂ, ਕੱਲ੍ਹ ਨੂੰ ਸ਼ਾਇਦ ਸਾਡੀ ਪੰਜਾਬੀ ਇੰਡਸਟਰੀ ਉਸ ਮੁਕਾਮ ਤੱਕ ਜਾਊਗੀ ਜਦੋਂ ਅਸੀਂ ਵੀ ਉਸ ਉਹਨਾਂ ਦਾ ਹਿੱਸਾ ਬਣਾਂਗੇ? ਹਾਂ, ਨਹੀਂ, ਉਹਦੇ 'ਚ ਵੀਰੇ ਇਹ ਹੈ ਕਿ ਮੈਂ ਨਾ ਜ਼ਿੰਦਗੀ 'ਚ ਸੋਚਿਆ ਸੀਗਾ ਕਿ ਮੈਂ ਜ਼ਿਆਦਾ ਟਾਈਮ ਜਿਹੜਾ ਨਾ ਥੀਏਟਰ ਕਰਨਾ, ਅਤੇ ਵਿੱਚ ਵਿੱਚ ਕਿਤੇ ਕਿਤੇ ਵਿਚਾਰ ਸੀਗਾ ਕਿ ਜਦੋਂ ਫਿਲਮਾਂ 'ਚ ਵੀ ਗਏ ਤਾਂ 50 ਤੋਂ ਬਾਅਦ ਕਿਤੇ ਜਾਵਾਂਗੇ, ਵੀ ਉਦੋਂ ਪਹਿਲਾਂ ਆਮ ਲੋਕਾਂ ਲਈ, ਮਜ਼ਦੂਰਾਂ ਲਈ, ਕਿਸਾਨਾਂ ਲਈ ਜਾ ਕੇ ਕੰਮ ਕਰੀਏ, ਵੀ ਜੇ ਫਿਲਮਾਂ 'ਚ ਵੀ ਜਾਣਾ ਪਿਆ 50 ਸਾਲ ਦੀ ਉਮਰ ਤੋਂ ਬਾਅਦ ਆਪਾਂ ਕੋਈ ਇੱਧਰ ਫਿਰ ਐਕਸਪੈਰੀਮੈਂਟ ਕਰਾਂਗੇ, ਤਜਰਬੇ ਕਰਾਂਗੇ, ਸੋ ਮੈਂ ਉਦੋਂ ਬਾਅਦ ਹੀ ਆਇਆ, ਮੈਂ ਤਾਂ 58 ਦਾ ਹੋ ਗਿਆ ਵੀਰੇ ਹੁਣ। ਹਾਂ, ਅਤੇ ਹੁਣ ਮੈਂ ਆਇਆ ਸਿਨੇਮੇ 'ਚ, ਇੰਨੀ ਮੈਂ ਬੰਬੇ ਵੀ 2 ਸਾਲ ਰਿਹਾ, ਉਹ ਵੀ ਮੈਂ ਕਿਸੇ ਮਿੱਤਰ ਦੇ ਨਾਲ ਗਿਆ ਸੀ, ਉਹ ਕਹਿੰਦਾ ਚਲੋ ਆ ਬੰਬੇ ਚੱਲਦੇ ਹਾਂ, ਉੱਥੋਂ ਹੋ ਕੇ ਆ ਗਿਆ ਸੀ, ਪਰ ਉਦੋਂ ਨਹੀਂ ਸੀ ਇੰਨਾ ਮੇਰਾ ਵੀ ਮੈਂ ਇੰਡਸਟਰੀ 'ਚ ਹੀ ਕੰਮ ਕਰੂੰਗਾ, ਥੀਏਟਰ 'ਚ ਪਹਿਲਾਂ ਸੀਗਾ, ਪਰ ਲੇਕਿਨ ਹੁਣ ਪਿਛਲੇ ਕੁਛ ਟਾਈਮ ਤੋਂ ਮੇਰਾ ਇਹ ਹੈ ਕਿ ਖਾਸ ਤੌਰ 'ਤੇ ਸਾਲ 6 ਮਹੀਨਿਆਂ ਤੋਂ ਤਾਂ ਮੈਂ ਇਹ ਤੈਅ ਕੀਤਾ ਹੈ ਕਿ ਮੈਂ ਲਗਾਤਾਰ ਹੁਣ ਨਾ ਕੋਈ ਤਜਰਬੇ ਕਰਕੇ ਦੇਖਦੇ ਹਾਂ ਐਕਟਿੰਗ ਦੇ ਇਹਦੇ 'ਚ, ਸਿਨੇਮੇ 'ਚ।
ਹਾਂ, ਕਿਉਂਕਿ ਜਿਹੜਾ ਥੀਏਟਰ ਨਾਲ ਜੁੜੇ ਹੋਏ ਜਿਹੜੇ ਆਰਟਿਸਟ ਹੁੰਦੇ ਹੈਗੇ ਆ, ਬੜਾ ਇਹ ਵੀ ਚਰਚਾਵਾਂ ਚੱਲਦੀਆਂ ਰਹੀਆਂ ਕਿ ਜਿਹੜੇ ਥੀਏਟਰ ਨਾਲ ਜੁੜੇ ਹੋਏ ਆਰਟਿਸਟ ਹੈਗੇ ਆ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ। ਤੁਸੀਂ ਐਡਾ ਚੰਗਾ ਥੀਏਟਰ, ਤੁਹਾਡਾ ਮਜ਼ਾ ਹੋਇਆ ਥੀਏਟਰ ਹੈਗਾ, ਇੰਨੇ ਸਾਰੇ ਆਰਟਿਸਟ ਜਿਹੜੇ ਅੱਜ ਦਿੱਗਜ ਐਕਟਰ ਹੈਗੇ ਨੇ ਉਹ ਤੁਹਾਡੀ ਤਾਰੀਫ ਕਰਦੇ ਨੇ, ਤਾਂ ਹਰੇਕ ਬੰਦੇ ਦਾ ਇਹੀ ਹੁੰਦਾ ਸੀਗਾ ਕਿ ਜੇ ਥੀਏਟਰ ਅਸੀਂ ਕਰ ਰਹੇ ਹੈਗੇ ਹਾਂ ਤਾਂ ਅਸੀਂ ਫਿਲਮਾਂ ਕਰੀਏ, ਜੇ ਅਸੀਂ ਸੀਰੀਅਲਸ ਕਰੀਏ ਜਾਂ ਹੋਰ ਜਦੋਂ ਮਤਲਬ ਸਟ੍ਰੀਮ ਲਾਈਨ ਦੇ ਵਿੱਚ ਆਈਏ। ਤਾਂ ਤੁਸੀਂ ਕਿਉਂ ਇਹ ਸੋਚਿਆ ਵੀ ਮੈਂ 50 ਤੋਂ ਬਾਅਦ ਹੀ ਫਿਲਮਾਂ ਕਰੂੰਗਾ? ਕਿਉਂਕਿ ਮੈਂ ਜਿਹੜਾ ਨਾ ਕੁਛ ਇਸ ਕਿਸਮ ਦੇ ਵਿਚਾਰ ਮੇਰੇ ਅਜੇ ਵੀ ਦਿਮਾਗ 'ਚ ਨੇ, ਸਾਰਾ ਕੁਛ ਉਹ ਬਦਲਿਆ ਨਹੀਂ। ਮੇਰਾ ਇਹ ਸੀ ਵੀ ਜਿਹੜੇ ਸਮਾਜ 'ਚ ਅਸੀਂ ਪੈਦਾ ਹੋਏ ਹਾਂ ਨਾ, ਉਹਨੇ ਸਮਾਜ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਬਹੁਤ ਕੁਛ ਦਿੰਦਾ ਸਮਾਜ। ਤਾਂ ਮੇਰਾ ਇਹ ਸੀ ਕਿ ਮੈਂ ਨਾਟਕਾਂ ਦੇ ਰਾਹੀਂ ਆਪਦੇ ਰੰਗ ਮੰਚ ਦੇ ਰਾਹੀਂ ਵਾਪਸ ਕਰਾਂ ਉਹਨਾਂ ਬਾਰੇ। ਸੋ ਉਹ ਇਹ ਸੀਗਾ ਹਰ ਇੱਕ ਬੰਦੇ ਦਾ, ਐਕਚੁਲੀ ਆਏ ਨਹੀਂ ਆ ਬਹੁਤ ਸਾਰੇ ਬੰਦਿਆਂ ਨੇ, ਮੈਂ ਹੀ ਨਹੀਂ ਇਕੱਲੇ ਨੇ, ਬਹੁਤ ਸਾਰੇ ਬੰਦਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਨਾ ਕੰਟਰੀਬਿਊਟ ਕਰਨਾ ਹੁੰਦਾ ਸਮਾਜ ਨੂੰ। ਉਹ ਆਪਣੇ ਆਪਣੇ ਤਰੀਕੇ ਨਾਲ ਕਰਦੇ, ਕੋਈ ਸਿਨੇਮਾ ਬਣਾ ਕੇ ਕਰ ਸਕਦਾ, ਕੋਈ ਲਿਟਰੇਚਰ ਨਾਲ ਕਰਦਾ, ਠੀਕ ਹੈ। ਅਤੇ ਬਹੁਤ ਸਾਰੇ ਬੰਦੇ ਸਮਾਜ ਨੂੰ ਵਾਪਸ ਕਰਦੇ, ਕਿਸਾਨੀ ਹੈ ਛੋਟੀ, ਮਤਲਬ ਕਿਸਾਨੀ ਵਾਲੇ ਬੰਦੇ ਵੀ ਅੰਨ ਪੈਦਾ ਕਰਕੇ ਮਤਲਬ ਸਾਰੇ ਕਿੰਨੇ ਲੋਕਾਂ ਦੇ ਮੂੰਹ 'ਚ ਪਹੁੰਚਦਾ ਕਰਦੇ ਆ। ਸੋ ਐਂ ਤੰਦਾਂ ਨੇ ਸਾਰੀਆਂ, ਅਤੇ ਮੈਂ ਵੀ ਉਹਨਾਂ 'ਚੋਂ ਆਇਆ ਸੀਗਾ, ਕਿਉਂਕਿ ਵੈਸੇ ਸ਼ੌਕ ਹੀ ਸੀ ਨਾ ਮੈਨੂੰ ਬਚਪਨ ਤੋਂ, ਸ਼ੌਕ ਵੀ ਸੀਗਾ ਨਾਟਕਾਂ ਦਾ ਅਤੇ ਨਾਲ ਸਮਾਜਿਕ ਤੰਦ ਸੀਗੀ ਅਸਲ 'ਚ ਵੀ ਸਮਾਜ ਬਾਰੇ ਥੋੜ੍ਹਾ ਬਹੁਤਾ ਕੰਮ ਕੀਤਾ ਜਾਵੇ। ਉਹ ਅਜੇ ਵੀ ਇਹਦਾ ਮੇਰਾ ਕੋਸ਼ਿਸ਼ ਰਹੇ ਵੀ ਥੋੜ੍ਹਾ ਬਹੁਤਾ ਵੀ ਕਮਰਸ਼ੀਅਲ ਕੰਮ ਦੇ ਨਾਲ ਨਾਲ ਵੀ ਮੈਂ ਵੀ ਕੋਈ ਹੋਰ ਸਮਾਜ ਲਈ ਕੰਮ ਕਰ ਸਕੀਏ ਚੰਗਾ, ਕਿਸੇ ਵੀ ਕਿਸਮ ਦਾ, ਉਹ ਥੀਏਟਰ ਵੀ ਹੋ ਸਕਦਾ, ਕੋਈ ਲਿਟਰੇਚਰ ਦੇ ਉੱਪਰ ਸਿਨੇਮਾ ਵੀ ਹੋ ਸਕਦਾ, ਉਹ ਵੀ ਕਰਾਂਗੇ। ਹਾਂ, ਅੱਜ ਜਿਵੇਂ ਸਪੈਸ਼ਲ ਗੈਸਟ ਸਾਡੇ ਬੀਨੂ ਢਿੱਲੋਂ ਬਾਈ ਵੀ ਆਏ, ਦੇਵ ਬਾਈ ਵੀ ਗੱਲਾਂ ਕਰਦੇ ਹੁੰਦੇ ਹੈਗੇ ਕਿ ਜਦੋਂ ਸਹਿਮਲ ਬਾਈ ਦੇ ਅੰਡਰ ਅਸੀਂ ਕੰਮ ਕਰਦੇ ਸੀਗੇ, ਜਦ ਉੱਥੋਂ ਥੀਏਟਰ ਅਸੀਂ ਕਰਦੇ ਸੀਗੇ, ਤਾਂ ਸਹਿਮਲ ਬਾਈ ਅੱਜ ਵੀ ਜਿਵੇਂ ਬੀਨੂ ਬਾਈ ਨੇ ਬੋਲਿਆ ਕਿ ਸਹਿਮਲ ਬਾਈ ਜਦੋਂ ਬੋਲਦਾ ਹੋਵੇ ਫਿਰ ਉਹ ਬੋਲਣ ਨਹੀਂ ਸੀ ਦਿੰਦਾ, ਅਤੇ ਕੀ ਐਡਾ ਦਬਦਬਾ ਜਿਹਾ ਡਰ ਬਣਾ ਕੇ ਰੱਖਦੇ ਸੀਗੇ? ਹਾਂ, ਉਹਦੇ 'ਚ ਥੋੜ੍ਹਾ ਇਹ ਹੁੰਦਾ ਨਾ ਕਿ ਜਦੋਂ ਰਹਿਸਲ, ਜਿਵੇਂ ਹੁਣ ਆਪਾਂ ਬੈਠੇ ਇੱਥੇ, ਹੋਰ ਸੁਭਾਅ ਹੁੰਦੇ ਆ ਜਦੋਂ ਇੱਕ ਰਹਿਸਲ 'ਚ ਤੁਸੀਂ ਆਪਦਾ ਕੰਮ ਕਰਦੇ ਆ, ਇਹ ਕਿਉਂਕਿ ਰਹਿਸਲਾਂ ਅਸੀਂ ਇਹਨਾਂ ਨੂੰ ਕਰਾਉਂਦੇ ਹੁੰਦੇ ਸੀ ਜੂਨੀਅਰ ਹੋਣ ਕਰਨ ਦੇ ਨਾਤੇ, ਤਾਂ ਉਹ ਰਹਿਸਲਾਂ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਉੱਥੇ ਡਿਸਿਪਲਿਨ ਬਹੁਤ ਰੱਖਣਾ ਪੈਂਦਾ, ਅਤੇ ਉੱਥੇ ਥੋੜ੍ਹੀ ਬਹੁਤੀ ਇੱਕ ਦੂਜੇ ਦਾ ਉਹ ਵੀ ਝਿੜਕਿਆ ਝੁੜਕਿਆ ਵੀ ਜਾਂਦਾ, ਤੋ ਫਿਰ ਹੀ ਚੀਜ਼ਾਂ ਨਿਕਲਦੀਆਂ। ਬੇਸਿਕਲੀ ਡਿਸਿਪਲਿਨ ਬਹੁਤ ਜ਼ਰੂਰੀ ਆ, ਉਹਦੇ ਕਰਕੇ ਹੁੰਦਾ। ਵੈਸੇ ਜ਼ਿਆਦਾ ਕਹੂੰਗਾ ਬਿੰਨੂ ਬਾਈ ਅਤੇ ਦੇਵ ਬਾਈ 'ਚੋਂ ਝੜਕਣ ਜ਼ਿਆਦਾ ਕੌਣ ਖਾਂਦਾ? ਇਹ ਬਿੰਨੂ 'ਚ ਜ਼ਿਆਦਾ ਸ਼ਰਾਰਤੀ ਸੀ, ਮੈਂ ਕਿਹਾ ਤਾਂ ਸ਼ਰਾਰਤੀ ਸੀ, ਪਰ ਪਤਾ ਕੀ ਕਮਾਲ ਯਾਰ, ਮਤਲਬ ਬੜਾ ਇਹ ਵਧੀਆ ਵੀ ਲੱਗਦਾ ਹੈ ਕਿ ਇੱਕ ਬੰਦਾ ਯਾਰ ਜਿਹੜੇ ਸੀਰੀਅਸ ਵੀ ਨਹੀਂ ਸੀਗਾ ਹੈ ਨਾ ਥੀਏਟਰ ਪ੍ਰਤੀ, ਫਿਰ ਕਿਵੇਂ ਉਹ ਫਿਲਮਾਂ 'ਚ ਆਏ, ਇੱਕ ਇਹ ਹੋ ਗਿਆ ਹੈ ਨਾ ਬਿੰਨੂ ਹੋ ਗਿਆ, ਦੇਵ ਦਾ ਇਹ ਸੀਗਾ ਕਿ ਦੇਵ ਦਾ ਇੱਕ ਵੱਖਰੀ ਕਿਸਮ ਦਾ ਸੀਗਾ, ਦੇ ਸਟੇਟ ਪਲੇ ਕਰਦਾ ਰਿਹਾ ਮੇਰੇ ਨਾਲ। ਸੋ ਇਹ ਇੱਕ ਲੋਕ ਇੰਡਸਟਰੀ 'ਚ ਆਏ ਅਤੇ ਅੱਜ ਪੂਰੀ ਦੀ ਪੂਰੀ ਪੰਜਾਬੀ ਇੰਡਸਟਰੀ ਨੂੰ ਇੱਕ ਖੜ੍ਹਾ ਕੀਤਾ ਇਹਨਾਂ ਨੇ। ਮੈਂ ਉਹ ਗੱਲਾਂ ਕੀਤੀਆਂ ਵੀ ਸੀ ਨਾ ਪਹਿਲਾਂ ਵੀ ਇੰਡਸਟਰੀ ਦਾ ਮਤਲਬ ਜਿਵੇਂ ਇੱਕ ਕਾਰਖਾਨਾ, ਉਹਦੇ 'ਚ ਕੰਮ ਕਰਦੇ ਲੋਕ ਹੈ ਨਾ, ਵੀ ਇਹ ਇੱਕ ਜੁੜੇ ਹੁੰਦੇ ਆ ਅਤੇ ਕਿੰਨੇ ਲੋਕਾਂ ਨੂੰ ਰੋਟੀ ਮਿਲੀ ਮੇਰੀ, ਇਹੋ ਜਿਹੀਆਂ ਗੱਲਾਂ ਵੀ ਮੈਨੂੰ ਥੋੜ੍ਹਾ, ਮੈਂ ਸਮਝਦਾ ਵੀ ਇਹ ਚੰਗੀਆਂ ਹੁੰਦੀਆਂ ਜਦੋਂ ਕੁਛ ਸਰਕਲ ਦੇ ਵਿੱਚ ਸਾਰੀਆਂ ਟੀਮਾਂ ਕੰਮ ਕਰਦੀਆਂ। ਜਦੋਂ ਇਹਨਾਂ ਐਕਟਰਾਂ ਦਾ ਸ਼ੁਰੂਆਤੀ ਦੌਰ ਸੀਗਾ ਅਤੇ ਉਦੋਂ ਦੇ ਇਹਨਾਂ ਦੇ, ਕਿਉਂਕਿ ਐਕਟਰ ਤਾਂ ਚਲੋ ਜਿਵੇਂ ਜਿਵੇਂ ਇਹਨਾਂ ਨੇ ਕੰਮ ਕਰਦੇ ਗਏ, ਇਹਨਾਂ ਨੇ ਆਪਦੇ ਆਪ 'ਚ ਇੰਪਰੂਵਮੈਂਟ ਕੀਤੀ, ਅੱਜ ਵੱਡੇ ਦਿੱਗਜ ਐਕਟਰ ਬਣੇ ਹੋਏ ਨੇ, ਵਿਅਕਤੀਤਵ ਦੇ ਤੌਰ 'ਤੇ ਜਦੋਂ ਆਪਾਂ ਐਜ ਏ ਵਿਅਕਤੀ ਜਦੋਂ ਦੇਖਦੇ ਹੈਗੇ ਹਾਂ, ਐਜ ਏ ਇਨਸਾਨ ਜਦੋਂ ਦੇਖਦੇ ਹੈਗੇ ਹਾਂ, ਉਦੋਂ ਅਤੇ ਹੁਣ ਦੇ ਸਮੇਂ 'ਚ ਕੀ ਚੇਂਜਸ ਦੇਖਦੇ ਹਾਂ? ਨਹੀਂ, ਜਦੋਂ ਮੈਨੂੰ ਮਿਲਦੇ ਨੇ ਜਾਂ ਮੈਨੂੰ ਮਿਲੇ ਜਾਂ ਰਾਣਾ ਮਿਲੇ ਜਾਂ ਦੇਵ ਨੂੰ ਤਾਂ ਹਰ ਵੇਲੇ ਅਸੀਂ ਸੈੱਟ 'ਤੇ ਹੁੰਦੇ ਸੀ, ਅਤੇ ਦੇਵ ਇੱਕ ਨਾ ਪਤਾ ਕਿ ਥੀਏਟਰ ਵਾਲਿਆਂ ਦਾ ਥੋੜ੍ਹਾ ਜਿਹਾ ਇਹ ਹੁੰਦਾ ਜਿੰਨੇ ਆਸੇ ਪਾਸੇ ਜਿਵੇਂ ਮਰਜ਼ੀ ਹੈ, ਪਰ ਆਪਣੇ ਜਿਹੜੇ ਸੀਨੀਅਰ ਨੇ ਉਹਨਾਂ ਦੇ ਪ੍ਰਤੀ ਇੱਕ ਵੱਖਰੀ ਕਿਸਮ ਦਾ ਉਹ ਬਣਿਆ ਹੁੰਦਾ ਨਾ।
ਤੋ ਜਿਵੇਂ ਦੇਵ ਸੈੱਟ 'ਤੇ ਮਤਲਬ ਐਂ ਥੋੜ੍ਹੀ ਜਿਵੇਂ ਮੈਂ ਆ ਰਿਹਾ ਅਤੇ ਇਹ ਕੁਰਸੀ 'ਤੇ ਬੈਠਾ ਉਦੋਂ ਹੀ ਖੜ੍ਹੇ ਹੋਣਾ ਉਹਨੂੰ ਬੈਠਣ ਨੂੰ ਜਗ੍ਹਾ ਦੇਣੀ ਭਾਅ ਜੀ ਆਓ ਬੈਠੋ ਉਹ ਤਾਂ ਸਾਰਿਆਂ ਦੇ ਵਿਵਹਾਰ ਐਂ ਰੱਖਣਾ ਪੈਂਦਾ ਮੈਨੂੰ ਵੀ ਮੈਨੂੰ ਬਾਰੇ ਵੀ ਮੈਂ ਸੁਣਿਆ ਐਵੇਂ ਹੀ ਆ ਰਾਣਾ ਵੀ ਆਈ ਹਾਂ ਸਾਰੇ ਲੋਕ ਆਏ ਨੇ ਇਹਨਾਂ ਦਾ ਬਹੁਤ ਕੁਛ ਨਹੀਂ ਬਦਲਦਾ ਇਸ ਕਿਸਮ ਦੀਆਂ ਚੀਜ਼ਾਂ ਸ਼ਾਇਦ ਹੋਰਨਾਂ ਲੋਕਾਂ 'ਚ ਅਜੇ ਮੈਂ ਵਿਚਰਿਆ ਨਹੀਂ ਅਤੇ ਉਹ ਇਹਨਾਂ ਦਾ ਤਾਂ ਬਹੁਤ ਸਾਡੇ ਲਈ ਤਾਂ ਨਹੀਂ ਬਦਲੀਆਂ ਹੋਈਆਂ ਚੀਜ਼ਾਂ ਇਹ ਯਾਦ ਸਾਂਝੀ ਕਰਨੀ ਚਾਹੋਗੇ ਯੂਨੀਵਰਸਿਟੀ ਟਾਈਮ ਦੀ ਥੀਏਟਰ ਟਾਈਮ ਦੀ ਥੀਏਟਰ ਦਾ ਟਾਈਮ ਤਾਂ ਥੀਏਟਰ ਦੇ ਟਾਈਮ ਇਹ ਸੀਗਾ ਕਿ ਮੈਨੂੰ ਦੇਵ ਸਟਰੀਟ ਪਲੇ ਕਰਦਾ ਹੁੰਦਾ ਸੀ ਕੋਈ ਸਿੱਧੇ ਤੌਰ 'ਤੇ ਉਵੇਂ ਨਹੀਂ ਮੈਂ ਕਰਦਾ ਗੱਲ ਪਰ ਮੈਨੂੰ ਇਹ ਸੱਚਮੁੱਚ ਅੱਜ ਮੈਨੂੰ ਕਮਾਲ ਕਿ ਮੈਨੂੰ ਜਦੋਂ ਬੈਠਾ ਸੀ ਮੇਰਾ ਸਾਰਾ ਪਿਛਲਾ ਟਾਈਮ ਮੇਰੇ ਯਾਦ ਆ ਗਿਆ ਕਿ ਯਾਰ ਅਸੀਂ ਰੈਸਲ ਰੱਖਣੀ ਇਹ ਬੰਦੇ ਨੇ ਫਿਰ ਵੀ ਇੱਧਰ ਉੱਧਰ ਖਿਸਕ ਜਾਣਾ ਫਿਰ ਉਹ ਭਾਜੀ 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 ਆ ਹਾਂਜੀ ਹਾਂਜੀ ਬਾਈ ਜੀ ਹੋ ਗਿਆ ਜੀ ਅਤੇ ਐਂ ਬਹੁਤ ਕਰਕੇ ਚੰਗਾ ਲੱਗਦਾ ਯਾਰ ਹਰ ਪਤਾ ਕੀ ਹੈ ਯਾਰ ਹਰ ਕਿਸਮ ਦੇ ਰਸ ਦੇ ਨਾ ਮਨੁੱਖ ਹੁੰਦੇ ਨੇ ਸਮਾਜ 'ਚ ਅਤੇ ਕੋਈ ਵਕਤ ਹੁੰਦਾ ਕਿ ਅਸੀਂ ਇੱਕ ਦੂਸਰੇ ਨੂੰ ਨਾ ਮਤਲਬ ਕਰਦੇ ਨਹੀਂ ਗੇ ਮਾਨਤਾ ਨਹੀਂ ਦਿੰਦੇ ਐਕਸੈਪਟ ਨਹੀਂ ਕਰਦੇ ਗੇ ਪਰ ਹੌਲੀ ਹੌਲੀ ਸਮਝ ਆ ਹੀ ਜਾਂਦੀ ਹੈ ਮੈਨੂੰ ਹੁਣ ਕੋਈ ਨਾ ਕਦੇ ਕੋਈ ਮੈਂ ਪਤਾ ਨਹੀਂ ਮੇਰੀ ਕੀ ਅਵਸਥਾ ਮੈਨੂੰ ਤਾਂ ਵੀ ਕੋਈ ਹੋਰ ਰੰਗ ਵਾਲਾ ਵੀ ਬੰਦਾ ਹੈਗਾ ਰੰਗ ਤੋਂ ਭਾਵ ਵੱਖਰੇ ਸਵਾਲ ਆ ਮੈਨੂੰ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਮੈਨੂੰ ਲੱਗਦਾ ਹੁੰਦਾ ਉਹਦਾ ਆਪਦਾ ਕੋਈ ਗੱਲ ਨਹੀਂ ਹੈ ਤੁਸੀਂ ਬਾਕੀ ਮਨੁੱਖਰਾਂ ਪ੍ਰਤੀ ਥੋੜ੍ਹਾ ਨਰਮ ਰਹੋ ਅੰਦਰੋਂ ਬਸ ਕੋਈ ਈਗੋ ਨਾ ਜੈਲਸੀ ਮੈਂ ਜਿਵੇਂ ਇਹ ਆ ਰਾਜ ਨੇ ਮੇਰੇ ਨਾਲ ਕੰਮ ਕੀਤਾ ਰਾਜ ਨੂੰ ਤੁਸੀਂ ਪੁੱਛ ਕੇ ਦੇਖੋ ਇਹ ਗੱਲ ਕਿ ਐਂ ਮਤਲਬ ਹੀ ਨਹੀਂ ਕਿ ਮੇਰੇ ਕਾਰਨ ਉਹਨੂੰ ਕੋਈ ਦਿੱਕਤ ਆ ਜੇ ਹਾਂ ਅਤੇ ਉਹ ਚੰਗਾ ਲੱਗਦਾ ਸਰ ਕਿਉਂਕਿ ਤੁਹਾਨੂੰ ਲੱਗਦਾ ਕਿ ਜਿਹੜਾ ਸ਼ਰਾਰਤੀਪਣਾ ਬੀਨੂ ਬਾਈ ਦੇ ਵਿੱਚ ਤੁਸੀਂ ਦੱਸ ਰਹੇ ਹੈਗੇ ਉਹ ਹੈਗਾ ਸੀਗਾ ਉਹ ਹੈਗਾ ਜਿਵੇਂ ਹੈ ਸ਼ਰਾਰਤੀ ਹੈ ਉਹ ਮਤਲਬ ਸਕਰੀਨ 'ਤੇ ਉਹ ਕੰਮ ਵੀ ਆਉਂਦਾ ਕਿਉਂਕਿ ਉਹ ਦਰਸ਼ਕਾਂ ਨੂੰ ਉਹਨਾਂ ਦਾ ਉਹੀ ਸ਼ਰਾਰਤੀਪਣਾ ਪਸੰਦ ਵੀ ਹੈ ਕਮੇਡੀ ਦਾ ਬੀਨੂ ਨੇ ਯਾਰ ਇੱਕ ਵੱਖਰੇ ਕਿਸਮ ਦਾ ਉਹ ਪੂਰਾ ਜੋ ਕੁਛ ਜਾਂ ਜੀਵਨ 'ਚ ਉਹ ਕਰਦਾ ਸੀ ਜਾਂ ਹੈ ਨਾ ਚੌੜ ਚਿੱਗੜ ਜੀ ਉਸੇ ਚੌੜ ਚਿੱਗੜ ਨੂੰ ਅਤੇ ਐਂ ਜੇ ਕਰਕੇ ਹੱਥੇ ਜੇ ਨਾਲ ਹੈ ਨਾ ਕਿੰਨੀਆਂ ਫਿਲਮਾਂ ਐਂ ਜੇ ਕਰਕੇ ਕਰ ਗਿਆ ਤਾਂ ਲੋਕ 'ਚ ਇੰਜੋਏ ਕਰ ਰਹੇ ਅਤੇ ਕਿੰਨ ਹਾਂ ਠੀਕ ਹੈ ਨਾ ਵਧੀਆ ਵਧੀਆ ਚੰਗਾ ਲੱਗਦਾ ਯਾਰ ਦੇਵ ਬਾਈ ਦਾ ਕਿਉਂਕਿ ਇੱਕ ਮੋਢੀ ਬਣਨਾ ਕਿਸੇ ਚੀਜ਼ ਦਾ ਕਿਉਂਕਿ ਜਿਵੇਂ ਆਪਾਂ ਐਕਸ਼ਨ ਦੀ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈਗੀ ਕਿ ਐਕਸ਼ਨ ਫਿਲਮਾਂ ਦਾ ਬੜਾ ਘੱਟ ਰੁਝਾਨ ਸਾਡੀ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਅਤੇ ਹੁਣ ਉਹ ਸਟ੍ਰੀਮ ਲਾਈਨ ਦੇ ਵਿੱਚ ਆ ਰਹੀਆਂ ਸਾਡੀਆਂ ਐਕਸ਼ਨ ਫਿਲਮਾਂ ਅਤੇ ਉਹਦਾ ਮੈਨੂੰ ਲੱਗਦਾ ਜਿਹੜੇ ਮੋਢੀ ਬਣੇ ਦੇਵ ਖਰੋੜ ਬਾਈ ਉਹਨਾਂ ਨੇ ਕਿਉਂਕਿ ਸ਼ੁਰੂਆਤ ਕੀਤੀ ਉਹਨਾਂ ਨੇ ਇਸ ਜੋਨਰ ਦੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਅਤੇ ਉਹ ਸਾਰੀਆਂ ਦਰਸ਼ਕਾਂ ਨੇ ਪਸੰਦ ਵੀ ਕੀਤੀਆਂ ਅਤੇ ਕੀ ਮੋਢੀ ਬਣਨਾ ਜਦੋਂ ਇਹੋ ਜਿਹੇ ਇੱਕ ਰਿਸਕੀ ਕਿਉਂਕਿ ਕਿਹੜੀ ਕੁਛ ਚੀਜ਼ਾਂ ਜਦੋਂ ਚੱਲ ਰਹੀਆਂ ਹੋਣ ਉਹਦੇ ਵਿੱਚ ਨਵੀਂ ਚੀਜ਼ ਲੈ ਕੇ ਆਉਣੀ ਰਿਸਕ ਵੀ ਹੁੰਦਾ ਹੈਗਾ ਅਤੇ ਉਹ ਮੋਢੀ ਬਣਨਾ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਉਹ ਦੇਖੋ ਹਰ ਇੱਕ ਬੰਦੇ ਦਾ ਨਾ ਆਪਦਾ ਢੰਗ ਤਰੀਕਾ ਨਾ ਵੀ ਉਹ ਕਿਹੜੇ ਪਾਸੇ ਜਾਣਾ ਚਾਹੁੰਦਾ ਸੀ ਅਤੇ ਮੈਨੂੰ ਤਾਂ ਇਹਦੀ ਇਹ ਗੱਲ ਠੀਕ ਲੱਗਦੀ ਕਿ ਜਿਵੇਂ ਸਟਰੀਟ ਪਲੇ ਕਰਦਾ ਸੀ ਪਹਿਲਾਂ ਫਿਰ ਰਜੇਸ਼ ਸ਼ਰਮਾ ਜੀ ਨਾਲ ਭਾਅ ਜੀ ਹੋਰਾਂ ਨਾਲ ਕਰਦਾ ਰਿਹਾ ਕਿ ਥੀਏਟਰ ਵੱਲੋਂ ਇਹਦੇ ਆਸੇ ਪਾਸੇ ਤਾਂ ਕੋਈ ਹੈ ਨਹੀਂ ਸੀ ਮੈਨੂੰ ਇਹਦੀ ਜੋ ਮਿਹਨਤ ਹੈ ਇਹਦਾ ਸਿਨੇਮਾ ਆਪਣੇ ਸਟਾਈਲ ਦਾ ਹੈ ਮੇਰੀ ਪਸੰਦ ਹੋਰ ਸਿਨੇਮਾ ਵੀ ਹੈ ਇਸ ਤੋਂ ਬਿਨਾਂ ਇੱਧਰ ਲਈ ਮੈਂ ਹੋ ਸਕਦਾ ਵੀ ਰੋਟੀ ਪਾਣੀ ਲਈ ਕਰਦਾ ਹੋਵਾਂ ਇਹ ਸਿਨੇਮਾ ਹੈ ਨਾ ਤੋ ਮੇਰੀ ਪਸੰਦੀਦਾ ਹੋਰ ਸਿਨੇਮਾ ਵੀ ਆਰਟ ਸਿਨੇਮਾ ਵੀ ਹੈ ਮੈਂ ਬਾਕੀ ਦੁਨੀਆ ਦੇ ਸਿਨੇਮੇ ਨੂੰ ਵੀ ਇੱਕ ਅਲੱਗ ਤਰੀਕੇ ਨਾਲ ਦੇਖਦਾ ਨਾ ਤੋ ਇਹ ਇਹ ਜਿਹੜਾ ਇਹਦਾ ਮਿਹਨਤ ਖੁਦ ਕਰਕੇ ਇਸ ਸਥਾਨ 'ਤੇ ਪਹੁੰਚਣਾ ਤਾਂ ਉਹ ਮੈਨੂੰ ਲੱਗਦਾ ਵਧੀਆ ਗੱਲ ਆ ਮੇਰੇ ਮੈਨੂੰ ਚੰਗਾ ਲੱਗਦਾ ਕਿ ਬੰਦੇ ਮਿਹਨਤੀ ਆਪੋ ਆਪਣੀ ਥਾਂ 'ਤੇ ਮਿਹਨਤ ਕਰਨ ਅਤੇ ਅੱਗੇ ਡਿਵੈਲਪ ਕਰਨ ਉਹਦਾ ਬਲੈਕੀਆ ਦੇ ਵਿੱਚ ਸੈਮੁਅਲ ਬਾਈ ਦਾ ਕੀ ਕਿਰਦਾਰ ਹੋਊਗਾ ਕਿਹੋ ਜਿਹਾ ਕਿਰਦਾਰ ਹੋਊਗਾ ਜੇ ਅਸੀਂ ਜ਼ਿਆਦਾ ਰਵੀਰ ਨਾਮ ਕਰਦੇ ਹੋਈਏ ਇਹਦੇ ਵਿੱਚ ਨਾ ਇੱਕ ਸਧਾਰਨ ਬੰਦਾ ਹੈ ਮੈਂ ਅਤੇ ਪਹਿਲਾਂ ਅਸੀਂ ਮੈਂ ਅਤੇ ਮੇਰੇ ਨਾਲ ਰਾਜ ਅਸੀਂ ਭਰਾ ਹੈ ਦੋਵੇਂ ਬਾਕੀ ਫਿਰ ਹੀਰੋ ਨਾਲ ਸਾਡੀ ਹੈ ਪੈਂਦੀ ਉਦੋਂ ਬਾਅਦ
ਅੰਤ 'ਤੇ ਤਬਦੀਲੀਆਂ ਕਿਵੇਂ ਆਉਂਦੀਆਂ? ਮੈਂ ਜਿਹੜਾ ਕਿਹਾ ਸੀ ਨਾ ਕਿ ਇਸ ਕਰੈਕਟਰ ਜਿਹੜਾ ਮੈਂ ਇਹਦੇ ਵਿੱਚ ਕੀਤਾ ਬਲੈਕ ਐਡ ਵਿੱਚ, ਉਹ 'ਚ ਤਹਾਂ ਹੈਗੀਆਂ, ਇਸ ਕਰਕੇ ਮੈਂ ਕੀਤਾ, ਮੈਨੂੰ ਚੰਗਾ ਲੱਗਾ। ਉਹ ਤਹਾਂ ਦੇਖੋਗੇ ਤੁਸੀਂ ਸੱਚਮੁੱਚ, ਇੰਨੀਆਂ ਤਹਾਂ ਨੇ ਨਾ ਐਂਡ ਤੱਕ, ਮਤਲਬ ਲੋਕ ਕਹਿਣਗੇ ਯਾਰ ਇਹ ਕੀ ਕੀ ਹੋ ਗਿਆ, ਇਹ ਇਹ ਕਿਵੇਂ ਕਰਤਾ ਸਾਰਾ ਕੁਛ। ਹਾਂ, ਮਤਲਬ ਜਿਹੜੇ ਦਰਸ਼ਕ ਦੇਖਣ ਆਉਣਗੇ ਕਿਸੇ ਵੀ ਪੱਖ ਤੋਂ, ਇਸ ਫਿਲਮ ਤੋਂ ਨਿਰਾਸ਼ ਨਹੀਂ ਹੋਣ ਮੈਨੂੰ? ਹਾਂ ਨਹੀਂ, ਕਿਉਂਕਿ ਇਹਦੇ 'ਚ ਮਨੋਰੰਜਨ ਵੀ ਪੂਰਾ ਹੈ ਔਰ ਇਮੋਸ਼ਨਲ ਵੀ ਹੈ ਚੀਜ਼ਾਂ ਬਹੁਤ ਸਾਰੀਆਂ ਔਰ ਐਕਸ਼ਨ ਵੀ ਹੈ। ਸੋ ਇਸ ਕਿਸਮ ਦਾ ਲੋਕ, ਬਾਕੀ ਦੇਵ ਦੀ ਨਾ ਜਿਹੜੀ ਆਡੀਅੰਸ ਉਹ ਇਸ ਕਿਸਮ ਦੀਆਂ ਚੀਜ਼ਾਂ ਪਸੰਦ ਕਰਦੀ ਹੈ ਅਤੇ ਉਹ ਉਸ ਤਰੀਕੇ ਬਣਾਈ। ਮੈਂ ਤਾਂ ਨਾਲ ਸਪੋਰਟ 'ਤੇ ਹਾਂ, ਮੈਂ ਸਪੋਰਟ 'ਤੇ ਹਾਂ ਅਤੇ ਉਹ ਬਾਕੀ ਮੈਨੂੰ ਲੱਗਦਾ ਲੋਕ ਪਸੰਦ ਕਰਨਗੇ। ਅਤੇ ਬਾਈ ਜੀ, ਜਦੋਂ ਵੀ ਸੰਜੀਦਾ ਜਾਂ ਸਿਆਣੇ ਬੰਦੇ ਨਾਲ ਅਸੀਂ ਬਹਿੰਦੇ ਹੈਗੇ ਹਾਂ ਅਤੇ ਇੱਕ ਮੈਸੇਜ ਜਿਹੜਾ ਦਰਸ਼ਕਾਂ ਦੀ ਝੋਲੀ ਜਿਹੜਾ ਦਰਸ਼ਕਾਂ ਵਾਸਤੇ ਜ਼ਰੂਰ ਹੋਣਾ ਚਾਹੀਦਾ ਅਤੇ ਦਰਸ਼ਕ ਉਸ ਤੋਂ ਕੁਛ ਨਾ ਕੁਛ ਸਿੱਖ ਸਕਣ, ਤਾਂ ਮੈਂ ਤੁਹਾਡੇ ਤੋਂ ਇੱਕ ਚੀਜ਼ ਜ਼ਰੂਰ ਪੁੱਛਣੀ ਹੋਊਂਗਾ, ਜ਼ਿੰਦਗੀ ਦੇ ਵਿੱਚ ਜਿਹੜਾ ਠਹਿਰਾਅ ਹੈਗਾ, ਕਿਉਂਕਿ ਤੁਹਾਡੇ 'ਚ ਮੈਂ ਜਦੋਂ ਦੇਖਦਾ ਹੈਗਾ ਬਹੁਤ ਠਹਿਰਾਅ ਹੈਗਾ, ਬਹੁਤ ਸ਼ਾਂਤੀ ਹੈਗੀ ਹੈ, ਅਤੇ ਉਹ ਠਹਿਰਾਅ ਕਿੰਨਾ ਕੁ ਜ਼ਰੂਰੀ? ਨਹੀਂ, ਮੈਨੂੰ ਲੱਗਦਾ ਕਿ ਉਹ ਠਹਿਰਾਅ ਹੋਣਾ ਚੰਗੀ ਗੱਲ ਆ ਤੁਹਾਡੇ ਅੰਦਰ। ਇਹ ਆਉਂਦਾ ਉਦੋਂ ਹੈ, ਮੈਂ ਇਹਦੇ 'ਤੇ ਆਪਾਂ ਇੱਕ ਇੱਕ ਲਾਈਨ 'ਚ ਹੀ ਮੈਂ ਗੱਲ ਕਰ ਲਵਾਂ ਕਿ ਜਦੋਂ ਮਨੁੱਖ ਇਹ ਸਮਝਦਾ ਨਾ ਕਿ ਜੇ ਮੰਨ ਲਓ ਮੇਰਾ 5'8" ਕੱਦ ਹੈ, ਵੀ ਤੁਸੀਂ ਸਿਰਫ ਕਿਤੇ ਇੰਨੇ ਕੀ, ਉਦੋਂ ਦਿੱਕਤ ਆਉਂਦੀ, ਉਦੋਂ ਨਹੀਂ ਠਹਿਰਾਓ ਆਉਂਦਾ। ਤੁਸੀਂ ਇਹ ਸਮਝੋ ਕਿ ਜਿਹੜਾ ਸਾਹਮਣੇ ਵਾਲਾ ਜਾਂ ਆਸੇ ਪਾਸੇ ਸਮਾਜ ਦੇ ਵਿੱਚ ਲੋਕ ਹੈ, ਉਹ ਵੀ ਤੁਹਾਡੇ ਦਿਲ ਦਿਮਾਗ ਦਾ ਹਿੱਸਾ ਨੇ ਯਾਰ, ਤਾਂ ਤੁਹਾਡੇ ਅੰਦਰੋਂ ਫਿਰ ਜਿਹੜੀ ਜੈਲਸੀ, ਨਫ਼ਰਤ ਜਾਂ ਹੋਰ ਬਹੁਤ ਸਾਰੀਆਂ ਲਿਮੀਟੇਸ਼ਨਾਂ ਜਿਹੀਆਂ ਬੰਦੇ ਦੀਆਂ ਹੁੰਦੀਆਂ ਉਹ ਖਤਮ ਹੁੰਦੀਆਂ ਅਤੇ ਤੁਹਾਨੂੰ ਕਿਸੇ ਦਾ ਚੰਗਾ। ਮੈਨੂੰ ਨਾ ਕਈ ਵਾਰੀ ਕੋਈ ਚੰਗਾ ਐਕਟ ਕਰ ਰਿਹਾ ਹੋਵੇ, ਮੈਂ ਇੰਨਾ ਖੁਸ਼ ਹੋ ਜਾਂਦਾ, ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਮੈਂ ਕਰ ਰਿਹਾ, ਮੈਨੂੰ ਉਹ ਨਹੀਂ ਦਿੱਕਤ ਨਹੀਂ ਆਉਂਦੀ ਵੀ ਯਾਰ ਮੈਂ ਇਹ ਨਹੀਂ ਵੀ ਉਹ ਹਾਂ ਯਾਰ ਕਰ ਰਿਹਾ ਤਾਂ ਕਿੰਨਾ ਵਧੀਆ, ਚਾਹੇ ਬੱਚਾ ਹੋਵੇ, ਮੇਰਾ ਤਾਂ ਜੀ ਕਰਦਾ ਹੁੰਦਾ ਬੰਦੇ ਨੂੰ ਜੱਫੀ ਪਾ ਲਾਂ ਜਾ ਕੇ ਪੈਰੀਂ ਹੱਥ ਲਾਵਾਂ, ਪੈਰੀਂ ਹੱਥ ਲਾਉਣ ਤੋਂ ਮਤਲਬ ਉਹਦੇ ਅੱਗੇ ਨਿਮਰ ਹੋ ਕੇ ਹਾਂ ਯਾਰ ਵੀ ਇਹਦੇ ਕੋਲ ਇਹ ਸਾਰਾ ਕੁਛ ਹੈਗਾ। ਤੋ ਦੁਨੀਆ ਬਹੁਤ ਫਾਸਟ ਹੈ, ਜੇ ਜੀਵਨ ਨੂੰ ਥੋੜ੍ਹਾ ਠਹਿਰਾਓ ਰੱਖੋਗੇ ਆਸੇ ਪਾਸੇ, ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਣਾ ਬਹੁਤ ਜ਼ਰੂਰੀ, ਫਿਰ ਸ਼ਾਇਦ ਠਹਿਰਾਓ ਆਊਗਾ ਅਤੇ ਉਹ ਠਹਿਰਾਓ ਹੀ ਤੁਹਾਡੇ ਆਸੇ ਪਾਸੇ ਸਮਾਜ ਨੂੰ ਖੂਬਸੂਰਤ ਬਣਾ ਸਕਦਾ ਹੈ। ਬਾਈ ਜੀ, ਬੈਸਟ ਵਿਸ਼ਿਜ਼ ਹੈ ਬਲੈਕੀਆ 2 ਦੇ ਲਈ, ਅਤੇ ਅਸੀਂ ਉਮੀਦ ਕਰਦੇ ਹੈਗੇ ਕਿ ਦਰਸ਼ਕ ਭਰ ਭਰ ਕੇ ਇਸ ਫਿਲਮ ਨੂੰ ਦੇਖਣ ਆਉਣਗੇ ਅਤੇ ਦਰਸ਼ਕ ਕਿਸੇ ਵੀ ਪੱਖ ਤੋਂ ਨਿਰਾਸ਼ ਵੀ ਨਹੀਂ ਹੋਣਗੇ, ਇਹ ਸੈਮੂਲ ਬਾਈ ਦਾ ਵਾਅਦਾ ਵੀ ਹੈਗਾ। ਅਤੇ ਜਿਹੜੀ ਮੈਸੇਜ ਤੁਹਾਨੂੰ ਠਹਿਰਾਅ ਵਾਲਾ ਦਿੱਤਾ ਹੈਗਾ ਉਹਦੇ 'ਤੇ ਵੀ ਵਿਚਾਰ ਜ਼ਰੂਰ ਕਰਿਓ, ਅਤੇ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਜ਼ਰੂਰ ਆਊਗਾ। ਦੇਖਦੇ ਰਹੋ ਚਸਕਾ TV। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ TV ਅਤੇ ਮੈਂ ਸ਼ਾਇਨ ਕੋਟਪੂਰਾ। ਦਰਸ਼ਕੋ, ਅੱਜ ਜਿਹੜੀ ਫਿਲਮ ਦੀ ਟ੍ਰੇਲਰ ਲਾਉਣ 'ਤੇ ਅੱਜ ਇਕੱਠੇ ਹੋਏ ਹੈਗੇ ਹਾਂ ਨਾ, ਅਤੇ ਜਿਹੜੀ ਸੋਹਣੀ ਜਿਹੀ ਅਦਾਕਾਰਾ ਸਾਡੇ ਨਾਲ ਬੈਠੀ ਹੈ, ਅਤੇ ਮੈਨੂੰ ਉਹੀ ਇੱਕ ਤਾਂ ਗਾਣੇ ਦੀਆਂ ਲਾਈਨਾਂ ਜੀਆਂ ਯਾਦ ਆਉਂਦੀਆਂ, ਕਹਿੰਦੇ ਜੱਟ ਦੀ ਬਲੈਕ ਲਾਈਫ ਵਿੱਚ ਗੋਰੀਏ, ਇੱਕ ਤੂੰ ਹੀ ਟੱਕਰੀਆਂ ਚਿੱਟੇ ਰੰਗ ਦੀ। ਅਤੇ ਅੱਜ ਬਲੈਕ ਕਿਉਂ ਗੱਲ ਹੋ ਰਹੀ ਹੈਗੀ ਹੈ, ਬਲੈਕੀਆ 2 ਫਿਲਮ ਆ ਰਹੀ ਹੈਗੀ ਆ 8 ਮਾਰਚ ਨੂੰ, ਅਤੇ ਉਹਦਾ ਬਹੁਤ ਹੀ ਅਹਿਮ ਹਿੱਸਾ ਅਰੁਸ਼ੀ ਸ਼ਰਮਾ ਸਾਡੇ ਨਾਲ ਬੈਠੇ ਨੇ, ਸਵਾਗਤ ਕਰਦੇ ਹਾਂ ਬਾਈ। ਸਵਾਗਤ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਕਿਵੇਂ, ਸਿਹਤ ਕਿਵੇਂ? ਅੱਜ ਠੀਕ ਨਹੀਂ ਹੈ, ਬਟ ਕੰਮ ਤੇ ਲੱਗੇ ਹੋਏ, ਕੋ ਤੋ ਕਰਨਾ ਹੀ ਹੈ, ਕਿਆ ਕਰ ਸਕਤੇ ਹੈ। ਰਿਸ਼ੀ, ਬਲੈਕੀਆ 2 ਫਿਲਮ ਆ ਰਹੀ ਹੈਗੀ ਹੈ, ਇਸ ਫਿਲਮ ਦਾ ਹਿੱਸਾ ਬਣ ਕੇ ਪਹਿਲਾਂ ਤਾਂ ਕਿਵੇਂ ਦਾ ਮਹਿਸੂਸ ਹੋ ਰਿਹਾ, ਕਿੰਨੀ ਕੁ ਐਕਸਾਈਟਮੈਂਟ ਹੈਗੀ ਹੈ? ਬਹੁਤ ਜ਼ਿਆਦਾ ਐਕਸਾਈਟਮੈਂਟ ਹੈ, ਓਵਰਵੈਲਮਿੰਗ ਫੀਲਿੰਗ ਹੈ, ਕਿਉਂਕਿ ਇੰਨੀ ਵੱਡੀ ਸਟਾਰ ਕਾਸਟ ਹੈ, ਸਾਰੇ ਇੰਨੇ ਸੀਨੀਅਰ ਨੇ, ਜਿੰਨੇ ਵੀ ਆਰਟਿਸਟ ਹੈਗੇ ਨੇ, ਮਤਲਬ ਦੇਵ ਦੇ ਇਲਾਵਾ ਵੀ ਜਿੰਨੇ ਵੀ ਕੈਰੈਕਟਰ ਆਰਟਿਸਟ ਨੇ, ਦੇ ਵੈਰੀ ਸੀਨੀਅਰ ਐਂਡ ਗੁੱਡ ਐਟ ਦੇਅਰ ਕਰਾਫਟ, ਥੀਏਟਰ ਤੋਂ ਨੇ, ਹੈ ਨਾ?
ਅਤੇ ਨਰਵਸਨੈਸ ਵੀ ਹੁੰਦੀ ਹੈ ਉਹਨਾਂ ਦੇ ਨਾਲ ਕੰਮ ਕਰਕੇ, ਬਟ ਆਫਕੋਰਸ ਐਕਸਾਈਟਮੈਂਟ ਬਹੁਤ ਹੈ। ਆਈ ਫੀਲ ਲੱਕੀ ਕਿ ਮੈਂ ਇਸ ਮੂਵੀ ਦਾ ਪਾਰਟ ਹੈਗੀ ਹਾਂ। ਜਰਨੀ ਜਾਣਨਾ ਚਾਹਾਂਗੇ ਕਿਵੇਂ ਜੁੜੇ ਇਸ ਫਿਲਮ ਦੇ ਨਾਲ? ਦੋ ਦਿਨ 'ਚ ਜੁੜ ਗਈ ਕਿਉਂਕਿ ਦੋ ਦਿਨ ਪਹਿਲੇ ਸ਼ੂਟ ਕੇ ਦੋ ਦਿਨ ਪਹਿਲੇ ਮੈਨੂੰ ਕਾਲ ਆਇਆ ਅਤੇ ਮੈਨੂੰ ਉਰੀ ਸਰ ਵਿਵੇਕ ਜੀ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਰੁਸ਼ੀ ਆਪਾਂ ਬਲੈਕਿਆ 2 ਕਰ ਰਹੇ ਹਾਂ ਅਤੇ ਦੇਵ ਦੇ ਨਾਲ ਉਹਦੀ ਵਾਈਫ ਦਾ ਕੈਰੈਕਟਰ ਹੈ ਉਹ 2 ਪਲੇ ਕਰੇਂਗੀ, ਅਤੇ ਮੈਂ ਕਿਹਾ ਠੀਕ ਹੈ ਕਰ ਲਵਾਂਗੇ ਕਿ ਤੁਸੀਂ ਦੱਸੋ ਕਿ ਵੈਨ ਇਜ਼ ਇਟ ਸਟਾਰਟਿੰਗ, ਕਹਿੰਦੇ ਪਰਸੋਂ। ਹੈ ਪਰਸੋਂ ਮੈਨੂੰ ਪ੍ਰਪੇਅਰ ਵੀ ਤਾਂ ਕਰਨਾ, ਐਂਡ ਯੂਜ਼ ਲਾਈਕ ਕਿ ਨਹੀਂ ਸਾਡੇ ਕੋਲ ਟਾਈਮ ਨਹੀਂ ਆ ਪਰ ਆਪਾਂ ਤੈਨੂੰ ਵੀ ਕਰਨਾ ਹੈ ਇਹ ਉਹ ਕਰਕੇ, ਤੋ ਆਪਣਾ ਇਹ ਸਾਰਾ ਕਨਵਰਸੇਸ਼ਨ ਹੋਇਆ। ਫਿਰ ਉਹਨਾਂ ਨੇ ਮੈਨੂੰ ਬੋਲਿਆ ਕਿ ਤੂੰ ਚਾਰਜ ਕਿੰਨਾ ਕਰੇਂਗੀ, ਅਤੇ ਮੈਂ ਦੱਸਿਆ ਕਿ ਮੈਂ ਕਿੰਨਾ ਕਰੂੰਗੀ, ਤਾਂ ਕਹਿੰਦੇ ਉਹ ਸਾਡਾ ਬਜਟ ਓਵਰ ਬਜਟ ਹੋ ਗਿਆ ਰੂਸ਼ੀ, ਪਲੀਜ਼ ਆਪਾਂ ਪਹਿਲੀ ਫਿਲਮ ਹੈ ਆਪਾਂ ਕਰਦੇ ਹਾਂ, ਫਿਰ ਬਾਅਦ 'ਚੋਂ ਅਗਲੀ ਫਿਲਮ 'ਚ ਕਰ ਲਾਂਗੇ ਬੈਲੈਂਸ, ਤਾਂ ਅਗਲੀ ਫਿਲਮ ਮੈਂ ਬੈਲੈਂਸ ਕਰੂੰਗੀ ਅਬ ਮੈਂ ਇਸਮੇ ਮੈਨੇ ਕੰਮ ਵੀ ਕਰ ਦਿਆ ਹੈ। ਤੁਹਾਡੀ ਨੈਗੋਸ਼ੀਏਸ਼ਨ ਉਹਰੀ ਸਾਹਿਬ ਨਾਲ ਹੀ ਹੋ ਗਈ ਸੀ ਕਿ ਦੇਵ ਤੋਂ ਫੋਨ ਕਰਵਾਇਆ ਉਹਨਾਂ ਨੇ? ਨਹੀਂ ਨਹੀਂ, ਮੈਨੂੰ ਦੇਵ ਨੇ ਨਹੀਂ ਫੋਨ ਕੀਤਾ, ਬਟ ਮੇਰੇ ਹੋਰ ਹੀ ਜੀ ਸਹੀ ਹੋ ਗਏ ਸੀ। ਐਕਸ਼ਨਸ ਮੂਵੀ ਜਿਹੜੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਘੱਟ ਚੱਲ ਰਹੀਆਂ ਸੀਗੀਆਂ, ਹੁਣ ਜਿਹੜਾ ਮੋਢੀ ਬਣੇ ਹੈਗੇ ਆ, ਕਿਉਂਕਿ ਇੱਕ ਚੀਜ਼ ਨੂੰ ਸ਼ੁਰੂਆਤ ਦੇ ਤੌਰ 'ਤੇ ਜਾਂ ਸ਼ੁਰੂ ਕਰਨਾ ਕਿਸੇ ਚੀਜ਼ ਨੂੰ ਉਹ ਬਹੁਤ ਔਖਾ ਹੁੰਦਾ ਹੈਗਾ, ਅਤੇ ਦੇਵ ਖਰੋੜ ਹੋਰਾਂ ਨੇ ਮੈਨੂੰ ਲੱਗਦਾ ਉਹ ਕੰਮ ਕੀਤਾ। ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਕਿ ਉਹ ਦੇਵ ਕੀ ਆਡੀਅੰਸ ਵੈਸੀ ਹੈ, ਦੇਵ ਨੇ ਆਪਣੀ ਆਡੀਅੰਸ ਉਸੀ ਤਰੀਕੇ ਕੀ ਬਣਾਈ ਹੈ, ਚਾਹੇ ਉਹ ਡਾਕੂਆਂ ਦਾ ਮੁੰਡਾ ਹੋ ਔਰ ਜਿਤਨੇ ਵੀ ਉਸਕੇ ਇਨੀਸ਼ੀਅਲ ਫਿਲਮਸ ਰਹੀ ਹੈ, ਗਾਂਧੀ ਰੁਪਿੰਦਰ ਗਾਂਧੀ ਔਰ ਇਹ ਸਾਰੇ ਫਿਲਮੇ, ਕਿ ਉਸਨੇ ਆਪਣੀ ਆਡੀਅੰਸ ਵੈਸੀ ਬਣਾ ਲਈ ਹੈ, ਐਂਡ ਅਬ ਵੇ ਹਮੇਸ਼ਾ ਐਕਸ਼ਨ ਕਰਤਾ ਰਹੇਗਾ ਔਰ ਉਹ ਹਮੇਸ਼ਾ ਦੇਖਤੇ ਰਹੇਗੇ, ਆਡੀਅੰਸ ਇਤਨੀ ਪੱਕੀ ਜੁੜ ਗਈ ਹੈ ਉਸਕੇ ਸਾਥ ਮੇ। ਸੋ ਆਈ ਥਿੰਕ ਇਹ ਇਨਕ੍ਰੈਡੀਬਲ ਜੋਬ ਹੈ ਦੇਵ ਕੀ ਤਰਫ ਸੇ, ਕਿ ਉਸਨੇ ਪੰਜਾਬ ਮੇ ਜਹਾਂ ਪੇ ਸਭ ਹਸੀ ਮਜ਼ਾਕ ਔਰ ਕਾਮੇਡੀ ਦੇਖਣਾ ਚਾਹਤੇ ਹੈ, ਵਹਾਂ ਪੇ ਉਸਨੇ ਐਕਸ਼ਨ ਲੈ ਕੇ ਆਇਆ ਆਗੇ ਔਰ ਲੋਕੋ ਕੋ ਦੇਖਣੇ ਲਗਾਇਆ। ਸੋ ਆਈ ਹੋਪ ਕਿ ਔਰ ਵੀ ਐਸੇ ਆਰਟਿਸਟ ਹੋ ਜੋ ਔਰ ਨਿਊ ਜੋਨਰ ਔਫ ਫਿਲਮਸ ਲੈ ਕੇ ਆਏ। ਤੁਹਾਨੂੰ ਕਹਿੰਦੇ ਹੋਏ ਸੁਣਿਆ ਕਿ ਮੈਨੂੰ ਉਹੋ ਜਿਹੇ ਰੋਲਸ ਮਿਲਦੇ ਜਿਹੋ ਜਿਹੀ ਮੈਂ ਹੈਗੀ ਹਾਂ, ਪਰ ਮੈਂ ਚੈਲੇਂਜਿੰਗ ਰੋਲ ਕਰਨਾ ਚਾਹੁੰਦੀ ਹਾਂ, ਕਿਹੋ ਜਿਹੇ ਰੋਲ ਹੋਣਗੇ ਜਿਹੜੇ ਤੁਸੀਂ ਕਰਨਾ ਚਾਹੁੰਦੇ? ਉਹ ਵੀ ਤੁਸੀਂ ਸੁਣਿਆ ਹੋਊਗਾ ਕਿ ਮੈਂ ਕਿਹਾ ਮੈਂ ਆਈ ਵਾਂਟ ਟੂ ਪਲੇ ਅ ਮਾਫੀਆ, ਆਈ ਵਾਂਟ ਟੂ ਪਲੇ ਮਤਲਬ ਕੁਛ ਗੁੰਡਾ ਟਾਈਪ, ਆਈ ਵਾਂਟ ਟੂ ਪਲੇ ਅ ਬਲੈਕਿਆ ਡੂਡ, ਕੁਛ ਤੋਂ ਹੋਏ ਨਾ, ਮੈਂ ਇਤਨਾ ਸੁੰਦਰ ਔਰ ਇਤਨਾ ਸੁਸ਼ੀਲ ਬਣ ਕੇ ਥੱਕ ਗਈ ਹਾਂ, ਅਬ ਮੈਨੂੰ ਕੁਛ ਗੁੰਡਾ ਟਾਈਪ ਕਰਨਾ ਹੈ, ਤੋ ਮਤਲਬ ਕੁਛ ਕੁਛ ਵੀ ਹੋ ਬਟ ਚੈਲੇਂਜਿੰਗ ਹੋ, ਹੈ ਨਾ, ਤੋ ਐਨੀਥਿੰਗ ਇਜ਼ ਓਕੇ। ਅਗਰ ਕੋਈ ਦੇਖ ਰਿਹਾ ਔਰ ਚਾਹਤਾ ਹੈ ਮੇਰੇ ਸਾਥ ਨੈਕਸਟ ਫਿਲਮ ਕਰਨਾ, ਤੋ ਆਈ ਐਮ ਰੈਡੀ ਟੂ ਪਲੇ ਅ ਡੌਨ। ਅਸੀਂ ਵੀ ਇਹ ਉਮੀਦ ਕਰਦੇ ਹੈਗੇ ਕਿ ਜਲਦ ਰਿਸ਼ੀ ਨੂੰ ਤੁਸੀਂ ਐਕਸ਼ਨ ਕਰਦੇ ਹੋ ਦੇਖੋ, ਬੜੇ ਧਮੱਲੇ ਜਿਹੇ ਵਾਲਾ ਜਿਹੜਾ ਰਿਸ਼ੀ ਡੌਨ, ਜਿਹਨੂੰ ਬੜੇ ਪਿਆਰੇ ਜਿਹੇ ਜਿਹਨਾਂ ਨੂੰ ਕਰੈਕਟਰ 'ਚ ਦੇਖਿਆ ਹੈਗਾ, ਅਤੇ ਉਹ ਬੜੇ ਜਿਹੇ ਕਮਾਲ ਦੇ ਜਿਹੜੇ ਦਮਦਾਰ ਗੋਲੀਆਂ ਗੋਲੀਆਂ ਚਲਾਉਂਦੇ ਹੋਏ ਕਰੈਕਟਰ ਜਿਹੜੇ ਕਰ, ਮਜ਼ਾ ਆ ਜਾਏਗਾ। ਰਿਸ਼ੀ ਬਹੁਤ ਬਹੁਤ ਬੈਸਟ ਵਿਸ਼ਸ ਬਲੈਕਿਆ 2 ਦੇ ਲਈ, ਅਤੇ ਫਿਰ ਮਿਲਦੇ ਹੈਗੇ ਜਲਦੀ, ਅਤੇ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਅਤੇ ਮੈਂ ਸ਼ਾਈਨ ਕੋਟਕਪੂਰਾ। ਦਰਸ਼ਕੋ, ਅੱਜ ਇੱਕ ਬੜੀ ਘੈਂਟ ਮੂਵੀ ਦਾ ਟ੍ਰੇਲਰ ਲਾਂਚ ਹੋਇਆ, ਫਿਲਮ ਦਾ ਨਾਂ ਹੈ ਬਲੈਕਿਆ 2, 8 ਮਾਰਚ ਨੂੰ ਆ ਰਹੀ ਹੈਗੀ ਹੈ, ਪਰ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹੈਗੇ ਹਾਂ ਇਸ ਫਿਲਮ ਦੇ ਅਹਿਮ ਕਿਰਦਾਰ ਬਾਈ ਰਾਜ ਚੰਦਰ। ਬਾਈ ਜੀ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਬਾਈ ਜੀ ਪਹਿਲਾਂ ਸਿਹਤਾਂ ਕਿਵੇਂ? ਬਹੁਤ ਕਮਾਲ ਦਾ ਜਾ ਰਿਹਾ, ਪਰਮਾਤਮਾ ਦੀ ਕਿਰਪਾ। ਫਿਲਮ ਆ ਰਹੀ ਹੈਗੀ ਹੈ ਬਲੈਕਿਆ 2, ਕਿੰਨੀ ਕੁ ਐਕਸਾਈਟਮੈਂਟ? ਡੈਫੀਨੇਟਲੀ ਫਿਲਮ 'ਤੇ ਬਹੁਤ ਮਿਹਨਤ ਕੀਤੀ ਆ, ਤਾਂ ਜਦੋਂ ਸਾਰੀ ਟੀਮ ਨੇ ਇੰਨੀ ਮਿਹਨਤ ਕੀਤੀ ਹੋਵੇ ਅਤੇ ਐਡੇ ਵੱਡੇ ਬਜਟ ਦੀ ਫਿਲਮ ਹੋਵੇ, ਐਕਸਾਈਟਮੈਂਟ ਵੀ ਹੈ, ਡਰ ਵੀ ਆ, ਸਾਰਾ ਕੁਛ ਮਿਕਸ ਹੈ। ਡਰ ਕਿਸ ਚੀਜ਼ ਦਾ? ਜਦੋਂ ਮਜੀ ਹੋਈ ਟੀਮ ਹੋਵੇ, ਮਜੇ ਹੋਏ ਐਕਟਰ ਹੋਣ, ਅਤੇ ਇੱਕ ਫ੍ਰੈਂਚਾਈਜ਼ੀ ਜਿਹੜੀ ਪਹਿਲਾਂ ਹੀ ਉਹ ਹਿੱਟ ਚੱਲ ਰਹੀ ਹੈਗੀ ਹੈ, ਫਿਰ ਡਰ ਕਿਸ ਚੀਜ਼?
ਡਰ ਇਸ ਚੀਜ਼ ਦਾ ਵੀ ਐਕਟਰ ਇੰਨੇ ਵਧੀਆ ਵਧੀਆ ਵਿੱਚ ਮੈਨੂੰ ਡਰ ਲੱਗ ਰਿਹਾ ਆਪਦੇ ਲਈ ਕਿ ਮੈਂ ਉਹਨਾਂ ਨਾਲ ਮੈਚ ਕੀਤਾ ਕਿ ਨਹੀਂ ਕੀਤਾ, ਤਾਂ ਉਹ ਹਮੇਸ਼ਾ ਹੀ ਹੁੰਦਾ ਗਾ ਕਿ ਕਿਉਂਕਿ ਮੇਰੇ ਨਾਲ ਐਕਟਰ ਬਹੁਤ ਅੱਛੇ ਹੈਗੇ, ਸੁੱਖੀ ਚਾਲ ਭਾਅ ਜੀ ਆ, ਪਰਮਵੀਰ ਭਾਅ ਜੀ ਆ, ਸੈਮੂਲ ਜੋਨ ਭਾਅ ਜੀ ਆ, ਦੇਵ ਵੀਰਾ ਆਪ, ਹੈ ਨਾ, ਲੱਕੀ ਧਾਲੀਵਾਲ, ਸਾਰੇ ਬਹੁਤ ਅੱਛੇ ਥੀਏਟਰ ਦੇ ਐਕਟਰ ਹੈਗੇ, ਤਾਂ ਇੱਕ ਜ਼ਿੰਮੇਦਾਰੀ ਇੱਕ ਚੈਲੰਜ ਵੱਡਾ ਹੋ ਜਾਂਦਾ ਗਾ ਕਿ ਤੁਸੀਂ ਉਹਨਾਂ ਨਾਲ ਮੈਚ ਕਰਕੇ ਚੱਲੋ, ਹੈ ਨਾ, ਉਹ ਜਿੰਨਾ ਅੱਛਾ ਐਕਟਰ ਸਾਹਮਣੇ ਉਹ ਡਿਲੀਵਰ ਕਰ ਰਿਹਾ ਤੁਸੀਂ ਵੀ ਕਰੋ, ਤਾਂ ਉਹ ਥੋੜ੍ਹਾ ਇੱਕ ਰਹਿੰਦਾ ਡਰ ਮਨ ਦੇ ਵਿੱਚ ਕਿ ਯਾਰ ਮੈਂ ਠੀਕ ਕਰ ਰਿਹਾ। ਬਾਈ ਜੀ, ਤੁਸੀਂ ਜਿਵੇਂ ਅਕਸਰ ਗੱਲਾਂ ਹੋਣ ਲੱਗ ਪਈਆਂ ਹੈਗੀਆਂ, ਹੁਣ ਪਹਿਲਾਂ ਆਪਣੀਆਂ ਇਹ ਗੱਲਾਂ ਚੱਲਦੀਆਂ ਸੀਗੀਆਂ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਐਕਸ਼ਨ ਨਹੀਂ ਆ ਰਿਹਾ, ਐਕਸ਼ਨਸ ਮੂਵੀਜ਼ ਨਹੀਂ ਆ ਰਹੀ ਹੈਗੀਆਂ, ਫਿਰ ਗੱਲਾਂ ਚੱਲਣ ਲੱਗ ਪਈਆਂ ਕਿ ਸਾਡੀਆਂ ਐਕਸ਼ਨ ਤਾਂ ਆ ਰਿਹਾ ਹੈਗਾ ਪਰ ਉਹ ਜਿਹੜਾ ਸਾਊਥ ਵਾਲਾ ਸਿਸਟਮ ਹੈਗਾ ਜਾਂ ਬਾਲੀਵੁੱਡ ਵਾਲਾ ਸਿਸਟਮ ਹੈਗਾ ਉਹ ਨਹੀਂ ਉੱਡਾ ਉਹਦੇ ਬਰਾਬਰ ਦਾ ਨਹੀਂ ਜਾ ਰਿਹਾ ਹੈਗਾ, ਅਤੇ ਹੁਣ ਸਾਡੀਆਂ ਉਹ ਵੀ ਗੱਲਾਂ ਹੋਣ ਲੱਗ ਗਈਆਂ ਕਿ ਹਾਂ ਵੀ ਫਲਾਨੀ ਮੂਵੀ ਵਰਗੀਆਂ ਸਾਡੀਆਂ ਮੂਵੀਆਂ ਹੈਗੀਆਂ ਨੇ, ਅਤੇ ਇਹ ਜਿਹੜੀ ਚੇਂਜਸ ਆਈਆਂ ਹੈਗੀਆਂ ਕਿਵੇਂ ਵੇਖ? ਕੋਈ ਵੀ ਸਿਨੇਮਾ ਉਹ ਹੌਲੀ ਹੌਲੀ ਗਰੋ ਕਰਦਾ ਗਾ, ਹੈ ਨਾ, ਤਾਂ ਜਿਹੇ ਜਿਹੇ ਵੀ ਦੌਰ ਰਹੇ ਆ ਪੰਜਾਬੀ ਸਿਨੇਮੇ ਦੇ ਆਪਦੇ ਆਪ 'ਚ ਉਸ ਸਰਕਮਸਟਾਂਸ ਦੇ ਹਿਸਾਬ ਨਾਲ ਠੀਕ ਸੀ, ਪਰ ਹੁਣ ਟਾਈਮ ਆ ਗਿਆ ਵੀ ਜਦੋਂ ਵਰਲਡ ਲੈਵਲ 'ਤੇ ਕੰਪੀਟੀਸ਼ਨ ਹੋਣ ਲੱਗ ਗਿਆ ਸਭ ਦਾ, ਹੈ ਨਾ, ਵੀ ਅਸੀਂ ਵਰਲਡ ਸਿਨੇਮਾ ਵੀ ਹੋਣਾ ਹੈ, ਲੋਕਲ ਹੋ ਗਿਆ ਜਦੋਂ ਸਾਰੇ OTT ਪਲੇਟਫਾਰਮਸ 'ਤੇ ਪਿਆ, ਤਾਂ ਡੈਫੀਨੇਟਲੀ ਸਾਨੂੰ ਵੀ ਜ਼ਮਾਨੇ ਦੇ ਨਾਲ ਪੱਬ ਮਿਲਾ ਕੇ ਚੱਲਣਾ ਪੈਣਾ ਗਾ, ਤਾਂ ਆਪਦੇ ਆਪ 'ਚ ਸਾਡੇ ਮੇਕਰ ਵੀ ਇਤਨੇ ਅੱਛੇ ਹੈਗੇ, ਜੇ ਉਹਨਾਂ ਨੂੰ ਬਜਟ ਮਿਲੂਗਾ ਤਾਂ ਡੈਫੀਨੇਟਲੀ ਉਹ ਇਹੋ ਜਿਹੀਆਂ ਫਿਲਮਾਂ ਬਣਾਉਣਗੇ, ਸਾਰੀ ਗੱਲ ਬਜਟ 'ਤੇ ਖੜ੍ਹੀ ਹੈਗੀ। ਅਤੇ ਨਵਨੀਤ ਭਾਅ ਜੀ ਉਹਨਾਂ 'ਚ ਡਾਇਰੈਕਟਰਾਂ 'ਚੋਂ ਇੱਕ ਹੈ ਜਿਹਨਾਂ ਨਾਲ ਮੇਰਾ ਡ੍ਰੀਮ ਸੀਗੇ ਕੰਮ ਕਰਨਾ, ਕਦੇ ਮੈਂ ਧਰਤੀ ਤੋਂ ਉਹਨਾਂ ਦਾ ਬਹੁਤ ਫੈਨ ਹੈਗਾ, ਸ਼ਰੀਕ ਸ਼ਰੀਕ 2, ਹੈ ਨਾ, ਤਾਂ ਇਸ ਫਿਲਮ ਦੇ ਵਿੱਚ ਭਾਅ ਜੀ ਨੇ ਸੱਚੀ ਬਹੁਤ ਗ੍ਰੈਂਡ ਸ਼ੂਟ ਕੀਤੀ ਹੈ ਫਿਲਮ, ਅਤੇ ਤੁਸੀਂ ਟ੍ਰੇਲਰ ਦੇਖਿਆ ਹੀ ਹੈਗਾ, ਅਤੇ ਮੈਂ ਉਮੀਦ ਕਰਦਾ ਤੁਹਾਨੂੰ ਵੀ ਪਸੰਦ ਆਇਆ ਹੋਊ, ਲੋਕਾਂ ਨੂੰ ਵੀ ਪਸੰਦ ਆਊਗਾ। ਭਾਅ ਜੀ, ਇਸ ਚੀਜ਼ 'ਤੇ ਵੀ ਨਾ ਦੋ ਰਾਏ ਚੱਲਦੀਆਂ ਹੈਗੀਆਂ, ਹੈ ਨਾ, ਕੁਛ ਐਕਟਰ ਕਹਿੰਦੇ ਹੈਗੇ ਕਿ ਠੀਕ ਹੈ ਸਾਨੂੰ ਕਿਉਂ ਕਿਸੇ ਨਾਲ ਰਲਾਉਣੇ ਹੈਗੇ ਆ, ਇਹ ਸਾਡੀ ਆਪਦੀ ਇੱਕ ਵੱਖਰੀ ਪਛਾਣ ਆ, ਅਸੀਂ ਆਪਦਾ ਹੀ ਕੁਛ ਨਾ ਕੁਛ ਕੀਤਾ। ਕੁਛ ਐਕਟਰ ਇਹ ਕਹਿੰਦੇ ਨੇ ਵੀ ਜੇ ਤੁਸੀਂ ਜੇ ਮਿਲਾ ਰਹੇ ਹੈਗੇ ਚੰਗੇ ਕੰਮ ਲਈ ਮਿਲਾ ਰਹੇ ਹੈਗੇ ਤਾਂ ਉਹ ਸਾਡੇ ਲਈ ਮਾਣ ਵਾਲੀ ਗੱਲ ਹੈਗੀ ਹੈ, ਤੁਸੀਂ ਕੀ ਮੰਨਦੇ? ਮੈਨੂੰ ਲੱਗਦਾ ਕੰਪੀਟੀਸ਼ਨ ਹੋਣਾ ਚਾਹੀਦਾ, ਪਰ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਗਾ, ਜੇ ਹੋ ਰਿਹਾ ਕੰਪੀਟ ਕਰ ਰਹੇ ਹਾਂ ਅਸੀਂ ਤਾਂ ਅੱਛੀ ਗੱਲ ਹੈ, ਉਹ ਵੀ ਅੱਛਾ ਬਣਾ ਰਿਹਾ ਅਸੀਂ ਵੀ ਅੱਛਾ ਬਣਾਈਏ, ਪਰ ਇਹ ਕਹਿਣਾ ਵੀ ਉਹਦੀ ਕਾਪੀ ਆ ਇਹ ਗਲਤ ਹੈਗਾ, ਕਿਉਂਕਿ ਸਾਡੀਆਂ ਆਪਦੀਆਂ ਰੂਟਸ ਹੈ ਪੰਜਾਬ ਦੀਆਂ, ਸਾਡੀਆਂ ਆਪਦੀਆਂ ਕਹਾਣੀਆਂ, ਸਾਡੇ ਆਪਦੇ ਕੰਸੈਪਟ ਹੈ, ਜਿਵੇਂ ਉਹਨਾਂ ਦੀ ਕੰਟਾਰਾ ਉਹਨਾਂ ਦੀ ਰੂਟਸ ਦੀ ਕਹਾਣੀਆਂ, ਇਹ ਸਾਡੀ ਰੂਟਸ ਦੀਆਂ ਕਹਾਣੀਆਂ ਹੈਗੀਆਂ, ਤਾਂ ਕੰਪੀਟੀਸ਼ਨ ਮੈਨੂੰ ਲੱਗਦਾ ਅੱਛੀ ਗੱਲ ਹੁੰਦੀ ਹੈ, ਉਹਦੇ 'ਚ ਗਰੋਥ ਹੁੰਦੀ ਹੈਗੀ। ਲੈਕੇ 2 ਦੀ ਜਦ ਗੱਲ ਕਰੀਏ ਤਾਂ ਚਾਹੁੰਦੇ ਹੈਗੇ ਸਾਰੇ ਪ੍ਰੋਡਿਊਸਰਸ ਵੀ ਚਾਹੁੰਦੇ ਹੈਗੇ, ਐਕਟਰਸ ਵੀ ਚਾਹੁੰਦੇ ਹੈਗੇ ਕਿ ਵਾਈਡ ਓਡੀਅੰਸ ਜਿੰਨੀ ਹੋ ਸਕੇ ਅਸੀਂ ਕਰ ਸਕੀਏ, ਅਤੇ ਇਹਦੀ ਵਾਈਡ ਓਡੀਅੰਸ ਦੇ ਲਈ ਕੀ ਇਹ ਹੋਰ ਲੈਂਗੁਏਜ ਦੇ ਵਿੱਚ ਵੀ ਡੱਬ ਹੋ ਰਹੀ? ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਵੀਰੇ, ਅਤੇ ਪਰ ਮੈਨੂੰ ਲੱਗਦਾ ਵੀ ਪੈਨ ਇੰਡੀਆ 'ਤੇ ਰਿਲੀਜ਼ ਹੋਊਗੀ ਫਿਲਮ, ਫੋਰਨ 'ਚ ਵੀ ਰਿਲੀਜ਼ ਹੋਊਗੀ। ਆਈ ਐਮ ਸੋਰੀ, ਮੈਂ ਇਹ ਪੁੱਛਿਆ ਨਹੀਂ ਗਾ, ਸਵਾਲ ਨਹੀਂ ਕੀਤਾ, ਕਿਉਂਕਿ ਅੱਜ ਹੀ ਆਇਆ ਮੈਂ ਪਿੰਡੋਂ, ਹਜੇ ਹੋਣੀ ਹੈ ਨਾ, ਤਾਂ ਡੈਫੀਨੇਟਲੀ ਫਿਲਮ ਹੈ ਵੀ ਪੈਨ ਇੰਡੀਆ ਲੈਵਲ ਦੀ ਹੈ ਤਾਂ ਡੈਫੀਨੇਟਲੀ ਰਿਲੀਜ਼ ਹੋਊਗੀ। ਬਾਈ ਜੀ, ਜਦੋਂ ਫਿਲਮਾਂ ਦੇ, ਕਿਉਂਕਿ ਜਦੋਂ ਹੀ ਸਿਨੇਮਾ ਹੈਗਾ ਉਹ ਸਿਨੇਮੇ ਨੂੰ ਮੈਨੂੰ ਨਹੀਂ ਲੱਗਦਾ ਕਿ ਕਈ ਵਾਰੀ ਉਹਨੂੰ ਲੈਂਗੁਏਜ ਜਾਂ ਉਹਦੇ ਲਈ ਬੈਰੀਅਰ ਕੋਈ ਮੈਟਰ ਰੱਖਦਾ ਹੈਗਾ, ਕਿਉਂਕਿ ਸਿਨੇਮੇ ਨੇ ਜਿਹੜੀ ਚੀਜ਼ ਸਮਝਾਉਣੀ ਹੈਗੀ ਆ ਉਹ ਵੈਸੇ ਵੀ ਸਮਝਾ ਦੇਣੀ ਹੈਗੀ, ਚਾਹੇ ਉਹਨੂੰ ਘੱਟ ਸਮਝ ਆਉਂਦੀ ਹੋਵੇ। ਅਤੇ ਇਹੀ ਚੀਜ਼ ਹੈਗੀ ਕਿ ਜਿਹੜੀ ਬਲੈਕੀਏ ਵਰਗੀਆਂ ਫਿਲਮਾਂ ਹੈਗੀਆਂ ਨੇ, ਜਿਹੜੀਆਂ ਚੰਗਾ ਸਿਨੇਮਾ ਜਿਹੜਾ ਹੈਗਾ ਉਹ ਓਡੀਅੰਸ ਆਟੋਮੈਟਿਕਲੀ ਉਹਦੀ ਵਾਈਡ ਹੋ ਜਾਂਦੀ ਹੈਗੀ ਹੈ, ਕਿਉਂਕਿ ਇੱਕ ਦੂਜੇ ਨੂੰ ਬੰਦਾ ਦੱਸਦਾ ਰਹਿੰਦਾ। ਮੈਨੂੰ ਲੱਗਦਾ ਵੀ ਸਿਨੇਮੇ ਦੀ ਕੋਈ ਲੈਂਗੁਏਜ ਨਹੀਂ, ਸਾਰੀਆਂ ਲੈਂਗੁਏਜ ਹੀ ਸਿਨੇਮੇ ਦੀ ਹੈਗੀਆਂ, ਤਾਂ ਵਿਜੂਅਲ ਦਾ ਮਾਧਿਅਮ ਹੈ, ਤਾਂ ਹੁਣ ਤਾਂ ਵੈਸੇ ਵੀ ਬਾਉਂਡਰੀਜ਼ ਨਹੀਂ ਰਹੀਆਂ, ਹੈ ਨਾ, ਅਸੀਂ ਵਰਲਡ ਸਿਨੇਮਾ ਘਰ ਬੈਠੇ ਦੇਖੀ ਜਾਂਦੇ ਹਾਂ, ਤਾਂ ਬਲੈਕੀਆ ਵੀ ਉਸ ਸ਼੍ਰੇਣੀ 'ਚੋਂ ਆ ਵੀ ਜੇ 1970 ਅਸੀਂ ਕਿਸੇ ਨੇ ਨਹੀਂ ਦੇਖਿਆ, ਤੁਹਾਨੂੰ ਜਿਉਣ ਨੂੰ ਮਿਲੂਗਾ ਇਹਦੇ ਵਿੱਚ 1970, ਉਸ ਟਾਈਮ ਦਾ ਜ਼ਮਾਨਾ ਕੀ ਸੀ, ਕਲਚਰ ਕੀ ਸੀ, ਲੋਕ ਕੀ ਸੀ, ਕੰਮ ਕੀ ਸੀ,
ਤਾਂ ਇਹ ਫਿਲਮ ਫੈਮਲੀ ਫਿਲਮ ਹੈ, ਫੈਮਲੀ ਦੇਖਣ ਜਾ ਸਕਦੀ ਹੈ, ਕੁਛ ਵੀ ਇਹੋ ਜਿਹਾ ਨਹੀਂ ਕਿ ਫੈਮਲੀ ਨਹੀਂ ਜਾ ਸਕਦੀਆਂ। 8 ਮਾਰਚ ਨੂੰ ਰਿਲੀਜ਼ ਹੋ ਰਹੀ ਆ, ਬਹੁਤ ਮਿਹਨਤ ਨਾਲ ਬਣਾਈ ਆ, ਸਭ ਨੇ ਬਹੁਤ ਮਿਹਨਤ ਕੀਤੀ ਆ, ਸਾਰੀਆਂ ਫਿਲਮਾਂ 'ਤੇ ਸਾਰੇ ਮਿਹਨਤ ਕਰਦੇ, ਅਸੀਂ ਵੀ ਬਹੁਤ ਕੀਤੀ ਆ, ਤਾਂ ਪਲੀਜ਼ 8 ਮਾਰਚ ਨੂੰ ਸਾਰੇ ਬਲੈਕ ਗੇਟ ਦੇਖਣ ਜ਼ਰੂਰ ਜਾਏ। ਰਾਜੀਵ ਭਾਈ, ਮੈਂ ਇੱਕ ਚੀਜ਼ ਜ਼ਰੂਰ ਬਾਈ ਪੁੱਛਣਾ ਚਾਹੂੰਗਾ ਕਿ ਰਾਜ ਦਾ ਜਿਹੜਾ ਇੱਕ ਡਰੀਮ ਰੋਲ ਹੁੰਦਾ, ਜਾਂ ਕਹਿੰਦੇ ਹੁੰਦੇ ਨੇ ਵੀ ਆਪਾਂ ਸੋਚਦੇ ਆਉਣੇ ਹੈਗੇ ਵੀ ਯਾਰ ਇਹੋ ਜਿਹਾ ਰੋਲ ਤਾਂ ਇੱਕ ਦਿਨ ਮੈਂ ਕਰਕੇ ਹੀ ਦੇਖਣਾ, ਜਾਂ ਕਰਨਾ ਹੀ ਕਰਨਾ ਹੈਗਾ, ਅਤੇ ਜਦੋਂ ਵੀ ਮੌਕਾ ਮਿਲਿਆ ਕਿਹੜਾ ਰੋਲ ਹੋਊਗਾ ਜਾਂ ਕਿਹੋ ਜਿਹਾ ਰੋਲ ਹੋਊਗਾ? ਮੈਨੂੰ ਲੱਗਦਾ ਉਹ ਜਿਹੜੇ 5 AM ਵਾਲੇ ਹੁੰਦੇ ਹੈਗੇ, ਹੈ ਨਾ, ਲਿਖਣ ਵਾਲੇ, ਉਹ ਕੋਈ ਨਾ ਕੋਈ ਕਿਸੇ ਖਿੜਕੀ 'ਚ ਕਿਸੇ ਰੂਮ 'ਚ ਬੈਠਾ ਲਿਖੀ ਜਾਂਦਾ ਹੋਣਾ ਜਿਹੜਾ ਮੈਨੂੰ ਮਿਲੂਗਾ, ਅਤੇ ਮੈਂ ਉਹਦੀ ਵੇਟ ਕਰ ਰਿਹਾ, ਜਿੱਦਾਂ ਮਿਲੂਗਾ ਉਦੇ ਮੈਂ ਜ਼ਰੂਰ ਦੱਸੂੰਗਾ। ਬਾਈ ਜੀ, ਬਹੁਤ ਬਹੁਤ ਬੈਸਟ ਵਿਸ਼ਿਜ਼ ਹੈ ਜੀ ਇਹ ਬਲੈਕੀਆ 2 ਦੇ ਲਈ, ਅਤੇ ਆਪਾਂ ਜਲਦ ਫਿਰ ਮਿਲਦੇ ਹੈਗੇ ਹਾਂ ਇਸੇ ਫਿਲਮ ਦੀ ਪ੍ਰਮੋਸ਼ਨ 'ਤੇ, ਅਤੇ ਹੋਰ ਸਾਰੀਆਂ ਗੱਲਾਂ ਕਰਦੇ ਹੈਗੇ ਹਾਂ ਤਦ ਲਈ। ਤੁਸੀਂ ਦੇਖਦੇ ਰਹੋ ਚਸਕਾ TV। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ TV, ਅਤੇ ਮੈਂ ਸ਼ਾਈਨ ਕੋਟ ਪੂਰਾ। ਦਰਸ਼ਕੋ, ਅੱਜ ਨਾ ਬੜੀ ਘੈਂਟ ਜੀ ਫਿਲਮ ਦੇ ਟ੍ਰੇਲਰ ਲਾਂਚ 'ਤੇ ਇਕੱਠੇ ਹੋਏ ਹੋਏ ਆ, ਅਤੇ ਫਿਲਮ ਪਤਾ ਕਿਹੜੀ ਹੈ? ਬਲੈਕੀਆ 2, ਅਤੇ ਉਸ ਫਿਲਮ ਦੇ ਅਹਿਮ ਕਿਰਦਾਰ ਸਾਡੇ ਨਾਲ ਬਾਈ ਲੱਕੀਤਾਲ ਬਾਈ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ ਬਾਈ। ਪਹਿਲਾਂ ਤਾਂ ਬਾਈ ਸਿਹਤਾਂ ਕਿਵੇਂ? ਬਹੁਤ ਵਧੀਆ ਬਾਈ, ਤੁਸੀਂ ਦੱਸੋ ਜੀ। ਬਾਈ ਜੀ, ਦੇਵ ਖਰੋੜ ਹੋਰਾਂ ਨਾਲ ਤਾਂ ਕਾਫੀ ਲੰਬਾ ਵਾਕਵਾ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ, ਉਹਨਾਂ ਨਾਲ ਰਹਿੰਦਿਆਂ ਨੂੰ, ਅਤੇ ਬਲੈਕੀਆ 2 ਦੇ ਵਿੱਚ ਫਿਰ ਤੋਂ ਦੁਬਾਰਾ ਤੁਸੀਂ ਉਹਨਾਂ ਨਾਲ ਇਕੱਠੇ ਹੋ ਰਹੇ ਹੈਗੇ ਹੋ, ਅਤੇ ਕਿੱਦਾਂ ਦੀਆਂ ਫੀਲਿੰਗ? ਬਹੁਤ ਗੁੱਡ ਫੀਲ ਆ ਰਹੀਆਂ ਜੀ, ਅਤੇ ਅੱਜ ਟ੍ਰੇਲਰ ਦੇਖ ਕੇ ਵੀ ਤੁਸੀਂ ਦੇਖਿਆ ਹੀ ਹੈ, ਅਤੇ ਬਹੁਤ ਗੁੱਡ ਵਾਈਬਸ ਆ ਰਹੀਆਂ ਨੇ ਨਾ, ਅਤੇ ਬਾਕੀ ਆਡੀਅੰਸ ਦੇ ਵਿੱਚ ਵੀ ਕਰੇਜ਼ ਹੈ ਬੜਾ ਇਹਦਾ ਵੀ ਕਦੋਂ ਆਊ, ਅਤੇ ਬਾਕੀ ਬਾਈ ਨਾਲ ਤਾਂ ਵੈਸੇ ਹੀ ਗੁੱਡ ਫੀਲ ਹੋ ਜਾਂਦਾ ਨਾ, ਬਾਈ ਦਾ ਔਰਾ ਹੀ ਬੜਾ ਵਧੀਆ, ਪੋਜ਼ਿਟਿਵ ਨੇ ਬਹੁਤ ਜ਼ਿਆਦਾ, ਹੈ ਨਾ, ਅਤੇ ਕੰਮ ਕਰਕੇ ਬੜਾ ਵਧੀਆ ਲੱਗਦਾ ਜੀ। ਜਦੋਂ ਫਿਲਮਾਂ ਦੇ ਵਿੱਚ ਦੇਖਦੇ ਹੈਗੇ ਹਾਂ, ਜਦੋਂ ਤੁਹਾਡੇ ਰੋਲ ਦੇਖਦੇ ਹੈਗੇ ਹਾਂ, ਬੜੇ ਮਤਲਬ ਇੰਟਰਸਟਿੰਗ ਰੋਲ ਹੁੰਦੇ ਹੈਗੇ ਆ, ਬੜਾ ਮਤਲਬ ਉੱਥੇ ਤੁਹਾਨੂੰ ਲੱਗਦਾ ਹੈਗਾ ਕਿ ਇਹ ਬੰਦਾ ਬਹੁਤ ਹੀ ਜ਼ਿਆਦਾ ਮਤਲਬ ਇਹ ਧਮਾਲ ਜਿਹੀ ਪਾਉਂਦਾ ਹੋਊ, ਬੜਾ ਸ਼ਰਾਰਤੀ ਜਿਹਾ ਹੋਊਗਾ, ਹੈ ਨਾ, ਜਿਹੋ ਜਿਹੇ ਮਤਲਬ ਜੋ ਗਾਂਧੀ ਦੇ ਵਿੱਚ ਵੀ ਦੇਖਿਆ ਤਾਂ ਟੱਕ ਕਰਕੇ ਜਿਹੜਾ ਚੱਲਦਾ ਹੈਗਾ, ਹੈ ਨਾ, ਸਿਸਟਮ, ਉਹ ਹੁਣ ਜਦੋਂ ਤੁਸੀਂ ਅਸੀਂ ਰੂਬਰੂ ਵੈਸੇ ਹੁੰਦੇ ਹੈਗੇ, ਤਾਂ ਉਹਦੇ ਬੜੇ ਤੁਸੀਂ ਸ਼ਰਮਾਕਲ ਜਿਹੇ ਲੱਗਦੇ ਹੈਗੇ ਹੋ, ਘੱਟ ਬੋਲਣ ਵਾਲੇ ਲੱਗਦੇ ਹੋਗੇ, ਕੀ ਕਰ ਲਾਂ? ਨਹੀਂ ਬਸ ਠੀਕ ਹੈ, ਐਕਟਿੰਗ ਸਹੀ ਹੋਣੀ ਚਾਹੀਦੀ ਹੈ ਥੋੜ੍ਹਾ, ਅਤੇ ਬਾਕੀ ਇੰਟਰਵਿਊ ਟਾਈਪ ਥੋੜ੍ਹਾ ਜਿਹਾ ਹੋ ਜਾਂਦਾ, ਬਾਕੀ ਉੱਦਾਂ ਔਨ ਕੈਮਰਾ ਕਦੇ ਵੀ ਨਹੀਂ ਚਾਹੀਦਾ, 3 ਘੰਟੇ ਦਾ ਡਾਇਲੋਗ ਦੇ ਦਿਉ, ਉਹ ਕੋਈ ਚੱਕਰ ਨਹੀਂ ਹੈਗਾ, ਗੱਲਾਂ ਬਾਤਾਂ ਕਰਨੀਆਂ ਥੋੜ੍ਹੀਆਂ ਜਿਹੀਆਂ ਔਖੀਆਂ। ਹਾਂ ਬਾਈ, ਦੇਵ ਖਰੋੜ ਬਾਈ ਦੇ ਬਾਰੇ ਜੇ ਆਪਾਂ ਗੱਲਬਾਤ ਕਰੀਏ, ਤਾਂ ਬਾਕਮਾਲ ਐਕਟਰ ਹੈਗੇ ਨੇ, ਸਾਰਿਆਂ ਨੂੰ ਪਤਾ ਹੈਗਾ, ਤੁਸੀਂ ਉਹਨਾਂ ਨੂੰ ਬਹੁਤ ਨਜ਼ਦੀਕੀ ਨਾਲ ਵਾਚਦੇ ਹੈਗੇ ਹੋ, ਤੁਸੀਂ ਪਰਸਨਲੀ ਤੌਰ 'ਤੇ ਐਜ਼ ਏ ਇਨਸਾਨ ਦੀ ਤੌਰ 'ਤੇ ਉਹਨਾਂ ਦੇ ਵਿੱਚ ਕਿਹੜੀਆਂ ਖੂਬੀਆਂ ਦੇਖਦੇ? ਬਾਈ ਵੈਸੇ ਬਹੁਤ ਗੁੱਡ ਨੇ ਜੀ, ਬਹੁਤ ਸਪੋਰਟ ਕਰਦੇ ਨੇ, ਅਤੇ ਵੈਸੇ ਵੀ ਜੇ ਆਪਾਂ ਕੋਈ ਇੱਦਾਂ ਦਾ ਕੋਈ ਪ੍ਰੋਬਲਮ ਪੈ ਜਾਵੇ, ਹੈ ਨਾ, ਫਿਰ ਵੀ ਨਾਲ ਖੜ੍ਹੇ ਨੇ, ਕੋਈ ਇੱਦਾਂ ਨਹੀਂ ਹੈਗਾ ਵੀ ਆਪਾਂ ਸ਼ੂਟ ਟਾਈਮ, ਹੈ ਨਾ, ਆਪਣਾ ਚਲੋ 30 ਦਿਨਾਂ ਦਾ ਸ਼ਡਿਊਲ ਆ ਅਤੇ ਉਹਦੇ ਵਿੱਚ ਆਪਾਂ ਇਕੱਠੇ ਹੁੰਦੇ ਹੈਗੇ, ਨਹੀਂ, ਉੱਦਾਂ ਵੀ ਜੇ ਆਪਣੇ ਆਮ ਲਾਈਫ ਦੇ ਵਿੱਚ ਵੀ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਮੂਹਰੇ ਖੜ੍ਹਦੇ ਨੇ, ਕੋਈ ਇੱਦਾਂ ਦਾ ਉਹ ਨਹੀਂ ਹੁੰਦਾ ਜੀ, ਵੱਡੇ ਭਾਈਆਂ ਨੂੰ ਸਪੋਰਟ ਕਰਦੇ ਜੀ। ਥੀਏਟਰ ਉਹਨਾਂ ਕੀਤਾ ਹੈਗਾ, ਇੰਨਾ ਸਾਰਾ ਕੰਮ ਕਰ ਰਹੇ ਹੈਗੇ ਆ ਦੇਵ ਬਾਈ ਹੋਰੇ, ਜਦੋਂ ਸਕਰੀਨ ਦੇ ਉੱਤੇ ਜਾਂ ਜਦੋਂ ਉਹਨਾਂ ਨਾਲ ਜਦੋਂ ਕੰਮ ਕਰਦੇ ਹੋਏ, ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਿੱਖਦੇ ਹੈਗੇ ਹੋ, ਜਾਂ ਉਹਨਾਂ ਤੁਸੀਂ ਅਬਜ਼ਰਵ ਕਰਦੇ ਹੈਗੇ ਹੋ ਕਿ ਯਾਰ ਇਹ ਚੀਜ਼ਾਂ ਤਾਂ ਘੱਟੋ ਘੱਟ ਮੈਂ ਆਪਦੇ ਆਪ 'ਚ ਜ਼ਰੂਰ ਲੈ ਕੇ ਆਵਾਂ? ਬਾਈ, ਕਰੈਕਟਰ 'ਤੇ ਬਹੁਤ ਡੀਪਲੀ ਵਰਕ ਕਰਦੇ ਆ ਨਾ ਜੀ, ਅਤੇ ਇੱਕ ਛੋਟੇ ਛੋਟੇ ਜਿਹੇ 'ਚ ਵੀ ਹਾਂ ਕਰੈਕਟਰ 'ਚ ਆਹ ਚੀਜ਼ ਨਾ ਹੋਵੇ, ਹੈ ਨਾ, ਅਤੇ ਬਹੁਤ ਜ਼ਿਆਦਾ ਕਰੈਕਟਰ ਦੇ ਅੰਦਰ ਡੂੰਘਾਈ 'ਚ ਜਾਂਦੇ ਨੇ, ਐਂ ਨਹੀਂ ਹੈਗਾ ਵੀ ਆਪਾਂ ਨੂੰ ਚਲੋ ਅੱਛਾ ਕਰੈਕਟਰ ਮਿਲ ਗਿਆ ਕੋਈ ਨਾ ਤਾਂ ਆਪਾਂ ਨੇ ਕਰ ਹੀ ਲੈਣਾ, ਉਹ ਚੀਜ਼ ਨਹੀਂ ਹੈਗੀ, ਜੇ ਨੋਰਮਲ ਵੀ ਉਹ ਹੋ ਜਾਏ ਤਾਂ ਉਹਦੇ ਵੀ ਪ੍ਰੋਪਰ ਡੂੰਘਾਈ ਤੱਕ ਜਾਂਦੇ ਨੇ ਵੀ ਕਿੱਦਾਂ ਤੁਰੂ ਉਹ, ਹੈ ਨਾ, ਕਿੱਦਾਂ ਉਹਦਾ ਹੇਅਰ ਸਟਾਈਲ ਹੋਊਗਾ, ਕਿੱਦਾਂ ਉਹਦੀ ਝਾਕਣੀ ਹੋਊ, ਹੈ ਨਾ, ਹਰੇਕ ਚੀਜ਼ 'ਤੇ ਵੀ ਕਿੱਦਾਂ ਸਾਹ ਲੈਂਦਾ ਵੀ ਕਿਸ ਤਰ੍ਹਾਂ ਦਾ ਉਹਦਾ ਸਾਰਾ ਉਹ ਬੋਡੀ ਲੈਂਗੁਏਜ ਕਿੱਦਾਂ ਦੀ, ਹੈ ਨਾ, ਉਹ ਹਰੇਕ ਚੀਜ਼ 'ਤੇ ਇਕੱਲੀ ਇਕੱਲੀ ਚੀਜ਼ 'ਤੇ ਵਰਕ ਕਰਦੇ ਨੇਗੇ,
ਅਤੇ ਹਾਂ ਬਰੀਕੀਆਂ ਇਹ ਇਹ ਚੀਜ਼ਾਂ ਸਾਨੂੰ ਸਿੱਖਣ ਨੂੰ ਬਹੁਤ ਉਹ ਹੁੰਦੀਆਂ ਨੇ ਵੀ ਹਾਂ ਯਾਰ ਇੱਦਾਂ ਆਪਾਂ ਵੀ ਕਰੀਏ ਅਤੇ ਇਹ ਚੀਜ਼ ਆਉਂਦੀ ਆ ਨਿਕਲ ਕੇ। ਹਾਂਜੀ ਭਾਅ ਜੀ, ਬਲੈਕੀਆ 2 ਦੇ ਵਿੱਚ ਲੱਕੀ ਹੋਰਾਂ ਦਾ ਕਿਹੋ ਜਿਹਾ ਰੋਲ ਹੋਊਗਾ? ਮੇਰਾ ਇਹਦੇ ਵਿੱਚ ਇੱਕ ਬੜਾ ਸੋਹਣੀ ਜਿਹੀ ਸ਼ੇਡ ਦਿੱਤੀ ਹੋਈ ਆ ਨਾ, ਇਹਦੇ ਵਿੱਚ ਖੱਟਾ ਮਿੱਠਾ ਜਿਹਾ ਨੈਗੇਟਿਵ ਕਰੈਕਟਰ ਹੈ। ਇਹ ਬੜਾ ਮਤਲਬ ਗ੍ਰੇ ਸ਼ੇਡ ਸੁਣਦੇ ਸੀਗੇ, ਮਤਲਬ ਪੂਰਾ ਨੈਗੇਟਿਵ ਸੁਣਦੇ ਸੀ, ਖੱਟਾ ਮਿੱਠਾ ਨੈਗੇਟਿਵ, ਖੱਟਾ ਮਿੱਠਾ ਜਿਹਾ ਨੈਗੇਟਿਵ ਹੈ, ਥੋੜ੍ਹਾ ਕੋਮੇਡੀ ਵੀ ਦਿੱਤੀ ਹੋਈ, ਥੋੜ੍ਹਾ ਤੜਕਾ ਜਾਏਗਾ ਉਹਦਾ। ਅਤੇ ਬਾਕੀ ਤੁਸੀਂ ਮੂਵੀ 'ਚ ਦੇਖਿਓ ਵੀ ਕਿੱਦਾਂ ਦਾ, ਅਤੇ ਬਾਕੀ ਤੁਸੀਂ ਰਿਵਿਊ ਦਿਓ ਫਿਰ। ਹਾਂਜੀ ਬਾਈ ਜੀ, ਹੋਰਾਂ ਨਾਲ ਫਿਰ ਮਿਲਦੇ ਹੈਗੇ ਹਾਂ, ਅਤੇ ਬਾਈ ਜੀ ਬੈਸਟ ਵਿਸ਼ਿਜ਼ ਆ ਬਲੈਕੀਆ 2 ਦੇ ਲਈ, ਅਤੇ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ, ਕਿਉਂਕਿ ਬਲੈਕੀਆ ਬਹੁਤ ਪਸੰਦ ਕੀਤੀ ਅਤੇ ਦਰਸ਼ਕਾਂ ਨੇ ਇਹ ਵੀ ਬਹੁਤ ਜ਼ਿਆਦਾ ਪਸੰਦ ਕਰਨੀ ਹੈਗੀ, ਅਤੇ ਖਾਸ ਕਰਕੇ ਜਿਹੜਾ ਤੁਹਾਡਾ ਕਿਰਦਾਰ ਹੈਗਾ ਉਹ ਦਰਸ਼ਕ ਜ਼ਰੂਰ ਪਸੰਦ ਕਰਨ। ਹਾਂਜੀ ਜੀ, ਇਹ ਉਮੀਦ ਕਰਦੇ ਹਾਂ ਜੀ, ਅਤੇ ਬਾਕੀ 8 ਮਾਰਚ ਨੂੰ ਮੂਵੀ ਆ ਰਹੀ ਹੈ, ਹੈ ਨਾ, ਅਤੇ ਬਾਕੀ ਸਾਰਿਆਂ ਨੂੰ ਇਹੀ ਕਹੂੰਗਾ ਕਿ ਉਹਦੇ ਵਿੱਚ ਕੋਈ ਗਾਲੀ ਗਲੋਚ ਨਹੀਂ ਹੈਗੀ, ਅਤੇ ਕੋਈ ਆਪਣਾ ਨੈਗੇਟਿਵ ਵਲਗੈਰਿਟੀ ਜਾਂ ਡਬਲ ਮੀਨਿੰਗ ਕੋਈ ਇੱਦਾਂ ਦਾ ਕੋਈ ਚੀਜ਼ ਨਹੀਂ ਯੂਜ਼ ਕੀਤੀ ਗਈ। ਸੋ ਤੁਸੀਂ ਆਪਣੇ ਫੈਮਿਲੀ ਨਾਲ ਬੈਠ ਕੇ ਫਰੀ ਮਾਈਂਡ ਹੋ ਕੇ ਮੂਵੀ ਨੂੰ ਇੰਜੋਏ ਕਰ ਸਕਦੇ ਹੋ, ਐਕਸ਼ਨ ਇੰਜੋਏ ਕਰ ਸਕਦੇ। ਹਾਂ ਫੁੱਲ ਐਕਸ਼ਨ, ਐਕਸ਼ਨ ਬਾ ਕਮਾਲ ਇਹਦੇ ਵਿੱਚ, ਤੁਸੀਂ ਦੇਖੋਗੇ ਤਾਂ ਵੀ ਨੈਕਸਟ ਲੈਵਲ ਐਕਸ਼ਨ ਹੋ ਰਿਹਾ ਜੀ। ਬਹੁਤ ਬਹੁਤ ਬੈਸਟ ਵਿਸ਼ ਬਾਈ ਜੀ, ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ, ਥੈਂਕ ਯੂ। ਸਾਡੀ ਤਾਂ ਵੀਰੇ ਨੋਰਮਲੀ ਫੀਲਿੰਗ ਹੈ, ਜਿਵੇਂ ਫਿਲਮਾਂ ਸਾਰੀਆਂ ਕਰਦੇ ਹਾਂ ਨਿਕਲਦੇ ਉਵੇਂ ਦੀ ਆ, ਜਦ ਤੱਕ ਆਡੀਅੰਸ ਦਾ ਰਿਸਪੋਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀਆਂ ਹੀ ਰਹਿੰਦੀਆਂ ਨੇ, ਫੀਲਿੰਗਾਂ ਖੁੱਲ੍ਹ ਕੇ ਨਹੀਂ ਆਉਂਦੀਆਂ, ਕਿਉਂਕਿ ਜਿਹੜੇ ਸ਼ੋਅ ਅਸੀਂ ਰੱਖਦੇ ਹਾਂ ਫਸਟ ਡੇ ਉਹ ਸਾਡੇ ਆਪਣੇ ਲੋਕ ਹੁੰਦੇ ਨੇ, ਉਹ ਕਹਿ ਦੇਣ ਬੱਲੇ ਬੱਲੇ ਬੱਲੇ, ਬਹੁਤ ਵਧੀਆ ਉਹਨਾਂ ਨੇ ਕਹਿਣਾ ਹੀ ਹੁੰਦਾ ਮੂੰਹ 'ਤੇ, ਕਿਉਂਕਿ ਆਪਦੇ ਬੁਲਾਏ ਹੁੰਦੇ ਆ, ਕੋਈ ਮਾੜਾ ਨਹੀਂ ਕਹਿੰਦਾ। ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਔਰਗੈਨਿਕ ਤੁਸੀਂ ਲੋਕਾਂ 'ਚ ਬੜੋਗੇ, ਫਿਲਮ ਅਸੀਂ ਲੋਕਾਂ ਲਈ ਬਣਾਈ ਆ, ਲੋਕ ਦੱਸਣਗੇ, ਅਸੀਂ ਆਪਣੇ ਮੂੰਹੋਂ ਕੁਛ ਨਹੀਂ ਬੋਲ ਸਕਦੇ। ਦੇਖਦੇ ਵੀਰੇ ਕੋਈ ਵੀ ਕੰਮ ਹੈ ਮਿਹਨਤ ਨਾਲ ਹੁੰਦਾ, ਜੇ 3 ਕਰੈਕਟਰ ਮੇਰੇ ਮੈਂ ਕੀਤੇ ਨੇ ਤਾਂ ਚੈਲੰਜ ਤਾਂ ਸੀਗਾ, ਤਿੰਨਾਂ ਨੂੰ ਅਲੱਗ ਅਲੱਗ ਕਰਨਾ, ਉਹ ਮੈਂ ਕਿੰਨਾ ਕਰ ਸਕਿਆ ਉਹ ਵੀ ਕੱਲ੍ਹ ਨੂੰ ਆਡੀਅੰਸ ਦੱਸੂਗੀ, ਤੁਸੀਂ ਲੋਕ ਹੋ ਜੱਜ ਕਰਨ ਵਾਲੇ, ਮੈਂ ਤਾਂ ਖੁਦ ਕੰਮ ਕਰਨ ਵਾਲਾ, ਮੈਂ ਆਪਣੇ ਆਪ ਨੂੰ ਜੱਜ ਨਹੀਂ ਕਰ ਸਕਦਾ, ਉਹ ਚੀਜ਼ ਕੱਲ੍ਹ ਤੋਂ ਬਾਅਦ ਪਤਾ ਲੱਗੂਗਾ। ਮੇਰੀ ਫੀਲਿੰਗ ਕੱਲ ਹੀ ਪਤਾ ਲੱਗੇਗੀ ਕੀ ਆ, ਅੱਜ ਤਾਂ ਬੜੀ ਮਿਊਚੁਅਲ ਜੀ ਫੀਲਿੰਗ ਆ ਕਿ ਕੰਮ ਕਰਦਾ ਹੈ ਤੇ ਹੁਣ ਕੱਲ ਆਡੀਅੰਸ ਦੱਸੇਗੀ ਕਿੱਦਾਂ ਆ, ਬਸ ਵਧੀਆ ਫੀਲਿੰਗ ਆ। ਚੈਲੰਜਿੰਗ ਕਾਫੀ ਸੀਗਾ, ਬਿਕੋਜ਼ ਪੋਲੀਟੀਸ਼ੀਅਨ ਤਾਂ ਮੈਂ ਹੈ ਨਹੀਂ, ਔਰ ਨਾ ਹੀ ਉਹ ਜਿਹੜਾ ਸੈਟਅਪ ਸਾਰਾ ਦਿਖਾਇਆ ਗਰੀਬ ਕੁੜੀ ਵਾਲਾ ਉਹਦੇ ਨਾਲ ਕੋਈ ਉਹ ਹੈ ਸੀਗਾ, ਬਟ ਉਹ ਕਨੈਕਸ਼ਨ ਕ੍ਰੀਏਟ ਕੀਤਾ ਤੇ ਕਾਫੀ ਚੈਲੰਜਿੰਗ ਸੀਗਾ। ਸਾਡੇ ਇਧਰੋਂ ਸਹਿਮਲ ਭਾਜੀ, ਸੁੱਖੀ ਭਾਜੀ, ਅਰੁਸ਼ੀ ਜੀ, ਸਾਰੇ ਅੱਗੇ ਆਓ ਭਾਜੀ, ਸੁੱਖੀ ਭਾਜੀ ਆਓ, ਆਓ ਆਪਾਂ ਨਹੀਂ ਆਓ, ਆ ਲਓ 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 ਤੁਸੀਂ ਆਓ, ਜਿਹਦੇ ਵਿੱਚ ਹਰ ਇੱਕ ਕਿਰਦਾਰ ਆਪਣੀ ਆਪਣੀ ਭੂਮਿਕਾ ਨਿਭਾ ਰਿਹਾ ਸੀ। ਬਹੁਤ ਹੀ ਸੋਹਣੀ ਵਧੀਆ ਫਿਲਮ ਬਣਾਈ, ਪਲੀਜ਼ ਆਓ ਜੀ, ਕਿੱਥੇ ਹੋ?
ਉਹ ਆਪ ਕਿਤੇ ਚਲੇ ਗਏ ਸੁੱਖੀ ਭਾਜੀ ਟੀਮ ਵਰਕ ਹੈ ਨਾ ਇੰਨੇ ਵਧੀਆ ਐਕਟਰ ਸੀਗੇ ਤੇ ਟੀਮ ਵਰਕ ਹੁੰਦਾ ਐਂਡ ਕੱਲ ਦੇਖਦੇ ਕੀ ਹੁੰਦਾ ਅਸੀਂ ਤਾਂ ਬਹੁਤ ਕੌਨਫੀਡੈਂਟ ਹੈ ਸੋ ਥੈਂਕ ਯੂ ਸੋ ਮਚ ਥੈਂਕ ਯੂ ਇਹ ਬਹੁਤ ਵਧੀਆ ਲੱਗੇ ਜੀ ਔਰ ਖਾਸ ਕਰਕੇ ਦੇਵ ਨਾਲ ਛੋਟਾ ਭਰਾ ਮੇਰਾ ਅਤੇ ਨੰਨੀ ਜੀ ਬੜਾ ਪਿਆਰ ਨਾਲ ਇਹਨਾਂ ਨੇ ਮੇਰੇ ਕੋਲ ਕੰਮ ਕਰਾਇਆ ਇਹਨਾਂ ਦੇ ਪਿਤਾ ਜੀ ਬਹੁਤ ਹੀ ਪਿਆਰੇ ਗੱਜਣ ਦਾ ਯਾਨੀ ਸਾਡੇ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਰਿਵਾਰਾਂ ਦੇ ਨਾਲ ਤੁਸੀਂ ਫਿਲਮ ਦੇਖਣ ਆਓਗੇ ਨਾ ਤੁਹਾਨੂੰ ਸਵਾਦ ਆਏਗਾ ਬਸ ਇੰਨੀ ਬੇਨਤੀ ਕਰਨੀ ਹੈ ਜ਼ਰੂਰ ਆਓ ਸੈਮੂਅਲ ਭਾਜੀ ਦਾ ਦੇਖਿਆ ਹੋਣਾ ਤੁਸੀਂ ਕੈਰੇਕਟਰ ਹੈ ਨਾ ਘਰ ਸਾਡੇ ਰਾਈਟਰ ਸਾਹਿਬ ਵੀ ਨੇ ਸੈਜੀ ਜੀ ਆਓ ਅੱਗੇ ਆਓ ਸੈਜੀ ਜੀ ਕਿਉਂਕਿ ਉਹਨਾਂ ਦੇ ਨਾ ਆਪਣੇ ਮਤਲਬ ਵੀ ਰੰਗ ਨੇ ਉਹਨਾਂ ਦੇ ਆਪਣੇ ਅਸੂਲ ਨੇ ਅਤੇ ਜ਼ਿੰਦਗੀ 'ਚ ਉਹਨਾਂ ਦਾ ਇੱਕ ਤਰੀਕਾ ਜਿਹਾ ਹੁੰਦਾ ਹੈ ਉਹ ਸਾਨੂੰ ਕਈ ਵਾਰੀ ਗਲਤ ਲੱਗਦਾ ਉਸਨੂੰ ਸਹੀ ਲੱਗਦਾ ਜਦੋਂ ਦੋਵੇਂ ਚੀਜ਼ਾਂ ਭਿੜਦੀਆਂ ਨੇ ਅਤੇ ਉਹਦੇ ਵਿੱਚ ਜਿਹੜਾ ਚੰਗਿਆੜੇ ਦੇ ਨਿਕਲਦੇ ਆ ਉਹੀ ਕਥਾ ਜੀ ਇਹ ਬੇਸਿਕਲੀ ਕੀ ਹੈ ਨਾ ਸਿਨੇਮਾ ਜਿਹੜਾ ਹੈਗਾ ਉਹ ਫਾਰਮੂਲਾ ਇੱਕ ਬਣ ਗਿਆ ਸੀ ਵੀ ਆਹ ਕਾਲੇ ਹੁੰਦੇ ਆਹ ਗੋਰੇ ਹੁੰਦੇ ਆਹ ਦਰਮਿਆਨੇ ਹੁਣ ਨਹੀਂ ਮਨੁੱਖ ਐਂ ਨਹੀਂ ਹੁੰਦਾ ਕਿ ਸਿਰਫ ਕਾਲਾ ਹੀ ਹੁੰਦਾ ਜੋ ਵੀ ਹੁੰਦਾ ਹੁਣ ਚੇਂਜਸ ਆ ਰਹੀਆਂ ਸਿਨੇਮੇ ਦੇ ਵਿੱਚ ਕਿ ਜਿਹੜੇ ਤੁਹਾਡੇ ਕਰੈਕਟਰ ਨੇ ਪਾਤਰ ਨੇ ਜਿਵੇਂ ਮਨੁੱਖ ਦੇ ਅੰਦਰ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਵੇਂ ਸਿਲੈਕਟ ਕੀਤਾ ਕਰਕੇ ਇਹਦੇ ਵਿੱਚ ਹੈਗਾ ਕੀਤਾ ਗਿਆ ਇਹ ਡਾਇਰੈਕਟਰ ਦਾ ਔਰ ਡਾਇਰੈਕਟਰ ਦਾ ਮੇਨ ਕੰਮ ਹੁੰਦਾ ਕਿ ਕਿਹੜੇ ਪੁਆਇੰਟ 'ਤੇ ਜ਼ੋਰ ਦੇਣਾ ਕਿਹੋ ਜਿਹੇ ਸੀਨ ਬਿਲਡ ਕਰਨੇ ਆ ਹਾਂਜੀ ਕੀ ਬੋਲੀਏ ਦੋ ਸੁੱਖੀ ਕਿਸੇ ਨੇ ਪ੍ਰੋਡਿਊਸਰ ਸਾਹਿਬ ਬਾਰੇ ਨਹੀਂ ਬੋਲਿਆ ਪ੍ਰੋਡਿਊਸਰ ਸਾਹਿਬ ਅੱਗੇ ਆਓ ਸਾਹਿਬ ਬਾਰੇ ਯੈਸ ਯਾਰ ਮਜ਼ਾ ਆਉਂਦਾ ਜੇ ਤੁਸੀਂ ਰੰਗ ਡਿਫਰੈਂਟ ਹੁੰਦੇ ਸਾਰੇ ਸਾਰੇ ਕਲਰ ਦਿਖਾਉਣ ਦਾ ਮੌਕਾ ਮਿਲਦਾ ਫਿਰ ਡਾਇਰੈਕਟਰ ਵਧੀਆ ਹੋਵੇ ਸਾਡਾ ਨਵੀਨ ਭਾਜੀ ਵਰਗਾ ਰਾਈਟਰ ਵਧੀਆ ਹੋਣਾ ਪ੍ਰੋਡਿਊਸਰ ਵਧੀਆ ਹੋਣ ਅਤੇ ਆਪਣੇ ਵੀ ਚੀਜ਼ਾਂ ਬਹੁਤ ਵਧੀਆ ਹੋ ਜਾਂਦੀਆਂ ਔਰ ਡਿਫਰੈਂਟ ਕਰੈਕਟਰ ਕਰਕੇ ਹਰ ਐਕਟਰ ਨੂੰ ਮਜ਼ਾ ਆਉਂਦਾ ਮੈਨੂੰ ਵੀ ਬਹੁਤ ਮਜ਼ਾ ਆਇਆ ਔਰ ਸਾਡੀ ਟੀਮ ਬਹੁਤ ਸੋਹਣੀ ਆ ਸਾਡਾ ਹਰ ਚੀਜ਼ ਬਹੁਤ ਪਰਫੈਕਟ ਆ ਦੇਵ ਭਾਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਦੋਵਾਂ ਰੋਲਾਂ 'ਚ ਮਤਲਬ ਮੇਰੇ ਲਈ ਅਨਐਕਸਪੈਕਟਡ ਸੀਗਾ ਬਹੁਤ ਖੂਬਸੂਰਤ ਔਰ ਦੇਵ ਭਾਜੀ ਨੇ ਬਹੁਤ ਫਿਲਮ ਬੰਨ ਕੇ ਰੱਖੀ ਆ ਅਸੀਂ ਇਹ ਫਿਲਮ ਇੰਨੀ ਕੁ ਵਾਰ ਦੇਖ ਚੁੱਕੇ ਹੁੰਦੇ ਆ ਫਿਲਮ
ਐਡੀਟਿੰਗ ਤੋਂ ਲੈ ਕੇ ਡਬਿੰਗ ਤੱਕ, ਫਿਰ ਜਦੋਂ ਵਿਦ ਬੈਕਗਰਾਉਂਡ ਲਾ ਕੇ ਆਉਂਦੀ ਹੈ, ਫਿਰ ਇਹਦਾ ਪ੍ਰੀਵਿਊ ਕੀਤਾ ਜਾਂਦਾ। ਸੋ ਸਾਡੀ ਜਿਹੜੀ ਇੱਕ ਪਹਿਲੀ ਵਾਰ ਦੇਖਣ ਦੀ ਐਕਸਾਈਟਮੈਂਟ ਹੁੰਦੀ ਆ ਕੁਛ ਹੋਰ ਹੁੰਦੀ ਹੈ, ਸਿਨੇਮੇ 'ਚ ਦੇਖਦੇ ਹਾਂ ਐਕਸਾਈਟਮੈਂਟ ਹੋਰ ਹੁੰਦੀ ਹੈ। ਬਟ ਮੇਰਾ ਇੰਨਾ ਤਜਰਬਾ ਹੋ ਗਿਆ, ਬਹੁਤ ਸਾਰੇ ਰਿਵਿਊਜ਼ ਦੇਖ ਕੇ, ਫਸਟ ਡੇ ਵਾਲੇ ਜਿਹੜੇ ਤੁਸੀਂ ਪਾਉਣੇ ਵੀ ਲਿਖ ਕੇ 5 star 3 star, ਆਡੀਅੰਸ 'ਤੇ ਕੋਈ ਫਰਕ ਨਹੀਂ ਪੈਂਦਾ। ਆਡੀਅੰਸ ਜਿਹੜਾ ਸਿਨੇਮਾ ਉਹਨੇ ਸੋਚਿਆ ਹੁੰਦਾ ਉਹੀ ਦੇਖਣ ਜਾਂਦੀ ਹੈ, ਇਹ ਗੱਲ ਸੱਚ ਹੈ, ਮੰਨਣੀ ਪਊਗੀ ਸਾਨੂੰ। ਮੈਂ ਉਦੋਂ ਤੱਕ ਮੰਨੂੰਗਾ ਜਿਹੜੀ ਗੱਲ ਦਾ ਤੁਹਾਡੀ ਦਾ ਜਵਾਬ ਹੈ, ਜਦੋਂ ਆਡੀਅੰਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਦੇ, ਤੁਸੀਂ ਨਵਾਂ ਕੁਛ ਲੈ ਕੇ ਆਏ ਹੋ। ਆਡੀਅੰਸ ਦੇ ਮੂੰਹੋਂ ਸੁਣਨਾ, ਅਸੀਂ ਆਪਣੇ ਮੂੰਹ ਕਹਿੰਦੇ ਚੰਗੇ ਨਹੀਂ ਲੱਗਦੇ, ਕਿਉਂਕਿ ਸਿਨੇਮਾ ਆਲਵੇਜ਼ ਆਡੀਅੰਸ ਲਈ ਬਣਾਇਆ ਜਾਂਦਾ ਹੈ। ਔਰ ਅਸੀਂ ਕੱਲ੍ਹ ਤੱਕ ਡਿਬੇਟ ਕਰਾਂਗੇ ਇਸ ਸਵਾਲ ਦਾ ਜਵਾਬ। ਭਾਅ ਜੀ ਇੱਕ ਨਾ ਜਾਦੂ ਦੇਖਿਆ ਤੁਹਾਡੀ ਫਿਲਮ ਦੇ ਵਿੱਚ ਮੈਂ, ਜਿਵੇਂ ਭਾਅ ਜੀ ਦਾ ਜਿਹੜਾ ਕਰੈਕਟਰ ਆ ਜਾਂ ਤੁਹਾਡਾ ਜਿਹੜਾ ਕਰੈਕਟਰ ਆ, ਜਵਾਨ ਦੇ ਵਿੱਚ ਲੰਬੇ ਲੰਬੇ ਵਾਲ ਨੇ, ਔਰ ਜਿਹੜਾ ਗਾਮੇ ਦੇ ਵਿੱਚ ਜਦੋਂ ਦਾੜੀ ਆ ਜਾਂਦੀ ਹੈ ਐਮਐਲਏ ਬਣ ਜਾਂਦਾ, ਉਹ ਦਰਦ ਲੋਕਾਂ ਲਈ, ਔਰ ਮੈਂ ਭਾਅ ਜੀ ਬਾਰੇ ਕਿ ਜਿਵੇਂ ਕਰ ਚੁੱਕਿਆ ਨਾ, ਇਹ ਮੈਜਿਕ ਲੈ ਗਿਆ ਮੈਨੂੰ ਤਾਂ, ਹੈ ਨਾ, ਇਹ ਮੈਜਿਕ ਤੁਸੀਂ ਮਹਿਸੂਸ ਕੀਤਾ ਆ ਵੀ ਜਿਵੇਂ ਬਦਲ ਜਾਂਦੀਆਂ ਨੇ ਚੀਜ਼ਾਂ, ਜਾਂ ਅਖੀਰ ਦੇ ਵਿੱਚ ਭਾਅ ਜੀ ਦਾ ਜਿਹੜਾ ਕਿਰਦਾਰ ਜਮਾਂ ਬਦਲ ਗਿਆ? ਇਹ ਵੀਰੇ ਬਹੁਤ ਸਾਰੇ ਬੰਦਿਆਂ ਦਾ ਹੱਥ ਹੁੰਦਾ, ਇਕੱਲਾ ਮੈਂ ਨਹੀਂ ਕਰਦਾ, ਇਹਦੇ ਵਿੱਚ ਮੇਰੇ ਥੀਏਟਰ ਦਾ ਵੀ ਹੱਥ ਆ, ਜੋ ਮੈਂ ਥੀਏਟਰ 'ਤੇ ਕਰਕੇ ਆਇਆ, ਸੈਮਲੋ ਭਾਅ ਜੀ ਵਰਗੇ ਮੇਰੇ ਗੁਰੂ ਰਹੇ ਨੇ, ਅਜੇ ਸ਼ਰਮਾ ਭਾਅ ਜੀ ਮੇਰੇ 2 ਗੁਰੂ ਦਾ ਫਿਲਮ ਦੇ ਵਿੱਚ ਹੀ ਸੀਗੇ, ਅਜੇ ਸ਼ਰਮਾ ਭਾਅ ਜੀ ਅਤੇ ਸੈਮਲ ਜੋਨ, ਫਿਰ ਮੇਰੇ ਡਾਇਰੈਕਟਰ ਖੜੇ ਨੇ ਜਿਨ੍ਹਾਂ ਨੇ ਇੰਨਾ ਕੰਮ ਕਰ ਲਿਆ। ਤਾਂ ਫਿਰ ਅਸੀਂ ਆਪਸ 'ਚ ਸਲਾਹ ਕਰਕੇ ਭਾਅ ਜੀ ਇਹ 'ਚ ਇਹ ਚਾਹੀਦਾ, ਜਾਂ ਡੱਬਿੰਗ ਦੇ ਵਿੱਚ ਭਾਅ ਜੀ ਮੈਂ ਆਵਾਜ਼ ਚੇਂਜ ਕਰਨੀ ਆ, ਬਦਲਣੀ ਆ ਤਿੰਨਾਂ ਕਰੈਕਟਰਾਂ ਨਾਲ, ਇਹ ਮਿਲ ਜੁਲ ਕੇ ਮੈਂ ਸਾਰੀ ਟੀਮ ਨੂੰ ਕ੍ਰੈਡਿਟ ਦਿੰਦਾ, ਮੇਰੇ ਇਕੱਲੇ ਦਾ ਨਹੀਂ ਹੈਗਾ, ਟੀਮ ਕੰਮ ਲੈਂਦੀ ਆ, ਡਾਇਰੈਕਟਰ ਕੰਮ ਲੈਂਦਾ ਉੱਤੋਂ। ਜਦੋਂ ਬਿੱਲਾ ਕਰਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿਤੇ ਮੈਂ ਓਵਰ ਨਾ ਹੋ ਜਾਵਾਂ ਕਿਤੇ, ਸੋ ਮੇਰੇ ਡਾਇਰੈਕਟਰ ਨੇ ਬਹੁਤ ਕੰਟਰੋਲਡ ਕੰਮ ਮੇਰੇ ਤੋਂ ਕਰਾਇਆ। ਸੋ ਮੇਰੀ ਸਾਰੀ ਟੀਮ ਦਾ ਥੈਂਕਸ, ਫਿਲਮ ਕਦੇ ਕਿਸੇ ਇੱਕ ਬੰਦੇ ਕਰਕੇ ਨਹੀਂ ਚੱਲਦੀ, ਪੂਰੀ ਟੀਮ ਕਰਕੇ ਚੱਲਦੀ ਆ। ਉਹਦੇ ਵਿੱਚ ਬੈਕਗਰਾਉਂਡ ਮਿਊਜ਼ਿਕ ਵਾਲੇ ਦਾ ਬਹੁਤ ਵਧੀਆ ਹੱਥ ਹੁੰਦਾ, ਜਿਹਨੇ ਉਹਦੀ ਕਲਰ ਕਰੈਕਸ਼ਨ ਕੀਤੀ ਹੁੰਦੀ ਹੈ, ਜਿਹਨੇ ਫਿਲਮਾਇਆ ਹੁੰਦਾ, ਡਾਇਰੈਕਟਰ ਹਨਾ ਮੇਨ ਕੈਪਟਨ ਹੁੰਦਾ, ਔਰ ਸਾਰੇ ਇਕੱਲੇ ਇਕੱਲੇ ਕਿਰਦਾਰ ਕਰਕੇ। ਸੈਮਲ ਭਾਅ ਜੀ ਨੇ ਇੰਨਾ ਸੋਹਣਾ ਕੰਮ ਕੀਤਾ, ਰਾਜ ਝਿੰਜਰ ਨੇ, ਲੱਕੀ ਧਾਲੀਵਾਲ ਨੇ, ਜੱਗੀ ਧੂਰੀ ਨੇ, ਰੂਸ਼ੀ ਹੋਣ, ਚਾਹੇ ਜਪਜੀ ਖਹਿਰਾ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ, ਸਾਰੇ ਕਰਕੇ ਫਿਲਮ ਟੋਟੈਲਿਟੀ ਚੱਲਦੀ ਹੈ। ਆਪਣੇ ਨਾਲ ਇੱਥੇ ਗੁਰਪ੍ਰੀਤ ਸਿੰਘ ਜੀ ਖੜਾ ਹੈ, ਐਡੀਸ਼ਨਲ ਡਾਇਲੌਗ, ਮਤਲਬ ਇਹ ਐਜ਼ ਏ ਟੀਮ ਐਫਰਟ ਹੈਗਾ, ਮਤਲਬ ਡਾਇਰੈਕਟਰ ਸਾਹਿਬ, ਇਹਨਾਂ ਦੇ ਫਾਦਰ ਹਰਮੀਤ ਜੀ, ਜਾਂ ਇਹਨਾਂ ਦੇ ਬ੍ਰਦਰ ਲੰਨੂ ਜੀ, ਮਤਲਬ ਹਰ ਟੈਕਨੀਕਲ ਟੀਮ ਦਾ ਵੀ ਬਹੁਤ ਰਿਸਪੈਕਟ ਹੈਗਾ। ਐਕਟਰ ਨੇ ਆਪਣੇ ਆਪਣੇ ਕਿਰਦਾਰ ਨਿਭਾਏ, ਔਰ ਜਿਹੜਾ ਬੈਕ ਆਫ ਦੀ ਕੈਮਰਾ ਟੈਕਨੀਕਲ ਟੀਮ ਹੈ, ਉਹਨਾਂ ਨੇ ਵੀ ਆਪਣਾ ਖੂਬ ਰੋਲ ਵਧੀਆ ਨਿਭਾਇਆ, ਜਿਹਦੇ ਕਰਕੇ ਫਿਲਮ ਨਿਖਰ ਕੇ ਬਾਹਰ ਆਈ। ਮੈਸੇਜ ਵਧੀਆ, ਪੋਜ਼ਿਟਿਵ ਹੈ, ਐਂਡ 'ਚ ਬੰਦਾ ਚਾਹੁੰਦਾ ਹੀ ਹੈ ਕਿ ਮੇਰੇ ਇਲਾਕੇ ਦੇ ਨਾਮ ਨਾਲ ਉਹ ਮੈਂ ਜਿਹੜਾ ਹੈਗਾ ਬਲੈਕੀਆ ਸ਼ਬਦ ਜਿਹੜਾ ਹੈਗਾ ਉਹ ਉੱਤਰ ਜੇ, ਉਹਦੇ ਲਈ ਬੰਦਾ, ਬਾਕੀ ਫਿਲਮ ਦੇਖੋ, ਮੈਂ ਨਹੀਂ ਦੱਸਣਾ ਚਾਹੁੰਦਾ ਹਲੇ, ਲੋਕਾਂ ਨੂੰ ਦੇਖ ਲੈਣ ਦੇ। ਆਹ ਮੈਸੇਜ ਹੈਗਾ, ਤੁਹਾਨੂੰ ਪਸੰਦ ਆਇਆ, ਤੁਹਾਡਾ ਸਾਰਿਆਂ ਦਾ ਥੈਂਕਸ, ਧੰਨਵਾਦ ਵੀਰੇ, ਕਿਤਾਬ ਹੈ ਵੀਰੇ, ਇਹਦੇ ਕੋਈ ਅਗਲੀ ਫਿਲਮ ਕਰਾਂਗੇ। ਔਰ ਸੁੱਖੀ ਭਾਜੀ ਕਿੱਧਰ ਗਏ? ਸ਼ਰੀਕ ਮੂਵੀ ਦਾ ਕੋਵਿਡ ਪੀਰੀਅਡ ਹੋ ਗਿਆ ਸੀਗਾ, ਜੂਨ ਜੁਲਾਈ ਦਾ ਮਹੀਨਾ ਸੀ, 3-4 ਮਹੀਨੇ ਮਿਲੇ ਨਹੀਂ ਸੀਗੇ, ਅਤੇ ਦੇਵ ਇਹਨੇ ਕਿਹਾ ਮਿਲ ਜਾਓ ਆ ਕੇ, ਪਟਿਆਲੇ ਗਿਆ, 2-3 ਘੰਟੇ ਗੱਪਸ਼ਪ ਹੋਈ, ਇਹਨਾਂ ਨੇ ਆਈਡੀਆ ਸੁਣਾਇਆ, ਹੋਰ ਵੀ ਅਸੀਂ ਆਈਡੀਆ ਸੁਣ ਰਹੇ ਸੀ, ਬਲੈਕੀਆ ਕਰਨੀ ਸੀਗੀ,
ਬਟ ਇਹਨਾਂ ਨੇ ਆਈਡੀਆ ਸੁਣਾਇਆ ਜਿਹੜੇ ਤਿੰਨ ਸ਼ੇਡ ਕੀਤੇ ਫਰੋਡ ਦੇ ਰੋਲ ਦੇ ਨਾਲ, ਮੈਨੂੰ ਲੱਗਿਆ ਯਾਰ ਇਹ ਕਹਾਣੀ ਪੰਜਾਬ ਦੇ ਵਿੱਚ ਅੱਜ ਤੱਕ ਬਣੀ ਨਹੀਂ ਹੈਗੀ, ਉੱਥੋਂ ਬੀਪ ਹੋਇਆ ਗਿਆ ਮਤਲਬ ਲੈ ਕੇ। ਉਸ ਤੋਂ ਬਾਅਦ ਟੀਮ ਜੁੜਦੀ ਗਈ, ਨਵਨੀਤ ਜੀ ਜੁੜੇ, ਅਦਰ ਰਾਈਟਰ ਜੁੜੇ, ਸਾਰੀ ਟੀਮ ਬਣਦੀ ਗਈ, ਟੈਕਨੀਕਲ ਟੀਮ ਬਣੀ ਗਈ, ਸਭ ਤੋਂ ਭਰੋਸਾ ਦੇਵ ਫਰੋਡ ਨੇ, ਔਰ ਜਿੱਦਾਂ ਦਾ ਇਹਨਾਂ ਨੇ ਕਿਰਦਾਰ ਸ਼ੇਡ ਨਿਭਾਇਆ ਉਹ ਇੱਕ ਐਕਟਰ ਹੀ ਨਿਭਾ ਸਕਦਾ, ਕੋਈ ਆਮ ਬੰਦਾ ਨਹੀਂ ਨਿਭਾ ਸਕਦਾ। ਅਸੀਂ ਕੱਲ ਦੀ ਵੇਟ ਕਰ ਰਹੇ ਕਿ ਆਡੀਅੰਸ ਸਪੋਰਟ ਕਰੇ, ਔਰ ਜਿਸ ਤਰ੍ਹਾਂ ਫਿਲਮ ਵਧੀਆ ਬਣੀ ਹੈ ਲੋਕ ਵੀ ਪਿਆਰ ਕਰਨ, ਅਸਲ ਮਜ਼ਾ ਤਾਂ ਹੈਗਾ ਕਿ ਲੋਕਾਂ ਦੀ ਮੋਹਰ ਲੱਗੇ ਬਾਕਸ ਆਫਿਸ ਤੇ। ਔਰ ਇਸ ਫਿਲਮ ਦੇ ਅਸੀਂ ਮਤਲਬ ਇਹ ਨਹੀਂ ਹੈਗਾ ਬਲੈਕ ਵਰਲਡ ਦਿਖਾਇਆ, ਬਟ ਬਲੈਕ ਵਰਲਡ ਦੇ ਨਾਲ ਇੱਕ ਅਸੀਂ ਇੱਕ ਇਹ ਵੀ ਦਿਖਾਇਆ ਕਿ ਕਾਲੇ ਜਿਹੜੇ ਧੰਦੇ ਹੈਗੇ ਜਾਂ ਹੋਰ ਜਿਹੜਾ ਕੰਮ ਉਦਾਂ ਦੇ ਹੈਗਾ ਉਹਦਾ ਅੰਤ ਚੰਗਾ ਨਹੀਂ ਹੁੰਦਾ, ਮਤਲਬ ਉਹਦਾ ਅੰਤ ਨੈਗੇਟਿਵ ਹੀ ਹੈ। ਨਾਲੇ ਸਪਿਰਿਟ ਕ੍ਰੀਏਟ ਕੀਤਾ ਆਪਾਂ ਸਰਕਾਰ ਦਾ, ਤੁਸੀਂ ਬੋਲੋ ਆ ਜੀ ਆਓ ਬੋਲੋ ਤੁਸੀਂ ਪ੍ਰੋਡਿਊਸਰ ਸਾਡਾ ਫਰਜ਼ ਬੰਦਾ ਬੋਲ। ਐਕਚੁਅਲੀ ਇਹ ਬਲੈਕ ਦੀ ਬਲੈਕ ਹੈ ਨਹੀਂ, ਇਹ ਸਾਰਿਆਂ ਨੂੰ ਲੱਗਾ ਕਿ ਬਲੈਕ ਹੀ ਕੰਮ ਕੀਤਾ ਜਦੋਂ ਬਲੈਕ ਕੱਪੜੇ ਪਾਏ, ਪਰ ਅਸੀਂ ਪਲਾਨ ਨਹੀਂ ਕੀਤਾ ਕੀਤਾ ਨਹੀਂ ਕੀਤਾ, ਅਸੀਂ ਆਪੇ ਪਾ ਕੇ ਆਏ ਆ ਕੁਦਰਤੀ। ਚਲੋ ਹੋ ਗਿਆ ਮਿਲਣ ਦਾ ਗੱਲਾਂ ਜੀ, ਬੰਦੇ ਹੋ ਯਾਰ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸਾਰਿਆਂ ਦਾ, ਹੈਲੋ ਜੀ ਸਾਰਿਆਂ ਨੂੰ ਥੈਂਕ ਯੂ ਬਹੁਤ ਬਹੁਤ। ਤੁਸੀਂ ਕਿੱਦਾਂ ਦੀ ਫੀਲਿੰਗ ਆ ਫਿਲਮ ਦੇ ਲਈ? ਸਾਡੀ ਤਾਂ ਵੀਰੇ ਨਾਰਮਲੀ ਫੀਲਿੰਗ ਹੈ ਜਿਵੇਂ ਫਿਲਮਾਂ ਸਾਰੀਆਂ ਕਰਦੇ ਆ ਨਿਕਲਦੇ ਉਵੇਂ ਦੀ ਆ, ਜਦ ਤੱਕ ਆਡੀਅੰਸ ਦਾ ਰਿਸਪੌਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀਆਂ ਹੀ ਰਹਿੰਦੀਆਂ ਨੇ, ਫੀਲਿੰਗਾਂ ਖੁੱਲ੍ਹ ਕੇ ਨਹੀਂ ਆਉਂਦੀਆਂ, ਕਿਉਂਕਿ ਜਿਹੜੇ ਸ਼ੋਅ ਅਸੀਂ ਰੱਖਦੇ ਹਾਂ ਫਸਟ ਡੇ ਉਹ ਸਾਡੇ ਆਪਣੇ ਲੋਕ ਹੁੰਦੇ ਨੇ, ਉਹ ਕਹਿ ਦੇਣ ਬੱਲੇ 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 ਬਹੁਤ ਵਧੀਆ, ਉਹਨਾਂ ਨੇ ਕਹਿਣਾ ਹੀ ਹੁੰਦਾ ਮੂੰਹ 'ਤੇ ਕਿਉਂਕਿ ਆਪਦੇ ਬੁਲਾਏ ਹੁੰਦੇ ਆ, ਕੋਈ ਮਾੜਾ ਨਹੀਂ ਕਹਿੰਦਾ। ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਔਰਗੈਨਿਕ ਤੁਸੀਂ ਲੋਕਾਂ 'ਚ ਬੜੋਗੇ, ਫਿਲਮ ਅਸੀਂ ਲੋਕਾਂ ਲਈ ਬਣਾਈ ਆ, ਲੋਕ ਦੱਸਣਗੇ ਅਸੀਂ ਆਪਣੇ ਮੂੰਹੋਂ ਕੁਛ ਨਹੀਂ ਬੋਲ ਸਕਦੇ। ਦੇਖਦੇ ਵੀਰੇ ਕੋਈ ਵੀ ਕੰਮ ਹੈ ਮਿਹਨਤ ਨਾਲ ਹੁੰਦਾ, ਜੇ ਤਿੰਨ ਕਰੈਕਟਰ ਮੇਰੇ ਮੈਂ ਕੀਤੇ ਨੇ ਤਾਂ ਚੈਲੰਜ ਤਾਂ ਸੀਗਾ, ਤਿੰਨਾਂ ਨੂੰ ਅਲੱਗ ਅਲੱਗ ਕਰਨਾ ਉਹ ਮੈਂ ਕਿੰਨਾ ਕਰ ਸਕਿਆ ਉਹ ਵੀ ਕੱਲ੍ਹ ਨੂੰ ਆਡੀਅੰਸ ਦੱਸੂਗੀ, ਤੁਸੀਂ ਲੋਕ ਹੋ ਜੱਜ ਕਰਨ ਵਾਲੇ, ਮੈਂ ਤਾਂ ਖੁਦ ਕੰਮ ਕਰਨ ਵਾਲਾ, ਮੈਂ ਆਪਣੇ ਆਪ ਨੂੰ ਜੱਜ ਨਹੀਂ ਕਰ ਸਕਦਾ, ਉਹ ਚੀਜ਼ ਕੱਲ੍ਹ ਤੋਂ ਬਾਅਦ ਪਤਾ ਲੱਗੂਗਾ। ਮੇਰੀ ਫੀਲਿੰਗ ਕੱਲ ਹੀ ਪਤਾ ਲੱਗੇਗੀ ਕੀ ਆ, ਅੱਜ ਤਾਂ ਬੜੀ ਮਿਊਚੁਅਲ ਜੀ ਫੀਲਿੰਗ ਆ ਕਿ ਕੰਮ ਕਰਦਾ ਆ ਤੇ ਹੁਣ ਕੱਲ ਆਡੀਅੰਸ ਦੱਸੇਗੀ ਕਿੱਦਾਂ ਆ, ਬਸ ਵਧੀਆ ਫੀਲਿੰਗ ਆ। ਚੈਲੰਜਿੰਗ ਕਾਫੀ ਸੀਗਾ ਬਿਕੋਜ਼ ਪੋਲੀਟੀਸ਼ੀਅਨ ਤਾਂ ਮੈਂ ਹੈ ਨਹੀਂ, ਔਰ ਨਾ ਹੀ ਉਹ ਜਿਹੜਾ ਸੈਟਅਪ ਸਾਰਾ ਦਿਖਾਇਆ ਗਰੀਬ ਕੁੜੀ ਵਾਲਾ ਉਹਦੇ ਨਾਲ ਕੋਈ ਉਹ ਹੈ ਸੀਗਾ, ਬਟ ਉਹ ਕਨੈਕਸ਼ਨ ਕ੍ਰੀਏਟ ਕੀਤਾ ਤੇ ਕਾਫੀ ਚੈਲੰਜਿੰਗ ਸੀਗਾ। ਸਾਡੇ ਇਧਰੋਂ ਸਹਿਮਲ ਭਾਜੀ, ਸੁੱਖੀ ਭਾਜੀ, ਅਰੁਸ਼ੀ ਜੀ ਸਾਰੇ ਅੱਗੇ ਆਓ ਭਾਜੀ, ਸੁੱਖੀ ਭਾਜੀ ਆਓ, ਆਓ ਆਓ, ਨਹੀਂ ਨਹੀਂ ਆਓ, ਲਓ 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 ਤੁਸੀਂ ਆਓ।
ਤੁਸੀਂ ਆਓ ਮਾਰਿਆ ਇੱਧਰ ਨਾ ਹੁਣੀ ਦੇਵ ਬਾਈ ਆ ਤੇ ਜਪਜੀ ਹੁਣੀ ਗੱਲਾਂ ਕਰਦੇ ਪਏ ਸੀ, ਕਹਿੰਦੇ ਕਿਸ ਤਰ੍ਹਾਂ ਦੀ ਲੱਗੀ ਫਿਲਮ, ਕਿਸ ਤਰ੍ਹਾਂ ਕਿੰਨੇ ਆ ਆਪਾਂ ਇੱਕ ਦੂਜੇ ਦੀ ਤਾਰੀਫਾਂ ਕਰੀ ਆ ਰਹੇ ਹਾਂ, ਬਟ ਐਕਚੁਅਲੀ ਤਾਂ ਸਾਰੀ ਆਡੀਅੰਸ ਦੱਸੂਗੀ ਕਿ ਸਾਡੀ ਫਿਲਮ ਕਿਸ ਤਰ੍ਹਾਂ ਦੀ ਲੱਗੀ, ਬਟ ਡੈਫੀਨੇਟਲੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਸਾਡੇ ਡਾਇਰੈਕਟਰ ਵਾਸਤੇ ਸਪੈਸ਼ਲੀ, ਰੀਅਲੀ ਯੂ ਮੇਡ ਅ ਫੈਂਟਾਸਟਿਕ ਮੂਵੀ ਜਿਹਦੇ ਵਿੱਚ ਹਰ ਇੱਕ ਕਿਰਦਾਰ ਆਪਣੀ ਆਪਣੀ ਭੂਮਿਕਾ ਨਿਭਾ ਰਿਹਾ ਸੀ ਔਰ ਬਹੁਤ ਹੀ ਸੋਹਣੀ ਵਧੀਆ ਫਿਲਮ ਬਣਾਈ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਗੋਸ ਟੂ ਯੂ ਨਵਨੀਤ ਸਿੰਘ। ਥੈਂਕ ਯੂ ਸਰ, ਥੈਂਕ ਯੂ ਪਲੀਜ਼। ਆਓ ਜੀ, ਕਿੱਥੇ ਹੋ? ਉਹ ਆਪ ਕਿਤੇ ਚਲੇ ਗਏ ਸੁੱਖੀ ਭਾਜੀ? ਟੀਮ ਵਰਕ ਹੈ ਨਾ, ਇੰਨੇ ਵਧੀਆ ਐਕਟਰ ਸੀਗੇ ਤੇ ਟੀਮ ਵਰਕ ਹੁੰਦਾ ਐਂਡ ਕੱਲ ਦੇਖਦੇ ਹਾਂ ਕੀ ਹੁੰਦਾ, ਅਸੀਂ ਤਾਂ ਬਹੁਤ ਕੌਨਫੀਡੈਂਟ ਹੈ। ਸੋ ਥੈਂਕ ਯੂ ਸੋ ਮਚ, ਥੈਂਕ ਯੂ ਸਾਡਾ ਬਹੁਤ। ਨਹੀਂ ਬਹੁਤ ਵਧੀਆ ਲੱਗੇ ਜੀ, ਔਰ ਖਾਸ ਕਰਕੇ ਦੇਵ ਨਾਲ ਛੋਟਾ ਭਰਾ ਮੇਰਾ ਅਤੇ ਨਵਨੀਤ ਜੀ ਬੜਾ ਪਿਆਰ ਨਾਲ ਇਹਨਾਂ ਨੇ ਮੇਰੇ ਕੋਲ ਕੰਮ ਕਰਵਾਇਆ, ਇਹਨਾਂ ਦੇ ਪਿਤਾ ਜੀ ਬਹੁਤ ਹੀ ਪਿਆਰੇ ਗੱਜਰ ਦਾ, ਯਾਨੀ ਸਾਡੇ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ, ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਰਿਵਾਰਾਂ ਦੇ ਨਾਲ ਤੁਸੀਂ ਫਿਲਮ ਦੇਖਣ ਆਓਗੇ ਨਾ, ਤੁਹਾਨੂੰ ਸਵਾਦ ਆਏਗਾ। ਬਸ ਇੰਨੀ ਬੇਨਤੀ ਕਰਨੀ ਹੈ, ਜ਼ਰੂਰ ਆਓ। ਸੈਮੂਅਲ ਭਾਜੀ ਦਾ ਦੇਖਿਆ ਹੋਣਾ ਤੁਸੀਂ ਕੈਰੈਕਟਰ, ਹੈ ਨਾ, ਤੇ ਘਰ ਸਾਡੇ ਰਾਈਟਰ ਸਾਹਿਬ ਵੀ ਨੇ ਸੈਜੀ ਜੀ, ਆਓ ਅੱਗੇ ਆਓ ਜੀ, ਥੋੜੀ ਗੱਲ ਕਿਉਂਕਿ ਉਹਨਾਂ ਦੇ ਨਾ ਆਪਣੇ ਮਤਲਬ ਰੰਗ ਨੇ, ਉਹਨਾਂ ਦੇ ਆਪਣੇ ਅਸੂਲ ਨੇ, ਜ਼ਿੰਦਗੀ ਚ ਉਹਨਾਂ ਦਾ ਇੱਕ ਤਰੀਕਾ ਜਿਹਾ ਹੁੰਦਾ, ਉਹ ਸਾਨੂੰ ਕਈ ਵਾਰੀ ਗਲਤ ਲੱਗਦਾ, ਉਸਨੂੰ ਸਹੀ ਲੱਗਦਾ, ਜੋ ਦੋਵੇਂ ਚੀਜ਼ਾਂ ਭਿੜਦੀਆਂ ਨੇ ਸਿਨੇਮੇ ਦੇ ਵਿੱਚ ਕਿ ਜਿਹੜੇ ਤੁਹਾਡੇ ਕਰੈਕਟਰ ਨੇ, ਪਾਤਰ ਨੇ, ਜਿਵੇਂ ਮਨੁੱਖ ਦੇ ਅੰਦਰ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਵੇਂ ਸਿਲੈਕਟ ਕਰਕੇ ਇਹਦੇ ਵਿੱਚ ਹੈਗਾ ਕੀਤਾ ਗਿਆ। ਡਾਇਰੈਕਟਰ ਦਾ ਔਰ ਡਾਇਰੈਕਟਰ ਦਾ ਮੇਨ ਕੰਮ ਹੁੰਦਾ ਕਿ ਕਿਹੜੇ ਪੁਆਇੰਟ ਤੇ ਜ਼ੋਰ ਦੇਣਾ, ਕਿਹੋ ਜਿਹੇ ਸੀਨ ਬਿਲਡ ਕਰਨੇ ਆ। ਬਾਕੀ ਸੁੱਖੀ ਭਾਜੀ ਦੱਸਣਗੇ ਅੱਜ ਰਾਸੋ ਫਿਕਰ ਜੋ ਸੀ ਭਾਈ ਆ, ਉਹ ਕਿ ਡਾਇਰੈਕਟਰ ਦਾ ਉੱਪਰ ਹੀ ਹੈਗਾ ਦਿੱਗਜ ਦਿੱਗਜ ਲੋਗ ਆ। ਨਹੀਂ ਨਹੀਂ ਭਾਜੀ, ਮੈਂ ਤਾਂ ਪਹਿਲਾਂ ਬੋਲ ਗਿਆ, ਮੈਂ ਤਾਂ ਪਰਦੇ ਚ ਵੀ ਹੈਗੇ ਆ। ਹਾਂਜੀ, ਕੀ ਬੋਲੀਏ ਦੋ ਸੁੱਖੀ ਭਾਜੀ, ਕਿਸੇ ਨੇ ਪ੍ਰੋਡਿਊਸਰ ਸਾਹਿਬ ਬਾਰੇ ਨਹੀਂ ਬੋਲਿਆ, ਪ੍ਰੋਡਿਊਸਰ ਸਾਹਿਬ ਅੱਗੇ ਆ, ਸਹੀ ਆ ਬੇਟਾ ਬਾਰੇ ਬੋਲੋ, ਔਰ ਹੀ ਸਾਹਿਬ ਬਾਰੇ। ਯੈਸ ਬੱਟੀ ਨਹੀਂ, ਵੈਸੇ ਸਾਰੇ ਕਿਰਦਾਰ ਜਿੰਨੇ ਵੀ ਆਪਾਂ ਫਿਲਮ ਦੇ ਵਿੱਚ ਦੇਖਦੇ ਨੇ ਸਾਰਿਆਂ ਦੇ ਯਾਰ ਮਜ਼ਾ ਆਉਂਦਾ ਜੇ ਤੁਸੀਂ ਰੰਗ ਡਿਫਰੈਂਟ ਹੁੰਦੇ, ਸਾਰੇ ਸਾਰੇ ਕਲਰ ਦਿਖਾਉਣ ਦਾ ਮੌਕਾ ਮਿਲਦਾ, ਫਿਰ ਡਾਇਰੈਕਟਰ ਵਧੀਆ ਹੋਵੇ ਸਾਡਾ, ਨਵੀਨ ਭਾਜੀ ਵਰਗਾ ਰਾਈਟਰ ਵਧੀਆ ਹੋਣਾ, ਪ੍ਰੋਡਿਊਸਰ ਵਧੀਆ ਹੋਣਾ, ਤੇ ਆਪਣੇ ਵਿੱਚ ਚੀਜ਼ਾਂ ਬਹੁਤ ਵਧੀਆ ਹੋ ਜਾਂਦੀਆਂ, ਔਰ ਡਿਫਰੈਂਟ ਕਰੈਕਟਰ ਕਰਕੇ ਹਰ ਐਕਟਰ ਨੂੰ ਮਜ਼ਾ ਆਉਂਦਾ, ਮੈਨੂੰ ਵੀ ਬਹੁਤ ਮਜ਼ਾ ਆਇਆ, ਔਰ ਸਾਡੀ ਟੀਮ ਬਹੁਤ ਸੋਹਣੀ ਆ,
ਸਾਡਾ ਹਰ ਚੀਜ਼ ਬਹੁਤ ਪਰਫੈਕਟ ਹੈ। ਦੇਵ ਭਾਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ, ਦੋਵਾਂ ਰੋਲਾਂ 'ਚ ਮਤਲਬ ਮੇਰੇ ਲਈ ਅਨਐਕਸਪੈਕਟਡ ਸੀਗਾ, ਬਹੁਤ ਖੂਬਸੂਰਤ। ਔਰ ਜਿਨੀਲ ਭਾਜੀ ਨੇ ਬਹੁਤ ਫਿਲਮ ਬੰਨ ਕੇ ਰੱਖੀ ਆ। ਸੋ ਸਾਡੀ ਜਿਹੜੀ ਇੱਕ ਪਹਿਲੀ ਵਾਰ ਦੇਖਣ ਦੀ ਐਕਸਾਈਟਮੈਂਟ ਹੁੰਦੀ ਆ ਕੁਛ ਹੋਰ ਹੁੰਦੀ ਹੈ, ਸਿਨੇਮੇ 'ਚ ਦੇਖਦੇ ਹਾਂ ਐਕਸਾਈਟਮੈਂਟ ਹੋਰ ਹੁੰਦੀ ਹੈ। ਬਟ ਮੇਰਾ ਇੰਨਾ ਤਜਰਬਾ ਹੋ ਗਿਆ, ਬਹੁਤ ਸਾਰੇ ਰਿਵਿਊਜ਼ ਦੇਖ ਕੇ, ਫਸਟ ਡੇ ਵਾਲੇ ਜਿਹੜੇ ਤੁਸੀਂ ਪਾਉਣੇ ਵੀ ਲਿਖ ਕੇ 5 star 3 star, ਆਡੀਅੰਸ 'ਤੇ ਕੋਈ ਫਰਕ ਨਹੀਂ ਪੈਂਦਾ। ਆਡੀਅੰਸ ਜਿਹੜਾ ਸਿਨੇਮਾ ਉਹਨੇ ਸੋਚਿਆ ਹੁੰਦਾ ਉਹੀ ਦੇਖਣ ਜਾਂਦੀ ਹੈ, ਇਹ ਗੱਲ ਸੱਚ ਹੈ, ਮੰਨਣੀ ਪਊਗੀ ਸਾਨੂੰ। ਮੈਂ ਉਦੋਂ ਤੱਕ ਮੰਨੂੰਗਾ ਜਿਹੜੀ ਗੱਲ ਦਾ ਤੁਹਾਡੀ ਦਾ ਜਵਾਬ ਹੈ, ਜਦੋਂ ਆਡੀਅੰਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਕੇ ਤੁਸੀਂ ਨਵਾਂ ਕੁਛ ਲੈ ਕੇ ਆਏ ਹੋ। ਆਡੀਅੰਸ ਦੇ ਮੂੰਹੋਂ ਸੁਣਨਾ, ਅਸੀਂ ਆਪਣੇ ਮੂੰਹ ਕਹਿੰਦੇ ਚੰਗੇ ਨਹੀਂ ਲੱਗਦੇ, ਕਿਉਂਕਿ ਸਿਨੇਮਾ ਆਲਵੇਜ਼ ਆਡੀਅੰਸ ਲਈ ਬਣਾਇਆ ਜਾਂਦਾ ਹੈ। ਔਰ ਅਸੀਂ ਕੱਲ੍ਹ ਤੱਕ ਦੀ ਵੇਟ ਕਰਾਂਗੇ ਇਸ ਸਵਾਲ ਦਾ ਜਵਾਬ। ਭਾਅ ਜੀ ਇੱਕ ਨਾ ਜਾਦੂ ਦੇਖਿਆ ਤੁਹਾਡੀ ਫਿਲਮ ਦੇ ਵਿੱਚ ਮੈਂ, ਜਿਹੜੇ ਭਾਅ ਜੀ ਦਾ ਜਿਹੜਾ ਕਰੈਕਟਰ ਆ ਜਾਂ ਤੁਹਾਡਾ ਜਿਹੜਾ ਕਰੈਕਟਰ ਆ, ਜਵਾਨ ਦੇ ਵਿੱਚ ਲੰਬੇ ਲੰਬੇ ਵਾਲ ਨੇ, ਔਰ ਜਿਹੜਾ ਗਾਮੇ ਦੇ ਵਿੱਚ ਜਦੋਂ ਦਾੜੀ ਆ ਜਾਂਦੀ ਹੈ ਐਮਐਲਏ ਬਣ ਜਾਂਦਾ, ਉਹ ਦਰਦ ਲੋਕਾਂ ਲਈ। ਔਰ ਮੈਂ ਭਾਅ ਜੀ ਬਾਰੇ ਜਿਵੇਂ ਕਰ ਚੁੱਕਿਆ ਨਾ, ਇਹ ਮੈਜਿਕ ਲੈ ਗਿਆ ਮੈਨੂੰ ਤਾਂ, ਹਨਾ ਇਹ ਮੈਜਿਕ ਤੁਸੀਂ ਮਹਿਸੂਸ ਕੀਤਾ ਆ ਵੀ ਜਿਵੇਂ ਬਦਲ ਜਾਂਦੀਆਂ ਨੇ ਚੀਜ਼ਾਂ, ਜਾਂ ਅਖੀਰ ਦੇ ਵਿੱਚ ਭਾਅ ਜੀ ਦਾ ਜਿਹੜਾ ਕਿਰਦਾਰ ਜਮਾਂ ਬਦਲ ਗਿਆ? ਇਹ ਵੀਰੇ ਬਹੁਤ ਸਾਰੇ ਬੰਦਿਆਂ ਦਾ ਹੱਥ ਹੁੰਦਾ, ਇਕੱਲਾ ਮੈਂ ਨਹੀਂ ਕਰਦਾ, ਇਹਦੇ ਵਿੱਚ ਮੇਰੇ ਥੀਏਟਰ ਦਾ ਵੀ ਹੱਥ ਆ, ਜੋ ਮੈਂ ਥੀਏਟਰ 'ਤੇ ਕਰਕੇ ਆਇਆ ਹਾਂ। ਸੈਮਲੋ ਭਾਅ ਜੀ ਵਰਗੇ ਮੇਰੇ ਗੁਰੂ ਰਹੇ ਨੇ, ਅਜੇ ਸ਼ਰਮਾ ਭਾਅ ਜੀ ਮੇਰੇ 2 ਗੁਰੂ ਦਾ ਫਿਲਮ ਦੇ ਵਿੱਚ ਹੀ ਸੀਗੇ, ਅਜੇ ਸ਼ਰਮਾ ਭਾਅ ਜੀ ਅਤੇ ਸੈਮੁਲ ਜੋਨ, ਫਿਰ ਮੇਰੇ ਡਾਇਰੈਕਟਰ ਖੜੇ ਨੇ ਜਿਨ੍ਹਾਂ ਨੇ ਇੰਨਾ ਕੰਮ ਕਰ ਲਿਆ। ਤਾਂ ਫਿਰ ਅਸੀਂ ਆਪਸ 'ਚ ਸਲਾਹ ਕਰਕੇ ਭਾਅ ਜੀ ਇਹ 'ਚ ਇਹ ਚਾਹੀਦਾ, ਜਾਂ ਡੱਬਿੰਗ ਦੇ ਵਿੱਚ ਭਾਅ ਜੀ ਮੈਂ ਆਵਾਜ਼ ਚੇਂਜ ਕਰਨੀ ਆ, ਬਦਲਣੀ ਆ ਤਿੰਨਾਂ ਕਰੈਕਟਰਾਂ ਨਾਲ, ਇਹ ਮਿਲ ਜੁਲ ਕੇ ਮੈਂ ਸਾਰੀ ਟੀਮ ਨੂੰ ਕ੍ਰੈਡਿਟ ਦਿੰਦਾ, ਮੇਰੇ ਇਕੱਲੇ ਦਾ ਨਹੀਂ ਹੈਗਾ, ਟੀਮ ਕੰਮ ਲੈਂਦੀ ਆ, ਡਾਇਰੈਕਟਰ ਕੰਮ ਲੈਂਦਾ ਉੱਤੋਂ। ਜਦੋਂ ਬਿੱਲਾ ਕਰਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿਤੇ ਮੈਂ ਓਵਰ ਨਾ ਹੋ ਜਾਵਾਂ ਕਿਤੇ, ਸੋ ਮੇਰੇ ਡਾਇਰੈਕਟਰ ਨੇ ਬਹੁਤ ਕੰਟਰੋਲਡ ਕੰਮ ਮੇਰੇ ਤੋਂ ਕਰਾਇਆ। ਸੋ ਮੇਰੀ ਸਾਰੀ ਟੀਮ ਦਾ ਥੈਂਕਸ, ਫਿਲਮ ਕਦੇ ਕਿਸੇ ਇੱਕ ਬੰਦੇ ਕਰਕੇ ਨਹੀਂ ਚੱਲਦੀ, ਪੂਰੀ ਟੀਮ ਕਰਕੇ ਚੱਲਦੀ ਆ। ਉਹਦੇ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਵਾਲੇ ਦਾ ਬਹੁਤ ਵਧੀਆ ਹੱਥ ਹੁੰਦਾ, ਜਿਹਨੇ ਉਹਦੀ ਕਲਰ ਕਰੈਕਸ਼ਨ ਕੀਤੀ ਹੁੰਦੀ ਹੈ, ਜਿਹਨੇ ਫਿਲਮਾਇਆ ਹੁੰਦਾ, ਡਾਇਰੈਕਟਰ ਹਨਾ ਮੇਨ ਕੈਪਟਨ ਹੁੰਦਾ, ਔਰ ਸਾਰੇ ਇਕੱਲੇ ਇਕੱਲੇ ਕਿਰਦਾਰ ਕਰਕੇ। ਸੈਮੁਅਲ ਭਾਅ ਜੀ ਨੇ ਇੰਨਾ ਸੋਹਣਾ ਕੰਮ ਕੀਤਾ, ਰਾਜ ਝਿੰਜਰ ਨੇ, ਲੱਕੀ ਧਾਲੀਵਾਲ ਨੇ, ਜੱਗੀ ਧੂਰੀ ਨੇ, ਰੂਸ਼ੀ ਹੋਣ, ਚਾਹੇ ਜਪਜੀ ਖਹਿਰਾ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ, ਸਾਰੇ ਕਰਕੇ ਫਿਲਮ ਟੋਟੈਲਿਟੀ ਚੱਲਦੀ ਹੈ। ਆਪਣੇ ਨਾਲ ਇੱਥੇ ਗੁਰਪ੍ਰੀਤ ਸਿੰਘ ਜੀ ਖੜਾ ਹੈ, ਐਡੀਸ਼ਨਲ ਡਾਇਲੌਗ, ਮਤਲਬ ਇਹ ਐਜ਼ ਏ ਟੀਮ ਐਫਰਟ ਹੈਗਾ, ਮਤਲਬ ਡਾਇਰੈਕਟਰ ਸਾਹਿਬ, ਇਹਨਾਂ ਦੇ ਫਾਦਰ ਹਰਮੀਤ ਜੀ, ਜਾਂ ਇਹਨਾਂ ਦੇ ਬ੍ਰਦਰ ਲੰਨੂ ਜੀ, ਮਤਲਬ ਹਰ ਟੈਕਨੀਕਲ ਟੀਮ ਦਾ ਵੀ ਬਹੁਤ ਰਿਸਪੈਕਟ ਹੈਗਾ। ਐਕਟਰ ਨੇ ਆਪਣੇ ਆਪਣੇ ਕਿਰਦਾਰ ਨਿਭਾਏ, ਔਰ ਜਿਹੜਾ ਬੈਕ ਆਫ ਦੀ ਕੈਮਰਾ ਟੈਕਨੀਕਲ ਟੀਮ ਹੈ, ਉਹਨਾਂ ਨੇ ਵੀ ਆਪਣਾ ਖੂਬ ਰੋਲ ਵਧੀਆ ਨਿਭਾਇਆ, ਜਿਹਦੇ ਕਰਕੇ ਫਿਲਮ ਨਿਖਰ ਕੇ ਬਾਹਰ ਆਈ। ਮੈਸੇਜ ਵਧੀਆ, ਪੋਜ਼ਿਟਿਵ ਹੈ, ਐਂਡ 'ਚ ਬੰਦਾ ਚਾਹੁੰਦਾ ਹੀ ਹੈ ਕਿ ਮੇਰੇ ਇਲਾਕੇ ਦੇ ਨਾਮ ਨਾਲ ਉਹ ਮੈਂ ਜਿਹੜਾ ਹੈਗਾ ਬਲੈਕੀਆ ਸ਼ਬਦ ਜਿਹੜਾ ਹੈਗਾ ਉਹ ਉੱਤਰ ਜੇ, ਉਹਦੇ ਲਈ ਬੰਦਾ ਬਾਕੀ ਫਿਲਮ ਦੇਖੋ, ਮੈਂ ਨਹੀਂ ਦੱਸਣਾ ਚਾਹੁੰਦਾ, ਹਲੇ ਲੋਕਾਂ ਨੂੰ ਦੇਖ ਲੈਣ ਦੇ। ਆਹ ਮੈਸੇਜ ਹੈਗਾ, ਤੁਹਾਨੂੰ ਪਸੰਦ ਆਇਆ, ਤੁਹਾਡਾ ਸਾਰਿਆਂ ਦਾ ਥੈਂਕਸ, ਧੰਨਵਾਦ ਵੀਰੇ, ਖਿਤਾਬ ਹੈ ਵੀਰੇ।
ਇਹਦੇ ਕੋਈ ਅਗਲੀ ਫਿਲਮ ਕਰਾਂਗੇ। ਔਰ ਸੁੱਖੀ ਭਾਜੀ ਦੀ ਕਿੱਧਰ ਗਏ? ਸੁੱਖੀ ਭਾਜੀ, ਸੁੱਖੀ ਭਾਜੀ ਨੇ ਮੈਨੂੰ ਛੋਟੀ ਜਿਹੀ ਕਹਾਣੀ ਸੁਣਾਈ ਸੀ ਤਾਂ ਮੈਂ ਜਿਹੜਾ ਕਿ ਮੈਨੂੰ ਬੁੱਕ ਚਾਹੀਦੀ ਆ ਮੈਂ ਮੈਨੂੰ ਅੱਜ ਬੁੱਕ ਲੈ ਗਈ। ਕੋਈ ਸਭ ਤੁਹਾਡੇ ਦੀ ਹੁਕਮ ਆ ਰਿਹਾ ਕਿ ਫਿਲਮ ਦੇ ਉੱਤੇ ਜਿਹੜਾ ਸਭ ਤੋਂ ਪਹਿਲਾਂ ਭਰੋਸਾ ਦੇ ਆਉਂਦਾ ਹੈ ਸਿਰੇ ਖਾਲ ਪ੍ਰੋਡਿਊਸਰ ਜਿਹਾ ਹੁੰਦਾ ਹੈ, ਉਹ ਭਰੋਸਾ ਤੁਹਾਡੇ ਹਿਸਾਬ ਨਾਲ ਕਿਹੜਾ ਕਿਹੜੀ ਚੀਜ਼ ਹੈ ਜਿਹੜਾ ਤੁਹਾਨੂੰ ਭਰੋਸਾ ਦਿਵਾਉਣ ਦੇ ਵਿੱਚ ਕਾਮਯਾਬ ਕਰਦੇ ਗਿਆ? ਰੇਂਜ ਰੋਡ ਰੇਂਜ ਰੋਡ ਕਿਉਂਕਿ ਨਹੀਂ 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 ਸ਼ਰੀਕ ਮੈਂ ਦੱਸਾਂ ਇਹਦਾ ਸਵਾਲ ਦਾ ਆਨਸਰ ਮੈਂ ਦੱਸਾਂ। ਅਸੀਂ ਸ਼ਰੀਕ ਮੂਵੀ ਦਾ ਕੋਵਿਡ ਪੀਰੀਅਡ ਹੋ ਗਿਆ ਸੀਗਾ, ਜੂਨ ਜੁਲਾਈ ਦਾ ਮਹੀਨਾ ਸੀ, ਤਿੰਨ ਚਾਰ ਮਹੀਨੇ ਮਿਲੇ ਨਹੀਂ ਸੀਗੇ ਅਤੇ ਦੇਵ ਭਾਈ ਨੇ ਕਿਹਾ ਮਿਲ ਜਾਓ ਆ ਕੇ ਪਟਿਆਲੇ ਗਿਆ, ਦੋ ਤਿੰਨ ਘੰਟੇ ਗੱਪਸ਼ਪ ਹੋਈ, ਇਹਨਾਂ ਨੇ ਆਈਡੀਆ ਸੁਣਾਇਆ, ਹੋਰ ਵੀ ਅਸੀਂ ਆਈਡੀਆ ਸੁਣ ਰਹੇ ਸੀ, ਬਲੈਕਿਆ ਕਰਨੀ ਸੀਗੀ, ਬਟ ਇਹਨਾਂ ਨੇ ਆਈਡੀਆ ਸੁਣਾਇਆ ਜਿਹੜੇ ਤਿੰਨ ਸ਼ੇਡ ਕੀਤੇ ਫਰੋਡ ਦੇ ਰੋਲ ਦੇ ਨਾਲ। ਮੈਨੂੰ ਲੱਗਿਆ ਯਾਰ ਇਹ ਕਹਾਣੀ ਪੰਜਾਬ ਦੇ ਵਿੱਚ ਅੱਜ ਤੱਕ ਬਣੀ ਨਹੀਂ ਹੈਗੀ, ਉੱਥੋਂ ਬੀਪ ਹੋਇਆ ਗਿਆ, ਮਤਲਬ ਬਲੈਕਿਆ। ਉਸ ਤੋਂ ਬਾਅਦ ਟੀਮ ਜੁੜਦੀ ਗਈ, ਨਵਨੀਤ ਜੀ ਜੁੜੇ, ਅਦਰ ਰਾਈਟਰ ਜੁੜੇ, ਸਾਰੀ ਟੀਮ ਬਣਦੀ ਗਈ, ਟੈਕਨੀਕਲ ਟੀਮ ਬਣੀ ਗਈ, ਸਭ ਤੋਂ ਭਰੋਸਾ ਦੇਵ ਫਰੋਡ ਨੇ। ਔਰ ਜਿੱਦਾਂ ਦਾ ਇਹਨਾਂ ਨੇ ਕਿਰਦਾਰ ਸ਼ੇਡ ਨਿਭਾਇਆ, ਉਹ ਇੱਕ ਐਕਟਰ ਹੀ ਨਿਭਾ ਸਕਦਾ, ਕੋਈ ਆਮ ਬੰਦਾ ਨਹੀਂ ਨਿਭਾ ਸਕਦਾ। ਬਹੁਤ ਬਿਜ਼ੀ ਐਕਟਰ ਹੋ ਗਏ, ਜਿੱਦਾਂ ਡੇਟਾ ਦੇਣਗੇ ਉਸ ਹਿਸਾਬ ਨਾਲ 25 ਜਾਂ 26 ਦੇ ਵਿੱਚ ਜ਼ਰੂਰ ਬਣ ਸਕਦੇ। ਅਸੀਂ ਹੁਣ ਕੱਲ ਦੀ ਵੇਟ ਕਰ ਰਹੇ ਕਿ ਆਡੀਅੰਸ ਸਪੋਰਟ ਕਰੇ, ਔਰ ਜਿਸ ਤਰ੍ਹਾਂ ਫਿਲਮ ਵਧੀਆ ਬਣੀ ਹੈ ਲੋਕ ਵੀ ਪਿਆਰ ਕਰਨ। ਅਸਲ ਮਜ਼ਾ ਤਾਂ ਹੈਗਾ ਕਿ ਲੋਕਾਂ ਦੀ ਮੋਹਰ ਲੱਗੀ, ਬਾਕਸ ਆਫਿਸ ਦੀ ਮੈਸੇਜ। ਔਰ ਇਸ ਫਿਲਮ ਦੇ ਅਸੀਂ ਮਤਲਬ ਇਹ ਨਹੀਂ ਹੈ ਕਿ ਬਲੈਕ ਵਰਲਡ ਦਿਖਾਇਆ, ਬਟ ਬਲੈਕ ਵਰਲਡ ਦੇ ਨਾਲ ਇੱਕ ਅਸੀਂ ਇੱਕ ਇਹ ਵੀ ਦਿਖਾਇਆ ਕਿ ਉਹ ਕਾਲੇ ਜਿਹੜੇ ਧੰਦੇ ਹੈਗੇ ਜਾਂ ਹੋਰ ਜਿਹੜੇ ਕੰਮ ਉੱਦਾਂ ਦੇ ਹੈਗਾ, ਉਹ ਉਹਦਾ ਅੰਤ ਚੰਗਾ ਨਹੀਂ ਹੁੰਦਾ, ਮਤਲਬ ਉਹਦਾ ਅੰਤ ਨੈਗੇਟਿਵ ਹੀ ਹੈ। ਨਾਲੇ ਸਪਿਰਿਟ ਕ੍ਰੀਏਟ ਕੀਤਾ ਬਸ ਆਪਾਂ, ਤੁਸੀਂ ਬੋਲੋ ਆ ਜੀ, ਆਓ ਬੋਲੋ, ਤੁਸੀਂ ਪ੍ਰੋਡਿਊਸਰ ਹੋ, ਕਣਾ ਫਰਜ਼ ਬੰਦਾ ਬੋਲ। ਐਕਚੁਅਲੀ ਇਹ ਬਲੈਕ ਦੀ ਬਲੈਕ ਹੈ, ਨਹੀਂ ਇਹ ਸਾਰੇ ਨੂੰ ਲੱਗਾ ਕਿ ਬਲੈਕ ਹੀ ਅਜ ਕੰਮ ਕੀਤਾ, ਜਦੋਂ ਬਲੈਕ ਤੋਂ ਬਲੈਕ ਆ ਗਏ, ਪਰ ਅਸੀਂ ਪਲਾਨ ਨਹੀਂ ਕੀਤਾ ਕੀਤਾ ਨਹੀਂ ਕੀਤਾ, ਕਿ ਆਪੇ ਪਾਤੇ ਆਏ ਕੁਦਰਤੀ। ਚਲੋ ਹੋ ਗਿਆ ਮਿਲਣ ਦਾ ਗੱਲਾਂ ਜੀ, ਬਾਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਈਨ ਕੋਟ ਪੂਰਾ ਦਰਸ਼ਕੋ। ਅੱਜ ਬਲੈਕ ਬਲੈਕ ਹੋ ਜਾਣੀ ਹੈ ਸਾਰੀ, ਕਿਉਂ ਹੋ ਜਾਣੀ ਹੈਗੀ? ਕਿਉਂਕਿ ਫਿਲਮ ਬਲੈਕੀਆ 2 ਦਾ ਪ੍ਰੀਮੀਅਰ ਹੈਗਾ ਅਤੇ ਉੱਥੇ ਅਸੀਂ ਪਹੁੰਚੇ ਹੋਏ ਹੈਗੇ ਹਾਂ। ਫਿਲਮ ਵੇਖਣੀ ਆ, ਓਡੀ ਇੱਧਰ ਆ, ਫਿਲਮ ਵੇਖ ਕੇ ਆਡੀਅੰਸ ਤੋਂ ਵੀ ਪੁੱਛਾਂਗੇ ਅਤੇ ਤੁਹਾਨੂੰ ਵੀ ਦੱਸਦੇ ਹੈਗੇ ਹਾਂ ਫਿਲਮ ਕਿਹੋ ਜਿਹੀ ਹੈਗੀ ਆ, ਅਤੇ ਤੁਸੀਂ ਹੁਮ ਹੁਮ ਆ ਕੇ ਫਿਰ ਪਹੁੰਚਣਾ ਹੈ, ਤਾਂ ਹੀ ਪਹੁੰਚਣਾ ਕਿਉਂਕਿ ਤੁਸੀਂ ਰਿਵਿਊ ਸੁਣੋਗੇ। ਆ ਜਾਓ ਫਿਰ, ਕਿਵੇਂ ਦਾ ਫੀਲ ਹੋ ਰਿਹਾ ਬੇਟਾ? ਮੈਂ ਤਾਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਸਾਡੀ ਮੂਵੀ ਦੇ ਸਾਡੇ ਕਲਾਕਾਰਾਂ ਦਾ ਕੰਮ ਕਿਵੇਂ ਲੱਗਿਆ? ਬਿਲਕੁਲ, ਕਿਉਂਕਿ ਪਸੰਦ ਆਇਆ ਕਲਾਕਾਰਾਂ ਦਾ, ਸਾਰਿਆਂ ਨੂੰ ਪਸੰਦ ਆ ਰਿਹਾ ਹੈਗਾ। ਮੈਂ ਵੀ ਖੁਦ ਪਾਰਟ ਪਲੇ ਕੀਤਾ ਉਹਦੇ 'ਚ, ਇਸ ਕਰਕੇ ਇਹ ਹੈ ਵੀ ਸਾਨੂੰ ਤਾਂ ਤੁਹਾਡੇ ਕੋਲੋਂ ਪੁੱਛਣਾ ਚਾਹੀਦਾ, ਨਾ ਕਿ ਸਾਡੇ ਕੋਲੋਂ, ਇਹ ਤਾਂ ਕੱਲ੍ਹ ਨੂੰ ਦਰਸ਼ਕ ਦੱਸਣਗੇ। ਤੁਹਾਡੇ ਵੱਲੋਂ ਅਪੀਲ ਜ਼ਰੂਰ ਜਾਣੀ? ਨਹੀਂ, ਉਹ ਅਪੀਲ ਤਾਂ ਹੈ ਵੀ ਹਾਂ, ਦਰਸ਼ਕਾਂ ਨੂੰ ਮੈਂ ਅਪੀਲ ਜ਼ਰੂਰ ਕਰਾਂਗਾ ਕਿ ਇੱਕ ਵਾਰੀ ਪੂਰੇ ਪਰਿਵਾਰ ਸਮੇਤ ਆਪਣੀ ਫਿਲਮ ਜਿਹੜੀ ਉਹ ਦੇਖਣ ਵਾਸਤੇ ਆਓ, ਤਾਂ ਕਿ ਤੁਹਾਨੂੰ ਇਸ ਫਿਲਮ 'ਚ ਮੈਸੇਜ ਵੀ ਮਿਲਣਾ। ਮੂਵੀ ਹੈ ਜੀ, ਅਤੇ ਸਾਰੇ ਕਰੂ ਨੇ, ਦੇਵ ਬਾਈ ਹੋਰਾਂ ਨੇ, ਪਰਮਵੀਰ ਬਾਈ ਹੋਰਾਂ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਸਟੋਰੀ ਲਾਈਨ ਬਹੁਤ ਅੱਛੀ ਹੈ। ਪਹਿਲੀ ਵਾਰ ਪੰਜਾਬੀ ਇੰਡਸਟਰੀ ਦੇ ਵਿੱਚ ਇੱਦਾਂ ਦੀ, ਮਤਲਬ ਇੰਨਾ ਡਰਾਸਟਿਕ ਚੇਂਜਿਸ ਮੂਵੀ ਦੇ ਵਿੱਚ ਆਉਂਦੇ ਆ, ਪਹਿਲੀ ਵਾਰ ਇੱਦਾਂ ਦੀ ਮੂਵੀ ਦੇਖੀ ਹੈ, ਅਤੇ ਐਕਸ਼ਨਸ ਸਪੈਸ਼ਲੀ ਐਕਸ਼ਨਸ ਮੈਨੂੰ ਬਹੁਤ ਵਧੀਆ ਲੱਗੇ, ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਮੂਵੀ ਦੇਖਦਾ ਤਾਂ ਇੰਨੇ ਜ਼ਬਰਦਸਤ ਐਕਸ਼ਨ, ਮਤਲਬ ਇਹਨਾਂ ਨੇ ਐਕਸ਼ਨ ਡਾਇਰੈਕਟਰ ਜਿਹੜੇ ਸੀਗੇ ਬਹੁਤ ਵਧੀਆ ਅਰੇਂਜ ਕੀਤਾ ਸਾਰਾ ਕੁਛ, ਸਾਰੀ ਸਿਨੇਮੈਟੋਗ੍ਰਾਫੀ ਬਹੁਤ ਵਧੀਆ,
ਅਤੇ ਹਾਈਲੀ ਰਿਕਮੈਂਡਡ ਹੈ ਮੇਰੇ ਵੱਲੋਂ, ਸਾਰੇ ਜਣੇ ਜਾ ਕੇ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਜ਼ਰੂਰ ਦੇਖਣ ਅਤੇ ਸ਼ੋਰਲੀ ਇੰਜੋਏ ਕਰੋਗੇ ਸਾਰੇ ਜਣੇ, ਬਹੁਤ ਵਧੀਆ ਫਿਲਮ ਹੈ। ਕਿਆ ਬਾਤ ਮੈਮ, ਤੁਹਾਨੂੰ ਜੀ ਬਹੁਤ ਅੱਛੀ ਮੂਵੀ ਹੈ। ਹਾਂਜੀ, ਐਕਸ਼ਨ ਦੇਖ ਕੇ, ਐਕਸ਼ਨ ਵੈਸੇ ਪਸੰਦ ਹੈਗਾ? ਯੈਸ, ਮੈਨੂੰ ਐਕਸ਼ਨ ਮੂਵੀਜ਼ ਬਹੁਤ ਪਸੰਦ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਐਕਸ਼ਨ ਹੈ। ਜ਼ਿਆਦਾ ਸਰ ਨੇ ਬਹੁਤ ਅੱਛਾ ਰੋਲ ਕੀਤਾ, ਦੇਵ ਕਰੋੜ ਸਰ ਨੇ ਤਾਂ ਸਭੀ ਕਰੈਕਟਰਸ ਨੇ ਆਪਣਾ ਬੈਸਟ ਦਿੱਤਾ ਔਰ ਉਹ ਪਰਦੇ 'ਚ ਨਜ਼ਰ ਆ ਹੀ ਰਿਹਾ। ਪੰਜਾਬੀ ਸਿਨੇਮੇ 'ਚ ਵਿੱਚ ਲੱਗਦਾ ਸੀ ਵੀ ਇਹੋ ਜਿਹੀਆਂ ਫਿਲਮਾਂ ਬਣ ਗਈਆਂ? ਨਾ, ਇਹ ਬਹੁਤ ਟਾਈਮ ਬਾਅਦ ਕੁਛ ਹਟ ਕੇ ਦੇਖਣ ਨੂੰ ਮਿਲਿਆ ਔਰ ਇਹਦੇ ਵਿੱਚ ਇਮੋਸ਼ਨਸ ਹੈ, ਇਹਦੇ ਵਿੱਚ ਸਭ ਕੁਛ ਐਡ ਔਨ ਕੀਤਾ ਹੋਇਆ ਉਹਨਾਂ ਨੇ ਅਤੇ ਬਹੁਤ ਅੱਛੀ ਮੂਵੀ ਹੈ। ਆਡੀਅੰਸ ਨੂੰ ਕੀ ਅਪੀਲ ਕਰਨਾ ਚਾਹੋਗੇ ਵੈਸੇ? ਆਡੀਅੰਸ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਇੱਕ ਵਾਰ ਜ਼ਰੂਰ ਇਹ ਫਿਲਮ ਦੇਖਣ, ਜ਼ਰੂਰ ਇਸ ਚੀਜ਼ ਨੂੰ ਇੰਜੋਏ ਕਰਨ ਕਿ ਆਪਣੀ ਪੰਜਾਬੀ ਇੰਡਸਟਰੀ ਕਿਸੇ ਨਾਲੋਂ ਵੀ ਘੱਟ ਨਹੀਂ ਹੈਗੀ ਆ, ਤਾਂ ਜ਼ਰੂਰ ਇਹ ਸਾਰੇ ਮੂਵੀ ਦੇਖਣ, ਇਹ ਬਹੁਤ ਅੱਛੀ ਫਿਲਮ ਹੈ। ਬਹੁਤ ਅੱਛੀ ਮੂਵੀ, ਫੁੱਲ ਐਂਟਰਟੇਨਮੈਂਟ ਔਰ ਦੇਵ ਕਰੋੜ ਜੀ ਦਾ ਪੰਜਾਬੀ ਇੰਡਸਟਰੀ ਦੇ ਸਨੀ ਦਿਓਲ ਹੈ ਜੀ। ਐਕਸ਼ਨ ਵੇਖ ਕੇ ਸਵਾਦ ਹੈ ਬਹੁਤ, ਪੰਜਾਬੀ ਮੂਵੀ ਐਂ ਲੱਗ ਰਹੀ ਹੋਲੀਵੁੱਡ ਮੂਵੀ ਚੱਲਦੀ ਹੋਈ, ਬਹੁਤ ਵਧੀਆ ਲੱਗੀ ਜੀ। ਕੋਈ ਵੀ ਬੋਰਿੰਗ ਪਾਰਟ ਨਹੀਂ, ਬਿਲਕੁਲ ਇੱਕਦਮ ਫਸਟ ਕਲਾਸ ਮੂਵੀ ਹੈ। ਇਹ ਜਿਹੀ ਮੂਵੀ ਮੈਂ ਆਪਣੀ ਲਾਈਫ 'ਚ ਕਦੀ ਨਹੀਂ ਦੇਖੀ, ਬਹੁਤ ਫਸਟ ਕਲਾਸ ਮੂਵੀ। ਐਕਟਰ ਵੈਸੇ ਕਿੱਦਾਂ ਵਧੀਆ ਦੱਸਦਾ? ਕਰੋੜ ਦੇ ਤਿੰਨ ਰੋਲ ਬਣਾਏ ਨੇ, ਉਹ ਨਿਭਾਏ ਨੇ ਅਤੇ ਤਿੰਨੇ ਬਹੁਤ ਵਧੀਆ, ਬਹੁਤ ਖੂਬੀ ਨਿਭਾਇਆ। ਥੈਂਕ ਯੂ। ਫਿਲਮ ਦੇਖ ਕੇ ਆਇਓ ਬਲੈਕ ਯਾ ਟੂ? ਹਾਂਜੀ। ਕੈਸੀ ਲੱਗੀ? ਬਹੁਤ ਅੱਛੀ ਲੱਗੀ। ਅੱਛਾ, ਕਿਸ ਦਾ ਰੋਲ ਜ਼ਿਆਦਾ ਪਸੰਦ ਆਇਆ? ਦੇਵ ਕਰੋੜ ਔਰ ਦੇਵ ਕਰੋੜ ਨੇ ਬਹੁਤ ਕੁਛ ਸਿਖਾਣੇ ਕੇ ਲਈ ਵੀ ਮਿਲਿਆ ਹੈ। ਕਿਆ ਸਿੱਖਾ ਫਿਰ ਤੂੰ ਆਪਣੇ? ਕਿਉਂਕਿ ਨਸ਼ਾ ਪੱਤਾ ਨਹੀਂ ਕਰਨਾ ਚਾਹੀਏ ਔਰ ਜੋ ਲੋਕ ਬਲੈਕ ਸੇ ਆਪਣਾ ਘਰ ਬਸਾਤੇ ਹੈ, ਜੋ ਪੈਸੇ ਸੇ ਆਪਣਾ ਘਰ ਉਹ ਕੀ ਮਿਹਨਤ ਸੇ ਸਭ ਕਰਨਾ ਚਾਹੀਏ ਕਿਉਂਕਿ ਉਹ ਇੱਕ ਦਿਨ ਡੂਬਤਾ ਹੀ ਹੈ। ਕਿਆ ਬਾਤ ਆ, ਉਹ ਸਿੱਖ ਲਓ ਕੁਛ ਸਿੱਖ ਲਓ ਤੁਸੀਂ। ਅੱਛਾ, ਜੋ ਵੋ ਥਾ ਐਕਸ਼ਨ ਥਾ, ਐਕਸ਼ਨ ਅੱਛਾ ਲਗਾ? ਹਾਂਜੀ, ਐਕਸ਼ਨ ਤਾਂ ਅੱਛਾ ਹੀ ਹੈ ਕਿਉਂਕਿ ਦੇਵ ਕਰੋੜ ਨਾ ਟਾਈਪ ਉਹ ਐਕਸ਼ਨ ਟਾਈਪ ਹੀ ਮੂਵੀਜ਼ ਬਣਾਤੇ ਹੈ ਜ਼ਿਆਦਾਤਰ। ਅੱਛਾ, ਪਹਿਲੀ ਵੀ ਸਾਰੀ ਮੂਵੀ ਦੇਖੀ? ਹਾਂਜੀ। तो ये वाली मूवी के लिए दर्शकों को क्या कहोगे कि देख के आए सर? क्योंकि सारे देख के आए, अच्छी है और बहुत कुछ सीखने के लिए भी मिलेगा। जो डिशू पसंद करते हैं वो तो जरूर आए। हाँ। कैसी लगी जी मूवी? पाजी सुपर हिट मूवी है, सुपर हिट मूवी। देव पाजी ने बहुत ही बढ़िया काम किया, वट करते यार पाजी ने, मतलब वो ऑलवेज वट करते हैं, इस बार हो डबल ट्रिपल दब के वट करते यार। डबल ट्रिपल वट आप ही करने से क्या रोल फिर तीन तरह का रोल, मतलब एकदम कैंट, मतलब कोई इमेजिन भी नहीं कर सकता। ਔਰ ਇਸ ਵਾਰ ਪਰਮਵੀਰ ਸਿੰਘ ਜੀ ਨੇ ਓਹੋ ਕਿਆ ਬਾਤ, ਬਹੁਤ ਹੀ ਵਧੀਆ ਕੰਮ ਕੀਤਾ। ਇੱਕ ਡਾਇਲੋਗ ਮੈਂ ਜ਼ਰੂਰ ਬੋਲਣਾ ਚਾਹੂੰਗਾ ਪਰਮਵੀਰ ਸਿੰਘ ਜੀ ਦਾ, ਉਹਨੇ ਮੇਰੀ ਅਣਖ ਨੂੰ ਵੰਗਾ ਰਿਹਾ, ਜੇ ਗੱਲ ਅਣਖ 'ਤੇ ਆ ਗਈ ਨਾ ਤਾਂ ਲਹੂ ਵਹਿਣਾ ਲਾਜ਼ਮੀ ਹੈ। ਓਹੋ ਮਾ ਸੁਪਰਬ, ਮਤਲਬ ਜਪਜੀ ਜੀ ਨੇ ਸਾਰਿਆਂ ਨੇ ਕੰਮ ਇੰਨਾ ਮਤਲਬ ਪਿਆਰ ਨਾਲ ਕੀਤਾ, ਸਾਰੇ ਵੱਟ ਕੱਢੇ ਪਏ ਨੇ, ਫਿਲਮ 'ਚ ਕੋਈ ਕਮੀ ਨਹੀਂ। ਫੁੱਲ ਸੁਪਰ ਹਿੱਟ ਮੂਵੀ ਹੈ, ਫੁੱਲ ਐਂਟਰਟੇਨਮੈਂਟ ਹੈ, ਥ੍ਰਿਲਰ, ਐਕਸ਼ਨ, ਮਤਲਬ ਐਕਸ਼ਨ ਕਿਆ ਕਮਾਲ ਹੈ, ਡਾਇਰੈਕਸ਼ਨ ਕਿਆ ਕਮਾਲ ਹੈ, ਮਤਲਬ ਇੱਕ ਇੱਕ ਸ਼ੋਟ ਪੂਰਾ ਟਕਾ ਕੇ ਲਿੱਤਾ ਹੋਇਆ। ਨਵਨੀਤ ਭਾਜੀ ਦਾ ਓਹੋ ਮੈਂ ਫੈਨ, ਓਹੋ ਕਿਆ ਬਾਤ ਹੈ, ਗੁੱਡ, ਬਹੁਤ ਵਧੀਆ ਮੂਵੀ ਹੈ ਜੀ। ਥੈਂਕ ਯੂ ਬਹੁਤ ਵਧੀਆ ਵੀਰੇ, ਬਹੁਤ ਵਧੀਆ ਮੂਵੀ ਸੀ। ਪਹਿਲਾਂ ਵੀ ਬਲੈਕ ਆ ਜਦੋਂ ਆਈ ਸੀ ਮੈਂ ਦੋ ਵਾਰ ਦੇਖ ਕੇ ਆਇਆ, ਇਹ ਤਾਂ ਚਾਰ ਵਾਰ ਦੇਖਾਂਗੇ ਵੀਰੇ ਪੂਰੀ। ਹਾਂਜੀ ਹਾਂ, ਕੱਲ੍ਹ ਫਿਰ ਆਵਾਂਗੇ ਵੀਰੇ ਆਪਾਂ ਹੀ। ਉਹਦੇ 'ਚ ਚਲੋ ਫਿਰ ਵੀ ਮਤਲਬ ਸਿੰਗਲ ਜਿਵੇਂ ਰੋਲ ਸੀਗਾ, ਇਹਦੇ ਵਿੱਚ ਤਿੰਨ ਤਰ੍ਹਾਂ ਦਾ ਰੋਲ ਉਹਨਾਂ ਨੇ ਨਿਭਾਇਆ ਹੈਗਾ। ਤੁਸੀਂ ਇੱਕ ਵਾਰੀ ਵੱਧ ਵੈਸੇ ਦੇਵ ਕਰੋੜ ਬਾਈ ਕਰਕੇ, ਉਹਨੇ ਤਿੰਨ ਰੋਲ ਉਹਨਾਂ ਕਰਕੇ ਅਤੇ ਇੱਕ ਵਾਰੀ ਉਹਨਾਂ ਕਰਕੇ। ਹਾਂਜੀ ਹਾਂ ਪਰ ਪਹਿਲਾਂ ਵੀ ਬਲੈਕ ਏ ਨਾਲੋਂ ਮੈਨੂੰ ਕਿਤੇ ਜ਼ਿਆਦਾ ਵੀਰੇ ਬਹੁਤ ਜ਼ਿਆਦਾ ਵਧੀਆ ਲੱਗੀ ਗਈ। ਹਾਂ, ਬਹੁਤ ਵਧੀਆ ਰਿਵਿਊ ਸੀ ਇਹਦਾ ਫਿਲਮ ਦਾ ਵੀ, ਹੈ ਨਾ, ਵੀ ਜੋ ਮਿਹਨਤ ਸੀ ਸੋ ਦਿਖਦੀ ਸੀ ਵੀਰੇ ਫਿਲਮ 'ਚ, ਜਿੰਨੀ ਵੀ ਇਹ ਫਿਲਮ 'ਚ ਹੈ ਨਾ ਸੀ ਆਪਾਂ
ਅੱਜ ਤਾਂ ਚਲੋ ਮੈਂ ਇੱਥੋਂ ਪ੍ਰੀਮੀਅਰ ਕਰਕੇ ਆਇਆ ਸੀ ਵੀਰੇ, ਫਿਰ ਵੀ ਅਤੇ ਮੈਂ ਕੱਲ੍ਹ ਨੂੰ ਮੇਰੇ ਨਾਲ ਘੱਟੋ ਘੱਟ ਨਹੀਂ ਤਾਂ ਜ਼ਿਆਦਾ 10 ਜਣੇ ਜ਼ਰੂਰ ਆਉਣਗੇ ਵੀਰੇ। ਸੋ ਮੇਰੇ ਤੋਂ ਰਿਵਿਊ ਲੈਣਗੇ ਸਾਰੇ ਬੰਦੇ ਕਿਵੇਂ ਦੀ ਮੂਵੀ ਸੀ, ਕਿਵੇਂ ਦੀ ਮੂਵੀ ਸੀ। ਹਾਂ ਜੀ ਹਾਂ, ਰਿਵਿਊ ਤੁਸੀਂ ਦੇ ਦੇਣੇ ਆਪਦੇ ਯਾਰ ਦੋਸਤਾਂ ਨੂੰ। ਹਾਂ ਹਾਂ ਵੀਰੇ, ਗੱਲ ਐਵੇਂ ਹੈ ਕਿ ਸ਼ਾਇਦ ਅੱਜ ਕੋਈ ਸਟ੍ਰੀਕ ਨਹੀਂ ਪਾ ਸਕੇ ਉਹਦੇ ਲਈ ਤਾਂ ਆਪਾਂ ਫਰੈਂਡਾਂ ਨੂੰ, ਪਰ ਮੈਂ ਜੇ ਉਹਨਾਂ ਨੂੰ ਸਟੋਰੀ ਦੱਸਾਂਗਾ ਉਹ ਬਿਲਕੁਲ ਐਕਸਾਈਟਡ ਹੋਣਗੇ ਫਿਲਮ ਦੇਖਣ ਲਈ। ਬਾਕੀ ਬੁਕਿੰਗ ਵੀਰੇ ਆਪਣੀ ਹੁਣ ਜਾ ਕੇ ਆਪਾਂ ਸਭ ਤੋਂ ਪਹਿਲਾਂ ਬੁਕਿੰਗ ਕਰਾਂਗੇ ਵੀ ਹਾਂ ਕਿਤੇ ਹਾਊਸਫੁੱਲ ਨਾ ਹੋ ਜਾਵੇ। ਹਾਂਜੀ, ਪੰਜਾਬੀ ਸਿਨੇਮੇ 'ਚ ਇਹੋ ਜਿਹਾ ਐਕਸ਼ਨ ਮੈਂ ਕਹਿੰਦਾ ਸਵਾਦ ਵਾਲਾ ਕੰਮ ਹੋ ਗਿਆ ਵੀਰੇ, ਪੂਰਾ ਸਵਾਦ ਵਾਲਾ ਵੀਰੇ, ਚੱਕ ਲਓ ਰੱਖ ਵਾਲਾ ਕੰਮ ਹੋਇਆ ਪਿਆ ਪੂਰਾ। ਹਾਂਜੀ ਹਾਂਜੀ ਹਾਂ, ਓਕੇ ਠੀਕ ਆ ਬਾਈ, ਥੈਂਕ ਯੂ ਤੁਹਾਨੂੰ, ਧੰਨਵਾਦ। ਓਕੇ ਬ੍ਰੋ, ਬਾਈ ਹੋਰਾਂ ਲੈ ਕੇ ਆਉਣੇ ਹੈਗੇ ਬਾਈ, ਸਾਰੇ ਕਹਿੰਦੇ ਯਾਰ ਦੋਸਤ ਚੱਕ ਕੇ ਲਿਆਉਣੇ ਨਾਲ, ਅਤੇ 10 ਬੰਦਿਆਂ ਦਾ ਤਾਂ ਬਾਈ ਵਾਅਦਾ ਕਰ ਗਏ ਹੈਗੇ। ਕੱਲ੍ਹ ਨੂੰ ਵੇਖਿਓ ਫਿਰ ਬਣਦਾ ਕੀ ਹੈ, ਲੱਗ ਜਾਣੀ ਹੈ ਬਲੈਕੀਆ 2, ਪਹੁੰਚੋ ਘਰਾਂ ਦੀ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ, ਬਹੁਤ ਵਧੀਆ ਲੱਗੀ। ਹਾਂਜੀ ਹਾਂਜੀ, ਬਹੁਤ ਵਧੀਆ। ਗਰੀਬ ਜੰਮਣਾ ਮਨਜ਼ੂਰ ਸੀ ਪਰ ਮਰਨਾ ਮਨਜ਼ੂਰ ਨਹੀਂ, ਕਿਹੜਾ ਬਲੈਕੀਆ ਕਹਿੰਦਾ ਹੈ ਬਾਈ। ਦੇਵ ਕਰੋੜ ਫਿਲਮ ਲੱਗ ਚੁੱਕੀ ਹੈ ਅੱਜ ਬਲੈਕੀਆ 2 ਅਤੇ ਸਿਨੇਮਾ ਘਰ ਦੇ ਵਿੱਚ ਖੜ੍ਹੇ ਹੈਗੇ ਹਾਂ। ਪ੍ਰੀਮੀਅਰ ਅੱਜ ਸੀਗਾ ਮੂਵੀ ਦਾ, ਅਤੇ ਅਸੀਂ ਮੂਵੀ ਵੇਖੀ ਹੈਗੀ ਆ, ਮੂਵੀ ਦੇਖ ਕੇ ਸਵਾਦ ਆ ਗਿਆ ਜੀ ਕਹਿੰਦੇ ਸਾਰਿਆਂ ਨੂੰ, ਅਤੇ ਦਰਸ਼ਕਾਂ ਤੋਂ ਵੀ ਰਿਵਿਊ ਜਿਹੜੇ ਲਿੱਤੇ ਹੈਗੇ ਆ ਉਹਨਾਂ ਨੂੰ ਵੀ ਬੜਾ ਸਵਾਦ ਆਇਆ ਹੈਗਾ, ਅਤੇ ਜਿਹੜੇ ਸਾਡੇ ਸਟਾਰਕਾਸਟ ਸਾਡੇ ਨਾਲ ਜਿਨ੍ਹਾਂ ਨੇ ਫਿਲਮ ਵੇਖੀ ਹੈਗੀ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਹੈਗੀ ਆ। ਅਤੇ ਆਹ ਇੱਧਰ ਦੇਖੋ, ਇੱਧਰ ਖਿੱਚ ਕੇ ਲਿਆ ਕੇ ਬਲੈਕੀਆ 2 ਦਿਖਾਈ ਜਾ ਰਹੀ ਹੈਗੀ ਆ, ਇੱਦਾਂ ਬਲੈਕੀਆ 2 ਦਿਖਾਈ ਜਾ ਰਹੀ ਹੈਗੀ, ਕਹਿੰਦੇ ਆਓ ਬਲੈਕੀਆ 2 ਖਿੱਚ ਕੇ ਲਿਆਓ। ਅਤੇ ਹਾਂਜੀ ਬਾਈ ਜੀ, ਫਿਲਮ ਵੇਖ ਕੇ ਆਏ ਹੈਗੇ ਆ, ਇਹ ਸਾਡੇ ਮੀਡੀਆ ਕਰਮਚਾਰੀ ਸਾਡੇ ਨਾਲ ਦੇ ਸਹਾਇਕ ਨੇ, ਪਰ ਫਿਰ ਵੀ ਇਹਨਾਂ ਤੋਂ ਵੀ ਜਿਹੜੇ ਰਿਵਿਊ ਹੈਗੇ ਆ, ਟਕ ਟਕ ਨੌਕ ਨੌਕ ਬਿਲਕੁਲ, ਅਤੇ ਤੁਹਾਡੇ ਵੱਲੋਂ ਜਿਹੜੇ ਰਿਵਿਊ ਕੀ ਕਹਿੰਦੇ ਨੇ? ਬਹੁਤ ਸੋਹਣੀ ਫਿਲਮ ਹੈ ਵੀਰੇ, ਇੱਕ ਮੈਸੇਜ ਵੀ ਐਂਡ ਦੇ ਹੈ ਨਾ, ਸੋ ਜਿੱਥੇ ਕਿਤੇ ਆ ਲੱਗਦਾ ਵੀ ਹਾਂ ਇੰਟਰਟੇਨਮੈਂਟ ਵੀ ਹੈ, ਪਰ ਜੇ ਦੇਖਿਆ ਕਿਉਂਕਿ ਸੈਮੂਅਲ ਜੌਨ ਭਾਅ ਜੀ ਹੈ ਨਾ ਕਿੰਨਾ ਟਾਈਮ ਤੋਂ ਕੰਮ ਕਰ ਰਹੇ ਇੰਡਸਟਰੀ 'ਚ, ਹੁਣ ਇੱਕ ਵੱਡਾ ਉਹਨਾਂ ਨੂੰ ਜਿਹੜਾ ਇੱਕ ਸੀਨ ਮਿਲਿਆ, ਕੰਮ ਮਿਲਿਆ ਕਹਿ ਦਈਏ ਹੈ ਨਾ ਇਸ ਫਿਲਮ ਦੇ ਵਿੱਚ, ਤਾਂ ਉਹਨਾਂ ਦੀ ਮਸਤੀ ਵੀ ਕਿਤੇ ਨਾ ਕਿਤੇ, ਪਰ ਉਹਨਾਂ ਦੀ ਐਕਟਿੰਗ ਵੀ ਦੇਖਣ ਨੂੰ ਮਿਲੂਗੀ। ਦੇਵ ਬਾਈ ਤਾਂ ਓਬਵੀਅਸਲੀ ਕਰ ਹੀ ਰਹੇ ਸੀ ਨਾ, ਪਰ ਸੈਮੂਅਲ ਜੌਨ ਭਾਅ ਜੀ ਬਹੁਤ ਪੁਰਾਣੇ ਕਰ ਰਹੇ ਸੀਗੇ। ਹੋਰ ਦੇਖੀਏ ਬਹੁਤ ਸਾਰੇ ਆਰਟਸ ਨੇ, ਪੂਨਮ ਮੈਡਮ ਨੇ, ਹੋਰ ਨੇ, ਆਈਟਮ ਸੌਂਗਸ ਵੀ ਬਣਾਏ ਗਏ ਨੇ ਇੱਕ ਚੰਗੇ, ਜਿੱਦਾਂ ਆਪਾਂ ਬੋਲੀਵੁੱਡ ਜਾਂ ਉਸ ਤੋਂ ਕਹਿ ਦਈਏ ਨਾ, ਉਹਨਾਂ ਦੇ ਵਾਂਗੂ ਇੱਕ ਵੱਖਰੇ ਤਰੀਕੇ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸੋਹਣਾ ਕੰਮ ਕੀਤਾ ਗਿਆ ਫਿਲਮ ਦੇ ਵਿੱਚ। ਇਹੋ ਜਿਹੇ ਬੰਦੇ ਤੋਂ, ਇਹੋ ਜਿਹੇ ਸੁਜਰਦ ਜਿਹੜੇ ਵਿਚਾਰ ਹੁੰਦੇ ਹੈਗੇ ਆ ਜਾਂ ਸੰਜੀਦਾ ਜਿਹੜੇ ਟੌਪਿਕ ਹੁੰਦੇ ਹੈਗੇ ਆ ਉਹਨਾਂ ਤੋਂ ਮਸਾਂ ਮਸਾਂ ਹੀ ਨਿਕਲਦੇ ਹੈਗੇ ਆ ਇਹਨਾਂ ਤੋਂ, ਅਤੇ ਅੱਜ ਬਹੁਤ ਹੀ ਸੋਹਣਾ ਬੋਲੇ ਹੈਗੇ ਸੈਮੂਅਲ ਜੌਨ ਭਾਅ ਜੀ ਵਾਸਤੇ। ਮੈਂ ਬਾਕੀ ਮੇਰੀ ਵੀ ਇਸ ਦਿਲੀ ਕਾਮਨਾ ਹੈਗੀ ਕਿ ਬਾਈ ਦਾ ਬਹੁਤ ਸੋਹਣਾ ਕੰਮ ਹੈਗਾ। ਇੱਕ ਤਰੀਫ ਹੋਰ ਹੈ ਕਿ ਉਹਨਾਂ ਦਾ ਫੇਸਬੁੱਕ, ਇੰਸਟਾ ਅਕਾਊਂਟ ਅਤੇ ਆਪਣਾ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਨੇ ਕੋਈ ਵੀ ਉਹਨਾਂ ਦਾ ਅਕਾਊਂਟ ਨਹੀਂ ਚੱਲਦਾ ਹੈਗਾ, ਉਹਨਾਂ ਸਿਰਫ ਵਟਸਐਪ ਅਤੇ ਸਿਰਫ ਫੋਨ। ਉਹਨਾਂ ਨੂੰ ਕੱਲ੍ਹ ਮੈਸੇਜ ਕੀਤਾ, ਭਾਅ ਜੀ ਮੈਂ ਤੁਹਾਨੂੰ ਟੈਗ ਕਰਨਾ ਸੀ, ਕਰਦੇ ਫਿਰ ਕਿੱਥੇ ਕਰੇਗਾ। ਮੈਂ ਕਿਹਾ ਭਾਅ ਜੀ ਫੇਸਬੁੱਕ ਉਹ ਵੀ ਨਹੀਂ ਹੈਗੀ। ਮੈਂ ਕਿਹਾ ਭਾਅ ਜੀ ਫਿਰ ਮੈਂ ਤੁਹਾਨੂੰ ਟੈਗ ਕਿੱਥੇ ਕਰਾਂ? ਇੰਟਰਵਿਊ ਹੀ ਅਪਲੋਡ ਕਰਦੇ ਫਿਰ, ਬੋਲਦੇ ਵੀ ਇੱਦਾਂ ਨੇ ਭਾਅ ਜੀ ਤਾਂ। ਸੋ ਤੁਸੀਂ ਕਰੋ ਰਿਵਿਊ, ਹੱਸੋ ਖੇਡੋ। ਨਹੀਂ ਮੈਂ ਤੁਹਾਡੇ ਤੋਂ ਇੱਕ ਇੱਕ ਸਵਾਲ ਮੈਂ ਵੀ ਤੁਹਾਡੇ ਤੋਂ ਪੁੱਛਣਾ ਸੀਗਾ ਵੀ ਇਸ ਫਿਲਮ ਦਾ ਜਿਵੇਂ ਟੈਗ ਲਾਈਨ ਹੈਗੀ ਆ, ਆਹ ਗਰੀਬ ਜੰਮਣਾ ਮਨਜ਼ੂਰ ਸੀ ਪਰ ਮਰਨਾ ਨਹੀਂ। ਮੈਂ ਗਰੀਬ ਨਹੀਂ ਹਾਂ। ਤੁਹਾਡਾ ਵੀ ਇਹੀ ਹੈ ਸਲੋਗੋ ਵੈਸੇ ਜ਼ਿੰਦਗੀ ਦਾ? ਮੈਂ ਤਾਂ ਬਾਈ ਬਹੁਤ ਤਕੜਾ ਹੋ ਜੂੰਗਾ, ਇੰਨਾ ਤਕੜਾ ਹੋ ਜੂੰਗਾ ਜਿੰਨਾ ਕਦੋਂ ਅੱਗੇ ਫਿਲਮਾਂ ਆ ਰਹੀਆਂ ਨੇ ਮੇਰੀਆਂ, ਵੈਬ ਸੀਰੀਜ਼ਾਂ ਵੀ ਆ ਰਹੀਆਂ ਨੇ ਮੇਰੀਆਂ, ਹੌਲੀ ਹੌਲੀ ਤੁਸੀਂ ਦੇਖੋਗੇ ਸਾਰੇ, ਦੇਖਿਓ ਤੁਸੀਂ। ਬਾਈ ਨੂੰ ਹੌਸਲੇ ਲੋੜ ਆ ਅਤੇ ਮੋਏ। ਅਤੇ ਬਲੈਕੀਆ 2 ਫਿਲਮ ਤੁਸੀਂ ਜ਼ਰੂਰ ਦੇਖਣੀ ਹੈਗੀ ਆ, ਸਾਡੇ ਸਾਰੇ ਵੱਲੋਂ ਇਹ ਰਿਕਮੈਂਡਡ ਫਿਲਮ ਹੈਗੀ ਆ। ਬਹੁਤ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖੋ ਜੀ ਬਲੈਕੀਆ 2। ਧੰਨਵਾਦ, ਦੇਖਦੇ ਰਹੋ ਚਸਕਾ ਟੀਵੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ, ਤੁਸੀਂ ਆਏ ਇੱਥੇ ਸਾਡੇ ਛੋਟੇ ਜਿਹੇ ਸੱਦੇ 'ਤੇ, ਅਤੇ ਉਸ ਤੋਂ ਬਾਅਦ ਮੇਰੇ ਵੱਡੇ ਵੀਰ ਬਿੰਨੂ ਬਾਈ ਦਾ ਥੈਂਕਸ ਜਿਹੜੇ ਆਲਵੇਜ਼ ਸਪੋਰਟ ਕਰਦੇ ਆ ਔਰ ਮੇਰੇ ਇੱਕ ਵਾਰ ਕਹਿਣ 'ਤੇ ਇੱਥੇ ਆਏ ਨੇ। ਅਤੇ ਕਿਵੇਂ ਲੱਗਿਆ ਬਾਈ ਟ੍ਰੇਲਰ ਤੁਹਾਨੂੰ? ਬੜਾ ਕੈਂਟ ਹੈ ਨਾ, ਥੈਂਕ ਯੂ। ਔਰ ਇਹਦੇ ਪਿੱਛੇ ਦੀ ਇੱਕ ਕਹਾਣੀ ਹੈ ਜੀ ਕਿ ਅਸੀਂ ਇਸ ਫਿਲਮ ਨੂੰ ਬਣਾਉਣ ਲਈ ਜਦੋਂ ਹੋਰੀ ਸਾਹਿਬ ਮੇਰੇ ਕੋਲ ਆਏ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਬਲੈਕਿਆ 2 ਦੀ ਇੱਕ ਕਹਾਣੀ ਹੈ ਮੇਰੇ ਕੋਲ, ਤਾਂ ਪਲੀਜ਼ ਤੁਸੀਂ ਸੁਣ ਲਓ। ਜਦੋਂ ਮੈਂ ਇਹਨਾਂ ਨੂੰ ਕਹਾਣੀ ਸੁਣਾਈ ਤਾਂ ਇਹਨਾਂ ਨੇ ਉਸੇ ਟਾਈਮ ਹਮੀ ਭਰਤੀ ਕਿ ਭਾਜੀ ਇਹ ਫਿਲਮ ਆਪਾਂ ਜਲਦੀ ਕਰਦੇ ਹਾਂ। ਇਹ ਕਹਾਣੀ ਮੈਨੂੰ ਮਿਲੀ ਸੀ ਜਦੋਂ ਮੈਂ DSP ਦੇਵ ਕਰਦਾ ਸੀਗਾ ਉੱਧਰ ਫਿਰੋਜ਼ਪੁਰ ਇਲਾਕੇ ਦੇ ਵਿੱਚ। ਇਹ ਉਹਨਾਂ ਲੋਕਾਂ ਦੀ ਤਰਾਸਦੀ ਹੈ ਜਿਹੜੇ ਕਿ ਪਾਕਿਸਤਾਨ ਦੇ ਸਰਦਾਰ ਹੁੰਦੇ ਸੀ, ਵੱਡੇ ਜ਼ਿਮੀਦਾਰ ਹੁੰਦੇ ਸੀ, ਬਟ ਇੱਧਰ ਆ ਕੇ ਬਲੈਕੀਏ ਬਣ ਗਏ। ਜ਼ਮੀਰਾਂ ਵਾਲੇ ਲੋਕ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਜਿਉਂਦੀਆਂ ਰੱਖੀਆਂ, ਪਰ ਪਾਪੀ ਪੇਟ ਨੂੰ ਭਰਨ ਲਈ ਉਹਨਾਂ ਨੇ ਇਹ ਰਾਹ ਚੁਣਿਆ। ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਕਿਉਂਕਿ ਸਿਸਟਮ ਸਪੋਰਟ ਨਹੀਂ ਸੀ ਕਰਦਾ। ਸੋ ਉਹਨਾਂ ਲੋਕਾਂ ਦੀ ਕਹਾਣੀ ਹੈ ਅਤੇ ਇਹਦੇ ਉੱਤੇ ਅਸੀਂ ਘੱਟੋ ਘੱਟ 1.5 ਸਾਲ ਅਸੀਂ ਸਟੋਰੀ ਦੇ ਉੱਤੇ ਲਾਇਆ ਕਿਉਂਕਿ ਬਹੁਤ ਟਾਈਮ ਹੋ ਗਿਆ ਸਾਨੂੰ ਰਿਸਰਚ ਕਰਦੇ। ਅਸੀਂ ਅੰਮ੍ਰਿਤਸਰ ਦੇ ਜਿੰਨੇ ਲੋਕ ਬਾਰਡਰ ਪਾਰ ਤੋਂ ਪੁਰਾਣੇ ਬਲੈਕ ਕਰਦੇ ਸੀ ਉਹਨਾਂ ਲੋਕਾਂ ਨੂੰ ਮਿਲੇ, ਉਹਨਾਂ ਦੀਆਂ ਕਹਾਣੀਆਂ ਲੈ ਕੇ ਆਏ ਫਿਲਮ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਦਰਦ ਦੀ ਗੱਲ ਕਰਦੀ ਹੈ। ਜਦੋਂ ਅਸੀਂ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਸਾਰੇ ਕਹਿੰਦੇ ਸੀ ਇਹ KGF ਹੈ, KGF ਦੀ ਕਾਪੀ ਹੈ ਜਾਂ ਪੰਜਾਬੀ ਦੀ KGF ਹੈ। ਜ਼ਿਆਦਾਤਰ ਕਮੈਂਟ ਜਦੋਂ ਤੁਸੀਂ ਪੜ੍ਹੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹੀ ਪਏ ਨੇ। ਬਟ ਅਸੀਂ ਲੁੱਕ ਉੱਦਾਂ ਦੀ ਰੱਖੀ ਕਿਉਂਕਿ ਅੱਜ ਜਦੋਂ ਅਸੀਂ ਕੋਈ ਫਿਲਮ ਲੈ ਕੇ ਆਉਂਦੇ ਹਾਂ ਤਾਂ ਸਾਰੇ ਸਾਡੇ ਤੋਂ ਪੁੱਛਦੇ ਨੇ ਕਿ ਸਾਊਥ ਦਾ ਸਿਨੇਮਾ ਯਾਰ ਬਹੁਤ ਵੱਡਾ ਹੋ ਗਿਆ, ਤੁਸੀਂ ਉੱਦਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ? ਅਸੀਂ ਟੈਕਨੀਸ਼ੀਅਨ ਹਾਇਰ ਕੀਤੇ ਉੱਥੋਂ ਸਾਰੇ ਜਿੰਨੇ ਵੀ ਟੋਪ ਤੋਂ ਟੋਪ ਸੀਗੇ। ਔਰ ਜਿਹੜਾ ਤੁਸੀਂ ਐਕਸ਼ਨ ਦੇਖ ਰਹੇ ਹੋ, ਅਸੀਂ ਇੱਕ ਟੀਮ ਲੈ ਕੇ ਆਏ ਚੇਨਈ ਤੋਂ ਹਾਇਰ ਕੀਤੀ ਉਹਰੀ ਸਾਹਿਬ ਨੇ, ਜਿਹਦੇ ਪੈਸੇ ਤਾਂ ਬਹੁਤ ਲੱਗੇ। ਉਹਰੀ ਸਾਹਿਬ ਕਹਿੰਦੇ ਸੀ ਕੀ ਲੋੜ ਹੈ ਇਹਦੀ ਦੱਸੋ, ਪਰ ਉਹਰੀ ਸਾਹਿਬ ਰਿਜ਼ਲਟ ਦੇਖਦਾ ਹੁਣ। ਸੋ ਫਾਇਰ ਬਾਲ ਵਾਲਾ ਜਿਹੜਾ ਐਕਸ਼ਨ ਸੀਗਾ ਉਹਨੂੰ ਕਰਨ ਦੇ ਲਈ ਇੱਕ ਟੀਮ ਆਈ ਬਕਾਇਦਾ। ਔਰ ਥੈਂਕਸ ਉਹਰੀ ਸਾਹਿਬ, ਤੁਸੀਂ ਸਪੋਰਟ ਕੀਤਾ, ਬਾਂਸਲ ਸਾਹਿਬ ਹੈ ਨਾ ਜਿੰਨੇ ਪ੍ਰੋਡਿਊਸਰ ਬੈਠੇ ਨੇ, ਕਿਉਂਕਿ ਜਦੋਂ ਤੱਕ ਪ੍ਰੋਡਿਊਸਰ ਜੇਬ 'ਚੋਂ ਪੈਸੇ ਨਹੀਂ ਕੱਢਦੇ ਤਾਂ ਇਹੋ ਜਿਹਾ ਸਿਨੇਮਾ ਨਹੀਂ ਬਣ ਸਕਦਾ। ਅਸੀਂ ਜਿੰਨਾ ਮਰਜ਼ੀ ਗੱਲਾਂ ਕਰੀ ਜਾਈਏ, ਜਿੰਨਾ ਮਰਜ਼ੀ ਸੋਚੀ ਜਾਈਏ, ਸੋ ਪ੍ਰੋਡਿਊਸਰਾਂ ਦੀ ਸਪੋਰਟ ਆਲਵੇਜ਼ ਚਾਹੀਦੀ ਹੈ। ਔਰ ਅਸੀਂ ਇੱਕ ਮੈਸੇਜ ਕਨਵੇ ਕਰਨ ਵਾਲਾ ਸਿਨੇਮਾ ਬਹੁਤ ਵਧੀਆ, ਇਹਦੇ ਵਿੱਚ ਇੱਕ ਸੁਨੇਹਾ ਫਿਲਮ ਦੇ ਵਿੱਚ, ਇੰਟਰਟੇਨਿੰਗ ਫਿਲਮ ਹੈ। ਔਰ ਜਦੋਂ ਤੱਕ ਮੈਨੂੰ ਲੱਗਦਾ ਹੁੰਦਾ ਕਿ ਐਕਸ਼ਨ ਉਦੋਂ ਕੰਮ ਕਰਦਾ ਜਦੋਂ ਉਹ 'ਚ ਇਮੋਸ਼ਨਸ ਹੁੰਦੇ ਨੇ, ਜਦੋਂ ਫਿਲਮ ਤੁਹਾਨੂੰ ਰਵਾ ਦਿੰਦੀ ਹੈ ਫਿਰ ਉਹਦੇ ਉੱਤੇ ਐਕਸ਼ਨ ਕੰਮ ਕਰਦਾ। ਸੋ ਜੇ ਆਪਾਂ ਐਵੇਂ ਬੰਦੇ ਕੁੱਟੀ ਜਾਈਏ, ਮਾਰੀ ਜਾਈਏ, ਤਾਂ ਮੈਨੂੰ ਲੱਗਦਾ ਉਹਦਾ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਫਲੋਪ ਹੋਈਆਂ ਨੇ ਵੱਡੇ ਬਜਟ ਵਾਲੀਆਂ ਵੀ। ਸੋ ਅਸੀਂ ਇੱਕ ਚੰਗੀ ਕਹਾਣੀ ਲੈ ਕੇ ਆਏ, ਚੰਗੀ ਫਿਲਮ ਲੈ ਕੇ ਆਏ, ਔਰ ਤੁਸੀਂ ਜ਼ਰੀਆ ਹੋ ਲੋਕਾਂ ਤੱਕ ਪਹੁੰਚਾਉਣ ਦਾ ਸਾਡੇ ਕੰਮ ਨੂੰ ਜੋ ਅਸੀਂ ਮਿਹਨਤ ਕੀਤੀ ਆ। ਸੋ ਮੇਰੀ ਸਾਰੀ ਟੀਮ ਇੱਥੇ ਬੈਠੀ ਆ, ਪਰਮਵੀਰ ਬਾਈ ਬਹੁਤ ਸੋਹਣਾ ਕੰਮ ਕੀਤਾ, ਔਰ ਸੈਮੋਲ ਬਾਈ, ਰਾਜ ਝਿੰਜਰ ਬਾਈ, ਲੱਕੀ ਧਾਲੀਵਾਲ, ਰੁਸ਼ੀ ਸ਼ਰਮਾ ਜੀ, ਜਪਜੀ ਖਹਿਰਾ, ਸਾਰੀ ਟੀਮ 'ਚ ਕਮਾਲ ਦੇ ਐਕਟਰ ਨੇ, ਬਾ ਕਮਾਲ ਇਹਨਾਂ ਦੀਆਂ ਪਰਫੋਰਮੈਂਸਿਸ ਤੁਹਾਨੂੰ ਦੇਖਣੀਆਂ ਨੇ ਫਿਲਮ 'ਚ। ਔਰ ਮੈਂ ਸਪੈਸ਼ਲੀ ਸੈਮੋਲ ਬਾਈ ਲਈ ਕਹਿਣਾ ਚਾਹੂੰਗਾ ਕਿ ਸੈਮੋਲ ਬਾਈ ਥੀਏਟਰ ਦੇ ਦਿੱਗਜ ਕਲਾਕਾਰ ਨੇ, ਔਰ ਮੈਂ ਇਹਨਾਂ ਦੇ ਅੰਦਰ ਕਾਫੀ ਥੀਏਟਰ ਕੀਤਾ, ਇਹਨਾਂ ਦੇ ਅੰਡਰ ਮੈਂ ਕਾਫੀ ਪਲੇਜ਼ ਕੀਤੇ ਨੇ, ਅਤੇ ਇਹਨਾਂ ਦਾ ਜਿਹੜਾ ਕਿਰਦਾਰ ਆ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ। ਔਰ ਇੱਕ ਥੀਏਟਰ ਦਾ ਕਲਾਕਾਰ ਕੀ ਹੁੰਦਾ, ਆਪਣੀ ਪਾਵਰ ਦਾ ਕਿਵੇਂ ਲੋਹਾ ਮਨਵਾ ਸਕਦਾ, ਤਾਂ ਉਹ ਤੁਹਾਨੂੰ ਬਲੈਕ ਇਹਦੇ ਵਿੱਚ ਦੇਖਣ ਨੂੰ ਮਿਲਣਾ। ਔਰ ਪਰਮਵੀਰ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ, ਰਾਜ ਝਿੰਜਰ ਬਾਈ ਨੇ, ਲੱਕੀ ਨੇ, ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ, ਬਹੁਤ ਕੰਮ ਕੀਤਾ। ਔਰ ਸਾਡੇ ਡਾਇਰੈਕਟਰ ਨਵਨੀਤ ਗੁਗਨੂ ਭਾਜੀ ਜਿਨ੍ਹਾਂ ਨੇ ਆਪਣੀ ਚੀਜ਼ਾਂ ਲਾਈ, ਜੇ ਤੁਸੀਂ ਪਿੱਛੇ ਮਿਊਜ਼ਿਕ ਵੱਜਦਾ ਦੇਖ ਰਹੇ ਹੋ ਜਾਂ ਹੋਰ ਤੁਸੀਂ ਸਿਨੇਮੈਟੋਗ੍ਰਾਫੀ ਦੇ ਵਿੱਚ ਆਪਣੇ ਬ੍ਰਦਰ ਨੂੰ ਲੈ ਕੇ ਆਏ ਜਤਿਨ ਨੂੰ, ਜਿਨ੍ਹਾਂ ਨੇ ਕਿ ਰੋਏ ਵਰਗੀਆਂ, ਖੁਦਾ ਹਾਫਿਜ਼ 1, ਖੁਦਾ ਹਾਫਿਜ਼ 2 ਵਰਗੀਆਂ ਫਿਲਮਾਂ ਕੀਤੀਆਂ ਨੇ। ਸੋ ਉਹਨਾਂ ਨੂੰ ਲੈ ਕੇ ਆਏ ਅਤੇ ਪੂਰੀ ਉਹਨਾਂ ਨੇ ਜਾਨ ਲਾਈ ਸਾਡੀ ਸਾਰੀ ਟੀਮ ਨੇ। ਸੋ ਹੁਣ ਵਾਰੀ ਹੈ ਜੀ ਤੁਹਾਡੀ, ਤੁਸੀਂ ਸਾਡੇ ਕੰਮ ਨੂੰ ਲੋਕਾਂ ਤੱਕ ਪਹੁੰਚਾਓ, ਬਸ ਇਹੀ ਉਮੀਦ ਹੈ ਤੁਹਾਡੇ ਸਾਰਿਆਂ ਤੋਂ। ਥੈਂਕ ਯੂ ਵੈਰੀ ਮੱਚ। ਬਿੰਨੂ ਭਾਈ, ਮੈਂ ਕਹੂੰਗਾ ਵੀ ਤੁਸੀਂ ਦੋਨਾਂ ਨੇ ਇਕੱਠੇ ਸ਼ੁਰੂਆਤ ਹੈ ਨਾ, ਇਕੱਠੇ ਬਹੁਤ ਚੀਜ਼ਾਂ ਦੇਖੀਆਂ,
ਕਪਿਲ ਬਾਈ ਕਹਿੰਦੇ ਸੀਗੇ ਵੀ ਉਹਨਾਂ ਨਾਲ ਹੀ ਬੈਠ ਕੇ ਜਹਾਜ਼ 'ਚ ਸਫ਼ਰ ਆਉਂਦਾ ਜਿਨ੍ਹਾਂ ਨਾਲ ਸਾਈਕਲ 'ਤੇ ਟਾਈਮ ਕੱਟਿਆ ਹੋਵੇ। ਹੁਣ ਤੁਸੀਂ ਦੋਨੋਂ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਟਾਰ ਹੋ, ਅਤੇ ਹੁਣ ਦੋਨਾਂ 'ਚ ਕੀ ਗੱਲਾਂ ਹੁੰਦੀਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੁਣ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤਾਂ ਮੇਰਾ ਛੋਟਾ ਭਰਾ ਹੈ ਜੀ, ਅਤੇ ਉਹਦਾ ਸਬੂਤ ਇਹੀ ਹੈ ਜਿਹੜਾ ਤੁਸੀਂ ਕਹਿੰਦੇ ਆਨੰਦ ਆਉਂਦਾ ਤਾਂ ਹੀ ਇਕੱਠੇ ਬੈਠੇ ਨੇ ਜੀ, ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਇੰਡਸਟਰੀ ਇਕੱਠੀ ਹੈ ਸਾਰੇ ਜਾਣੇ, ਪਰ ਈਗੋ ਪ੍ਰੋਬਲਮਸ ਬਹੁਤ ਨੇ ਹਰੇਕ ਨੂੰ, ਹੈ ਨਾ। ਜਾਣ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ, ਪਹਿਲਾਂ ਐਂ ਲੱਗਦਾ ਵੀ ਇਹੋ ਜਿਹਾ ਦੁੱਧ ਉੱਤੇ ਕੋਈ ਹੋਣੇ ਨਹੀਂ, ਸਾਰੇ ਘਿਓ ਖਿਚੜੀ ਹੋਏ ਹੁੰਦੇ, ਜਿਹੜਾ ਉੱਠ ਕੇ ਜਾਂਦਾ ਬਸ ਉਦੋਂ ਬਾਅਦ ਭਲੋਸ ਦਿੰਦੇ ਆ ਸਮਾਰ ਕੇ, ਹੈ ਨਾ। ਸੋ ਇਹ ਨੇਚਰ ਹੈ, ਪਰ ਮੇਰਾ ਵੀਰ ਮੈਨੂੰ ਪ੍ਰਾਊਡ ਹੈ ਮੇਰੇ ਭਰਾ 'ਤੇ ਇਸ ਇੰਡਸਟਰੀ 'ਚ ਜਿਹੜੀ 'ਚ ਇਹ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਇਜ਼ ਦਾ ਓਨਲੀ ਵਨ, ਹੈ ਨਾ। ਇਹ ਇਕੱਲੇ ਹੀ ਆਏ ਨੇ, ਇਕੱਲੀ ਆਪਦੀ ਜਿਹੜੀ ਲੀਹ ਆਪ ਖਿੱਚੀ ਹੈ, ਕਿਸੇ ਦੀ ਬਾਂਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉੱਦਾਂ ਕਰਕੇ ਮੈਂ ਲਾਈਨ ਬਣਾ ਲਾਂ। ਲਾਈਨਾਂ 'ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਪਰ ਮੂਹਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ, ਹੈ ਨਾ। ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ, ਮੈਨੂੰ ਲੱਗਦਾ ਜਦੋਂ ਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ, ਕੋਈ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ? ਸੋ ਹੀ ਇਜ਼ ਦਾ ਓਨਲੀ ਵਨ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ, ਇਹ ਰਿਸਕ ਲਿਆ ਪਹਿਲਾਂ ਆ ਕੇ ਵੀ ਯਾਰ ਮੈਂ ਆਪਦੀ ਇਮੇਜ ਇੱਦਾਂ ਦੀ ਬਣਾਵਾਂ, ਔਰ ਸਫਲ ਹੋਇਆ ਮੇਰਾ ਭਰਾ। ਅਤੇ ਬਹੁਤ ਬਹੁਤ ਮੁਬਾਰਕਾਂ ਮੈਨੂੰ ਟੇਲਰ, ਬਹੁਤ ਵਧੀਆ ਲੱਗਿਆ, ਇੰਟਾਇਰ ਟੀਮ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ, ਇੱਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਦੂਜੀ ਗੱਲ, ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ KGF ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉੱਦਾਂ ਲੱਗਦਾ, ਤਾਂ ਇਹ ਪ੍ਰਾਊਡ ਵਾਲੀ ਗੱਲ ਹੈ। ਅਸੀਂ KGF ਪਤਾ ਨਹੀਂ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ, ਅਸੀਂ ਥੋੜ੍ਹੇ ਜਿਹੇ ਪੈਸੇ ਜੇ ਉਹਨਾਂ ਨੂੰ ਕੰਪੀਟ ਕਰ ਰਹੇ ਹਾਂ, ਜੇ ਉੱਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ 'ਚ ਆ ਰਹੀ ਹੈ, ਤਾਂ ਮੇਰੇ ਹਿਸਾਬ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ, ਹੈ ਨਾ। ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਕਰਨੇ ਬਣੇ ਹਾਂ, ਥੋੜ੍ਹੇ ਜਿਹੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ। ਸੋ ਆਪਾਂ ਨੂੰ ਲੱਗਦਾ ਵੀ ਆਪਣੇ ਜਦੋਂ ਆਪਣੇ ਭਰਾ ਭੈਣ ਕਿਸੇ ਬੱਚੇ ਦੀ ਜਾਂ ਇੱਦਾਂ ਦੀ ਮੂਵੀ ਆਉਂਦੀ ਹੈ, ਜੇ ਕੋਈ ਵੱਖਰਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ, ਉਹ 'ਚ ਨੁਕਸ ਨਾ ਕੱਢਿਆ ਕਰੀਏ, ਹੈ ਨਾ। ਨੁਕਸ ਕੱਢਣੇ ਬੜੇ ਸੌਖੇ ਆ, ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਯਾਰ ਕੋਈ ਘਸੁੰਨ ਤਾਂ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਦੇ, ਜਿਹਦੇ ਪੈਂਦਾ ਤਾਂ ਉਹਦੇ 'ਚ ਕੀ ਕਹਾ ਗਏ ਤਾਂ ਮੇਜ਼ ਖਾਂਦਾ, ਕਹਿੰਦੇ ਘਸੁੰਨੇ ਮੇਜ਼ ਖਾਂਦਾ ਫਲਾਣੀ ਮੂਵੀ ਨਾਲ। ਸੋ ਇਹ ਨਹੀਂ ਕਰਨਾ ਆਪਾਂ, ਗੁੱਡ ਸਿਨੇਮਾ ਕਹਿਣ ਵਾਸਤੇ ਆਪਦੇ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਨੂੰ ਐਪਰੀਸ਼ੀਏਟ ਕਰੀਏ, ਜਿਗਰਾ ਰੱਖੀਏ, ਹੋਰ ਵਧੀਆ ਵਧੀਆ ਫਿਲਮਾਂ ਤਾਂ ਹੀ ਲੈ ਕੇ ਆਉਣਗੇ ਜੇ ਆਪਾਂ ਅੱਜ ਬੈਠ ਕੇ, ਜੇ ਘਰੋਂ ਥਾਪੀ ਮਿਲੂਗੀ ਨਾ ਬੱਚਾ ਜ਼ਿਆਦਾ ਵਧੀਆ ਕੰਮ ਕਰਦਾ ਮੇਰੇ ਹਿਸਾਬ ਨਾਲ। ਸੋ ਇਹ ਥਾਪੀ ਵਾਸਤੇ ਆਪਾਂ ਇਕੱਠੇ ਹੁੰਦੇ ਹਾਂ, ਔਰ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਹੋ ਨਹੀਂ ਸਕਦੀ, ਸਾਰੇ ਜਾਣੇ ਪੋਜ਼ਿਟਿਵਿਟੀ ਰੱਖਿਆ ਕਰੀਏ, ਅਤੇ ਐਂਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਵੀਰ ਵੀਰੇ ਕਮਾਲ ਦਾ, ਕਮਾਲ ਦੀ ਲੁੱਕ ਯਾਰ, ਬਹੁਤ ਸੋਹਣਾ, ਬਹੁਤ ਹੀ ਕਮਾਲ ਕੀਤੀ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਕੰਮ। ਔਰ ਵੱਡੀ ਗੱਲ, ਜਿਹੜੇ 'ਚ ਮੈਂ ਟ੍ਰੇਲਰ ਦੇਖਿਆ ਪਿਆ ਸੀ, ਪਹਿਲਾਂ ਵੀ ਦੇਖਿਆ, ਖੈਰ ਹਰ ਰੋਜ਼ ਡਿਸਕਸ ਕਰਦੇ ਹਾਂ, ਚਾਹੇ ਦੇਵ ਆ ਉਹ ਜਾਂ ਸਾਰੇ ਜਾਣੇ ਜਿੰਨੇ ਵੀ ਇੱਥੇ ਸਾਡੇ ਆਰਟਿਸਟ ਬੈਠੇ ਨੇ, ਕੋਈ ਵੀ ਮੈਨੂੰ ਉਹ ਆਪਦੀ ਦਿੱਖ ਤੋਂ ਨਹੀਂ ਲੱਗਿਆ। ਜੇ ਪਰਮਵੀਰ ਹੈ ਤਾਂ ਪਰਮਵੀਰ ਨਹੀਂ ਲੱਗਿਆ, ਉਹ ਇੱਕ ਕਰੈਕਟਰ ਲੱਗਿਆ, ਹੈ ਨਾ। ਸਾਰਿਆਂ ਨੇ ਕਰੈਕਟਰ ਕੀਤੇ ਹੈ, ਉਹ ਕਮਾਲ ਦੀ ਦਿੱਖ ਆ ਰਹੀ ਹੈ, ਉਸੇ ਕਰਕੇ ਮੂਵੀ ਬਹੁਤ ਜ਼ਿਆਦਾ ਵਧੀਆ ਲੱਗੇ। ਆਈ ਐਮ ਐਕਸਾਈਟਡ, ਲਾਈਕ ਮੈਨੂੰ ਐਂ ਲੱਗਦਾ ਵੀ ਬਹੁਤ ਵੱਡੀ ਗ੍ਰੋਸ ਹੋਣੀ ਚਾਹੀਦੀ ਹੈ, ਓਪਨਿੰਗ ਬਹੁਤ ਵੱਡੀ ਲੱਗਣੀ ਚਾਹੀਦੀ ਹੈ। ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹਿਲੇ ਦਿਨ ਹੀ ਆਪਾਂ ਜੇ ਇੱਦਾਂ ਦਾ ਸਿਨੇਮੇ ਨੂੰ ਬਦਲਣਾ ਚਾਹੁੰਦੇ ਹਾਂ, ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਵੱਡੀ ਥਾਂ ਮੇਲੇ ਦੇਖਣਾ ਚਾਹੁੰਦੇ ਆਪਣੀ ਜ਼ੁਬਾਨ ਨੂੰ, ਹੈ ਨਾ, ਸਾਡੇ ਇਸ ਸਿਨੇਮੇ ਨੂੰ, ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲੇ ਦਿਨ ਇਹ ਫਿਲਮ ਨੂੰ ਹੁੰਗਾਰਾ ਦੇਣਾ ਚਾਹੀਦਾ। ਸਾਰੇ ਜਾਣੇ ਜ਼ਰੂਰ ਜਾ ਕੇ ਦੇਖ ਕੇ ਆਓ। ਔਰ ਗੱਲ ਮੈਂ ਕਰੂੰਗਾ ਸਾਡੇ ਸੈਮਲ ਜੌਨ ਬਾਈ ਦੀ, ਬਾਈ ਮੂਹਰੇ ਤਾਂ ਸਿਰੇ ਝੁਕਦਾ ਜੀ, ਮੈਂ ਬਾਈ ਦਾ ਜੂਨੀਅਰ ਸੀਗਾ ਜੀ, ਅਤੇ ਬਾਈ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਲਓ। ਸੱਚੀ ਗੱਲ ਹੈ ਜੀ, ਸੈਮਲ ਬਾਈ ਅਸੀਂ ਇੱਕ ਬੰਦਾ ਝਿਜਕਦਾ ਨਹੀਂ ਹੁੰਦਾ, ਮੇਰੇ ਖਿਆਲ 'ਚ ਪਹਿਲੀ ਦੂਜੀ ਵਾਰੀ ਹੋਇਆ ਹੁਣ, ਮੈਂ ਤਾਂ ਸੈਮਲ ਬਾਈ ਮੂਹਰੇ ਕਦੇ ਬੋਲਿਆ ਨਹੀਂ ਜਾਂਦੀ, ਅਸੀਂ ਯੂਨੀਵਰਸਿਟੀ ਮੈਂ ਪੜ੍ਹਦਾ ਸੀ, ਸੈਮਲ ਬਾਈ ਸਾਡੇ ਸੀਨੀਅਰ ਸੀਗੇ, ਅਤੇ ਅੱਜ ਫਸਟ ਟਾਈਮ ਹੈ ਮੈਂ ਸੈਮਲ ਬਾਈ ਤੋਂ ਪਹਿਲਾਂ ਮੈਂ ਬੋਲਿਆ, ਨਹੀਂ ਸੈਮਲ ਬਾਈ ਥੋੜ੍ਹਾ ਬੋਲਣ ਦਿੰਦਾ ਸੀ ਕਿਸੇ ਨੂੰ, ਨਹੀਂ ਸੀਰੀਅਸਲੀ ਬਾਈ
ਸਲਿਊਟ ਹੈ ਤੁਹਾਨੂੰ, ਤੁਸੀਂ ਬਹੁਤ ਸੀਰੀਅਸ ਥੀਏਟਰ ਕੀਤਾ, ਬਹੁਤ ਸਾਨੂੰ ਮੈਨੂੰ ਮਾਣ ਹੈ ਵੀ ਮੈਂ ਤੁਹਾਡੇ ਨਾਲ ਕੰਮ ਕੀਤਾ, ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ, ਜਿਉਂਦੇ ਰਹੋ ਔਰ ਵਾਹਿਗੁਰੂ ਤੰਦਰੁਸਤੀ ਬਖਸ਼ਣ। ਸੋ ਇੱਕ ਵਾਰੀ ਫਿਰ ਮੇਰੇ ਵੱਲੋਂ ਬਾਈ ਰਾਜ ਬਾਈ, ਕਮਾਲ ਵੀਰੇ ਕਮਾਲ, ਉੱਧਰ ਲੱਕੀ ਵੀਰਾ ਕਮਾਲ ਵੀਰੇ, ਬਹੁਤ ਵਧੀਆ, ਤੁਹਾਡੀ ਅੱਖ ਬੋਲਦੀ ਯਾਰ, ਮੈਂ ਤਾਂ ਬਹੁਤ ਨੂੰ ਕਹਿਣਾ ਹੁੰਦਾ, ਬਹੁਤ ਵਧੀਆ ਬਾਈ, ਬਹੁਤ ਵਧੀਆ ਬਾਬਾ, ਬਹੁਤ ਕਿਰਪਾ ਕਰੇ। ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਜੱਗੀ ਧੂਰੀ, ਜੱਗੀ ਜੱਗੀ ਦਾ, ਜੱਗੀ ਦਾ ਇੱਧਰੋਂ ਧੰਨਵਾਦ ਕਰਾਉਂਦੇ ਹੀਰੋ ਤੋਂ। ਸੋ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ, ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖਣ, ਐਂਡ ਆਪਣਾ ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਂ ਨਾ ਹੁਣ ਜੋ ਤੁਸੀਂ ਬੋਲ ਰਹੇ ਸੀ, ਮੈਂ ਦੇਖਿਆ, ਮੈਂ ਜੱਗੀ ਦੇਖਿਆ, ਮੈਂ ਜੱਗੀ ਦਾ ਨਾਮ ਲੈਣਾ ਹੀ ਭੁੱਲ ਗਿਆ, ਮੈਨੂੰ ਆਪਣੇ ਆਪ 'ਚ ਅੰਦਰੋਂ ਅੰਦਰ ਹੋ ਹੀ ਜਾ ਰਿਹਾ ਸੀਗਾ। ਸੋ ਜੱਗੀ ਧੂਰੀ ਨੂੰ ਹੁਣ ਤੱਕ ਤੁਸੀਂ ਕੌਮੇਡੀ ਫਿਲਮਾਂ ਦੇ ਵਿੱਚ ਦੇਖਿਆ, ਔਰ ਬਹੁਤ ਡਿਫਰੈਂਟ ਕਿਰਦਾਰ ਦੇ ਵਿੱਚ ਮੇਰਾ ਵੀਰ ਆ ਰਿਹਾ ਹੈ, ਅਤੇ ਬਹੁਤ ਸੋਹਣਾ ਕੰਮ ਕੀਤਾ ਇਹਨੇ ਫਿਲਮ ਦੇ ਵਿੱਚ। ਸੋ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ, ਕਿਉਂਕਿ ਫਿਲਮ ਮੇਰੇ ਇਕੱਲੇ ਨਾਲ ਨਹੀਂ ਹੈ, ਇਹ ਸਾਡੀ ਸਾਰੀ ਫੁਲਵਾੜੀ ਹੈ, ਜਦੋਂ ਸਾਰੇ ਜਣੇ ਆਪਣੇ ਆਪਣੇ ਰੋਲ ਨਾਲ ਇਨਸਾਫ ਕਰਦੇ ਆ, ਆਪਣੇ ਆਪਣੇ ਕਰੈਕਟਰ ਨਾਲ ਇਨਸਾਫ ਕਰਦੇ ਆ, ਤਾਂ ਜਾ ਕੇ ਇੱਕ ਸੰਪੂਰਨ ਫਿਲਮ ਬਣਦੀ ਆ। ਕਦੇ ਕੋਈ ਇਕੱਲਾ ਐਕਟਰ ਆਪਣੇ ਨਾਮ 'ਤੇ ਫਿਲਮ ਨਹੀਂ ਚਲਾ ਸਕਦਾ। ਸੋ ਸਾਰੇ ਹਰ ਬੰਦੇ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ, ਔਰ ਤੁਸੀਂ ਜਦੋਂ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੁਛ ਡਿਫਰੈਂਟ ਤਰ੍ਹਾਂ ਦਾ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ 'ਚ ਕਿੰਨੇ ਕੁ ਸਫਲ ਹੋਏ ਆ ਉਹ 8 ਮਾਰਚ ਨੂੰ ਤੁਸੀਂ ਦੱਸੋਗੇ। ਥੈਂਕ ਯੂ ਅਰੁਸ਼ੀ, ਤੁਸੀਂ ਇਸ ਫਿਲਮ ਦਾ ਹਿੱਸਾ ਹੋਣਾ, ਬਹੁਤ ਸੋਹਣੇ ਲੱਗ ਰਹੇ ਸਕਰੀਨ 'ਤੇ, ਐਕਸਪੀਰੀਅੰਸ ਕਿਵੇਂ ਦਾ ਸੀ? ਕਿਉਂਕਿ ਬਲੈਕ ਯਾਰ 2 ਮੈਨੂੰ ਲੱਗਦਾ ਵੀ ਪੰਜਾਬ ਦੀ ਉਹ ਵਾਲੀ ਫਿਲਮ ਬਣ ਸਕਦੀ ਹੈ ਜੋ ਸਿਨੇਮਾ ਨੂੰ ਦੁਬਾਰਾ ਚੇਂਜ ਲੈ ਕੇ ਆਊਗੀ, ਰੈਵੋਲਿਊਸ਼ਨ ਲੈ ਕੇ ਆਉਂਦੀ ਹੈ ਐਕਸ਼ਨ 'ਚ, ਮੈਂ ਲੱਗਦਾ ਇਹ ਫਿਲਮ ਉਹ ਬਣੂਗੀ। ਸੋ ਇਸ ਦਾ ਹਿੱਸਾ ਉਹ, ਤੁਸੀਂ ਐਕਸਪੀਰੀਅੰਸ ਸੈੱਟ ਦਾ ਕਿਵੇਂ ਸੀਗਾ? ਆਈ ਵਿਸ਼ ਕਿ ਜ਼ਿਆਦਾ ਕੰਮ ਹੋਤਾ ਤੋ ਜ਼ਿਆਦਾ ਟਾਈਮ ਮਿਲਤਾ ਸਪੈਂਡ ਕਰਨੇ ਕਾ, ਲੇਕਿਨ ਓਵਰਵੈਲਮਿੰਗ ਮਤਲਬ ਮੇਰੀ ਫੀਲਿੰਗ ਥੀ ਜਬ ਮੁਝੇ ਓਰੀ ਜੀ ਨੇ ਫੋਨ ਕੀਆ ਫੋਰ ਦਾ ਪਾਰਟ, ਐਂਡ ਇਟਸ ਗ੍ਰੇਟ ਕਿ ਇਤਨੀ ਅਮੇਜ਼ਿੰਗ ਟੀਮ ਹੈ, ਮੁਝੇ ਤੋ ਮੈਂ ਬੋਲ ਵੀ ਨਹੀਂ ਸਕਤੀ ਇਨਕੇ ਸਾਹਮਣੇ ਬਿਕੋਜ਼ ਦੇ ਆਰ ਆਲਸੋ ਸੀਨੀਅਰ, ਬਟ ਆਫਕੋਰਸ ਆਈ ਫੀਲ ਲੱਕੀ ਕਿ ਮੈਂ ਛੋਟੀ ਹੂੰ ਸਭ ਸੇ, ਐਂਡ ਆਈ ਗੈਟ ਟੂ ਲਰਨ ਅ ਲੋਟ ਫਰੋਮ ਦੈਮ, ਸੋ ਆਫਕੋਰਸ ਆਈ ਫੀਲ ਹੈਪੀ ਅਬਾਊਟ ਇਟ। ਸੰਦੀਪ ਬੰਸਲ ਜੀ, ਪੈਸਾ ਲਾਉਣ ਵੇਲੇ ਨਾ ਹੈ ਨਾ ਬਹੁਤ ਟੈਨਸ਼ਨ ਹੁੰਦੀ ਹੈ ਕਿ ਕਿਹੜਾ ਰਾਈਟ ਪ੍ਰੋਜੈਕਟ ਹੈ, ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਲੋਕ ਪ੍ਰੋਡਿਊਸਰ ਦੀ ਹੁੰਦੀ ਹੈ ਕਿਉਂਕਿ ਸਭ ਤੋਂ ਰਿਸਕ ਜ਼ਿਆਦਾ ਪ੍ਰੋਡਿਊਸਰ ਦਾ ਹੁੰਦਾ? ਪੈਸਾ ਹੈ ਹੀ ਬਹੁਤ ਹੈ, ਪਤਾ ਨਹੀਂ ਕਿੱਥੇ ਕਿੱਥੇ ਲਾਉਣੀ। ਨਹੀਂ, ਬਲੈਕੀਆ ਜਦ ਓਰੀ ਸਾਹਿਬ ਨੇ ਮੈਨੂੰ ਦੱਸਿਆ ਵੀ ਆਪਾਂ ਇਕੱਠੇ ਮਿਲ ਕੇ ਕਰਦੇ ਹਾਂ, ਤਾਂ ਬਲੈਕੀਆ ਵੈਸੇ ਪਹਿਲਾਂ ਬਲੈਕੀਆ 1 ਵੀ ਬਹੁਤ ਵੱਡਾ ਸੀਗਾ, ਅਤੇ ਦੇਵ ਦੇ ਅਸੀਂ ਫੈਨ ਹੈਗੇ ਹੀ ਹਾਂ, ਅਤੇ ਇਹ ਐਜ਼ ਪ੍ਰੋਡਿਊਸਰ ਨਹੀਂ, ਐਜ਼ ਫੈਨ ਨੇ ਪੈਸੇ ਲਾਏ। ਸੋ ਵਿਵੇਕ ਹੋਰੀ ਜੀ, ਤੁਸੀਂ ਵੀ ਪ੍ਰੋਡਿਊਸਰ ਦਾ ਉਹ ਪ੍ਰੋਡਿਊਸਰ, ਬਹੁਤ ਚੰਗੀਆਂ ਫਿਲਮਾਂ 'ਤੇ ਪੈਸਾ ਲਾਉਂਦੇ ਹੋ, ਇੱਕ ਬਹੁਤ ਜ਼ਰੂਰੀ ਚੀਜ਼ ਹੈ ਪ੍ਰੋਡਿਊਸਰ ਦਾ ਭਰੋਸਾ ਕਰਨਾ। ਭਾਈ ਸਭ ਭਾਈ, ਪਹਿਲੇ ਤਾਂ ਮੈਂ ਰੱਬ ਦਾ ਸ਼ੁਕਰ ਹੈ ਕਿ ਬਲੈਕ ਯਾਰ 2 ਵਰਗੀ ਫਿਲਮ ਰੱਬ ਨੇ ਬਖਸ਼ੀ ਕਿ ਬਣ ਪਾਈ ਹੈ, ਔਰ ਮੇਕਰ ਨੂੰ ਨਹੀਂ ਪਤਾ ਲੱਗਦਾ ਕਿ ਕਿੱਦਾਂ ਦੀ ਫਿਲਮ ਬਣਨੀ ਜਦੋਂ ਉਹ ਟੇਬਲ 'ਤੇ ਐਡਿਟ 'ਤੇ ਨਹੀਂ ਜਾਂਦੀ। ਅਤੇ ਦੇਵ ਖਰੋੜ ਪਿਛਲੇ 5-6 ਸਾਲਾਂ ਤੋਂ ਬਲੈਕ ਯਾਰ 1 ਤੋਂ ਜੁੜੇ ਹੈ, ਅਗਰ ਜੇ ਪਹਿਲੀ ਬਲੈਕ ਯਾਰ ਦੇਖੋ, ਦੇਵ ਖਰੋੜ ਇਨ ਐਸ ਬਲੈਕ ਯਾਰ, ਔਰ ਸਾਡੀ ਨਜ਼ਰਾਂ ਦੇ ਵਿੱਚ ਦੇਵ ਖਰੋੜ ਇੰਨਾ ਉੱਤੇ ਉੱਠ ਗਿਆ, ਤਾਂ ਅਸੀਂ ਉਹਦੇ ਉੱਤੇ ਹੁਣ ਇੱਕ ਹੈਟ, ਹੋਰ ਇੱਕ ਰਿਸਪੈਕਟ ਦੀ ਐਕਸ਼ਨ ਸਟਾਰ ਦੇਵ ਖਰੋੜ ਲਗਾਤਾਰ, ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਪੰਜਾਬ ਦੇ ਵਿੱਚ ਸਿਨੇਮਾ ਕਰਦਾ ਹੈਗਾ, ਔਰ ਜਿੰਨੀ ਇਨਵੋਲਵਮੈਂਟ ਦੇਵ ਖਰੋੜ ਫਿਲਮ ਦੇ ਵਿੱਚ ਕਰਦਾ ਹੈਗਾ, ਔਰ ਮੈਨੂੰ ਨਹੀਂ ਲੱਗਦਾ ਹੋਰ ਵੀ ਕੋਈ ਕਲਾਕਾਰ, ਕਿਉਂਕਿ 0 ਤੋਂ ਸਟਾਰਟ ਹੋਣਾ ਹਰ ਕਰੈਕਟਰ, ਇਹ ਕਰੈਕਟਰ ਇਸ ਕਰੈਕਟਰ ਨੂੰ ਜਾਊਗਾ, ਇਹ ਸਟੋਰੀ 'ਚ ਆਹ ਹੋਣਾ ਚਾਹੀਦਾ, ਬਹੁਤ ਸਾਰਾ ਮਤਲਬ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ। ਔਰ ਕੈਪਟਨ ਆਫ ਦਾ ਸ਼ਿਪ ਨਵਨੀਤ ਸਿੰਘ, ਉਹ ਵੀ ਇਸ ਫਿਲਮ ਨੂੰ ਲੈ ਕੇ ਜੀ ਰਹੇ ਹੈਗੇ, ਔਰ ਉਹਨਾਂ ਦੀ ਵੀ ਆਪਣੀ ਲਾਈਫ ਦੀ 1 ਆਫ ਦਾ ਬਿਗੈਸਟ ਫਿਲਮ ਹੈ, ਔਰ ਉਹਨਾਂ ਨੇ ਵੀ ਸਟੋਰੀ 'ਚ ਲੈ ਲਓ, ਮੇਕਿੰਗ 'ਤੇ ਲੈ ਲਓ, ਉਹਨਾਂ ਦੇ ਬ੍ਰਦਰ ਲੈ ਲਓ, ਉਹਨਾਂ ਦੇ ਪਾਪਾ ਲੈ ਲਓ ਹਰਮੀਤ ਜੀ, ਉਹਨਾਂ ਦੀ ਵੀ ਫੈਮਿਲੀ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੀ ਹੋਈ ਹੈ,
ਔਰ ਉਹਨਾਂ ਨੇ ਵੀ ਆਪਣਾ ਪੂਰਾ ਕੰਟਰੀਬਿਊਸ਼ਨ ਦਿੱਤਾ। ਔਰ ਸਭ ਤੋਂ ਇੰਪੋਰਟੈਂਟ ਬੰਸਲ ਸਾਹਿਬ, ਅਗਰ ਜੇ ਪਹਿਲੇ ਬਲੈਕੀਆ ਦੇਖੋ ਤਾਂ ਅਸੀਂ ਬਲੈਕੀਆ ਦੇ ਵਿੱਚ ਇੱਕ ਗੁਨਾਹ ਕੀਤਾ ਕਿ ਸਾਡੀ 26 ਅਪ੍ਰੈਲ ਨੂੰ ਆ ਰਹੀ ਸੀਗੀ ਅਤੇ ਇਹਨਾਂ ਦੀ 3 ਮਈ ਨੂੰ ਦਿਲ ਦੀਆਂ ਗੱਲਾਂ ਆ ਰਹੀ ਸੀਗੀ ਅਤੇ ਥੋੜ੍ਹੀ ਜਿਹੀ ਸਾਡੇ ਮਨ ਦੇ ਵਿੱਚ, ਇਹਨਾਂ ਦੇ ਮਨ 'ਚ, ਸਾਡੇ ਮਨ 'ਚ ਤਾਂ ਨਹੀਂ ਸੀਗੀ, ਸਾਡੀ ਮਜਬੂਰੀ ਬਣ ਗਈ ਸੀਗੀ ਤਾਂ ਸਾਨੂੰ ਕਰਨਾ ਪਿਆ 3 ਮਈ ਦੇ ਵਿੱਚ। ਔਰ ਅੱਜ ਉਹ ਹੀ ਅੱਜ ਬੰਸਲ ਸਾਹਿਬ ਮੇਰੇ 'ਤੇ ਭਰੋਸਾ ਕੀਤਾ, ਸਾਡੀ ਟੀਮ 'ਤੇ ਭਰੋਸਾ ਕੀਤਾ ਅਤੇ ਨਾਲ ਸਾਡੇ ਐਜ਼ ਏ ਬਾਂਹ ਬਣ ਕੇ ਇਸ ਫਿਲਮ ਨੂੰ ਸਪੋਰਟ ਕੀਤਾ ਫਾਈਨੈਂਸ਼ਲੀ ਵੀ। ਔਰ ਮੇਰੇ ਸਾਰੇ ਹੋਰ ਵੀ ਕੋ ਪ੍ਰੋਡਿਊਸਰ ਢਿੱਲੋਂ ਬ੍ਰਦਰਸ, ਮਹਿਰ ਢਿੱਲੋਂ ਔਰ ਰਮਨਦੀਪ ਢਿੱਲੋਂ, ਉਹਨਾਂ ਨੇ ਵੀ ਸਪੋਰਟ ਕੀਤੀ ਇਸ ਫਿਲਮ ਨੂੰ। ਔਰ ਸਾਰੇ ਕਲਾਕਾਰ ਤਾਂ ਆਪਣੇ ਆਪਣੇ ਕਰੈਕਟਰ ਦੇ ਵਿੱਚ ਇੰਨੇ ਬੇਖੂਬ ਲੱਗ ਰਹੇ ਆ ਫਿਲਮ ਦੇ ਵਿੱਚ, ਟ੍ਰੇਲਰ ਨੇ ਤੁਹਾਨੂੰ ਦਿਖਾਈ ਦਿੱਤਾ ਹੈ। ਔਰ ਹੁਣ ਤੁਹਾਡਾ ਸਭ ਦਾ ਸਪੋਰਟ ਚਾਹੀਦੀ ਹੈ, ਪਿਆਰ ਚਾਹੀਦਾ ਹੈ ਕਿ ਇਸ ਫਿਲਮ ਨੂੰ ਜੋ ਮੈਕਸੀਮਮ ਜੋ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਉਹੀ ਲਿਖੋ। ਔਰ ਮੈਨੂੰ ਲੱਗਦਾ ਕਿ ਅਸੀਂ ਮਿਹਨਤ ਬਹੁਤ ਕੀਤੀ ਔਰ ਰਿਵਾਰਡ ਸਾਨੂੰ ਮਿਲੂਗਾ ਇਸ। ਹਾਂਜੀ, ਸਾਰਿਆਂ ਨੂੰ ਜਦੋਂ ਐਕਟਰ ਸ਼ੁਰੂ ਕਰਦਾ ਤਾਂ ਡੈਫੀਨੇਟਲੀ ਉਹਦੀ ਰੇਸ ਹੁੰਦੀ ਹੈ ਵੀ ਉਹ ਏ ਗ੍ਰੇਡ ਦੀਆਂ ਫਿਲਮਾਂ ਕਰੇ, ਏ ਕਲਾਸ ਕੰਮ ਕਰੇ, ਤਾਂ ਉਹਦੇ ਲਈ ਮਤਲਬ ਹੌਲੀ ਹੌਲੀ ਮਿਹਨਤ ਕਰਦਾ ਬੰਦਾ ਪਹੁੰਚਦਾ ਗਾ। ਇਸ ਤੋਂ ਪਹਿਲਾਂ ਮੈਂ ਦੇਵ ਬਾਈ ਨਾਲ ਡਾਕੂਆਂ ਦਾ ਮੁੰਡਾ 2 ਕੀਤੀ ਸੀਗੀ, ਉਹਦੇ 'ਚ ਵੀ ਬਹੁਤ ਐਕਸ਼ਨ ਸੀਗਾ, ਤਾਂ ਐਕਸ਼ਨ ਮੇਰਾ ਫੇਵਰੇਟ ਜਨਰ ਆ, ਬਾਈ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਸੀ। ਜਦੋਂ ਓਰੀ ਸਾਹਿਬ ਦਾ ਇਹ ਫਿਲਮ ਲਈ ਫੋਨ ਆਇਆ ਸੀ ਤਾਂ ਮੈਨੂੰ ਪਤਾ ਲੱਗਿਆ ਵੀ ਬਾਈ ਅਰਕੇ ਆਪ ਹੀ ਕਰ ਰਹੇ ਆ, ਸਾਰਾ ਇੰਨੇ ਚਿਰ ਤੋਂ ਜੁੜੇ ਹੋਏ ਆ, ਤਾਂ ਟਾਈਮ ਸੀਗਾ, ਤਾਂ ਕਰਕੇ ਬਾਈ ਅਰਕੇ ਨੇ, ਦੇਵ ਬਾਈ ਅਰਕੇ ਨੇ ਚੁਣ ਚੁਣ ਕੇ ਐਕਟਰ ਚੱਕੇ ਹੋਏ ਸੀ। ਅਤੇ ਜਦੋਂ ਸਾਹਮਣੇ ਦੇਵ ਬਾਈ, ਸੈਮੂਅਲ ਭਾਅ ਜੀ, ਪਰਮਵੀਰ, ਲੱਕੀ, ਸਾਰੇ ਐਡੇ ਐਡੇ ਐਕਟਰ ਹੋਣ, ਤਾਂ ਥੋੜ੍ਹੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੁਹਾਡੀ ਕਿ ਤੁਸੀਂ ਵੀ ਉਹਨਾਂ ਨਾਲ ਮੈਚ ਕਰੋ ਕੰਮ ਦੇ ਵਿੱਚ। ਤਾਂ ਪਰ ਬਾਈ ਅਰਕੇ ਦੀ ਬਹੁਤ ਸਪੋਰਟ ਸੀਗੀ, ਬਹੁਤ ਮਤਲਬ ਗੱਲ ਕਰਦੇ ਸੀ ਕਿਉਂਕਿ ਫਿਲਮ ਇਹਨਾਂ ਦੀ ਆਪ ਦੀ ਕਹਾਣੀ ਲਿਖੀ ਹੋਈ ਸੀ, ਤਾਂ ਇੰਨਾ ਔਖਾ ਨਹੀਂ ਸੀਗਾ ਕੰਮ ਕਰਨਾ, ਪਰ ਫਿਰ ਵੀ ਆਪਦੀ ਗੱਟ ਫੀਲਿੰਗ ਨਾ ਕੀਤਾ ਮਤਲਬ ਜਿੰਨਾ ਕਰ ਸਕਦੀ ਸੀ। ਥੈਂਕ ਯੂ ਲੱਕੀ ਧਾਲੀਵਾਲ ਬਾਈ। ਜਿਵੇਂ ਆਉਂਦੇ ਬਿੰਨੂ ਢਿੱਲੋਂ ਬਾਈ ਨੇ ਤਾਰੀਫ ਹਮੇਸ਼ਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਉਹ ਕੋਚ ਨਹੀਂ ਇਹੋ ਜਿਹੇ ਹੋਵੇ ਉਹਨਾਂ ਦੇ, ਅਤੇ ਬਾਕੀ ਬਾਈ ਨਾਲ ਬਹੁਤ ਸਪੋਰਟ ਆ, ਬਾਈਆਂ ਦੀ ਹਿੱਸਾ ਹੋਣੀ ਬਹੁਤ ਵੱਡੀ ਗੱਲ ਹੈ ਜੀ। ਸੋ ਬਾਈ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਜਦੋਂ ਮੈਂ ਕਰੈਕਟਰ ਸੁਣਿਆ ਸੀਗਾ ਅਤੇ ਇਹ ਲੱਗਿਆ ਸੀ ਵੀ ਡਿਫਰੈਂਟ ਜਿਹਾ ਕਰੈਕਟਰ ਮੈਂ ਕਿਵੇਂ ਕਰੂੰਗਾ ਹੈ ਨਾ, ਅਤੇ ਬਾਈ ਨੇ ਮੈਨੂੰ ਕੋਲ ਬੁਲਾ ਕੇ ਕਿਹਾ ਵੀ ਲੱਗੀ ਉੱਦਾਂ ਨਹੀਂ, ਇੱਦਾਂ ਕਰਕੇ ਦੇਖ ਜੀ। ਸ਼ਕਤੀ ਕਪੂਰ ਦਾ ਜੀ, ਹਾਂ ਉਹ 'ਚ ਫਿਲਮ ਸੀਗਾ ਬਾਈ, ਖੱਟਾ ਮਿੱਠਾ ਜਿਹਾ ਨੈਗੇਟਿਵ ਕਰੈਕਟਰ ਹੈ ਜੀ, ਅਤੇ ਇਹ ਥੋੜ੍ਹਾ ਜਿਹਾ ਕਰਨ 'ਚ ਵੀ ਬੜਾ ਵਧੀਆ ਲੱਗਿਆ ਜੀ। ਸੋ ਬਾਕੀ ਤੁਸੀਂ ਮੂਵੀ 'ਚ ਦੇਖਿਓ ਅਤੇ ਸਪੋਰਟ ਕਰਿਓ ਨਾ ਜੀ, ਥੈਂਕ ਯੂ। ਪਹਿਲੇ ਸਾਡਾ ਸ਼ਰੀਕ ਬਲੈਕ ਓਵਨ ਵੀ ਕੀਤੀ, ਗੁਰਪ੍ਰੀਤ ਸਹਿਜ ਜੀ, ਨਵਨੀਤ ਸਿੰਘ, ਨੰਨੂ ਜੀ, ਹਰਮੀਤ ਜੀ, ਇਹ ਡੀ ਓ ਪੀ ਵਾਲਾ ਭਾਗ ਸੰਭਾਲੇ ਸੀ, ਐਕਸ਼ਨ ਡਾਇਰੈਕਟਰ ਕੇ ਗਣੇਸ਼, ਸਾਰੇ ਮਤਲਬ ਇੱਥੇ ਨਹੀਂ ਹੈਗੇ, ਬਟ ਇਹ ਬਲੈਕੀਆ ਕੰਪਲੀਟ ਜੇ ਬਣੀ ਹੈ। ਫਾਈਨੈਂਸ ਤਾਂ ਚਲੋ ਸਾਡਾ ਹੈਗਾ ਲੱਗਾ, ਮੇਰੀ ਫੈਮਿਲੀ, ਮੇਰੀ ਵਾਈਫ ਮੋਨਾ, ਸੰਚੇਤ ਬੇਟਾ, ਸਾਰਿਆਂ ਦੀ ਕੰਟਰੀਬਿਊਸ਼ਨ ਇਸ ਫਿਲਮ ਨੂੰ ਬਹੁਤ ਹੈ। ਸਾਰੇ ਸਹਿ ਕਲਾਕਾਰ, ਚਾਹੇ ਲੱਕੀ ਹੋਵੇ, ਚਾਹੇ ਚਿੰਦਰ ਸਾਹਿਬ ਹੋਣ, ਚਾਹੇ ਸੁੱਕੀ ਚਾਲ ਜੀ ਅੱਜ ਨਹੀਂ ਹੈਗੇ, ਚਾਹੇ ਸੈਮੂਅਲ ਭਾਅ ਜੀ ਲੈ ਲਓ, ਅਤੇ ਚਾਹੇ ਪਰਮਵੀਰ ਹੁਣੀ ਲੈ ਲਓ, ਜਾਂ ਜੱਗੀ ਜੀ ਲੈ ਲਓ, ਸਾਰੇ ਮਤਲਬ ਕਲਾਕਾਰਾਂ ਦੇ ਕਰਕੇ ਹੀ ਇਹ ਫਿਲਮ ਇਸ ਮੁਕਾਮ 'ਤੇ ਪਹੁੰਚੀ ਹੈ। ਔਰ ਮੇਰੇ ਹਿਸਾਬ ਨਾਲ ਦੇਵ ਬਾਈ ਦੀ ਅੱਜ ਫਲਾਈਟ ਹੈਗੀ ਹੈ ਅਤੇ ਇਹਨਾਂ ਨੇ ਥੋੜ੍ਹਾ ਕਾਹਲੀ ਪੈਣੀ ਹੈਗੀ, ਅਤੇ ਮੇਰੇ ਹਿਸਾਬ ਨਾਲ ਜਿਹਨਾਂ ਨੇ ਵੀ ਤੁਸੀਂ
ਬਾਈਟਸ ਵਗੈਰਾ ਇੰਡੀਵਿਜੂਅਲੀ ਕਰਨੀ। ਸੀਸੀਐਲ ਦਾ ਮੈਚ ਜਾ ਖੇਡਣ ਜਾਣਾ ਜੀ ਉੱਥੇ ਦੁਬਈ। ਆ ਇੱਧਰ ਹੁਣ ਸਹਿਮਲ ਭਾਜੀ, ਸਹਿਮਲ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੇ। ਮੇਰਾ ਨਾ ਜ਼ਿਆਦਾ ਕੁਛ ਰੁਝਾਨ ਥੀਏਟਰ ਵੱਲ ਹੀ ਰਿਹਾ ਅਤੇ ਜਦੋਂ ਮੈਨੂੰ ਫਿਲਮ ਮਿਲੀ ਮੈਂ ਕਲਕੱਤੇ ਥੀਏਟਰ ਦੇਖ ਰਿਹਾ ਸੀ। ਮੈਨੂੰ ਉੱਥੋਂ ਦਾ ਥੀਏਟਰ ਬੜਾ ਚੰਗਾ ਲੱਗਦਾ, ਲਗਾਤਾਰ ਸਾਲ ਕੁ ਤੋਂ ਮੈਂ ਉੱਥੇ ਸੀ। ਪਰ ਜਦੋਂ ਫਿਲਮ ਬਾਰੇ ਗੱਲਬਾਤ ਚੱਲੀ ਤਾਂ ਗੁਗਨੂ ਹੋਰਾਂ ਨੇ ਮੈਨੂੰ ਸਕ੍ਰਿਪਟ ਬਾਰੇ ਦੱਸਿਆ ਸੀਗਾ ਅਤੇ ਮੈਨੂੰ ਇਹਦੇ ਕਰੈਕਟਰ ਦੇ ਵਿੱਚ ਜੋ ਸਾਡੇ ਮਨ ਦੇ ਵਿੱਚ ਨਾ ਤੈਹਾਂ, ਹਰ ਮਨੁੱਖ ਦੇ ਅੰਦਰ ਬਹੁਤ ਤੈਹਾਂ ਆਉਂਦੀਆਂ, ਕਈ ਵਾਰੀ ਉਹ ਇੱਕ ਅੱਧੀ ਤੈਅ ਹੀ ਸਾਹਮਣੇ ਆਉਂਦੀ ਆਮ ਜ਼ਿੰਦਗੀ 'ਚ ਵੀ, ਅਤੇ ਇਹੋ ਜਿਹਾ ਕੁਝ ਕਈ ਵਾਰੀ ਅਸੀਂ ਜਦੋਂ ਜ਼ਿੰਦਗੀ 'ਚ ਵਾਪਰਦਾ ਜਿਹਨੂੰ ਟਰੂ ਲਵ ਕਹਿ ਦਿੰਦੇ ਆ ਉਹ ਹੋ ਜਾਂਦਾ, ਉਦੋਂ ਬਾਅਦ ਵਿਆਹ ਵੀ ਹੋ ਜਾਂਦਾ, ਉਦੋਂ ਬਾਅਦ ਅਗਲੀ ਤੈਅ ਸਾਹਮਣੇ ਆ ਜਾਂਦੀ, ਫਿਰ ਪ੍ਰੋਬਲਮ ਆ ਜਾਂਦੀ ਆ। ਇਹ ਹਾਂ ਮਨੁੱਖ ਆ ਆਪਾਂ ਤਾਂ ਇਹ ਗੱਲ ਕਰ ਰਹੇ ਨਾ, ਸੋ ਮਨੁੱਖੀ ਤੈਹਾਂ ਨੇ। ਸੋ ਮੇਰੇ ਮੈਨੂੰ ਜਿਹੜਾ ਕਰੈਕਟਰ ਮਿਲਿਆ, ਮੈਨੂੰ ਸਭ ਤੋਂ ਵਧੀਆ ਗੱਲ ਤਾਂ ਇਹ ਬੜੀ ਅੱਛੀ ਲੱਗ ਰਹੀ ਹੈ ਕਿ ਦੇਵ ਸਟਰੀਟ ਪਲੇ ਕਰਦਾ ਹੁੰਦਾ ਸੀ। ਮੈਨੂੰ ਮੱਕੜ ਸਾਹਿਬ ਨੇ ਇੰਟਰਵਿਊ ਦੇ ਵਿੱਚ ਪੁੱਛ ਲਿਆ ਕਿ ਥੀਏਟਰ ਦਾ ਕੋਈ ਹੀਰੋ ਨਹੀਂ, ਮੈਨੂੰ ਸੋਚਣ ਦੀ ਲੋੜ ਨਹੀਂ ਪਈ ਤਾਂ ਮੈਂ ਦੇਵ ਦਾ ਨਾਂ ਲੈ ਤਾ ਕਿ ਕੈਸਾ ਕਲਾਕਾਰ ਕਿ ਜਿਹੜਾ ਇੱਕ ਸਟਰੀਟ ਦੇ ਵਿੱਚ ਵੀ ਸੀ ਔਰ ਉਸ ਤੋਂ ਬਾਅਦ ਸਿਨੇਮੇ ਦੇ ਵਿੱਚ, ਪੰਜਾਬੀ ਸਿਨੇਮੇ ਦੇ ਵਿੱਚ ਹਾਈਟ 'ਤੇ ਹੈ, ਔਰ ਮੈਨੂੰ ਜਿਹੜਾ ਮੇਰੇ ਲਈ ਹਮੇਸ਼ਾ ਸ਼ਰਾਰਤੀ ਰਿਹਾ ਅਤੇ ਆਈ ਅਸੀਂ ਹਾਲ 'ਚ ਬੈਠੇ ਗੱਲਾਂ ਕਰਦੇ ਹੁੰਦੇ ਸੀ ਐਕਟਿੰਗ ਬਾਰੇ, ਅਤੇ ਇਹ ਬਹੁਤਾ ਕੋਈ ਸੀਰੀਅਸਲੀ ਲੈਂਦਾ ਨਹੀਂ ਸੀ, ਕਿਸੇ ਹੋਰ ਕੰਮ ਨੂੰ ਸੀਰੀਅਸਲੀ ਲੈਂਦਾ ਸੀ, ਤੁਰਨਾ ਫਿਰਨਾ ਯੂਨੀਵਰਸਿਟੀ ਦਾ ਮਾਹੌਲ ਉਹ ਹੁੰਦਾ ਹੈ ਨਾ, ਸੋ ਉਹ ਹੁੰਦਾ ਯਾਰ। ਹਾਂ ਨਹੀਂ ਉਹ ਸਿੱਧਾ ਸਿੱਧਾ ਤਾਂ ਨਹੀਂ, ਬਾਕੀ ਕਲਾਕਾਰ ਨੇ ਨਾ ਇਸ਼ਾਰੇ ਜੇ ਕਰਨੇ ਹੁੰਦੇ ਬਸ। ਸੋ ਇਹਨਾਂ ਲੋਕਾਂ ਨੇ ਆ ਕੇ ਇੰਡਸਟਰੀ ਨੂੰ ਇਸ ਲੈਵਲ 'ਤੇ ਲੈ ਕੇ ਗਏ। ਇੰਡਸਟਰੀ ਨਾ ਇਕੱਲੇ ਕਿਸੇ, ਚਾਹੇ ਮੈਂ ਇਹਨਾਂ ਦੇ ਨਾਮ ਬੋਲ ਰਿਹਾ, ਉਹਦੇ ਨਾਲ ਪੂਰੀ ਟੀਮ, ਪੈਸੇ ਲਾਉਣ ਵਾਲੇ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਰਾਈਟਰ ਤੋਂ ਲੈ ਕੇ, ਔਰ ਮੇਰੇ ਲਈ ਜਿਹੜੇ ਮਹੱਤਵਪੂਰਨ ਹੁੰਦਾ ਜਦੋਂ ਹੇਠਲਾ ਵਰਕਰ ਹੁੰਦਾ ਉਹਨੂੰ ਵੀ ਰੋਟੀ ਨਸੀਬ ਹੁੰਦੀ ਹੈ, ਤਾਂ ਉਹ ਯਾਰ ਬਹੁਤ ਇਹ ਸੱਚਮੁੱਚ ਤੁਸੀਂ ਮੀਡੀਆ ਵਾਲੇ ਬੜੇ ਸੈਂਸਿਟਿਵ, ਕਿਉਂਕਿ ਤੁਹਾਡਾ ਸੈਂਸਿਟੀਵਿਟੀ ਨਾਲ ਸੰਬੰਧ ਹੈ। ਜਦੋਂ ਵੀ ਤੁਹਾਡੀ ਸੈਂਸਿਟੀਵਿਟੀ ਮੀਡੀਆ ਦੀ ਵੀ ਖਤਮ ਹੋਏਗੀ ਨਾ, ਸਮਾਜ 'ਚ ਉਤਲ ਪੁਥਲ ਹੋ ਜਾਂਦੀ ਹੈ। ਸੋ ਹਰ ਮਨੁੱਖ ਲਈ ਕਿ ਅਸੀਂ ਦੂਸਰੇ ਦਾ ਦੁੱਖ ਦਰਦ ਮਹਿਸੂਸ ਕਰੀਏ, ਐਸਾ ਕੁਝ ਹੋ ਸਕੇ, ਅਤੇ ਸਿਨੇਮਾ ਜਿਹਦੇ ਵਿੱਚ ਹੁਣ ਚਲੋ ਫਿਰ ਕਦੇ ਲੰਬੀ ਗੱਲਬਾਤ ਕਰਾਂਗੇ ਜੇ ਕਦੇ ਮੌਕਾ ਮਿਲਿਆ, ਮੈਂ ਹੁਣ ਲਗਾਤਾਰ ਸਿਨੇਮੇ 'ਚ ਹੀ ਹਾਂ। ਸੋ ਮੈਨੂੰ ਦੇਵ ਨਾਲ, ਦੇਵ ਤੋਂ ਮੈਂ ਗੱਲਾਂ ਕੁਛ, ਕਿਉਂਕਿ ਮੈਂ ਜਦੋਂ ਇਨਵੋਲਵ ਹੁੰਦਾ ਨਾ ਕੈਮਰਾ ਭੁੱਲ ਜਾਂਦਾ, ਇਹ ਚੰਗੀ ਗੱਲ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਹੁੰਦੀ, ਕਿਉਂਕਿ ਟੈਕਨੀਕਲੀ ਧਿਆਨ ਰੱਖਣਾ ਹੁੰਦਾ, ਅਤੇ ਦੇਵ ਨੇ ਮੈਨੂੰ ਖਾਸੀ ਮਦਦ ਕੀਤੀ ਟੈਕਨੀਕਲੀ ਕਿ ਕੈਮਰਾ ਹੈ ਭਾਜੀ ਥੋੜ੍ਹਾ ਜਿਹਾ ਹੈ ਕਿ ਉਹ ਵੀ ਇਸ ਪਾਸਿਓਂ ਆਪਾਂ ਆਉਣਾ, ਇੰਨਾ ਕੁ ਤਾਂ ਇੱਥੋਂ ਕੁ ਤੱਕ ਖੇਡਣਾ ਹੈ। ਸੋ ਫਿਲਮ ਦੇ ਵਿੱਚ ਉਹ ਜਿਹੜੇ ਰੰਗ ਹੈ ਮੈਂ ਇਹਨਾਂ ਦੇ ਨਾਲ ਸਹਿਯੋਗ ਕੀਤਾ ਹੈ, ਇਹਨਾਂ ਦਾ ਮੈਂ ਦੋਸਤ ਵੀ ਹੈ ਅਤੇ ਮੈਂ ਪੰਜਾਬੀ ਸਪੋਰਟਿੰਗ ਕਰੈਕਟਰ ਹੈ, ਉਹ ਮੇਰਾ ਥੋੜ੍ਹਾ ਜਿਹਾ ਉਹ ਤੁਸੀਂ ਫਿਲਮ 'ਚ ਦੇਖਿਓ, ਫਿਰ ਸ਼ਾਇਦ ਆਪਾਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਕਰਦੇ ਰਹਾਂਗੇ, ਅਤੇ ਕੋਈ ਵੀ ਵਿਅਕਤੀ ਮੇਰਾ ਕਿਤੋਂ ਵੀ ਨੰਬਰ ਲੈ ਕੇ ਕਦੋਂ ਵੀ ਕੋਈ ਵੀ ਗੱਲ ਕਰ ਸਕਦਾ, ਬੈਠ ਕੇ ਚਾਹ ਪਾਣੀ ਪੀ ਸਕਦੇ ਹਾਂ, ਫਿਲਮ ਦੀਆਂ ਨਹੀਂ ਨਾਲ ਨਾਲ ਜ਼ਿੰਦਗੀ ਦੀਆਂ ਵੀ, ਕਿਉਂਕਿ ਹਰ ਮਨੁੱਖ ਦੇ ਆਪਣੇ ਦੁੱਖ ਦਰਦ ਹੁੰਦੇ ਅਤੇ ਜਦੋਂ ਤੱਕ ਉਹ ਸਾਂਝੇ ਨਹੀਂ ਕਰੂਗਾ ਇੱਕ ਮਨੁੱਖ ਦੂਜੇ ਨਾਲ ਤਾਂ ਉਹਨਾਂ ਦੇ ਅੰਦਰ ਤਬਦੀਲੀ ਨਹੀਂ ਆਉਂਦੀ। ਥੈਂਕ ਯੂ ਵੈਰੀ ਮੱਚ, ਬਹੁਤ ਮਿਹਰਬਾਨ। ਪਰਮਵੀਰ ਭਾਅ ਜੀ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ ਕਹਿੰਦੇ ਨੇ ਜਦੋਂ ਇੰਜਨ ਪਾਵਰਫੁੱਲ ਹੋਵੇ ਨਾ ਤਾਂ ਪਿੱਛੇ ਡੱਬੇ ਜੋੜੀ ਜਾਂਦੇ, ਸੋ ਸਾਡਾ ਇੰਜਨ ਦੇਵ ਬਾਈ ਆਲਵੇਜ਼ ਘੈਂਟ ਸੀ, ਘੈਂਟ ਹੈ, ਪਰਦੇ ਦੇ ਪਿੱਛੇ ਵੀ ਘੈਂਟ ਹੈ ਅਤੇ ਪਰਦੇ ਦੇ ਅੱਗੇ ਵੀ ਘੈਂਟ। ਸੋ ਇਹਨਾਂ ਨੇ ਪੂਰੀ ਮਿਹਨਤ ਕੀਤੀ, ਜਦੋਂ ਇਹਨਾਂ ਦੀ ਮਿਹਨਤ ਅਸੀਂ ਦੇਖਦੇ ਸੀ ਕਿ ਦੇਵ ਬਾਈ ਲੱਗਿਆ ਹੋਇਆ ਹਰ ਚੀਜ਼ ਨੂੰ ਦੇਖ ਰਿਹਾ, ਅਤੇ ਸਾਨੂੰ ਵੀ ਸਾਡੀ ਵੀ ਡਿਊਟੀ ਬਣ ਜਾਂਦੀ ਕਿ ਅਸੀਂ ਵੀ ਉਨੀ ਮਿਹਨਤ ਕਰੀਏ। ਅਤੇ ਜਦੋਂ ਮੈਨੂੰ ਇਹ ਰੋਲ ਪਤਾ ਲੱਗਿਆ ਅਤੇ ਮੈਨੂੰ ਇਹ ਲੱਗਿਆ ਕਿ ਯਾਰ ਮੈਂ ਸ਼ਾਇਦ ਉਸ ਰੋਲ ਵਾਸਤੇ ਫਿੱਟ ਨਹੀਂ ਹੈਗਾ, ਓਨੈਸਟਲੀ ਮੈਂ ਦੱਸਾਂ, ਕਿਉਂਕਿ ਮੇਰਾ ਜਿਹੜਾ ਸੁਭਾਅ ਹੈਗਾ ਮੈਂ ਥੋੜ੍ਹਾ ਜਿਹਾ ਭਾਜੀ ਮੈਨੂੰ ਭਾਜੀ ਤੁਹਾਡੇ ਵਾਂਗੂ ਮੈਂ ਵੀ ਯੂਨੀਵਰਸਿਟੀ 'ਚ ਕਾਫੀ ਘੁੰਮਦਾ ਰਹਿੰਦਾ। ਸੋ ਲੇਕਿਨ ਉਹ ਕਿਰਦਾਰ ਇੱਕ ਡਿਫਰੈਂਟ ਜਿਹਾ ਸੀ ਅਤੇ ਅੱਛਾ ਲੱਗਿਆ ਕਰਕੇ। ਔਰ ਥੈਂਕਸ ਮੈਨੂੰ ਭਾਜੀ, ਜਦੋਂ ਤੁਹਾਡੇ ਵਰਗੇ ਅੱਛੇ ਐਕਟਰਸ ਔਰ ਸਰਾਹਨ ਦਿੰਦੇ ਕਿ ਯਾਰ ਤੁਸੀਂ ਅੱਛੇ ਲੱਗੇ ਹੋ ਜਾਂ ਮੈਂ ਪਰਮ ਨਹੀਂ ਲੱਗਿਆ ਉਹਦੇ ਵਿੱਚ, ਜੋ ਦੌਲਤਾ ਜੋ ਕਰੈਕਟਰ ਹੈਗਾ ਉਹ ਲੱਗ ਰਿਹਾ, ਸੋ ਬੜਾ ਮਾਣ ਮਹਿਸੂਸ ਹੁੰਦਾ ਔਰ ਜ਼ਿੰਮੇਵਾਰੀ ਇੱਕ ਹੋਰ ਵੱਧ ਜਾਂਦੀ ਹੈ ਕਿ ਕੱਲ੍ਹ ਨੂੰ ਕੋਈ ਹੋਰ ਅਗਰ ਮੈਨੂੰ ਕੋਈ ਕਰੈਕਟਰ ਮਿਲਦਾ ਹੈ ਜਾਂ ਕੋਈ ਹੋਰ ਰੋਲ ਮਿਲਦਾ ਤਾਂ ਮੈਂ ਉਹਦੇ ਵਾਸਤੇ ਓਨਾ ਹੀ ਖਰਾ ਉਤਰਾਂ, ਪਰਮ ਨਾ ਲੱਗਾਂ ਕਿ ਉਹ ਕਰੈਕਟਰ ਲੱਗਾਂ। ਸੋ ਬਾਕੀ ਇੰਟਾਇਰ ਟੀਮ, ਥੈਂਕਸ ਟੂ ਹਰੀ ਸਾਹਿਬ ਆਪਣਾ ਪ੍ਰੋਡਿਊਸਰ ਬਾਂਸਾ ਸਾਹਿਬ ਐਂਡ ਰਾਜ ਚੇਂਜਰ ਮੇਰਾ ਛੋਟਾ ਵੀਰ ਆਲਵੇਜ਼, ਐਂਡ ਲੱਕੀ ਐਂਡ ਰਿਸ਼ੀ ਜੀ, ਕੀਪ ਸਮਾਈਲਿੰਗ ਆਲਵੇਜ਼, ਯੂ ਲੁਕਿੰਗ ਵੈਰੀ ਪ੍ਰੀਟੀ ਇਨ ਦੈਟ, ਐਂਡ ਥੈਂਕ ਯੂ ਬਿੰਨੂ ਭਾਅ ਜੀ, ਥੈਂਕ ਯੂ ਦੇਵ ਬਾਈ ਜੀ, ਥੈਂਕ ਯੂ ਸਿਮਲ ਬਾਈ ਜੀ। ਤੁਹਾਡੀਆਂ ਸਿਆਣੀਆਂ ਬਣੀਆਂ ਗੱਲਾਂ ਸੁਣ ਕੇ ਮੈਨੂੰ ਵੀ ਇਹ ਲੱਗ ਰਿਹਾ ਸੀ ਕਿ ਮੈਂ ਕੁਛ ਇਸ ਤਰ੍ਹਾਂ ਦਾ ਬੋਲਾਂ ਪਰ ਮੇਰੇ ਤੋਂ ਇਸ ਤਰ੍ਹਾਂ ਦੀ ਸਿਆਣੀ ਬਿਆਣੀ ਗੱਲ ਹੋਣੀ ਨਹੀਂ। ਸੋ ਥੈਂਕ ਯੂ ਇੰਟਾਇਰ ਟੀਮ ਐਂਡ ਸਾਡੇ ਡਾਇਰੈਕਟਰ ਮਿਸਟਰ ਨਵਨੀਤ ਸਿੰਘ, ਉਹ ਉੱਥੇ ਲੱਗੇ ਹੋਏ, ਉਹਨਾਂ ਦੀ ਜਦੋ ਜਹਿਦ ਚੱਲ ਰਹੀ ਹੈ ਸੋ ਇਸ ਫਿਲਮ ਪਿੱਛੇ, ਔਰ ਥੈਂਕਸ ਟੂ ਇੰਟਾਇਰ ਪ੍ਰੈਸ, ਸਾਡੀ ਫਿਲਮ ਤੁਸੀਂ ਟ੍ਰੇਲਰ ਦੇਖ ਹੀ ਲਿੱਤਾ ਔਰ ਉਮੀਦ ਕਰਦਾ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਇਆ ਹੋਣਾ। ਪਰ ਸਾਡੀ ਗੱਲ ਜਿੰਨੀ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਫਿਲਮ ਜ਼ਰੀਏ, ਇਮੋਸ਼ਨਸ ਹੈ, ਜਿਵੇਂ ਦੇਵ ਬਾਈ ਹੋਰਾਂ ਨੇ ਕਿਹਾ ਸੀ ਕਿ ਇਕੱਲਾ ਐਕਸ਼ਨ ਨਹੀਂ ਹੈ, ਇਮੋਸ਼ਨਸ ਹੈ ਔਰ ਡਰਾਮਾ ਹੈ, ਟ੍ਰੈਜਡੀ ਹੈ, ਐਵਰੀਥਿੰਗ ਜੋ ਵੀ ਹੈ ਇਹਦੇ ਵਿੱਚ, ਅਗਰ ਕੌਮੇਡੀ ਵੀ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਪਰਫੈਕਟ ਨੇ ਆਪਣੇ ਹਿਸਾਬ ਨਾਲ। ਸੋ ਸਾਰਿਆਂ ਨੂੰ ਦਰਖਾਸਤ ਹੈ ਕਿ ਇਹ ਫਿਲਮ ਤੁਸੀਂ ਜ਼ਰੂਰ ਦੇਖਿਓ ਔਰ ਬਾਕੀ ਮੀਡੀਆ ਤੁਸੀਂ ਦੇਖ ਕੇ ਇਹਨਾਂ ਨੂੰ ਪਲੀਜ਼ ਜ਼ਰੂਰ ਆਪਣੇ ਆਪ 'ਚ ਲਿਖਿਓ ਜਾਂ ਜਿੱਥੇ ਵੀ ਤੁਸੀਂ ਸ਼ੇਅਰ ਕਰਦੇ ਹੋ ਕਿ ਇਹ ਸਾਡੀ ਫਿਲਮ ਨੂੰ ਬਾਕਮਾਲ ਦੇਖਣ ਔਰ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਇੱਕ ਸਾਰੀ ਫਿਰ ਖੁਸ਼ੀਆਂ ਆ ਜਾਣ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਟਾਟ ਜੱਗੀ। ਤੋਂ ਦੋ ਗੱਲਾਂ ਹੀ ਕਹਿਣਾ ਚਾਹੂੰਗਾ, ਟਾਈਮ ਪਹਿਲਾਂ ਹੀ ਉਹਰੀ ਸਾਹਿਬ ਨੇ ਕਿਹਾ ਘੱਟ ਹੈ, ਅਤੇ ਚਾਹੇ ਕੋਈ ਵੀ ਆਰਟਿਸਟ ਹੈ, ਚਾਹੇ ਥੀਏਟਰ ਤੋਂ ਹੈ, ਚਾਹੇ ਕਿਸੇ ਵੀ ਫੀਲਡ ਤੋਂ, ਜਦੋਂ ਇਸ ਲਾਈਨ ਦੇ ਵਿੱਚ ਆਉਂਦਾ ਤਾਂ ਉਹਦਾ ਇੱਕ ਸੁਪਨਾ ਹੁੰਦਾ ਕਿ ਉਹ ਇੱਕ ਵਧੀਆ ਪ੍ਰੋਜੈਕਟ ਨਾਲ ਜੁੜ ਸਕੇ, ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਕਿ ਮੈਂ ਆਪਣੇ ਆਪ ਨੂੰ ਸਾਬਿਤ ਕਰਨਾ, ਅਤੇ ਮੈਨੂੰ ਮੌਕਾ ਮਿਲਿਆ ਇਸ ਫਿਲਮ ਰਾਹੀਂ, ਅਤੇ ਦੇਵ ਬਾਈ ਦਾ, ਉਰੀ ਸਾਹਿਬ ਦਾ, ਨਵਨੀਤ ਭਾਅ ਜੀ ਦਾ, ਸਾਰੀ ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਾਇਆ। ਅਤੇ ਤੁਸੀਂ ਹੋਰ ਵੀ ਲੱਕੀ ਹੋ ਜਾਂਦੇ ਹੋ ਜਦੋਂ ਤੁਸੀਂ ਉਹਨਾਂ ਕਲਾਕਾਰਾਂ ਨਾਲ ਕੰਮ ਕਰਦੇ ਹੋ ਜਿਨ੍ਹਾਂ ਨੂੰ ਦੇਖ ਦੇਖ ਕੇ ਤੁਸੀਂ ਸਿੱਖੇ ਹੁੰਦੇ ਹੋ, ਕਿਉਂਕਿ ਮੈਂ ਧੂਰੀ ਤੋਂ ਹਾਂ, ਬੀਨੂ ਬਾਈ ਧੂਰੀ ਤੋਂ ਨੇ, ਅਸੀਂ ਉਹਨਾਂ ਪਰਿਵਾਰਾਂ ਤੋਂ ਆਉਂਦੇ ਹਾਂ ਜਿੱਥੋਂ ਸਾਨੂੰ ਕੋਈ ਬਹੁਤੀ ਗਾਈਡੈਂਸ ਨਹੀਂ ਹੁੰਦੀ। ਬੀ ਏ ਪਾਸ ਕਰਨ ਤੋਂ ਬਾਅਦ ਜਾਂ ਤੁਸੀਂ ਆਪਣੀ ਨਾ ਗ੍ਰੈਜੂਏਸ਼ਨ ਕਿਸੇ ਵੀ ਫੀਲਡ 'ਚ ਕੀਤੀ ਹੈ ਤਾਂ ਤੁਹਾਡੇ ਸਾਹਮਣੇ ਕੋਈ ਤੁਹਾਡਾ ਟਾਰਗੇਟ ਨਹੀਂ ਹੁੰਦਾ, ਪਰ ਸਾਡੇ ਸਾਹਮਣੇ ਟਾਰਗੇਟ ਸੀ ਕਿਉਂਕਿ ਬੀਨੂ ਬਾਈ ਹੋਰੀ ਧੂਰੀ ਤੋਂ ਸੀ, ਅਸੀਂ ਇਹਨਾਂ ਦੇ ਡਰਾਮੇ ਦੇਖਦੇ ਸੀ, ਸਾਨੂੰ ਉਦੋਂ ਪਤਾ ਲੱਗਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਥੀਏਟਰ ਦੀ ਐੱਮ ਏ ਹੁੰਦੀ ਹੈ। ਕਲਾਕਾਰ ਸੀਗੇ, ਸਟੇਜ ਕਰਦੇ ਸੀਗੇ, ਸਕੂਲਾਂ ਕਾਲਜਾਂ ਤੋਂ ਕਰਦੇ ਰਹੇ ਅਤੇ ਯੂਨੀਵਰਸਿਟੀ ਆਏ, ਯੂਨੀਵਰਸਿਟੀ ਆ ਕੇ ਅੱਜ ਤਾਂ ਆਪਾਂ ਨੂੰ ਲੱਗਦਾ ਵੀ ਇਹਨਾਂ ਕੁਰਸੀਆਂ 'ਤੇ ਦੇਵ ਖਰੌੜ ਔਰ ਬੀਨੂ ਭਾਅ ਜੀ ਹੋਰੀ ਬੈਠੇ ਨੇ, ਪਰ ਜਿਹੜੀ ਇਸ ਜਰਨੀ ਪਿੱਛੇ ਮਿਹਨਤ ਹੈ ਅਸੀਂ ਉਹਦੇ ਸਾਕਸ਼ਾਤ ਉਹਦੇ ਗਵਾਹ,
ਕਿ ਕਿੰਨੀ ਮਿਹਨਤ ਇਹਨਾਂ ਨੇ ਕੀਤੀ ਅੱਜ ਇੱਥੇ ਤੱਕ ਪਹੁੰਚਣ ਲਈ। ਸੋ ਥੈਂਕ ਯੂ ਬਾਈ ਮੈਨੂੰ ਇਸ ਟੀਮ ਦਾ ਹਿੱਸਾ ਬਣਾਉਣ ਲਈ, ਅਤੇ ਤੁਹਾਡੇ ਮਾਰਗਦਰਸ਼ਕ ਜਦੋਂ ਇਹੋ ਜਿਹੇ ਹੋਣ ਤਾਂ ਤੁਹਾਨੂੰ ਆਪਦਾ ਟਾਰਗੇਟ ਜ਼ਰੂਰ ਇੱਕ ਦਿਨ ਮਿਲ ਜਾਂਦਾ। ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੱਥੇ ਆਏ। 8 ਮਾਰਚ ਨੂੰ ਫਿਲਮ ਦੇਖੋ ਜੀ, ਤੁਹਾਨੂੰ ਤੁਹਾਨੂੰ ਵੀ ਅਤੇ ਬਾਕੀ ਸਾਰਿਆਂ ਲੋਕਾਂ ਨੂੰ ਪਸੰਦ ਜ਼ਰੂਰ ਆਊਗੀ। ਥੈਂਕ ਯੂ ਸੋ ਮੱਚ। ਇੱਕ ਨਾ ਮੈਂ ਉਹ ਆਸਟ੍ਰੇਲੀਆ ਹੈਗੀ ਉਹਦੀ ਮਦਰ ਦੀ ਥੋੜ੍ਹੀ ਕ੍ਰਿਟੀਕਲ ਸਿਚੁਏਸ਼ਨ ਹੈ, ਬਟ ਸ਼ੀ ਇਜ਼ ਕਮਿੰਗ ਬੈਕ ਟੂ ਇੰਡੀਆ। ਉਹ ਅੱਜ ਮੇਰੇ ਕੋਲ ਉੱਥੋਂ ਫਲਾਈਟ ਪਕੜ ਰਹੀ ਹੈ, ਉਹ ਅਗਲੀ ਕਾਨਫਰੰਸ ਦੇ ਵਿੱਚ ਜੁਆਇਨ ਕਰੂਗੀ, ਕਿਉਂਕਿ ਉਹਦਾ ਜ਼ਿਕਰ ਫਿਲਮ ਦੇ ਵਿੱਚ ਦੇਖਿਆ ਤੁਸੀਂ ਬਟ ਨਾਮ ਨਹੀਂ ਆਇਆ। ਉਹਦਾ ਵੀ ਬਹੁਤ ਮੁੱਖ ਕਲਾਕਾਰ ਇਸ ਫਿਲਮ ਦੇ ਵਿੱਚ, ਅਰੁਸ਼ੀ ਦਾ ਵੀ ਇੱਕ ਰੋਲ ਹੈ, ਜਪਜੀ ਦਾ ਵੀ ਹੈ, ਔਰ ਸਾਨੂੰ ਸਾਰੀ ਫਿਲਮ ਬਣਾਉਣ ਦੇ ਵਿੱਚ ਸਤਵਿੰਦਰ ਕੋਹਲੀ ਸਪੀਡ ਰਿਕਾਰਡਸ, ਉਹ ਦਿਨੇਸ਼ ਔਲਖ, ਰੋਬੀ ਜੀ ਵਾਈਟ ਹਿਲ ਤੋਂ, ਗੁਣਵੀਰ ਜੀ, ਮਨਮੋਹਨ ਸਿੱਧੂ, ਸਾਰਿਆਂ ਦਾ ਪੂਰੀ ਸਪੋਰਟ ਹੈ ਟੀਮ ਦੀ। ਸਾਰਿਆਂ ਨੇ ਆਪਣੇ ਆਪਣੇ ਰੋਲ ਬਹੁਤ ਬੇਖੂਬੀ ਨਿਭਾਏ ਆ। ਜਿਸ ਤਰ੍ਹਾਂ ਪਰਦੇ 'ਤੇ ਫਿਲਮ ਆ ਰਹੀ ਹੈ, ਸਾਰੀ ਟੀਮ ਦਾ ਬਹੁਤ ਕੰਟਰੀਬਿਊਸ਼ਨ ਹੈ। ਇੱਕ ਫਿਲਮ ਅਗਰ ਜੇ ਜਿਸ ਮੁਕਾਮ 'ਤੇ ਪਹੁੰਚਦੀ ਹੈ, ਉਹ ਇੱਕ ਸਟਰੋਂਗ ਟੀਮ ਦੇ ਨਾਲ ਹੀ ਪਹੁੰਚਦੀ ਹੈ। ਔਰ ਸਾਰਿਆਂ ਦਾ ਬਹੁਤ ਥੈਂਕਸ ਜੀ, ਜੇ ਕਿਸੇ ਦਾ ਨਾਮ ਮੈਂ ਮਿਸ ਵੀ ਕੀਤਾ ਹੋਵੇ ਤਾਂ ਮੈਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ। ਸੋ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ, ਅਸੀਂ ਫਲਾਈਟ ਲੈਣੀ ਆ, ਆਪਾਂ ਛੇਤੀ ਛੇਤੀ ਜਾਂ 1-to-1 ਆਪਾਂ ਬਾਈਟਸ ਕਰਨੀਆਂ ਕਰ ਲਈਏ, ਹੈ ਨਾ ਵੀ ਥੋੜ੍ਹਾ ਥੋੜ੍ਹਾ ਟਾਈਮ ਜਿੰਨਾ ਕੁ ਵੀ ਹੈ ਸਮਝਿਓ ਥੋੜ੍ਹਾ ਜਿਹਾ, ਕਿਉਂਕਿ ਅਸੀਂ ਚੱਲੇ ਹਾਂ CCL, ਕੱਲ੍ਹ ਮੈਚ ਹੈ ਜੀ ਸਾਡਾ, ਅਤੇ ਟਾਈਮ ਥੋੜ੍ਹਾ ਜਿਹਾ ਘੱਟ ਹੈ ਏਅਰਪੋਰਟ ਪਹੁੰਚਣਾ, ਬਸ ਕੋਮਨ ਕਰ ਲਓ ਜ਼ਿਆਦਾ ਵਧੀਆ। ਹਾਂਜੀ, ਹੇਅਰ ਸਟਾਈਲ ਵਧਾਉਣ ਨੂੰ ਹੀ ਮੈਨੂੰ 8-9 ਮਹੀਨੇ ਲੱਗ ਗਏ, ਤਾਂ ਹੀ ਫਿਲਮ ਵੀ ਨਾਲ ਨਾਲ ਸਟੋਰੀ 'ਤੇ ਕੰਮ ਹੁੰਦਾ ਗਿਆ, ਨਾਲ ਨਾਲ ਮੈਂ ਵਾਲਾਂ 'ਤੇ ਕੰਮ ਕਰਦਾ ਰਿਹਾ। ਇਹਦੇ ਵਿੱਚ ਮੇਰੀਆਂ 3 ਲੁੱਕਸ ਨੇ ਜੀ, ਪਰ ਉਹ ਮੈਂ ਹਾਲੇ ਰਿਵੀਲ ਨਹੀਂ ਕਰ ਸਕਦਾ, ਮਤਲਬ 3 ਡਿਫਰੈਂਟ ਕਰੈਕਟਰ ਨੇ। ਔਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਸੈਮਲ ਭਾਜੀ ਦੇ ਅੰਡਰ, ਰਜੇਸ਼ ਸ਼ਰਮਾ ਜੀ, ਬਲਰਾਜ ਪੰਡਿਤ ਜੀ, ਇੰਨੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਅੰਡਰ ਮੈਂ ਥੀਏਟਰ ਕੀਤਾ, ਤਾਂ ਥੀਏਟਰ ਤੁਹਾਨੂੰ ਬਹੁਤ ਕੁਝ ਸਿਖਾਉਂਦਾ, ਕਿਉਂਕਿ ਮੈਂ ਬਹੁਤ ਸਾਰੇ ਕਿਰਦਾਰ ਥੀਏਟਰ 'ਤੇ ਕਰਕੇ ਆਇਆ, ਬਜ਼ੁਰਗ ਦਾ ਕਿਰਦਾਰ, ਬੱਚੇ ਦਾ ਕਿਰਦਾਰ, ਹੋਰ ਫਨੀ ਬਾਦਸ਼ਾਹ, ਬਹੁਤ ਕੁਛ ਬਣਿਆ। ਤਾਂ ਮੈਨੂੰ ਇਹ ਸੀ ਕਿ ਜੇ ਮੈਂ ਬਜ਼ੁਰਗ ਦਾ ਕਿਰਦਾਰ ਕਰਾਂ ਤਾਂ ਉਹ ਲੱਗਣਾ ਚਾਹੀਦਾ ਉਹਦੀ। ਫਿਰ ਮੈਂ ਡਬਿੰਗ 'ਚ ਬਹੁਤ ਕੰਮ ਕੀਤਾ, ਆਪਣੀ ਆਵਾਜ਼ ਦੇ ਉੱਤੇ ਬਹੁਤ ਕੰਮ ਕੀਤਾ। ਫਿਰ ਇੱਕ ਕਿਰਦਾਰ ਹੋਰ ਆਉਂਦਾ ਜਿਹੜਾ ਤੁਸੀਂ ਦੇਖਿਆ ਲਾਸਟ ਦੇ ਵਿੱਚ, ਬੜਾ ਉਹ ਹਾਂ ਉਹ ਵਾਲਾ ਜੀ, ਉਹ ਟੋਟਲੀ ਡਿਫਰੈਂਟ ਕੀਤਾ, ਉਹੋ ਜਿਹਾ ਕਿਰਦਾਰ ਮੈਂ ਅੱਜ ਤੱਕ ਕਦੇ ਪਲੇਅ ਨਹੀਂ ਕੀਤਾ, ਅਤੇ ਉਹਦੇ ਲਈ ਮੈਂ ਬਹੁਤ ਨਰਵਸ ਸੀ। ਉਹ ਕਿਰਦਾਰ ਮੈਨੂੰ ਅਸਲ 'ਚ ਡਰਾ ਰਿਹਾ ਸੀਗਾ, ਮੈਨੂੰ ਪਤਾ ਸੀ ਕਿ ਮੈਂ ਗਾਮਾ ਬਲੈਕੀਆ ਦਾ ਜਿਹੜਾ ਯੰਗ ਵਾਲਾ ਕਿਰਦਾਰ ਆ ਉਹ ਮੈਂ ਈਜ਼ੀਲੀ ਪਲੇਅ ਕਰ ਜੂੰਗਾ, ਕਿਉਂਕਿ ਮੈਂ ਕਰਕੇ ਆਇਆ ਪਹਿਲਾਂ। ਫਿਰ ਜਿਹੜਾ ਬਜ਼ੁਰਗ ਵਾਲਾ ਕਿਰਦਾਰ ਆ ਉਹ ਵੀ ਮੈਂ ਪਲੇਅ ਕਰ ਜੂੰਗਾ, ਇੱਕ ਐਟੀਟਿਊਡ ਚਾਹੀਦਾ। ਜਿਹੜਾ ਇਹ ਕਿਰਦਾਰ ਸੀਗਾ ਜਿਹੜਾ ਦੇਖਿਆ ਹਾਲੇ ਤੱਕ, ਉਹਦੇ ਅਸੀਂ ਡਾਇਲੋਗ ਨਹੀਂ ਰਿਵੀਲ ਕੀਤੇ, ਉਹ ਬੰਦੇ ਦਾ ਸਟਾਈਲ ਨਹੀਂ ਸੀ ਰਿਵੀਲ ਕੀਤਾ। ਔਰ ਜਦੋਂ ਉਹ ਆਊਗਾ ਪਰਦੇ ਦੇ ਉੱਤੇ, ਉਹ ਮੇਰੇ ਲਈ ਸਭ ਤੋਂ ਚੈਲੇਂਜਿੰਗ ਸੀਗਾ, ਉਹਨੇ ਬਹੁਤ ਡਰਾਇਆ ਮੈਨੂੰ ਕਿਰਦਾਰ ਨੇ। ਔਰ ਜਿਹੜੇ ਕਿਰਦਾਰ ਤੁਹਾਨੂੰ ਡਰਾਉਂਦੇ ਨੇ, ਮੈਂ ਹਰ ਇੰਟਰਵਿਊ 'ਚ ਕਹਿਣਾ, ਉਹ ਤੋਂ ਮਿਹਨਤ ਬਹੁਤ ਕਰਾਉਂਦੇ ਨੇ। ਸੋ ਇਸ ਕਿਰਦਾਰ ਨੇ ਮੇਰੇ ਤੋਂ ਮਿਹਨਤ ਬਹੁਤ ਕਰਾਈ, ਔਰ ਜਦੋਂ ਤੁਸੀਂ ਇਹਦਾ ਸਟਾਈਲ ਦੇਖੋਗੇ, ਜਦੋਂ ਇਹ ਡਾਇਲੋਗ ਡਿਲੀਵਰੀ ਦੇਖੋਗੇ, ਤਾਂ ਮੈਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਇੰਜੋਏ ਫਿਲਮ ਦੇ ਵਿੱਚ ਇਸ ਕਿਰਦਾਰ ਨੂੰ ਕਰੋਗੇ। ਸੱਟਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੱਕ ਇਹਦੇ ਵਿੱਚ ਨਾ ਸਾਡਾ ਸੀਗਾ ਐਕਸ਼ਨ, ਕਿ ਮੈਂ ਘੋੜਾ ਲੈ ਕੇ ਆਉਣਾ ਟਰੱਕਾਂ ਦੇ ਬਰਾਬਰ, ਤੁਸੀਂ ਦੇਖ ਰਹੇ ਹੋ, ਅਤੇ ਉਹ ਤੋਂ ਛਾਲ ਮਾਰ ਕੇ ਫਿਰ ਟਰੱਕ 'ਤੇ ਜਾਣਾ। ਔਰ ਟਰੱਕ ਦੇ ਵਿੱਚੋਂ ਫਿਰ ਕੀ ਸੀ ਕਿ ਕੈਮਰਾ ਟਰੱਕ ਦੇ ਟਾਇਰ ਨਾਲ ਲੱਗਿਆ ਹੋਇਆ ਸੀਗਾ, ਅਤੇ ਮੈਂ ਟਰੱਕ ਦੀ ਡੋਰ ਦੇ ਵਿੱਚੋਂ ਥੱਲੇ ਲਮਕਿਆ ਹੁੰਦਾ, ਬਿਲਕੁਲ ਫਿਲਮ ਦੇ ਵਿੱਚ ਤੁਸੀਂ ਦੇਖੋਗੇ, ਉਹਦੇ ਟਾਇਰ ਦੇ ਬਿਲਕੁਲ ਨਾਲ ਉਹ ਟਰੱਕ ਚੱਲ ਰਿਹਾ, ਔਰ ਬੰਦੇ ਦਾ ਲੱਤ ਜਿਹੜੀ ਇੱਥੇ ਮੇਰੀ ਗਰਦਨ 'ਤੇ, ਬਹੁਤ ਰਿਸਕੀ ਸੀਗਾ ਉਹ। ਤਾਂ ਮੇਰਾ ਐਕਸ਼ਨ ਡਾਇਰੈਕਟਰ ਮੈਨੂੰ ਕਹਿੰਦਾ ਸੀ ਡੋਪ ਯੂਜ਼ ਕਰੋ ਇਹਦੇ ਲਈ, ਤੁਸੀਂ ਨਾ ਕਰੋ, ਬਹੁਤ ਰਿਸਕੀ ਆ। ਤਾਂ ਮੈਨੂੰ ਖੁਦ ਨੂੰ ਉਦੋਂ ਤੱਕ ਮਜ਼ਾ ਨਹੀਂ ਆਉਂਦਾ, ਮੈਨੂੰ ਲੱਗਦਾ ਕਿ ਯਾਰ ਉਹ ਬਨਾਵਟੀ ਲੱਗਦੀਆਂ ਚੀਜ਼ਾਂ, ਫਿਰ ਐਕਸ਼ਨ ਤੁਸੀਂ ਐਕਟਰ ਕਾਹਦੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਡਰ ਗਏ। ਤਾਂ ਮੈਂ ਖੁਦ ਕੀਤਾ, ਹੈਗਾ ਰਿਸਕ ਸੀਗਾ। ਫਿਰ ਜਿਹੜਾ ਇੱਕ ਫਾਇਰ ਬਾਲ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ, ਤਾਂ ਉਹਦੇ ਵਿੱਚੋਂ ਅੱਗ ਸੀ ਜਿਹੜੀ, ਉਹ ਸਿਰ 'ਚ ਡਿੱਗਦੀ ਸੀਗੀ,
ਤਾਂ ਮੇਰਾ ਪੂਰਾ ਇੱਥੋਂ ਸਿਰ ਸੜ ਗਿਆ ਸੀਗਾ, ਬਰਨ ਹੋ ਗਿਆ ਸੀ, ਪੈਰ ਸੜ ਗਿਆ ਸੀਗਾ। ਇਹ ਛੋਟੀਆਂ ਮੋਟੀਆਂ ਸੱਟਾਂ ਦਾ ਦੇਖੋ ਜੇ ਤੁਸੀਂ ਐਕਸ਼ਨ ਕਰਦੇ ਹੋ ਪਾਰਟ ਹੈ ਲਾਈਫ ਦਾ, ਇਹ ਇਕੱਲਾ ਮੇਰੇ ਨਾਲ ਨਹੀਂ ਹੁੰਦਾ, ਜਿਹੜਾ ਵੀ ਬੰਦਾ ਐਕਸ਼ਨ ਕਰਦਾ ਚਾਹੇ ਕੋਈ ਮੇਰੇ ਓਪੋਜ਼ਿਟ ਹੈ ਉਹਦੇ ਵੀ ਲੱਗ ਜਾਂਦੀਆਂ ਨੇ ਜਦੋਂ ਤੁਸੀਂ ਐਕਸ਼ਨ ਕਰਦੇ ਹੋ। ਮਾੜੀਆਂ ਮੋਟੀਆਂ ਸੱਟਾਂ ਤਾਂ ਚੱਲਦੀਆਂ ਰਹਿੰਦੀਆਂ ਜ਼ਿੰਦਗੀ 'ਚ। ਹਾਂਜੀ, ਬਹੁਤ ਪੋਜ਼ਿਟਿਵ ਮੈਸੇਜ ਹੈ ਜੀ ਇਹ ਉਹਨਾਂ ਲੋਕਾਂ ਦੀ। ਮੈਂ ਤੁਹਾਨੂੰ ਹੁਣ ਥੋੜ੍ਹਾ ਜਿਹਾ ਮੈਂ ਚਲੋ ਤੁਹਾਨੂੰ ਦੱਸਦਾ ਕਿ ਮੈਂ ਜਦੋਂ DSP ਦੇਵ ਕਰ ਰਿਹਾ ਸੀਗਾ ਉਦੋਂ ਮੈਂ ਉਸ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਜਿਹੜਾ ਸਾਰਾ ਸ਼ਰਾਬ ਦੇ ਸਿਰ 'ਤੇ ਸਰਵਾਈਵ ਕਰਦਾ। ਤਾਂ ਮੈਂ ਇੱਕ ਬਜ਼ੁਰਗ ਤੋਂ ਪੁੱਛਿਆ ਕਿ ਤੁਹਾਡੇ ਬੱਚੇ ਵੀ ਸ਼ਰਾਬ ਕੱਢਦੇ ਆ? ਕਹਿੰਦੇ ਸਾਡਾ ਫਿਊਚਰ ਹੀ ਇਹੀ ਹੈ। ਮੈਂ ਕਿਹਾ ਕੋਈ ਸਕੂਲ ਨਹੀਂ ਜਾਂਦਾ? ਕਹਿੰਦੇ ਨਹੀਂ, ਸਿਸਟਮ ਦੇ ਨਾਲ ਪੰਗਾ, ਪੁਲਿਸ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ। ਅਤੇ ਮੈਂ ਕਿਹਾ ਫਿਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪੜ੍ਹਨ ਲਿਖਣ ਆਫਿਸਰ ਬਣਨ? ਕਹਿੰਦੇ ਸਾਡਾ ਤਾਂ ਇਹੀ ਹੈ। ਮੈਂ ਪੁੱਛਿਆ ਤੁਸੀਂ ਕਿਉਂ ਕਰਦੇ ਹੋ? ਕਹਿੰਦੇ ਅਸੀਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਅਸੀਂ ਉੱਧਰ ਦੇ ਸਰਦਾਰ ਸੀਗੇ, ਸਾਡੇ ਕੋਲ ਜ਼ਮੀਨਾਂ ਸੀ। ਇੱਧਰੋਂ ਜਦੋਂ ਸਾਨੂੰ ਵੰਡ ਤੋਂ ਬਾਅਦ ਇੱਧਰ ਆਏ ਤਾਂ ਜ਼ਮੀਨਾਂ ਮਾੜੀਆਂ ਅਲੋਟ ਹੋਈਆਂ, ਪਾਣੀ ਦੀ ਮਾਰ ਵਾਲੀਆਂ, ਅਤੇ ਹੜ੍ਹ ਆਉਂਦਾ ਸੀ ਅਤੇ ਮਿੱਟੀ ਵੀ ਹੜਾ ਕੇ ਲੈ ਜਾਂਦਾ ਸੀ। ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ। ਨਾਲ ਦੇ ਪਿੰਡ ਬਲੈਕ ਕਰਨ ਲੱਗ ਗਏ, ਜਿਹੜੇ ਹੱਕ ਹਲਾਲ ਦੀ ਕਮਾਈ ਕਰਨੀ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਜਦੋਂ ਉਹ ਸਿਸਟਮ ਨੂੰ ਪੁਲਿਸ ਨੂੰ ਪੈਸੇ ਦਿੰਦੇ ਸੀਗੇ ਬਲੈਕ ਕਰਨ ਦੇ, ਸ਼ਰਾਬ ਕੱਢਣ ਦੇ, ਪਾਕਿਸਤਾਨ ਤੱਕ ਸ਼ਰਾਬ ਜਾਂਦੀ ਸੀ। ਤਾਂ ਫਿਰ ਉਹ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਬੰਦੇ ਤਾਂ ਦੇਖੋ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ, ਦਿਖਾਉਣਾ ਪੈਣਾ ਕਿਉਂਕਿ ਸ਼ਰਾਬ ਤਾਂ ਨਿਕਲ ਰਹੀ ਹੈ। ਤਾਂ ਉਹ ਫਿਰ ਸ਼ਰਾਬ ਚੱਕਦੇ ਸੀ, ਰਾਤ ਨੂੰ ਜਿਹੜੇ ਸ਼ਰੀਫ ਬੰਦੇ ਸੀ ਉਹਨਾਂ ਦੇ ਘਰਾਂ 'ਚ ਰੱਖ ਜਾਂਦੇ ਸੀ, ਉਹਨਾਂ ਦੇ ਪਰਚੇ ਪੈਂਦੇ ਸੀ। ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੇ ਜ਼ਮੀਰ ਮਾਰੇ ਦੇ ਕੰਮ ਦੇ ਵਿੱਚ ਆ ਗਏ। ਔਰ ਇਹ ਇਹੋ ਜਿਹੇ ਬੰਦੇ ਦੀ ਕਹਾਣੀ ਹੈ ਜਿਹੜਾ ਬੰਦਾ ਆਪਣੇ ਇਲਾਕੇ ਦੇ ਨਾਲੋਂ ਬਲੈਕ ਨਾਂ ਦਾ ਸ਼ਬਦ ਖਤਮ ਕਰਨਾ ਚਾਹੁੰਦਾ। ਉਹ ਚਾਹੁੰਦਾ ਕਿ ਮੇਰੀ ਜਨਰੇਸ਼ਨ ਤੋਂ ਬਾਅਦ ਜਦੋਂ ਅਗਲੀ ਜਨਰੇਸ਼ਨ ਆਵੇ ਉਹ ਜਨਰੇਸ਼ਨ ਕਦੇ ਬਲੈਕ ਦਾ ਕੰਮ ਹੀ ਨਾ ਕਰੇ, ਉਹ ਪੜ੍ਹਨ ਲਿਖਣ, ਡਾਕਟਰ ਬਣਨ, ਆਫਿਸਰ ਬਣਨ। ਇੱਕ ਇਹੋ ਜਿਹੇ ਇਨਸਾਨ ਦੀ ਕਹਾਣੀ ਹੈ। ਅਤੇ ਉਹ ਜਦੋਂ ਇਹ ਕਰਦਾ ਉਹਦੇ ਹੀ ਲੋਕ ਉਹਦੇ ਕਿਵੇਂ ਅਗੇਂਸਟ ਹੋ ਜਾਂਦੇ ਨੇ, ਇੱਕ ਚੰਗੀ ਕਹਾਣੀ ਹੈ। ਔਰ ਮੈਂ ਹਲੇ ਰਿਵੀਲ ਨਹੀਂ ਕਰਨਾ ਚਾਹੁੰਦਾ ਚੀਜ਼ਾਂ ਨੂੰ, ਬਹੁਤ ਕੁਛ ਹੈ, ਬਹੁਤ ਛੋਟੇ ਛੋਟੇ ਮੁੱਦੇ ਛੂਏ ਗਏ ਨੇ। ਔਰ ਪਰ ਇੰਟਰਟੇਨਿੰਗ ਫਿਲਮ ਹੈ, ਚਾਹੇ ਤੁਸੀਂ ਐਕਸ਼ਨ ਨੂੰ ਵੀ ਇੰਜੋਏ ਕਰੋਗੇ, ਕਾਮੇਡੀ ਬਹੁਤ ਹੈ ਜਿਹੜੀ ਲੋਕਾਂ 'ਚੋਂ ਨਿਕਲਦੀ ਹੈ। ਇਹ ਨਹੀਂ ਧੱਕੇ ਦੀ ਕਾਮੇਡੀ ਨਹੀਂ, ਜਿਹੜੇ ਬਲੈਕ ਕਰਦੇ ਨੇ ਲੋਕ, ਅਨਪੜ੍ਹ ਲੋਕ ਜਿਹੜੇ ਵਿਚਾਰੇ ਨਹੀਂ ਪੜ੍ਹੇ ਹੋਏ, ਉਹਨਾਂ ਲੋਕਾਂ ਦੀ ਬੋਡੀ ਲੈਂਗੁਏਜ 'ਚੋਂ ਕਾਮੇਡੀ ਨਿਕਲਦੀ ਹੈ। ਉਹ 'ਚ ਸੁੱਖੀ ਚਾਲ ਭਾਅ ਜੀ ਨੇ ਬਹੁਤ ਸੋਹਣਾ ਕੰਮ ਕੀਤਾ, ਸੈਮੋਲ ਭਾਅ ਜੀ ਨੇ ਬਹੁਤ ਸੋਹਣਾ, ਇਹਨਾਂ ਦੋਵਾਂ ਦੀ ਕੈਮਿਸਟਰੀ ਤੁਸੀਂ ਰਾਜ ਭਾਈ ਅਤੇ ਜਦੋਂ ਸੈਮੋਲ ਭਾਈ ਦੀ ਦੇਖੋਗੇ ਤਾਂ ਕਮਾਲ ਦੀ ਕੈਮਿਸਟਰੀ ਹੈ। ਲੱਕੀ ਨੇ ਬਹੁਤ ਸੋਹਣਾ ਪਲੇਅ ਕੀਤਾ, ਲੱਕੀ ਤੁਹਾਨੂੰ ਪੂਰਾ ਇੰਟਰਟੇਨ ਕਰਨ ਵਾਲਾ ਇਸ ਫਿਲਮ ਦੇ ਵਿੱਚ। ਅਤੇ ਔਰ ਮੈਂ ਇੱਕ ਗੱਲ ਬੋਲਣਾ ਚਾਹੁੰਦਾ, ਚਲੋ ਰਾਜਿੰਦਰ ਬਾਈ ਬਹੁਤ ਸੋਹਣਾ ਕੰਮ ਕਰ ਰਿਹਾ, ਲੱਕੀ ਨੂੰ ਵੀ ਤੁਸੀਂ ਦੇਖਿਆ, ਮੈਂ ਦੋ ਸਪੈਸ਼ਲ ਆ ਦੋ ਬੰਦਿਆਂ ਲਈ ਗੱਲ ਕਰਨੀ ਚਾਹੁੰਦਾ, ਔਰ ਜੱਗੀ ਧੂਰੀ ਨੂੰ ਤੁਸੀਂ ਡਿਫਰੈਂਟ ਕਿਰਦਾਰ ਦੇ ਵਿੱਚ ਦੇਖੋਗੇ, ਔਰ ਸੈਮੋਲ ਭਾਅ ਜੀ, ਸੈਮੋਲ ਭਾਅ ਜੀ ਮੈਨੂੰ ਲੱਗਦਾ ਇਹ ਤੋਂ ਬਾਅਦ ਡਿਮਾਂਡਿੰਗ ਐਕਟਰ ਹੋਣ ਵਾਲੇ ਨੇ ਪੰਜਾਬੀ ਇੰਡਸਟਰੀ ਦੇ। ਪਰਮਵੀਰ ਬਾਈ ਲਈ ਵੀ ਮੇਰੇ ਸੇਮ ਅਵਾਰਡ ਨੇ ਇਹਨਾਂ ਦੋ ਬੰਦਿਆਂ ਨੇ। ਜਿਹੜੇ ਚੰਗੇ ਲੱਗਣ, ਡੀਲ ਡੋਲ ਵਧੀਆ, ਪਰ ਐਕਟਰ ਕਮਾਲ ਦੇ ਹੁਣ, ਡੀਲ ਡੋਲ ਵਾਲੇ ਤਾਂ ਹੈਗੇ ਬਟ ਉਹ ਐਕਟਰ ਨਹੀਂ ਹੁੰਦੇ। ਸਾਨੂੰ ਐਕਟਰ ਵੀ ਚਾਹੀਦੇ ਨੇ, ਪਰਫਾਰਮਰ ਵੀ ਚਾਹੀਦੇ ਨੇ, ਤਾਂ ਇਹੋ ਜਿਹੇ ਐਕਟਰ ਸਾਨੂੰ ਚਾਹੀਦੇ ਨੇ। ਰਾਈਟ, ਸੋ ਦੇ ਭਾਈ ਜਦੋਂ ਆਪਾਂ ਨਿਊਜ਼ ਪੜ੍ਹਦੇ ਹਾਂ ਕਿ ਸਾਊਥ ਦੀ ਕੁਛ ਕੁ ਬਜਟ ਦੇ ਵਿੱਚ ਬਣੀ ਫਿਲਮ ਨੇ 400 ਕਰੋੜ ਕਮਾ ਲਿਆ, 500 ਕਰੋੜ ਕਮਾ ਲਿਆ, ਹੈ ਨਾ, ਕੁਛ ਕੁ ਨਹੀਂ ਹੁੰਦਾ ਉਹਨਾਂ ਦਾ ਬਜਟ, ਉਹਨਾਂ ਦਾ ਆਪਦਾ 100 ਕਰੋੜ ਤੋਂ ਉੱਪਰ ਹੁੰਦਾ ਬਜਟ। ਸਾਡੀਆਂ ਮੇਰੇ ਖਿਆਲ 'ਚ 100 ਫਿਲਮਾਂ ਬਣ ਜਾਣ ਜਿੰਨੀ ਇੱਕ ਫਿਲਮ ਬਣਾਉਂਦੇ ਨੇ ਉਹ ਬਜਟ ਦੀਆਂ। ਰਾਈਟ, ਸੋ ਪਰ ਕੀ ਹੁੰਦਾ ਹੈ ਕਿ ਬਾਲੀਵੁੱਡ ਦੀਆਂ ਕਈ ਸਾਰੀ ਫਿਲਮਾਂ ਦੇਖਦੇ ਨੇ ਕਿ ਯਾਰ ਸਾਊਥ ਦੀ ਉਹ ਫਿਲਮ ਤਾਂ ਨਹੀਂ ਰਿਲੀਜ਼ ਹੋ ਰਹੀ, ਆਪਾਂ ਅੱਗੇ ਪਿੱਛੇ ਕਰ ਲਾਂਗੇ ਰਿਲੀਜ਼। ਸੋ ਮੈਂ ਇਹ ਥੋੜ੍ਹਾ ਤੋਂ ਜਾਣਨਾ ਚਾਹੁੰਦਾ ਕਿ ਤੁਹਾਡੀ ਪ੍ਰਾਇਓਰਟੀ ਦੇ ਵਿੱਚ ਵੀ ਹੈਗਾ ਕਿ ਪੰਜਾਬ ਹੀ ਨਹੀਂ ਇਕੱਲਾ ਮਤਲਬ ਹਿੰਦੁਸਤਾਨ ਵੀ ਸਾਡੀ ਫਿਲਮਾਂ ਦੇਖੇ, ਔਰ ਹਰਿਆਣੇ ਦੇ ਵਿੱਚ ਜਿਹੜਾ ਸਾਡੇ ਕੋਲ ਐਕਸਪੀਰੀਅੰਸ ਆ, ਸਿੱਧੂ ਬਾਈ ਕਰਕੇ ਡਾਕੂਆ ਦਾ ਮੁੰਡਾ 2 ਹੈ ਨਾ, ਥੋੜ੍ਹੇ ਦਿਨ ਹੀ ਚੱਲੀ ਸੀਗੀ, 2 ਦਿਨ ਹੀ ਚੱਲੀ ਸੀਗੀ, 3 ਦਿਨ ਹੈ ਨਾ, ਸਰਸਾ ਦਾ ਜਿਹੜਾ ਬਹੁਤ ਸੋਹਣਾ ਰਿਸਪੋਂਸ ਸੀਗਾ, ਔਰ ਰਾਜਸਥਾਨ ਦੇ ਵਿੱਚ ਵੀ ਤੁਹਾਡੀ ਆਡੀਅੰਸ ਹੈਗੀ ਆ,
ਸੋ ਇਸ ਆਡੀਅੰਸ ਨੂੰ ਵਾਈਡ ਕਰਨ ਲਈ ਤੁਸੀਂ ਕੀ ਆਪਣੇ ਆਪ ਤੇ ਕੰਮ ਕਰਦੇ ਹੋ ਔਰ ਕੀ ਪ੍ਰਾਇਓਰਟੀ ਦੇ ਵਿੱਚ ਹੈਗੇ ਵੀ ਆ ਕਿ ਨਹੀਂ ਤੁਹਾਡੀ ਮਤਲਬ ਡਾਕੂਆਂ ਦਾ ਮੁੰਡਾ ਪਹਿਲੇ 3 ਦਿਨ ਜਦੋਂ ਤੱਕ ਸੀਗਾ ਉਹ ਕਰੋੜ ਕਰੋੜ ਤੋਂ ਉੱਤੇ ਸੀ 3 ਦਿਨ ਤੋਂ ਐਡੀ ਮੰਦਭਾਗੀ ਘਟਨਾ ਹੋਈ ਕਿ ਲੋਕ ਗਏ ਹੀ ਨਹੀਂ ਹੈਗੇ ਹਨਾ ਸਾਡਾ ਵੀ ਦਿਲ ਨਹੀਂ ਕੀਤਾ ਖੁਦ ਫਿਲਮ ਬਾਰੇ ਜਾਣਨ ਲਈ ਤਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਫਿਲਮ ਨੂੰ ਵੱਡਾ ਹੀ ਤਾਂ ਬਣਾਇਆ ਕਿ ਇਹਨੂੰ ਹਰ ਤਰ੍ਹਾਂ ਦੀ ਆਡੀਅੰਸ ਦੇਖੇ ਹੁਣ ਅਸੀਂ ਦਿੱਲੀ ਪ੍ਰਮੋਟ ਕਰਨ ਜਾਵਾਂਗੇ ਫਿਲਮ ਗੁੜਗਾਉਂ ਦੀ ਆਡੀਅੰਸ ਨੂੰ ਜਦੋਂ ਅਸੀਂ ਇਹ ਸਿਨੇਮਾ ਦਿਖਾਵਾਂਗੇ ਤਾਂ ਕਿਉਂ ਨਹੀਂ ਦੇਖਣਗੇ ਅਸੀਂ ਵੀ ਸਾਊਥ ਦਾ ਸਿਨੇਮਾ ਸਾਊਥ ਦੀ ਲੈਂਗੁਏਜ ਸਾਨੂੰ ਨਹੀਂ ਪਤਾ ਸੀਗੀ ਤਾਂ ਉਹ ਵੀ ਸਾਨੂੰ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਅੱਜ ਉਹਨਾਂ ਦੇ ਹੀਰੋਜ਼ ਦੇ ਉਹਨਾਂ ਦੇ ਐਕਟਰਾਂ ਦੇ ਨਾਮ ਜਾਣਦੇ ਹਾਂ ਅਸੀਂ ਕਿਉਂਕਿ ਉਹਨਾਂ ਦੀ ਮੇਕਿੰਗ ਉਹਨਾਂ ਦਾ ਸਿਨੇਮਾ ਸਾਨੂੰ ਖਿੱਚ ਕੇ ਲੈ ਕੇ ਆਇਆ ਜੇ ਅਸੀਂ ਵੀ ਪਰ ਇਹ ਹੈ ਸਭ ਤੋਂ ਵੱਡੀ ਗੱਲ ਜਿਵੇਂ ਪਹਿਲਾਂ ਬਿੰਨੂ ਬਾਈ ਜੀ ਨੇ ਕਿਹਾ ਸੀ ਕਿ ਬਹੁਤ ਘੱਟ ਬਜਟ ਦੇ ਵਿੱਚ ਟੈਕਨੀਕਲ ਟੀਮ ਐਡੀ ਵਧੀਆ ਹਾਇਰ ਕੀਤੀ ਕਿ ਅਸੀਂ ਤੁਹਾਨੂੰ ਉਹਦੇ ਬਰਾਬਰ ਤਾਂ ਨਹੀਂ ਜਾ ਸਕਦੇ ਪਰ ਨੇੜੇ ਤੇੜੇ ਦਾ ਸਿਨੇਮਾ ਜ਼ਰੂਰ ਦਿਖਾਉਣ ਲੱਗਤਾ ਜਿਵੇਂ ਜਿਵੇਂ ਵੱਡੀਆਂ ਕਮਾਈਆਂ ਸਿਨੇਮਾ ਕਰੂਗਾ ਜਾਂ ਬਾਹਰ ਤੋਂ ਪ੍ਰੋਡਿਊਸਰਾਂ ਦੀ ਜੇਬ 'ਚ ਚੰਗੇ ਪੈਸੇ ਆਉਣਗੇ ਤਾਂ ਇੱਕ ਦਿਨ ਅਸੀਂ ਵੀ ਸਾਊਥ ਦੇ ਨੇੜੇ ਪਹੁੰਚਾਂਗੇ ਬਰਾਬਰ ਜਾਵਾਂਗੇ ਮੇਰਾ ਸਭ ਤੋਂ ਘੱਟ ਹੁੰਦਾ ਵੀਰੇ ਬਾਕੀਆਂ ਦੇ 10-10 ਕਰੋੜ ਹੁੰਦੇ ਨੇ ਸਾਡੀ ਮੇਰੀ ਤਾਂ ਮੈਨੂੰ ਲੱਗਦਾ 5-6 ਕਰੋੜ 'ਚ ਹੀ ਬਣ ਜਾਂਦੀ ਹੈ ਭਾਜੀ ਪਹਿਲੀ ਫਿਲਮ ਹੈ ਜਿੱਥੇ ਮੈਂ ਵੱਧ ਪੈਸੇ ਲਵਾਏ ਨੇ ਉਹ ਚਲੋਰੀ ਸਾਹਿਬ ਤੋਂ ਦੇਵ ਬਾਈ ਦਾ ਨਾ ਇੱਕ ਖਾਸੀਅਤ ਹੈਗੀ ਹੈ ਇਹ ਪਤਾ ਕੀ ਹੈ ਇਹ ਪ੍ਰੋਡਿਊਸਰ ਨਾਲ ਆਪਣੀ ਫੀਸ ਦੀ ਵੀ ਐਡਜਸਟਮੈਂਟ ਕਰਦੇ ਔਰ ਮੇਕਰ ਟੂ ਮੇਕਰ ਫਰਕ ਹੈ ਜੇ ਇਹਨਾਂ ਨੂੰ ਲੱਗਦਾ ਕਿ ਯਾਰ ਇਹ ਮੇਕਰ ਪੈਸਾ ਫਿਲਮ ਇਹ ਫਿਲਮ ਡਿਮਾਂਡ ਕਰ ਰਹੀ ਔਰ ਹੀ ਸਭ ਪੈਸਾ ਲਗਾਓ ਮੈਂ ਕੋਈ ਨਹੀਂ ਤੁਹਾਡੇ ਨਾਲ ਖੜਾ ਉਹ ਇੱਕ ਸ਼ਬਦ ਹੀ ਨਾ ਮਤਲਬ ਉਹ ਮੋਟੀਵੇਟ ਕਰ ਦਿੰਦਾ ਔਰ ਫਿਰ ਮੇਰੇ ਕੋ ਰੁਕ ਮਨਾ ਹੀ ਨਹੀਂ ਕਰ ਹੁੰਦਾ ਕਿ ਦੇ ਭਾਈ ਜੋ ਕਹਿੰਦੇ ਆ ਕਿਉਂਕਿ ਇਹਨਾਂ ਦਾ ਵਿਜ਼ਨ ਬਹੁਤ ਦੂਰ ਤੱਕ ਹੈਗਾ ਮੇਰੀ ਨਾ ਇੱਕ ਸੋਚ ਹੈ ਮੈਂ ਇਹ ਸੋਚਦਾ ਕਿ ਮੇਰੇ ਕੋਲ ਹੋਰ ਕੋਈ ਰੁਜ਼ਗਾਰ ਹੈ ਵੀ ਨਹੀਂ ਹੈ ਮੇਰਾ ਪੈਸ਼ਨ ਹੈ ਸਿਨੇਮਾ ਕਰਨਾ ਔਰ ਚੰਗੀਆਂ ਫਿਲਮਾਂ ਬਣਾਉਣਾ ਚੰਗੀਆਂ ਸੂਰੀਆਂ ਦੀ ਭਾਲ 'ਚ ਰਹਿਣਾ ਆਲਵੇਜ਼ ਇਹ ਇੱਕ ਪੈਸ਼ਨ ਹੈ ਮੇਰਾ ਕਿਉਂਕਿ ਅਸੀਂ ਸ਼ੁਰੂ ਤੋਂ ਥੀਏਟਰ ਨਾਲ ਜੁੜੇ ਰਹੇ ਹਾਂ ਔਰ ਸਿਨੇਮਾ ਜਦੋਂ ਤੁਹਾਡੀ ਲਾਸਟ ਸਟੇਜ ਨੂੰ ਤੁਸੀਂ ਜਾਣਾ ਪਰਦੇ 'ਤੇ ਹੀ ਹੁੰਦਾ ਸੋ ਹੁਣ ਪਰਮਾਤਮਾ ਨੇ ਮੌਕਾ ਦਿੱਤਾ ਅਤੇ ਮੇਰਾ ਇਹ ਹੁੰਦਾ ਕਿ ਜੇ ਮੇਰਾ ਪ੍ਰੋਡਿਊਸਰ ਬਚਿਆ ਰਹੂਗਾ ਜਿਉਂਦਾ ਰਹੂਗਾ ਤਾਂ ਉਹ ਮੇਰੇ ਲਈ ਮੇਰਾ ਸਿਨੇਮਾ ਬਣਾਊਗਾ ਇਸੇ ਕਰਕੇ ਸਾਨੂੰ ਪੰਜਾਬੀ ਇੰਡਸਟਰੀ ਨੂੰ ਜਿਹੜੇ ਚੰਗੇ ਪ੍ਰੋਡਿਊਸਰ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ ਬਿਨਾਂ ਮਤਲਬ ਪੈਸਾ ਨਹੀਂ ਲਵਾਉਣਾ ਚਾਹੀਦਾ ਕਿ ਇੱਥੇ ਵੀ ਲਾ ਦਿਉ ਉੱਥੇ ਵੀ ਲਾ ਦਿਉ ਜਾਂ ਮੈਨੂੰ ਫਲਾਣੇ ਮੇਰੇ ਨਾਲ 15-15 ਬੰਦੇ ਨੇ ਸਾਰਿਆਂ ਦੇ ਰੂਮ ਕਰਾ ਦਿਉ ਪ੍ਰੋਡਿਊਸਰ ਵਿਚਾਰਾ ਮਜਬੂਰ ਹੋਇਆ ਕਰਦਾ ਇਹ ਚੀਜ਼ਾਂ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਸਟਾਰਟਿੰਗ ਜਦੋਂ ਪੰਜਾਬੀ ਇੰਡਸਟਰੀ ਸਟਾਰਟ ਹੋਈ ਸੀਗੀ ਬਹੁਤ ਵੱਡੇ ਵੱਡੇ ਪ੍ਰੋਡਿਊਸਰ ਆਏ ਬਹੁਤ ਵੱਡੇ ਵੱਡੇ ਜਿਹੜੇ ਅਸੀਂ ਖੁਦ ਖਤਮ ਕੀਤੇ ਜੇ ਅਸੀਂ ਪ੍ਰੋਡਿਊਸਰ ਸੰਭਾਲ ਕੇ ਰੱਖਾਂਗੇ ਸਾਡਾ ਸਿਨੇਮਾ ਚੱਲਦਾ ਰਹੂਗਾ ਕਿੰਨੇ ਲੱਖਾਂ ਲੋਕਾਂ ਨੂੰ ਸਾਡੀ ਜਿਹੜੀ ਇੰਡਸਟਰੀ ਹੈ ਉਹ ਰੁਜ਼ਗਾਰ ਦਿੰਦੀ ਹੈ ਸੋ ਇਸ ਕਰਕੇ ਸਾਨੂੰ ਸਾਡੇ ਪ੍ਰੋਡਿਊਸਰ ਬਚਾ ਕੇ ਰੱਖਣੇ ਬਹੁਤ ਜ਼ਰੂਰੀ ਹੈ ਐਕਚੁਅਲੀ ਨਾ ਪੰਜਾਬੀ ਫਿਲਮਾਂ 2 ਤਰ੍ਹਾਂ ਦੇ ਪੈਸੇ ਲੱਗਦੇ ਇੱਕ ਹੈਗਾ ਕੈਮਰੇ ਦੇ ਇਸ ਪਾਸੇ ਜਿਹੜਾ ਕਿ ਸਕਰੀਨ ਦੇ ਵਿੱਚ ਆਡੀਅੰਸ ਨੂੰ ਦਿਖੇ ਇੱਕ ਹੈਗਾ ਕੈਮਰੇ ਦੇ ਪਿੱਛੇ ਜਿਹੜਾ ਕਿ ਆਮ ਜਨਤਾ ਨੂੰ ਜਾਂ ਕਿਸੇ ਨੂੰ ਵੀ ਦਿਖਦਾ ਨਹੀਂ ਹੈਗਾ ਬਹੁਤ ਸਾਰਾ ਵੇਸਟ ਆਫ ਮਨੀ ਹੁੰਦਾ ਹੈਗਾ ਔਰ ਉਹ ਹਰ ਫਿਲਮਾਂ ਦੇ ਵਿੱਚ ਹੁੰਦਾ ਸਾਡੇ ਵੀ ਹੁੰਦਾ ਬਟ ਦੇਵ ਬਾਈ ਦੀਆਂ ਫਿਲਮਾਂ 'ਚ ਇੱਕ ਖਾਸੀਅਤ ਹੈ ਉਹ ਮੇਕਿੰਗ ਦੇ ਵਿੱਚ ਤਾਂ ਕੰਪਰੋਮਾਈਜ਼ ਨਹੀਂ ਹੋਣ ਦਿੰਦੇ ਉਹ ਕਹਿੰਦੇ ਪਿਛਲੇ ਬੈਕ ਲਾਈਨ 'ਤੇ ਈਵਨ ਕਈ ਐਕਟਰ ਮੇਰੇ ਨਾਲ ਬੈਠੇ ਇੱਥੇ ਕਈ ਬਹੁਤ ਐਕਸ ਅਮਾਊਂਟ ਮੰਗਦੇ ਵਾਈ ਮੰਗਦੇ ਮੈਂ ਕਹਿੰਦੇ ਦੇਵ ਬਾਈ ਹੈਲਪ ਕਰੋ ਮੇਰੀ ਇਹ ਆਪ ਫੋਨ ਕਰਦੇ ਸੀਗੇ ਬਾਈ ਇਹ ਮੇਰੀ ਫਿਲਮ ਹੈ ਔਰ ਹੀ ਸਭ ਨੂੰ ਆਪਾਂ ਹੈਲਪ ਕਰਨੀ ਹੈ ਇਹ ਫਿਲਮ ਇੰਨੇ ਨਹੀਂ ਇੰਨੇ ਪੈਸੇ ਦੇ ਕਰੋ ਬਹੁਤ ਜਗ੍ਹਾ ਐਜ ਅ ਪ੍ਰੋਡਿਊਸਰ ਫਰੈਂਡਲੀ ਪ੍ਰੋਡਿਊਸਰ ਸਪੋਰਟਿਵ ਔਰ ਸਮਝਦੇ ਆ ਪ੍ਰੈਕਟੀਕੈਲਿਟੀ ਨੂੰ ਕਿ ਜੇ ਕਮਾ ਲਾਂਗੇ ਅਗਲੀ ਫਿਲਮ 'ਚ ਔਰ ਹੀ ਸਭ ਨੇ ਕਿਹੜੇ ਕਰ ਲੈ ਜਾਣੇ ਔਰ ਹੀ ਸਭ ਨੇ ਅਗਲੀ ਫਿਲਮ ਅਨਾਊਂਸ ਮੇਰੇ ਨਾਲ ਕਰ ਹੀ ਦੇਣੀ ਹੈ ਅਤੇ ਇਸ ਕਰਕੇ ਅਸੀਂ ਇਹਨਾਂ ਦੀ ਵਿਸ਼ਵਾਸ ਕਰਦੇ ਸਭ ਤੋਂ ਪਹਿਲਾਂ ਸਾਰਾ ਦੇਖੋ ਜੀ ਕੰਮ ਹੈ ਨਾ ਜਿਹੜਾ ਪੈਸੇ ਲਈ ਵੀ ਹੋਣਾ ਚਾਹੀਦਾ ਪਰ ਸਭ ਤੋਂ ਵੱਡੀ ਗੱਲ ਰਿਸਪੈਕਟ ਦਵਾਵੇ ਤੁਹਾਨੂੰ ਕੰਮ
ਰਿਸਪੈਕਟ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸੋ ਸੋਚ ਹੈ, ਉਸੇ ਸੋਚ ਨਾਲ ਸਾਰੇ ਸਪੋਰਟ ਕਰਦੇ ਹੈ। ਸੋ ਸਾਰਿਆਂ ਦਾ ਇੱਕ ਵਾਰ ਫਿਰ ਥੈਂਕਸ। ਮੈਂ ਸੈਮਲ ਭਾਅ ਜੀ ਨੂੰ ਕਿਹਾ, ਮੈਂ ਭਾਅ ਜੀ ਫਿਲਮ ਕਰਨੀ ਹੈ। ਭਾਅ ਜੀ ਨੇ ਕੁਛ ਨਹੀਂ ਪੁੱਛਿਆ, ਕਹਿੰਦਾ ਮੈਨੂੰ ਪੈਸੇ ਵੀ ਨਾ ਦੇਣ, ਮੈਂ ਤਾਂ ਵੀ ਕਰੂੰਗਾ ਹੁਣ। ਸੋ ਰਾਜ, ਲੱਕੀ ਸਾਰੇ ਸਪੋਰਟਿਵ ਨੇ ਭਰਾ ਜੀ ਨੇ। ਪੈਸੇ ਮੰਗ ਰਿਹਾ ਸੀ, ਅਸਲ ਪਤਾ ਕੀ ਚੱਕਰ ਹੈ, ਮੈਂ ਸਾਰੀ ਉਮਰ ਥੀਏਟਰ 'ਚ ਗਾਲਤੀ, ਹੁਣ ਮੈਨੂੰ ਇਸ ਵੀ ਚਲੋ ਘਰ ਬਾਰ ਜਾ ਬਣਾਉਣੇ ਯਾਰ, ਫਿਲਮਾਂ ਵਾਲਿਆਂ ਤੋਂ ਪੈਸੇ ਲਵਾਂਗੇ। ਬੜੇ ਸਪਸ਼ਟ ਮਸਲਾ ਹੈ, ਉਰੀ ਸਾਹਿਬ ਵੀ ਅੜ ਗਏ, ਮੈਂ ਵੀ ਅੜ ਗਿਆ। ਇਹਨਾਂ ਨੂੰ ਮੈਂ ਦੇਵ ਦਾ ਫੋਨ ਆ ਗਿਆ, ਕਹਿੰਦੇ ਭਾਅ ਜੀ ਆ ਫਿਲਮ ਕਰਨੀ ਹੈ। ਮੈਂ ਕਿਹਾ ਚਲੋ ਓਕੇ। ਉਦੋਂ ਬਾਅਦ ਹੋਰੀ ਸਾਹਿਬ ਆਪਣੀ ਕਦੇ ਕੋਈ ਗੱਲ ਨਹੀਂ ਹੋਈ, ਕਿਉਂਕਿ ਜੇ ਮੈਂ ਸਰਵਾਈਵ 12 ਸਾਲ ਤੋਂ ਕਰ ਰਿਹਾ, ਮੈਂ ਕੋਸਟ ਨਹੀਂ ਉੱਪਰ ਜਾਣ ਦੇ ਸਕਦਾ। 10-20% ਮੈਨੇਜ ਹੋ ਸਕਦੀ। ਜੇ ਮੈਂ 5-6 ਕਰੋੜ ਦੀ ਫਿਲਮ ਨੂੰ 8-9 ਕਰੋੜ 'ਚ ਬਣਾ ਦੂੰਗਾ, 2 ਕਰੋੜ ਪਹਿਲੇ ਹੀ ਲੋਸ ਹੈ। ਤਾਂ ਫਿਰ ਬਾਅਦ 'ਚ ਆਪਾਂ ਇੰਡਸਟਰੀ ਨੂੰ ਬਲੇਮ ਕਰਦੇ ਯਾਰ, ਇਹ ਫਿਲਮ ਲਾਈਨ ਨਹੀਂ ਰਹੀ ਆ। ਸਭ ਤੋਂ ਜੇ ਫਿਲਮ ਬਣੀ ਹੈ, ਅਰੁਸ਼ੀ ਦਾ ਵੀ ਪੂਰਾ ਯੋਗਦਾਨ ਹੈ, ਜਪਜੀ ਦਾ ਵੀ ਪੂਰਾ ਯੋਗਦਾਨ ਹੈ, ਜੱਗੀ ਬਾਈ ਦਾ ਵੀ ਹੈ, ਉਦੋਂ ਰਾਜ ਦਾ ਵੀ ਹੈ, ਸਾਰੀ ਟੀਮ ਦਾ ਹੈ, ਨਵਨੀਤ ਦਾ। ਇਹ ਕੱਲੀ ਫਿਲਮ ਮੈਂ ਦਿਨ ਕਹਾਂ ਕਿ ਇਕੱਲੇ ਓਰੀ ਸਾਹਿਬ ਦੇ ਕਰਕੇ ਨਹੀਂ ਬਣਦੀ, ਮੇਰੀ ਫੈਮਿਲੀ ਦਾ, ਮੇਰੀ ਵਾਈਫ ਦਾ, ਕਿ ਮੈਂ ਪੈਸੇ ਸਾਰੇ ਸੇਵਿੰਗ ਇਹ ਉਹ ਸਭ ਕੱਢ ਕੇ ਇੱਥੇ ਲਗਾ ਦਿੰਦਾ, ਅਤੇ ਜੁੜੇ ਵੀ ਹੁੰਦੇ, ਅਤੇ ਸੰਚਿਤ ਦਾ, ਬੇਟੇ ਦਾ, ਸਾਰੀ ਟੀਮ ਦਾ ਬਹੁਤ ਯੋਗਦਾਨ ਹੈ, ਅਤੇ ਤਦੀ ਫਿਲਮ ਬਣਦੀ। ਅਗਲੇ ਸਵਾਲ ਆਪਾਂ ਕਰ ਲਈਏ ਜੀ ਹੁਣ। ਜ਼ਮਾਨਾ ਵੀ ਬੀਜੀਐਮ ਦਾ ਚੱਲ ਰਿਹਾ, ਤਾਂ ਮੈਂ ਜਾਣਨਾ ਚਾਹੁੰਦਾ ਤੁਸੀਂ ਕੋਲ ਬੈ ਕੇ ਬਣਵਾਇਆ ਵਿੱਚ ਸੁਣਦੇ ਨੇ ਪੀਸ ਵੱਜਦਾ ਸੈਕਸੋਫੋਨ ਦਾ, ਉਹ ਮੇਰਾ ਸੀਗਾ ਚੋਇਸ। ਮੈਂ ਨਵਨੀਤ ਬਾਈ ਨੂੰ ਕਿਹਾ, ਮੈਂ ਖੈਰ ਮੈਨੂੰ ਨਾ ਉਹ ਅਮਿਤਾਭ ਬੱਚਨ ਦੀ ਡੌਨ ਫਿਲਮ 'ਚ ਵੱਜਦਾ ਇਹ, ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਤੋਂ ਇੰਸਪਾਇਰਡ ਅਸੀਂ ਲਿਆ। ਮੈਂ ਖੈਰ ਮੈਨੂੰ ਉੱਦਾਂ ਦਾ ਮਿਊਜ਼ਿਕ ਚਾਹੀਦਾ, ਕਿਉਂਕਿ 70 ਦੇ ਦੌਰ ਦੀ ਫਿਲਮ ਹੈ, ਤਾਂ ਮਿਊਜ਼ਿਕ ਵੀ ਤੁਹਾਨੂੰ ਉਸ ਐਰਾ ਦੇ ਵਿੱਚ ਲੈ ਕੇ ਜਾਵੇ, ਉਹ ਅੱਜ ਵਾਲਾ ਮਿਊਜ਼ਿਕ ਨਹੀਂ ਹੋਣਾ ਚਾਹੀਦਾ ਅੱਜ, ਕਿਉਂਕਿ ਕਹਾਣੀ 1970 ਤੋਂ ਲੈ ਕੇ 2024 ਦੀ ਗੱਲ ਕਰਦੀ ਹੈ, ਟਰੈਵਲ ਕਰਦੀ ਹੈ, ਉੱਥੇ ਤੱਕ ਆਉਂਦੀ ਹੈ ਇਹ ਕਹਾਣੀ, ਕਰੈਕਟਰ ਉੱਥੇ ਤੱਕ ਆਉਂਦੇ ਆ, ਤਾਂ ਮਿਊਜ਼ਿਕ ਵੀ ਨਾਲ ਨਾਲ ਚੇਂਜ ਹੋ ਜਾਊਗਾ ਫਿਲਮ ਦਾ। ਇਸ ਚੀਜ਼ ਦਾ ਬਹੁਤ ਖਿਆਲ ਰੱਖਿਆ, ਔਰ ਕਾਫੀ ਇੱਕ ਇੱਕ ਚੀਜ਼ ਦੇ ਉੱਤੇ ਅਸੀਂ ਵਰਕ ਕਰਕੇ ਫਿਰ ਇਹ ਫਿਲਮ ਨੂੰ ਘੱਟੋ ਘੱਟ, ਨਹੀਂ ਤਾਂ ਸਾਡੇ ਹੁੰਦਾ ਕਿ ਯਾਰ ਕਹਾਣੀ ਲਿਖੀ ਗਈ 6 ਮਹੀਨੇ 3 ਮਹੀਨੇ 3 ਮਹੀਨੇ ਵੀ ਨਹੀਂ ਕੋਈ ਦਿੰਦਾ ਅੱਜ ਕੱਲ੍ਹ, 1.5 ਮਹੀਨੇ 'ਚ ਕਹਿੰਦੇ ਨੇ ਜੀ ਡਰਾਫਟ, ਘੱਟੋ ਘੱਟ ਸਾਲ ਤੋਂ ਉੱਤੇ ਦਾ ਟਾਈਮ ਅਸੀਂ ਕਹਾਣੀ 'ਤੇ ਲਾਇਆ, ਉਹਰੀ ਸਾਹਿਬ ਨੂੰ ਪਤਾ ਫਿਰ ਚੀਜ਼ਾਂ ਦਾ, ਫਿਰ ਲੁੱਕਸ ਨੂੰ ਲੈ ਕੇ ਇੱਕ ਇੱਕ ਚੀਜ਼ ਦੇ ਉੱਤੇ, ਕਿਉਂਕਿ ਜਿਹੜੇ ਤੁਹਾਡੇ ਬ੍ਰਾਂਡ ਹੁੰਦੇ ਨੇ ਨਾ, ਜਦੋਂ ਪਹਿਲੀ ਬਲੈਕ ਹੈ ਤਾਂ ਲੋਕਾਂ ਨੂੰ ਬਹੁਤ ਉਮੀਦਾਂ ਨੇ, ਦੂਜੀ ਆਉਂਦੀ ਅਗਲੇ ਕਹਿੰਦਾ ਗੱਲ ਨਹੀਂ ਬਣੀ ਜੀ। ਸੋ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਸਵਾਲ ਫੇਰ ਹੈ, ਜੇ ਫਿਲਮ ਦੇਖ ਕੇ ਅਗਲੇ ਕਹਿਣੇ ਯਾਰ ਇਹ ਪਹਿਲੀ ਤੋਂ ਵਧੀਆ, ਉਹ ਹੁਣ ਜਦੋਂ ਕਿ ਬਹੁਤ ਵੱਡਾ ਚੈਲੰਜ ਹੁੰਦਾ, ਉਹ ਹੁੰਦਾ ਨਹੀਂ ਹੈ, ਬਟ ਅਸੀਂ ਇਹ ਕੋਸ਼ਿਸ਼ ਕਰਕੇ ਫਿਲਮ ਬਣਾਈ ਆ, ਸਾਨੂੰ ਨਹੀਂ ਪਤਾ ਸੀ ਕਿੰਨੇ ਕੁ ਕਾਮਯਾਬ ਹੋਵਾਂਗੇ ਜਾਂ ਹੋਏ ਹਾਂ, ਤੁਸੀਂ ਦੇਖਣ ਤੋਂ ਬਾਅਦ ਕਹਿ ਸਕੋ ਕਿ ਯਾਰ ਹਾਂ ਯਾਰ ਇਹ ਪਹਿਲੀ ਤੋਂ ਵਧੀਆ, ਉਹ ਹੋਊਗਾ ਨਹੀਂ ਹੋਊਗਾ, ਪਰ ਅਸੀਂ ਆਪਣੇ ਵੱਲੋਂ ਇਹ ਸੋਚ ਕੇ ਬਣਾਈ ਆ ਕਿ ਲੋਕ ਕਹਿਣੇ ਯਾਰ ਇਹ ਪਹਿਲੀ ਤੋਂ ਵਧੀਆ। ਰਾਈਟ, ਸੋ ਹੁਣ ਤੁਸੀਂ ਇੱਕ ਸਵਾਲ ਉੱਥੋਂ ਵੀ ਲੈ ਲਿਓ, ਪਰ ਜਾਂਦੇ ਜਾਂਦੇ ਤੁਸੀਂ ਨਾ ਦਕਸ਼ ਬਾਈ ਦੀ ਗੱਲ ਜ਼ਰੂਰ ਕਰ ਜਿਓ, ਔਰ ਜਦੋਂ ਦਕਸ਼ ਬਾਈ ਦਾ ਨਾਮ ਆਉਂਦਾ ਹੈ ਨਾ, ਮੇਰੇ ਦਿਮਾਗ 'ਚ ਆਉਂਦੀ ਹੈ ਕੈਟ, ਹੈ ਨਾ, ਅਤੇ ਕੈਟ ਵਰਗਾ ਮਤਲਬ ਉਹ ਪੰਜਾਬ ਨੂੰ ਦਿਖਾ ਕੇ ਬਹੁਤ ਕੁਛ ਦਿਖਾਈ ਜਾਂਦੇ ਆ, ਟੱਬਰ ਕੈਟ ਹੈਗੀ ਆ, ਔਰ ਕੋਹਰਾ ਵੀ ਆ, ਹੈ ਨਾ, ਤਾਂ ਉਹ ਵੀ ਕੁਛ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਫਿਲਮ ਬਣਾਈ ਸੀ ਤਾਂ ਅਸੀਂ ਸੋਚਿਆ ਸੀ ਕਿ ਬਲੈਕ ਆ 3 ਲਈ,
ਸਟਰੋਂਗ ਕੋਈ ਥਰੂ ਛੱਡ ਕੇ ਜਾਈਏ ਜਿਹਦੇ ਨਾਲ ਲੋਕ ਜੁੜਨਗੇ ਯਾਰ ਬਲੈਕ ਏਅਰ 3 ਵੀ ਬਣੂਗੀ ਦੇਖਾਂਗੇ ਉਹ ਅਸੀਂ ਛੱਡਿਆ ਔਰ ਉਹਦੇ ਵਿੱਚ ਇੱਕ ਕਰੈਕਟਰ ਆਇਆ ਔਰ ਉਹਦੇ ਵਿੱਚ ਅਸੀਂ ਸੀਗਾ ਕਿ ਸਟਰੋਂਗ ਬੰਦੇ ਖੜ੍ਹੇ ਹੋਣ ਅਗਲੀ ਫਿਲਮ ਲਈ ਜਦੋਂ ਫਿਲਮ ਦੇਖੂਗੇ ਉਦੋਂ ਪਤਾ ਦਕਸ਼ ਦਾ ਨਾਮ ਅਸੀਂ ਇੱਕ ਚਿਹਰਾ ਲੱਭ ਰਹੇ ਸੀਗੇ ਪੁਲਿਸ ਦੇ ਉਹਦੇ ਵਿੱਚ ਬਹੁਤ ਸਾਰੇ ਨਾਮ ਆਏ ਕਿ ਇੱਕ DSP ਚਾਹੀਦਾ ਤਾਂ ਪੁਲਿਸ ਆਫਿਸਰ ਚਾਹੀਦਾ ਕਿਹੜੇ ਕਿਹੜੇ ਨਾਮ ਹੋ ਸਕਦੇ ਨੇ ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਕੈਟ ਆਈ ਸੀ ਕੈਟ ਦੇਖਣ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਰੋਲ ਦਕਸ਼ ਨੂੰ ਜਾਊਗਾ ਦਕਸ਼ ਬਹੁਤ ਕਮਾਲ ਦਾ ਐਕਟਰ ਹੈ ਔਰ ਉਹ ਪੁਲਿਸ ਦੀ ਯੂਨੀਫਾਰਮ ਚੱਜ ਬਹੁਤ ਰਹੀ ਹੈ ਹੱਟਾ ਕੱਟਾ ਉਹ ਸਾਨੂੰ ਚਾਹੀਦਾ ਸੀਗਾ ਜੇ ਸਾਡੀ ਬਲੈਕ ਏਅਰ 2 ਨੂੰ ਸਾਰੀ ਆਡੀਅੰਸ ਪਿਆਰ ਦਿੰਦੀ ਹੈ ਤਾਂ ਬਲੈਕ ਏਅਰ 3 ਦੇ ਵਿੱਚ ਉਹਦਾ ਰੋਲ ਹੋਰ ਵੀ ਪਾਵਰਫੁਲ ਹੋ ਕੇ ਆਊਗਾ ਅਗਰ ਮੈਂ ਬਤਾ ਦੂੰਗੀ ਤਾਂ ਸਭ ਕੁਝ ਹੀ ਰਿਵੀਲ ਹੋ ਜਾਏਗਾ ਇਫ ਆਈ ਟੈਲ ਯੂ ਐਨੀਥਿੰਗ ਰਾਈਟ ਨਾਓ ਬਹੁਤ ਬੜਾ ਕੈਰੈਕਟਰ ਨਹੀਂ ਹੈ ਮਤਲਬ ਆਈ ਡੋਂਟ ਹੈਵ ਅ ਲੋਟ ਆਫ ਸੀਨਸ ਬਟ ਜਿੰਨਾ ਹੈ ਇਟਸ ਇੰਪੋਰਟੈਂਟ ਆਈ ਫੀਲ ਇਨ ਦਾ ਫਿਲਮ ਹੈ ਕਿ ਨਹੀਂ ਸਪੋਰਟ ਮੀ ਗਾਇਸ ਇੱਕ ਦੂਸਰੇ ਦਾ ਕਰਤ ਰਹੇ ਤੋ ਮੇਰੀ ਬਾਰੇ ਮੈਂ ਸਪੋਰਟ ਨਹੀਂ ਕਰਤੇ ਹੋ ਜਿਸ ਤਰ੍ਹਾਂ ਦੀ ਹੁਣੇ ਬੈਠੀ ਲੱਗਦੀ ਹੈ ਨਾ ਫਿਲਮ 'ਚ ਕਿਰਦਾਰ ਇੱਦਾਂ ਦੇ ਹੈ ਜਿਸ ਤਰ੍ਹਾਂ ਨਵਨੀਤ ਨੇ ਨਾ ਕਰੈਕਟਰ ਚੁਣ ਚੁਣ ਕੇ ਹੀ ਮਤਲਬ ਜਿਹੜਾ ਉਸ ਕਰੈਕਟਰ ਦੇ ਵਿੱਚ ਲੱਗੇ ਇਹ ਹੁਣ ਬੈਠੀ ਹੈ ਜਿਸ ਤਰ੍ਹਾਂ ਦੀ ਲੱਗ ਰਹੀ ਫਿਲਮ ਦੇ ਵਿੱਚ ਵੀ ਕਿਰਦਾਰ ਉੱਦਾਂ ਦਾ ਹੀ ਹੈਗਾ ਔਰ ਛੋਟਾ ਰੋਲ ਹੈ ਬਟ ਬਹੁਤ ਵਧੀਆ ਰੋਲ ਹੈ ਮਤਲਬ ਆਈ ਵਿਸ਼ ਕਿ ਮੈਨੂੰ ਕੁਝ ਐਸਾ ਕੈਰੈਕਟਰ ਮਿਲੇ ਕਭੀ ਜੋ ਥੋੜਾ ਚੈਲੰਜਿੰਗ ਹੋ ਬਟ ਅਭੀ ਤੱਕ ਆਈ ਹੈਵ ਬੀਨ ਡੂਇੰਗ ਕੈਰੈਕਟਰਸ ਜੋ ਮੇਰੇ ਜੈਸੇ ਹੀ ਹੈ ਅਸਲ 'ਚ ਮੈਂ ਨਾ ਇਹ ਚੀਜ਼ ਨੂੰ ਡਿਫਾਈਨ ਕਰਦਾ ਕਿ ਜਦੋਂ ਤੁਹਾਨੂੰ ਨਾ ਪਾਵਰਫੁਲ ਸਕ੍ਰਿਪਟ ਮਿਲਦੀ ਹੈ ਤਾਂ ਫਿਰ ਰੋਲ ਦੀ ਲੈਂਥ ਮਾਇਨੇ ਨਹੀਂ ਰੱਖਦੀ ਮੈਂ ਵੀ ਮੌੜ ਫਿਲਮ ਕਰਕੇ ਆਇਆ ਤਾਂ ਮੈਂ ਉਹਦੇ ਵਿੱਚ ਇਹ ਨਹੀਂ ਦੇਖਿਆ ਕਿ ਮੈਂ ਜਿਉਣਾ ਕਰ ਰਿਹਾ ਜਾਂ ਮੈਨੂੰ ਜਿਉਣਾ ਨਹੀਂ ਮਿਲਿਆ ਮੈਂ ਕਿਸ਼ਨਾ ਮੌੜ ਕਿਉਂ ਕਰਾਂ ਉਹ ਉਸ ਕਰਕੇ ਕੀਤਾ ਕਿਉਂਕਿ ਉਹਦੀ ਜਦੋਂ ਮੈਂ ਕਹਾਣੀ ਸੁਣੀ ਤਾਂ ਜਦੋਂ ਕਰੈਕਟਰ ਸੁਣਿਆ ਤਾਂ ਮੈਨੂੰ ਲੱਗਿਆ ਕਿ ਇਹ ਕਰੈਕਟਰ ਮੈਨੂੰ ਨਹੀਂ ਛੱਡਣਾ ਚਾਹੀਦਾ ਇਹ ਕਰੈਕਟਰ ਮੈਨੂੰ ਕਰਨਾ ਚਾਹੀਦਾ ਸੋ ਹਮੇਸ਼ਾ ਔਰ ਜਦੋਂ ਵੱਡਾ ਸੈਟਅਪ ਹੋਵੇ ਔਰ ਲੱਗੇ ਕਿ ਕੁਛ ਡਿਫਰੈਂਟ ਟਾਈਪ ਦਾ ਸਿਨੇਮਾ ਆ ਰਿਹਾ ਤਾਂ ਫਿਰ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਰੋਲ ਦੀ ਲੈਂਥ ਦੀ ਕੋਈ ਇੰਪੋਰਟੈਂਸ ਰਹਿ ਜਾਂਦੀ ਹੈ ਨੋ ਆਈ ਵਾਸ ਅਬਾਊਟ ਟੂ ਸੇ ਕਿ ਇਟਸ ਅ ਬਿਗ ਫਰੈਂਚਾਈਜ਼ ਦ ਫਰਸਟ ਫਿਲਮ ਵਾਸ ਮਤਲਬ ਵਟ ਐਵਰ ਹੈਪਨਡ ਬਟ ਇਟ ਵਾਸ ਅ ਬਿਗ ਫਿਲਮ तो इस फिल्म का पार्ट होना वाज अ वेरी बिग डील फॉर मी कि जब मुझे ओरिजिन ने बोला तो मैंने उनको कहा कि उन्होंने मुझसे भी नेगोशिएट किया तो मैंने कहा हमने अभी तक काम नहीं किया कर लेते हैं जो भी आप कहोगे उतने में कर लेंगे डोंट वरी बट लेट्स स्टार्ट समथिंग सो आई हैड अ गुड टाइम सुदीप भाई इस फिल्म में गौरव चोपड़ा भी ने जिन्हें हिंदी इंडस्ट्री से काम किया बहुत सारा तो हां जी हां जी हां जी तो है हिंदी के नाल उन्होंने वास्ता पंजाबी लैंग्वेज और हुन गदर च भी आए सी पीछे बहुत कमाल दे एक्टर है ਆਪਣੀ ਪੰਜਾਬੀ ਇੰਡਸਟਰੀ ਦਾ ਲੈਵਲ ਇੱਥੇ ਤੱਕ ਪਹੁੰਚ ਗਿਆ ਕਿ ਹਿੰਦੀ ਜਿਹੜੇ ਆਰਟਿਸਟ ਨੇ ਆਪਾਂ ਕੀ ਪਹਿਲਾਂ ਦੇਖਦੇ ਸੀ ਫਿਲਮਾਂ 'ਚ ਪੰਜਾਬੀ ਫਿਲਮਾਂ 'ਚ ਉਹ ਕਲਾਕਾਰ ਕੰਮ ਕਰਦੇ ਸੀਗੇ ਜਿਹੜੇ ਇੱਥੋਂ ਪੰਜਾਬ ਤੋਂ ਹੀ ਨੇ ਜਿਹਨਾਂ ਦੀ ਬੈਕਗ੍ਰਾਊਂਡ ਪੰਜਾਬੀ ਹੈ ਬੋਲ ਲੈਂਦੇ ਨੇ ਹਨਾ ਸੋ ਹਿੰਦੀ ਆਰਟਿਸਟ ਵੀ ਜਿਹੜੇ ਅਟਰੈਕਟ ਹੋਣ ਲੱਗ ਪਏ ਨੇ ਪੰਜਾਬੀ ਸਿਨੇਮਾ ਦੇ ਬਿਲਕੁਲ ਹੋ ਰਿਹਾ ਜੀ ਹੁਣ ਸਾਡਾ ਸਿਨੇਮਾ ਦੇਖੋ ਮਸਤਾਨੇ ਨੇ ਕਿੰਨਾ ਸੋਹਣਾ ਬਿਜ਼ਨਸ ਕੀਤਾ ਹੈ ਔਰ ਜਦੋਂ ਦਾ ਟ੍ਰੇਲਰ ਆਇਆ ਸੀ ਹਰ ਬੰਦੇ ਦੇ ਦਿਲ ਦੀ ਇੱਛਾ ਸੀ ਕਿ ਮਸਤਾਨੇ ਦੇਖਣੀ ਆ ਕੈਰੀ ਔਨ ਜੱਟਾ 100 ਕਰੋੜ ਕ੍ਰੋਸ ਕਰ ਗਈ ਉਹਦੇ ਨੇੜੇ ਚਲੀ ਗਈ ਸੋ ਸਿਨੇਮਾ ਸਾਡਾ ਡੇ ਬਾਈ ਡੇ ਵੱਡਾ ਹੋ ਰਿਹਾ ਔਰ ਲੋਕਾਂ ਤੱਕ ਇਹ ਗੱਲ ਪਹੁੰਚ ਰਹੀ ਹੈ ਸਾਊਥ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ ਕਿ ਹੁਣ ਜਿਹੜਾ ਪੰਜਾਬੀ ਦਾ ਸਿਨੇਮਾ ਉਹ ਵੀ ਗਰੋਹ ਕਰ ਰਿਹਾ ਸੋ ਗੌਰਵ ਚੋਪੜਾ ਮੇਰਾ ਫੇਵਰੇਟ ਆਰਟਿਸਟ ਆ ਮੈਂ ਅਸੀਂ ਫੇਸ ਲੱਭ ਰਹੇ ਸੀ ਤਾਂ ਮੈਨੂੰ ਨਾਮ ਨਹੀਂ ਸੀ ਯਾਦ ਆ ਰਿਹਾ ਕਿ ਯਾਰ ਇੱਕ ਬੰਦਾ ਹੈ ਸਾਨੂੰ ਚਾਹੀਦਾ ਸੀ ਬੋਂਬੇ ਦਾ ਅਸੀਂ ਇੱਕ ਡੌਨ ਦਿਖਾਉਣਾ ਸੀ ਉਹਦਾ ਨਾਮ ਹਾਲੇ ਨਹੀਂ ਫਿਲਮ ਦੇ ਵਿੱਚ ਜਦ ਤੁਸੀਂ ਦੇਖੋਗੇ ਤਾਂ ਉੱਥੇ ਰਿਵੀਲ ਹੋਊਗਾ ਨਾਮ ਤਾਂ ਮੈਂ ਬਾਰ ਬਾਰ ਨਵਨੀਤ ਬਾਈ ਨੂੰ ਕਿਹਾ ਮੈਂ ਖੈਰ ਇੱਕ ਬੰਦਾ ਹੈ ਯਾਰ ਫਲਾਣੀ ਫਿਲਮ 'ਚ ਆਇਆ ਫਲਾਣੀ ਫਿਲਮ 'ਚ ਆਇਆ ਅਤੇ ਫਿਰ ਅਸੀਂ ਲੱਭ ਲਿਆ ਫਿਰ ਮੈਨੂੰ ਨਵਨੀਤ ਬਾਈ ਨੇ ਕਿਹਾ ਗੌਰਵ ਚੋਪੜਾ ਮੈਂ ਖੈਰ ਇਹ ਬੰਦੇ ਨੂੰ ਲਈਏ ਆਪਾਂ ਵੀ ਬੰਦਾ ਬਹੁਤ ਔਰ ਕਮਾਲ ਦਾ ਐਕਟਰ ਹੈ ਸੀਰੀਅਸਲੀ ਔਰ ਪੰਜਾਬੀ ਵਧੀਆ ਬੋਲਦਾ ਦਿੱਲੀ ਤੋਂ ਹੈ ਇਹ ਨਹੀਂ ਹੈ ਕਿ ਉਹ ਬੰਦਾ ਸਿਰਫ ਹਿੰਦੀ ਬੋਲਦਾ ਉਹਦੀ ਪੰਜਾਬੀ ਬਹੁਤ ਚੰਗੀ ਹੈ ਔਰ ਫਿਊਚਰ ਦੇ ਵਿੱਚ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕਿਸੇ ਵੱਡੇ ਕਰੈਕਟਰ ਦੇ ਵਿੱਚ ਆਪਾਂ ਜ਼ਰੂਰ ਲੈ ਕੇ ਆਵਾਂਗੇ ਰਾਜਵੀਰੇ
ਜਿੱਦਾਂ ਨਾ ਦੇਵ ਬਾਈ ਜਦੋਂ ਵੀ ਕੋਈ ਫਿਲਮ ਕਰਦੇ ਆ ਇਹ ਆਪਣੇ ਕਰੈਕਟਰ ਨਾਲੋਂ ਦੂਜੇ ਦਾ ਕਰੈਕਟਰ ਵੀ ਵੇਖਦਾ ਵੀ ਉਹਦਾ ਕਰੈਕਟਰ ਕਿੰਨਾ ਕੁ ਸਟਰੋਂਗ ਆ ਜਾਂ ਕਿੰਨਾ ਕੁ ਸਟਰੋਂਗ ਹੋਣਾ ਚਾਹੀਦਾ ਅਤੇ ਜਦੋਂ ਇੱਦਾਂ ਦੇ ਬੰਦੇ ਨਾਲ ਕੰਮ ਕਰਦੇ ਹਾਂ ਫਿਰ ਐਕਸਪੀਰੀਅੰਸ ਵੀ ਵੱਧਦਾ ਅਤੇ ਕਿੱਦਾਂ ਦੀ ਬੌਂਡਿੰਗ ਰਹਿੰਦੀ ਆ ਫਿਰ? ਡੈਫੀਨੇਟਲੀ ਜਦੋਂ ਬਰਾਬਰ ਅਤੇ ਅੱਛੇ ਐਕਟਰ ਹੁੰਦੇ ਆ ਜਿਵੇਂ ਸਾਰੇ ਅੱਛੇ ਐਕਟਰ ਆ ਫਿਲਮ ਦੇ ਵਿੱਚ ਬਹੁਤ ਸਟਰੋਂਗ ਐਕਟਰ ਆ ਉਹਨਾਂ ਦੀ ਜਿਹੜੀ ਬੈਕਗਰਾਊਂਡ ਆ ਉਹ ਵੀ ਬਹੁਤ ਸਟਰੋਂਗ ਆ ਬਾਈ ਵਰਗੇ ਸਾਰੇ ਥੀਏਟਰ ਤੋਂ ਆ ਤਾਂ ਜਿਹੜਾ ਮੈਂ ਨੌਨ ਥੀਏਟਰ ਤੋਂ ਆ ਮੈਨੂੰ ਮੇਰੇ ਲਈ ਥੋੜ੍ਹਾ ਚੈਲੇਂਜਿੰਗ ਹੋ ਜਾਂਦਾ ਮੈਚ ਕਰਨਾ ਪਰ ਸੱਚੀ ਦੇਵ ਬਾਈ ਨਾਲ ਜਦੋਂ ਕੰਮ ਕਰਦੇ ਆ ਤਾਂ ਬਾਈ ਇੱਕ ਤਾਂ ਬਹੁਤ ਮਤਲਬ ਵੀ ਰਿਲੈਕਸ ਕਰ ਦਿੰਦੇ ਆ ਬੰਦੇ ਨਾਲ ਗੱਲ ਕਰਕੇ ਜਿਵੇਂ ਬਾਈ ਆਪਾਂ ਬੈਠਦੇ ਵੀ ਸੀ ਸੀਨ 'ਤੇ ਗੱਲ ਵੀ ਕਰਦੇ ਸੀ ਹੈ ਨਾ ਤਾਂ ਬਹੁਤ ਈਜ਼ੀ ਹੁੰਦਾ ਬਾਈ ਨਾਲ ਗੱਲ ਕਰਨਾ ਐਂ ਨਹੀਂ ਹੈਗਾ ਵੀ ਬਾਈ ਇੱਕ ਪਾਸੇ ਬੈਠਾ ਅਤੇ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਜਿਹਦੇ ਨਾਲ ਵੀ ਸੀਨ ਹੁੰਦਾ ਖੁੱਲ੍ਹ ਕੇ ਡਿਸਕਸ ਕਰਦੇ ਆ ਅਤੇ ਨਵਨੀਤ ਬਾਈ ਵੀ ਉਹਨਾਂ ਦਾ ਵਿਜ਼ਨ ਬਹੁਤ ਬਰੋਡ ਹੈਗਾ ਬਹੁਤ ਵੱਡਾ ਵਿਜ਼ਨ ਉਹਨਾਂ ਦਾ ਉਹ ਬਹੁਤ ਰਿਲੈਕਸ ਕਰ ਦਿੰਦੇ ਆ ਤਾਂ ਐਕਟਰ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਉਹ ਸੈੱਟ ਦੇ ਉੱਤੇ ਕਿੰਨਾ ਕੁ ਕੰਫਰਟੇਬਲ ਹੈ ਅਤੇ ਡਾਕੂਆਂ ਦਾ ਮੁੰਡਾ 2 ਵੀ ਇਹਦੇ 'ਚ ਵੀ ਬਹੁਤ ਕੰਫਰਟੇਬਲ ਸੀ ਮੈਂ ਬਹੁਤ ਖੁੱਲ੍ਹ ਕੇ ਕੰਮ ਕੀਤਾ ਅਤੇ ਨਾਲ ਦੇ ਐਕਟਰ ਜਦੋਂ ਅੱਛਾ ਕਰ ਰਹੇ ਹੁੰਦੇ ਤਾਂ ਤੁਹਾਡੀ ਡੈਫੀਨੇਟਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਵਧੀਆ ਰਿਜ਼ਲਟ ਨਿਕਲਦਾ ਹੁੰਦਾ। ਅੱਛਾ, ਇੱਕ ਜਦੋਂ ਸਪੋਰਟਿਵ ਆਰਟਿਸਟ ਬਹੁਤ ਘੱਟ ਨੇ ਇੰਡਸਟਰੀ ਦੇ ਵਿੱਚ ਤਾਂ ਰਾਜ ਉਹਨਾਂ 'ਚੋਂ ਇੱਕ ਹੈ ਜਿਹੜਾ ਸਪੋਰਟ ਕਰਦਾ ਤੁਹਾਨੂੰ। ਨਹੀਂ, ਮੇਰੇ ਨਾ 2-3 ਬੜੇ ਬੈਡ ਐਕਸਪੀਰੀਅੰਸ ਰਹੇ ਨੇ, ਮੈਂ ਨਾਮ ਤਾਂ ਨਹੀਂ ਲਾਊਂਗਾ ਕਿਸੇ ਦਾ, ਜਿਨ੍ਹਾਂ ਨੇ ਮੈਨੂੰ ਇਹ ਵੀ ਸੋਚਣ 'ਤੇ ਮਜਬੂਰ ਕਰਤਾ ਕਿ ਮੈਂ 2 ਹੀਰੋਆਂ ਵਾਲੀ ਫਿਲਮ ਕਰਾਂ ਕਿ ਨਾ ਕਰਾਂ। ਤਾਂ ਉਹਨਾਂ ਦੇ ਵਿੱਚੋਂ ਇਹ ਸੀਗਾ ਕਿ ਮੇਰੀਆਂ ਲਾਈਨਸ ਲਿਖੀਆਂ ਹੁੰਦੀਆਂ ਸੀ ਉਹਨਾਂ ਨਾਲ ਛੇੜਛਾੜ ਕਰ ਦੇਣੀ, ਆਪਣੀ ਲਾਈਨ ਉੱਪਰ ਰੱਖਣੀ। ਇਹ 2-3 ਵਾਰ ਮੇਰਾ ਐਕਸਪੀਰੀਅੰਸ ਹੋ ਗਿਆ। ਫਿਰ ਇੱਕ ਬੰਦਾ ਮੇਰੇ ਓਪੋਜ਼ਿਟ ਸੀਗਾ ਇੱਕ ਫਿਲਮ ਦੇ ਵਿੱਚ, ਅਤੇ ਉਹ ਕਹਿੰਦਾ ਮੈਂ ਦੇਵ ਤੋਂ ਕੁੱਟੀ ਨਹੀਂ ਖਾਣੀ, ਮੈਂ ਕਿਉਂ ਖਾਵਾਂ, ਮੈਂ ਇਹ ਕਰਾਂ, ਨੈਗੇਟਿਵ ਸੀਗਾ ਨਾਲੇ ਉਹ। ਤਾਂ ਉਹਨੇ ਉਹ ਸੀਨ ਦਾ ਸਾਰਾ ਸੱਤਿਆਨਾਸ਼ ਕਰਤਾ ਬੰਦੇ ਨੇ, ਅਤੇ ਮੈਂ ਬਹਿਸ ਨਹੀਂ ਕਰਦਾ ਹੁੰਦਾ ਸੈੱਟ 'ਤੇ। ਮੈਂ ਡਾਇਰੈਕਟਰ ਨੂੰ ਪੁੱਛਣਾ ਉਹਨਾਂ ਤੇਰੀ ਕਾਲ ਕੀ ਹੈ, ਤੂੰ ਇਹ ਚਾਹੁੰਦਾ ਕਿ ਨਹੀਂ ਚਾਹੁੰਦਾ। ਉਹ ਡਾਇਰੈਕਟਰ ਵੀ ਨਹੀਂ ਬੋਲਿਆ ਕੁਛ, ਮੈਂ ਕਿਹਾ ਜਿਵੇਂ ਤੂੰ ਕਰਨਾ ਕਰ ਲਾ, ਤੇਰੀ ਫਿਲਮ ਹੈ। ਤਾਂ ਫਿਰ ਮੈਂ ਉਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲੈਣਾ, ਆਪਾਂ ਬਹਿਸ ਹੀ ਨਹੀਂ ਕਰਦੇ, ਪੈਂਦੇ ਹੀ ਨਹੀਂ। ਮੇਰੇ ਐਕਸਪੀਰੀਅੰਸ ਰਹੇ ਨੇ, ਬਟ ਮੈਂ ਰਾਜ ਬਾਈ ਦੀ ਇਹ ਐਪਰੀਸ਼ੀਏਟ ਕਰਦਾ। ਇੰਨੇ ਸਪੋਰਟਿਵ ਐਕਟਰ ਬਹੁਤ ਘੱਟ ਨੇ ਇੰਡਸਟਰੀ ਦੇ ਵਿੱਚ, ਨਹੀਂ ਤਾਂ ਬਹੁਤ ਸਾਰਿਆਂ ਦਾ ਜੇ 1 ਜਾਂ 2 ਫਿਲਮਾਂ ਚੱਲ ਜਾਣ, ਉਹ ਤੋਂ ਬਾਅਦ ਇੱਕ ਇੱਕ ਬੰਦੇ ਨੂੰ ਅਸੀਂ ਫਿਲਮ ਲਈ ਰਾਜ ਵਾਲੇ ਲਈ ਪਹਿਲਾਂ ਬੁਲਾਇਆ, ਅਤੇ ਕਹਿੰਦੇ ਸਾਡੇ ਡਾਇਰੈਕਟਰ ਦੀ ਚੋਇਸ ਸੀਗਾ ਬਾਈ ਦੀ, ਮੈਂ ਉਦੋਂ ਵੀ ਰਾਜ ਬਾਈ ਹੈਗਾ ਸੀਗਾ ਵਿੱਚ, ਮੈਂ ਕਿਹਾ ਰਾਜ ਬੈਟਰ ਚੋਇਸ ਹੈ, ਕਹਿੰਦੇ ਨਹੀਂ ਉਹ ਲੈਣਾ। ਉਹਦੇ ਨਾਲ ਗੱਲ ਕੀਤੀ, ਉਹ ਹਾਂ ਕਰ ਗਿਆ, ਹਾਂ ਕਰੂੰਗਾ। ਉਹ ਤੋਂ ਬਾਅਦ ਕਹਿੰਦਾ ਯਾਰ ਉਹਦੀ ਇੱਕੋ ਹੀ ਫਿਲਮ ਆਈ, ਉਹ ਵੀ ਥੱਲੇ ਗਈ। ਅਸੀਂ ਕਿਹਾ ਵੀ ਬਹੁਤ ਵੱਡਾ ਕਰੈਕਟਰ ਆ, ਔਰ ਜਦੋਂ ਤੁਸੀਂ ਰਾਜ ਦਾ ਕਰੈਕਟਰ ਦੇਖੋਗੇ ਤਾਂ ਮਤਲਬ ਬਾ ਕਮਾਲ ਇਹਨੇ ਕੰਮ ਕੀਤਾ। ਔਰ ਮੈਂ ਇਹਨੂੰ ਕਹਿ ਸਕਦਾ ਕਿ ਇਹ ਫਿਲਮ ਦੇ ਵਿੱਚ ਸੈਕਿੰਡ ਲੀਡ ਹੈ ਰਾਜ। ਅਤੇ ਉਹ ਬੰਦਾ ਕਹਿੰਦਾ ਯਾਰ ਮਸਾਂ ਮਸਾਂ ਤਾਂ ਉੱਠਿਆ ਯਾਰ, ਹੁਣ ਆਹ ਸਾਈਡ ਵਾਲੇ ਕਰੈਕਟਰ ਕਰਾਂਗੇ। ਹੁਣ ਜਦੋਂ ਮੈਂ ਉਹ ਬੰਦੇ ਨੂੰ ਕੰਮ ਕਰਦਾ ਦੇਖਿਆ ਪਿੱਛੇ ਜੇ, ਔਰ ਤੁਸੀਂ ਦੇਖੋ ਕਿ ਇੱਕ DVD 'ਚ ਉਹਨੇ ਕੰਮ ਕੀਤਾ ਔਰ ਐਡੀ ਵੱਡੀ ਫਿਲਮ ਛੱਡ ਕੇ। ਸੋ ਜਦੋਂ ਕਿ ਤੁਹਾਨੂੰ ਜਿੱਥੇ ਵੀ ਚਾਂਸ ਮਿਲਦਾ ਤੁਸੀਂ ਆਓ ਵੜੋ ਚੰਗੀ ਫਿਲਮ ਦੇ ਵਿੱਚ, ਇਹ ਨਾ ਰੱਖੋ ਕਿ ਆਹ ਮੈਨੂੰ ਛੋਟੇ ਛੋਟੇ ਰੋਲ ਕਰਕੇ ਅਸੀਂ ਪਹੁੰਚੇ ਹੋਏ ਹਾਂ ਇੱਥੇ ਤੱਕ। ਬੀਨੂ ਬਾਈ ਹੋਰੀ ਛੋਟੇ ਛੋਟੇ ਰੋਲ ਕਰਕੇ ਅੱਜ ਲੀਡ ਕਰ ਰਹੇ ਨੇ। ਸੋ ਸਿਨੇਮਾ ਉਹ ਹੈ, ਜਗਜੀਤ ਸੰਧੂ ਅੱਜ ਓਏ ਭੋਲੇ ਜੇ ਵਿੱਚ ਆ ਰਿਹਾ ਹੈ ਨਾ, ਉਹ ਵੀ ਸਾਈਡ ਕਰੈਕਟਰ ਕਰਕੇ ਅੱਜ। ਸੋ ਕਦੇ ਵੀ ਕੋਈ ਕਿਰਦਾਰ ਛੋਟਾ ਵੱਡਾ ਨਹੀਂ ਹੁੰਦਾ, ਸਾਈਡ 'ਤੇ ਵੱਡਾ ਨਹੀਂ ਹੁੰਦਾ। ਮੈਂ ਵੀ ਕਰਦਾ ਜੇ ਮੈਨੂੰ ਚੰਗਾ ਲੱਗੇ, ਕਿਰਦਾਰ ਚੰਗਾ ਲੱਗਣਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ। ਬਾਈ ਤੁਹਾਡੀ ਕਹਾਣੀ ਲੌਕ ਹੁੰਦੀ ਹੈ ਜਾਂ ਸੈੱਟ 'ਤੇ ਵੀ ਇੱਧਰ ਉੱਧਰ ਕਰ ਲੈਂਦੇ ਹੋ ਡਾਇਲੋਗ ਕੋਈ ਵੀ? ਨਹੀਂ, ਸਾਡੀ ਦੇਖੋ ਜਿਹੜਾ ਇੱਕ ਕੰਟੈਂਟ ਅਸੀਂ 1 ਲਾਈਨ ਜਿਹੜੀ ਬਣਾ ਲਈ ਉਹ ਛੇੜਛਾੜ ਨਹੀਂ ਹੁੰਦੀ। ਡਾਇਲੋਗ ਵੀ ਲਿਖੇ ਜਾਂਦੇ ਨੇ ਪਹਿਲਾਂ ਹੀ, ਅਸੀਂ ਸੈੱਟ 'ਤੇ ਇਨਹੈਂਸ ਕਰਦੇ ਹਾਂ ਚੀਜ਼ਾਂ ਬੈਟਰਮੈਂਟ ਲਈ, ਔਰ ਨਾ ਅਸੀਂ ਕਹਾਣੀ ਛੇੜਦੇ ਹਾਂ ਨਾ ਚੀਜ਼ਾਂ ਛੇੜਦੇ ਹਾਂ। ਜਿਹੜੀ ਇੱਕ ਵਾਰ ਸਾਰਿਆਂ ਨੇ ਹੁਣ ਸਾਲ ਦੀ ਮਿਹਨਤ ਆ ਬਹਿ ਗਏ, ਸਾਰਿਆਂ ਦੀ ਤਸੱਲੀ ਹੋ ਗਈ, ਮੇਰੀ ਵੀ ਹੋ ਗਈ, ਡਾਇਰੈਕਟਰ ਦੀ ਵੀ ਹੋ ਗਈ ਵੀ ਯਾਰ ਆਹ ਬਹੁਤ ਘੈਂਟ ਆ, ਠੀਕ ਹੈ। ਉਹਨੂੰ ਜੇ ਕੋਈ ਆ ਕੇ ਸੈੱਟ 'ਤੇ ਬੰਦਾ ਚੇਂਜ ਕਰੇ ਕਹਾਣੀ ਨੂੰ ਤਾਂ ਉਹ ਫਿਰ ਅਸੀਂ ਹੋਣ ਨਹੀਂ ਦਿੰਦੇ। ਔਰ ਸਾਡਾ ਹਾਂ ਡਾਇਲੋਗ ਜ਼ਰੂਰ ਇਨਹੈਂਸ ਕਰੀ ਜਾਵੇ, ਹੋਰ ਚੰਗੀ ਲਾਈਨ ਆ ਸਕਦੀ ਹੈ, ਹੋਰ ਵਧੀਆ ਚੀਜ਼ ਆ ਸਕਦੀ ਹੈ, ਪਰਫੋਰਮੈਂਸ 'ਤੇ ਕੰਮ ਕਰੀਦਾ। ਸੋ ਉਹ ਕੰਮ ਨਹੀਂ ਹੈਗਾ ਕਿ ਸੈੱਟ 'ਤੇ ਜਾਈਏ, ਕਿਉਂਕਿ ਜਦੋਂ ਤੁਸੀਂ ਸੈੱਟ 'ਤੇ ਜਾ ਕੇ ਲਿਖਣਾ ਸ਼ੁਰੂ ਕਰਦੇ ਹੋ ਨਾ,
ਕਈ ਬੰਦੇ ਸੋਚਦੇ ਨੇ ਕਿ ਹਾਂਜੀ ਅਸੀਂ ਸੈੱਟ 'ਤੇ ਹੀ ਲਿਖ ਲੈਂਦੇ ਹਾਂ, ਸੈੱਟ 'ਤੇ ਤੁਹਾਡੇ ਕੋਲ ਮੌਕਾ ਹੀ ਨਹੀਂ ਹੁੰਦਾ ਇਨਹੈਂਸ ਕਰਨ ਦਾ। ਜੋ ਦਿਮਾਗ 'ਚ ਆਇਆ ਤੁਸੀਂ ਲਿਖਤਾ, ਛਾਪਤਾ, ਕੈਮਰਾ ਲੱਗਿਆ ਹੁੰਦਾ, ਪ੍ਰੋਡਿਊਸਰ ਦਾ ਪੈਸਾ ਜਾ ਰਿਹਾ ਹੁੰਦਾ, ਇੱਕ ਇੱਕ ਮਿੰਟ ਕੀਮਤੀ ਹੁੰਦਾ, ਫਿਰ ਤੁਸੀਂ ਉਹੀ ਲਿਖਦੇ ਹੋ, ਉਹੀ ਛਾਪ ਦਿਓ ਕੈਮਰੇ 'ਚ ਜਿਹੜਾ ਉਸ ਟਾਈਮ ਦਿਮਾਗ 'ਚ ਆ ਗਿਆ। ਜਦੋਂ ਤੁਸੀਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਹੁੰਦੇ ਹੋ ਫਿਲਮ 'ਤੇ, ਫਿਰ ਚੀਜ਼ਾਂ ਨੂੰ ਤੁਸੀਂ ਇਨਹੈਂਸ ਕਰ ਸਕਦੇ ਹੋ ਕਿ ਹਾਂ ਯਾਰ ਇਹ ਹੋ ਸਕਦਾ, ਨਹੀਂ ਫਿਰ ਤੁਹਾਡੇ ਕੋਲ ਹੋਰ ਵਧੀਆ ਚੀਜ਼ਾਂ ਤਾਂ ਪਹਿਲਾਂ ਪਈਆਂ ਹੀ ਹੁੰਦੀਆਂ ਨੇ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਹੋਰ ਸਵਾਲ ਕਿਸੇ ਤੋਂ ਪੁੱਛਣਾ ਤਾਂ ਪੁੱਛ ਲਓ ਜੀ, ਪੁੱਛ ਸਕਦੇ ਹੋ।